Quick truck lube. Trucks are. ਸਤਿ ਸ੍ਰੀ ਅਕਾਲ ਸਲਾਮ ਅਰਜਾ ਚੰਪ ਦੇ ਸਿਰੜੀ ਦੇ ਸਤਿਕਾਰਯੋਗ ਸਰੋਤਿਆਂ ਨੂੰ ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਹਾਜ਼ਰ ਹਾਂ ਜੀ ਪ੍ਰੋਗਰਾਮ ਟਿਵਾਣਾ ਲਾਈਵ ਦੇ ਨਾਲ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ੁੱਕਰਵਾਰ ਨੂੰ ਤੁਹਾਨੂੰ ਪਤਾ ਹੀ ਆਪਾਂ ਜੁੜਦੇ ਹੁੰਦੇ ਹਾਂ ਆਪਣੇ ਟੀਮ ਮੈਂਬਰ ਉਹਗੇ ਪੱਤਰਕਾਰ ਸੀਨੀਅਰ ਬ੍ਰਾਡਕਾਸਟਰ ਜਨਾਬ ਜਤਿੰਦਰ ਪੰਨੂ ਹੋਰਾਂ ਦੇ ਨਾਲ ਪ੍ਰੋਗਰਾਮ ਅੱਜ ਨਾਵਾਂ ਦੇ ਵਿੱਚ 8:30 ਵਜੇ ਤੱਕ ਆਪਣੀ ਗੱਲਬਾਤ ਹੁੰਦੀ ਰਹੇਗੀ ਤੇ 8:30 ਤੋਂ 9:30 ਵਜੇ ਦੇ ਦਰਮਿਆਨ ਹਮੇਸ਼ ਦੀ ਤਰ੍ਹਾਂ ਆਪਣੇ ਨਾਲ ਜੁੜਨਗੇ ਆਪਣੇ ਟੀਮ ਮੈਂਬਰ ਪਰਮਵੀਰ ਸਿੰਘ ਬਾਟ ਹੋਰੀ ਤੇ ਉਹ 9:30 ਤੋਂ 10:30 ਵਜੇ ਤੱਕ ਖੁੱਲੀਆਂ ਗੱਲਾਂ ਬਾਤਾਂ ਵੱਖ ਵੱਖ ਵਿਸ਼ਿਆਂ ਤੇ ACI ਦੀ ਰੂਪਰੇਖਾ ਕੁਝ ਕਮਰਸ਼ੀਅਲ ਤੋਂ ਬਾਅਦ ਸਾਂਝ ਪਾਉਣੇ ਜਨਾਬ ਜਤਿੰਦਰ ਪੰਨੂ ਸਾਹਿਬ ਦੇ ਨਾਲ ਚੰਗੇ ਫਿਲਟਰ ਪਵਾਓ ਬੱਲੇ ਬੱਲੇ ਹੋ ਗੱਡੀ ਚਲਾਓ ਤੁਸੀਂ ਇੱਕ ਟਰੱਕ ਚਲਾਉਂਦੇ ਜਾਂ ਮਿੱਤਰਾਂ ਦੀ ਫਲੀਟ ਹੋਵੇ ਅਪਾਇੰਟਮੈਂਟ ਦੀ ਲੋੜ ਨਹੀਂ ਡਰਾਈਵ ਥਰੂ ਕਰਾਓ ਸੇਵ ਹੋਇਆ ਟਾਈਮ ਫੈਮਿਲੀ ਨਾਲ ਬਤਾਓ ਕੁਇਕ ਟਰੱਕ ਲਿਊਬ ਸਟੇਟ ਆਫ ਦੀ ਆਰਟ ਫੈਸਿਲਿਟੀ ਟ੍ਰੇਨਡ ਟੈਕਨੀਸ਼ੀਅਨਸ ਟੂ ਲੋਕੇਸ਼ਨਸ ਐਗਜ਼ਿਟ 268 ਹਾਈਵੇ 401 ਫੋਰ ਐਗਜ਼ਿਟ 5 QEW ਉਤਸ਼ਾਹ ਸਾਡਾ ਵਿਸ਼ਵਾਸ ਤੁਹਾਡਾ ਅਜਿਹਾ ਆ ਆਪਣਾ ਰਿਸ਼ਤਾ 519-622-0660 519-622-0660 QTL ਬਿਕੋਜ਼ ਵੀ ਕੈਨ ਅੱਜਕੱਲ ਦੀ ਭੱਜ ਦੌੜ ਦੀ ਜ਼ਿੰਦਗੀ ਵਿੱਚ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਨੇ ਘੇਰਿਆ ਹੋਇਆ ਤੇ ਇਨ੍ਹਾਂ ਬਿਮਾਰੀਆਂ ਦਾ ਇਲਾਜ ਕਰਵਾਉਣ ਚ ਦੇਰੀ ਕਰਨੀ ਸਾਡੀ ਸਿਹਤ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ। ਸਕਿਨ ਪ੍ਰੋਬਲਮਸ, ਫਾਲਿੰਗ ਹੇਅਰਸ, ਜੁਆਇੰਟ ਪੇਨ, ਅਰਥਰਾਈਟਿਸ, ਲੀਵਰ ਪ੍ਰੋਬਲਮਸ, ਕਿਡਨੀ ਪ੍ਰੋਬਲਮਸ, ਮੇਲ ਐਂਡ ਫੀਮੇਲ ਸੈਕਸ ਪ੍ਰੋਬਲਮਸ, ਫਾਈਲਸ ਤੇ ਪੁਰਾਣੇ ਤੋਂ ਪੁਰਾਣੇ ਬਿਮਾਰੀ ਦੇ ਹੋਮਿਓਪੈਥਿਕ ਇਲਾਜ ਲਈ ਇੰਡੀਆ ਚ ਪਟਿਆਲਾ ਰਹਿੰਦੇ ਡਾਕਟਰ ਹਰਕੀਰਤ ਸਿੱਧੂ ਨੂੰ ਕਾਲ ਕਰੋ ਜਿਨ੍ਹਾਂ ਨਾਲ ਤੁਸੀਂ ਫੋਨ ਤੇ ਆਪਣੀ ਬਿਮਾਰੀ ਦੱਸ ਕੇ ਇਲਾਜ ਕਰਵਾ ਸਕਦੇ ਹੋ। ਬਿਮਾਰੀਆਂ ਦੇ ਹੋਮਿਓਪੈਥਿਕ ਇਲਾਜ ਲਈ ਡਾਕਟਰ ਹਰਕੀਰਤ ਸਿੱਧੂ ਨੂੰ ਕਾਲ ਕਰਨ ਵਾਸਤੇ ਨੰਬਰ ਹੈ 9815-70-435 9815-70-435 ਜਾਂ ਲੌਗਇਨ ਵੀ ਕਰ ਸਕਦੇ ਹੋ www.sidhuhomeopathy.co.in ਤੇ। ਹੋਰ ਬਈ ਸ਼ਹਿਰੀ, ਹੋ ਗਈਆਂ ਪਾਰਟੀ ਦੀਆਂ ਤਿਆਰੀਆਂ? ਯਾਰ ਪਾਰਟੀ ਦੀਆਂ ਤਿਆਰੀਆਂ ਤਾਂ ਹੋ ਗਈਆਂ, ਪਰ ਪਾਰਟੀ ਦੀਆਂ ਯਾਦਾਂ ਨੂੰ ਕੈਪਚਰ ਕਰਨ ਵਾਲਾ ਕੋਈ ਭਰੋਸੇਯੋਗ ਬੰਦਾ ਨਹੀਂ ਲੱਭਿਆ। ਕੀ ਮਤਲਬ? ਮੈਂ ਸਮਝਿਆ ਨਹੀਂ ਯਾਰ। ਮੇਰਾ ਮਤਲਬ ਕੋਈ ਵਧੀਆ ਤਜਰਬੇਕਾਰ ਵੀਡੀਓਗ੍ਰਾਫਰ ਨਹੀਂ ਮਿਲਿਆ। ਉਹ ਲੈ, ਇਹ ਚ ਕਿਹੜੀ ਹੈ ਵੱਡੀ ਗੱਲ, ਕਰ ਦਿੰਨੇ ਆ ਮਸਲਾ ਤੇਰਾ ਹੱਲ। ਓਏ ਆਪਣੇ ਮਿਡ ਵੈਸਟ ਦੇ ਮਸ਼ਹੂਰ ਤੂੰ ਸਿਆਣ ਵੀਡੀਓ ਕੋਲੇ ਚੱਲ, ਚਾਹੇ ਵੀਡੀਓ ਬਣਾਈ ਚਾਹੇ ਸਟਿਲ ਕਰਵਾਈ, ਇਲੀਨਾਏ, ਮਿਸ਼ੀਗਨ, ਇੰਡੀਆਨਾ ਤੇ ਹੋਵੇ ਚਾਹੇ ਓਹਾਇਓ, ਵਿਆਹ ਸ਼ਾਦੀ ਤੇ ਪਾਰਟੀ ਮੌਕੇ ਜਦ ਮਰਜ਼ੀ ਬੁਲਾਇਓ। ਓ ਜਦ ਜੀ ਚਾਹੇ ਕਰਿਓ ਯਾਦਾਂ ਨੂੰ ਤਾਜ਼ਾ। ਓਏ ਬਹੁਤਾ ਸੋਚਣਾ, ਚੱਲ ਬੁੱਕ ਕਰਾਉਣੇ ਆ ਜਾ। ਵਿਆਹ ਸ਼ਾਦੀ ਹੋਵੇ, ਖੁਸ਼ੀ ਦਾ ਕੋਈ ਵੀ ਮੌਕਾ ਜਾਂ ਫਿਰ ਯਾਦਗਾਰੀ ਪਲ, ਆਪਣੀਆਂ ਯਾਦਾਂ ਨੂੰ ਬਿਹਤਰੀਨ ਤਰੀਕੇ ਨਾਲ ਸਾਂਭਣ ਲਈ ਸੇਵਾ ਦਾ ਮੌਕਾ ਦਿਓ ਸਿਆਨ ਵੀਡੀਓ ਪ੍ਰੋਡਕਸ਼ਨ, ਜਿਹੜੇ ਇਸ ਖੇਤਰ ਵਿਚ 17 ਸਾਲਾਂ ਦਾ ਤਜਰਬਾ ਰੱਖਦੇ ਨੇ। ਪ੍ਰੋਫੈਸ਼ਨਲ HD ਵੀਡੀਓ ਤੇ ਡਿਜੀਟਲ ਫੋਟੋ ਪ੍ਰੋਡਕਸ਼ਨ, ਮਲਟੀਪਲ ਕੈਮਰਾ ਸ਼ੂਟਿੰਗ, ਡਿਜੀਟਲ ਸਟਿਲ ਫੋਟੋਗ੍ਰਾਫੀ ਵਿਦ ਫਲੈਸ਼ ਮਾਊਂਟ ਐਲਬਮ, ਲਾਈਵ ਵੀਡੀਓ ਡਿਸਪਲੇ ਵਿਦ ਲਾਰਜ ਸਕਰੀਨ, ਡੀਜੇ ਸਰਵਿਸ ਵਿਦ ਲੇਜ਼ਰ ਲਾਈਟ। ਟੋਲ ਫ੍ਰੀ ਨੰਬਰ ਤੇ ਕਾਲ ਕਰ ਸਕਦੇ ਹੋ 1-800-RAJ-SIAN, ਇਨ੍ਹਾਂ ਨੰਬਰਾਂ ਤੇ ਵੀ ਕਾਲ ਕਰ ਸਕਦੇ ਹੋ 7342610936 ਜਾਂ 7348901767, ਈਮੇਲ ਕਰ ਸਕਦੇ ਹੋ raj@sianvideo.com ਔਰ ਵਿਜ਼ਿਟ ਐਟ www.sianvideo.com। ਸਿਆਨ ਵੀਡੀਓ ਪ੍ਰੋਡਕਸ਼ਨ। ਆਪਣੇ ਘਰ ਚ ਰਹਿੰਦੀ ਹੈ, ਸੋਹਣਾ ਵੇਹੜਾ, ਖੁੱਲਾ ਡੁੱਲਾ ਘਰ, ਭਲਾ ਹੋਰ ਕੀ ਚਾਹੀਦਾ ਬੰਦੇ ਨੂੰ। ਅੱਛਾ, ਇੰਨੀ ਜਲਦੀ ਘਰ ਕਿਵੇਂ ਲੈ ਲਿਆ ਉਹਨੇ? ਨੀ ਉਹ ਤਾਂ ਮੈਨੂੰ ਪਤਾ ਨੀ, ਪਰ ਮੈਨੂੰ ਕਹਿੰਦੀ ਸੀ ਕੋਈ ਰੇਟ ਬੀਟ ਵਾਲੇ ਨੇ ਜਿਨ੍ਹਾਂ ਨੇ ਉਹਨਾਂ ਦੀ ਮਦਦ ਕੀਤੀ ਆ ਲੋਨ ਲੈਣ ਚ। ਘਰ ਦੇ ਲਈ ਮੋਰਗੇਜ ਲੈਣਾ ਚਾਹੁੰਦੇ ਹੋ ਤੇ ਯਾਦ ਰੱਖੋ ਰੇਟ ਬੀਟ ਮੋਰਗੇਜ ਵਾਲੇ ਨਿਰਮਲ ਮਾਨ ਜੀ ਨੂੰ। ਇਹ ਸਭ ਤੋਂ ਵਧੀਆ ਰੇਟ ਤੇ ਤੁਹਾਨੂੰ ਰੈਜ਼ੀਡੈਂਸ਼ੀਅਲ ਲੋਨ ਦਵਾ ਸਕਦੇ ਨੇ। ਇੱਕ ਤੋਂ ਵੱਧ ਲੈਂਡਰਸ ਦੇ ਰੇਟ ਬਾਰੇ ਦੱਸਣਗੇ। ਜੇ ਤੁਸੀਂ ਸੈਲਫ ਇੰਪਲੋਇਡ ਹੋ ਤੇ W-2 ਤੇ ਟੈਕਸ ਰਿਟਰਨ ਦੀ ਕੋਈ ਲੋੜ ਨਹੀਂ। ਜੇ ਲੋਅ ਕ੍ਰੈਡਿਟ ਸਕੋਰ ਹੈ ਤਾਂ ਵੀ ਕੋਈ ਪ੍ਰੋਬਲਮ ਨਹੀਂ, 500 ਦੇ ਕ੍ਰੈਡਿਟ ਸਕੋਰ ਤੇ ਵੀ ਲੋਨ ਦਵਾ ਦੇਣਗੇ। ਸਸਤੀ ਮੋਰਗੇਜ ਲੈਣੀ ਹੈ ਤਾਂ ਰੇਟ ਬੀਟ ਵਾਲੇ ਨਿਰਮਲ ਮਾਨ ਜੀ ਨੂੰ ਅੱਜ ਕਾਲ ਕਰੋ 8770-8775-7775 ਤੇ 877
8777-7575 ਤੇ। ਸਤਿ ਸ਼੍ਰੀ ਅਕਾਲ ਭਾਬੀ ਜੀ, ਕੀ ਹਾਲ ਹੈ ਜਗਜੀਤ ਦਾ? ਹੁਣ ਕੁਝ ਫਰਕ ਤਾਂ ਹੈ, ਪਰ ਕਰਜ਼ੇ ਦੀ ਚਿੰਤਾ ਨੇ ਉਹਨਾਂ ਨੂੰ ਅੱਧਾ ਕਰਤਾ। ਉਹ ਮੈਂ ਤਾਂ ਇਹਨੂੰ ਕਿੰਨੀ ਵਾਰੀ ਦੱਸਿਆ ਊੜਾ ਵਾਲਿਆਂ ਬਾਰੇ, ਪਰ ਗੱਲ ਤਾਂ ਸੁਣਦਾ ਨੀ, ਘੋਲ ਜੀ ਕਰੀ ਜਾਂਦਾ। ਹੁਣ ਤੁਸੀਂ ਦੇਖ ਲੋ ਕੀ ਹਾਲ ਬਣਾ ਕੇ ਰੱਖਿਆ ਨੇ। ਊੜਾ? ਓਏ ਹਾਂ ਭਾਬੀ ਜੀ, ਹਲੇ ਵੀ ਦੇਰ ਨੀ ਹੋਈ, ਨੰਬਰ ਨੋਟ ਕਰੋ ਤੇ ਕਰਜ਼ੇ ਦੀ ਸਮੱਸਿਆ ਦਾ ਹੱਲ ਕਰਾਓ। ਜੀ ਹਾਂ, ਪਰੇਸ਼ਾਨੀ ਨੂੰ ਕਰੋ ਅਲਵਿਦਾ ਤੇ ਕਾਲ ਕਰੋ ਊੜਾ ਵਾਲਿਆਂ ਨੂੰ ਤੇ ਬਚਾਓ $1,000 ਤੇ ਆਪਣੇ ਕਰਜ਼ੇ ਨੂੰ 60% ਤੱਕ ਮੁਆਫ ਕਰਵਾਓ। ਬੈਂਕਰਪਸੀ ਤੇ ਕਲੈਕਸ਼ਨ ਫੋਰਮ ਤੋਂ ਬਚੋ। ਅਸੀਂ ਕੈਨੇਡਾ ਦੇ 50 ਸਟੇਟਸ ਤੋਂ ਇਲਾਵਾ ਆਸਟ੍ਰੇਲੀਆ ਦੇ ਵਿੱਚ ਵੀ ਸੇਵਾਵਾਂ ਪ੍ਰਦਾਨ ਕਰਦੇ ਹਾਂ ਜੀ। ਅਮੈਰੀਕਾ ਤੇ ਕੈਨੇਡਾ ਵਾਲੇ ਕਾਲ ਕਰ ਸਕਦੇ ਨੇ 888-888-9914 888-888-9914। ਆਸਟ੍ਰੇਲੀਆ ਦਾ ਨੰਬਰ ਹੈ 1800-900-130-1800-900-130। ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਹੋ ਜਾਂਦਾ ਉਦੋਂ ਤੱਕ ਤੁਹਾਡੇ ਤੋਂ ਕੋਈ ਫੀਸ ਨਹੀਂ ਲਈ ਜਾਏਗੀ ਜੀ। ਜ਼ਿੰਦਗੀ ਦੇ ਰੰਗਾਂ ਤੇ ਆਵਾਜ਼ ਦੀਆਂ ਤਰੰਗਾਂ ਨੂੰ ਮਾਣਦੇ ਹਾਂ। ਇਸ ਵਕਤ ਤੁਸੀਂ ਜੁੜੇ ਹੋ ਚੰਨ ਪ੍ਰਦੇਸੀ ਰੇਡੀਓ ਦੇ ਪਟਿਆਲਾ ਸਟੂਡੀਓ ਦੇ ਨਾਲ। ਮੈਂ ਤੁਹਾਡਾ ਦੋਸਤ ਤੇ ਹੋਸਟ ਪਰਮਿੰਦਰ ਸਿੰਘ ਟਿਵਾਣਾ। ਪ੍ਰੋਗਰਾਮ ਅਜਨਾਮਾ ਦੇ ਵਿੱਚ ਉੱਗੇ ਬ੍ਰਾਡਕਾਸਟਰ ਸੀਨੀਅਰ ਪੱਤਰਕਾਰ ਜਨਾਬ ਜਤਿੰਦਰ ਪੰਨੂ ਜੀ ਆਪਣੇ ਨਾਲ ਜੁੜ ਚੁੱਕੇ ਨੇ। ਪੰਨੂ ਸਾਹਿਬ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸ਼ੁਕਰੀਆ ਟਿਵਾਣਾ ਜੀ, ਸਤਿ ਸ੍ਰੀ ਅਕਾਲ। ਮਿਹਰਬਾਨੀ ਸਰ, ਬਹੁਤ ਬਹੁਤ ਧੰਨਵਾਦ। ਤੇ ਪੰਨੂ ਸਾਹਿਬ, ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਜਦੋ ਜਹਿਦ ਹੈ ਜਾਂ ਟਿਵਾਣਾ ਜੀ ਇੱਕ ਮਿੰਟ ਮੈਨੂੰ ਮਾਫ਼ ਕਰਿਓ ਪਲੀਜ਼, ਕਿਸੇ ਵੀ ਹੋਰ ਗੱਲ ਤੋਂ ਪਹਿਲਾਂ ਮੈਂ ਇੱਕ ਗੱਲ ਦਾ ਅਫਸੋਸ ਪ੍ਰਗਟ ਕਰਨਾ ਚਾਹੁੰਦਾ। ਜ਼ਰੂਰ। ਕੱਲ ਸ਼ਾਮ ਦੀ ਖਬਰ ਹੈ, ਮੇਰੇ ਕੋਲ ਅਜੇ ਪੂਰੀ ਨਹੀਂ ਹੋ ਸਕੀ ਕਿ ਉਹ ਪੱਤਰਕਾਰ ਕਿਹੜੇ ਅਖਬਾਰ ਦਾ ਜੀ। ਧੂਰੀ ਦੇ ਵਿੱਚ ਪੱਤਰਕਾਰ ਕੇਵਲ ਜਿੰਦਲ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਜੀ। ਔਰ ਗੋਲੀ ਮਾਰੀ ਅਕਾਲੀ ਦਲ ਦੇ ਕੌਂਸਲਰ ਨੇ ਤੇ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਨੇ ਜੀ। ਉਹ ਗੱਲ ਵਿਚੋਂ ਇਹ ਨਿਕਲਦੀ ਆ ਕਿ ਉਹਨੇ ਅਕਾਲੀ ਕੌਂਸਲਰ ਨੇ ਉਹਦੇ ਤੋਂ ਪੱਤਰਕਾਰ ਤੋਂ ਰੁਪਏ 10 ਲੱਖ ਫੜੇ ਹੋਏ ਸਨ। ਉਹ ਹੁਣ ਵਾਪਸ ਮੰਗਦਾ ਸੀ। ਉਹਨਾਂ ਦੇ ਪਰਿਵਾਰ ਚ ਕਿਸੇ ਲੜਕੀ ਦਾ ਵਿਆਹ ਸੀ, ਉਹਦੀ ਕੇਵਲ ਜਿੰਦਲ ਦੀ ਆਪਣੀ ਧੀ ਦਾ ਹੀ ਵਿਆਹ ਸੀ। ਉਹ ਕਹਿੰਦਾ ਸੀ ਮੈਨੂੰ ਪੈਸੇ ਚਾਹੀਦੇ ਆ ਜੀ, ਤੇ ਅਕਾਲੀ ਕੌਂਸਲਰ ਦੇ ਨਹੀਂ ਸੀ ਰਿਹਾ। ਇਹ ਇਕੱਠੇ ਦੇ ਰਾਹ ਚ ਉਹਨੇ ਇਹਨੂੰ ਗੋਲੀ ਮਾਰ ਦਿੱਤੀ ਜੀ। ਤੇ ਉਹ ਹੁਣ ਜਦੋਂ ਪੁੱਛਿਆ ਗਿਆ ਤੇ ਅਕਾਲੀ ਕੌਂਸਲਰ ਕਹਿੰਦਾ ਜੀ ਮੈਂ ਗੋਲੀ ਨਹੀਂ ਮਾਰੀ ਜੀ, ਅਸੀਂ ਤਾਂ ਇਕੱਠੇ ਖਾਂਦੇ ਪੀਂਦੇ ਪੈਸਾ ਮੈਂ ਪਰਾਂ ਬਾਥਰੂਮ ਗਿਆ ਜੀ, ਫਿਰ ਵਾਲ ਉਹਨਾਂ ਛੇੜਛਾੜ ਕਰਨ ਲੱਗ ਪਿਆ। ਮੈਂ ਇਹਨੂੰ ਕਿਹਾ ਨਾ ਛੇੜੀ ਚੱਲ ਜਾਂਦੀ, ਉਹਨੇ ਚਿਹਨ ਗੋਲੀ ਚੱਲ ਗਈ, ਮਰ ਗਿਆ। ਅੱਛਾ ਜੀ। ਇਹ ਹੁਣ ਕਿਉਂਕਿ ਸਰਕਾਰ ਦੇ 3-4 ਮਹੀਨੇ ਰਹਿ ਗਏ ਆ ਜੀ, ਲੱਗਦਾ ਹੈ ਕਿ ਕੁਛ ਲੋਕ ਸਮਝੇ ਕਿ ਜਿਹੜੇ ਰਹਿੰਦੇ ਕੰਮ ਵੇਲੇ ਸਿਰ ਨਿਪਟਾ ਲਈਏ ਜੀ। ਉਹ ਇੱਕ ਫਿਲਮ ਆਈ ਸੀ ਨਾ ਕੱਲ ਹੋ ਨਾ ਹੋ, ਉਹ ਸਮਝੇ ਅਗਲੇ ਸਾਲ ਪਤਾ ਨੀ ਹੋਵੇ ਨਾ ਹੋਵੇ ਜੀ, ਇਹੋ ਜਿਹੇ ਕੰਮ ਨਿਪਟਾ ਲੈਣੇ ਚਾਹੀਦੇ ਆ। ਇਹ ਗੱਲ ਆਪਣੇ ਆਪ ਚ ਬੜੀ ਮਾੜੀ ਆ ਜੀ। ਮੈਂ ਕ੍ਰਾਈਮ ਨੂੰ ਕ੍ਰਾਈਮ ਦੇ ਐਂਗਲ ਤੋਂ ਵੇਖਦਾ ਆ, ਵੱਖਰੇ ਤੌਰ ਤੇ ਰੱਖਾਂਗਾ ਜੀ, ਪਰ ਮੈਨੂੰ ਕਿਉਂਕਿ ਜੇ ਉਹ ਖਬਰ ਸਾਰੀ ਸੱਚੀ ਹੋਵੇ ਇਸੇ ਤਰ੍ਹਾਂ ਹੀ ਹੋਵੇ ਜੀ, ਤੇ ਇੱਕ ਪੱਤਰਕਾਰ ਦੇ ਇਸ ਤਰ੍ਹਾਂ ਮਾਰੇ ਜਾਣ ਦਾ ਅਫਸੋਸ ਹੈ। ਮੈਂ ਨਿੱਜੀ ਤੌਰ ਤੇ ਉਹਨੂੰ ਜਾਣਦਾ ਨੀ, ਮੈਨੂੰ ਪਤਾ ਨੀ ਉਹ ਕਿਸ ਤਰ੍ਹਾਂ ਦਾ ਸੀ ਜੀ, ਪਰ ਇੱਕ ਪੱਤਰਕਾਰ ਤਾਂ ਸੀ, ਉਹਦੀ ਮੌਤ ਦਾ ਅਫਸੋਸ ਹੈ। ਬਿਲਕੁਲ ਬਿਲਕੁਲ, ਮੈਨੂੰ ਉਹਦੀ ਮੌਤ ਦਾ ਵੀ ਅਫਸੋਸ ਹੈ। ਤੇ ਥੋੜੀ ਦੇਰ ਪਹਿਲਾਂ ਇੱਕ ਖਬਰ ਆਈ ਹੈ ਜੀ ਟੀਵੀ ਤੇ, 10 ਮਿੰਟ ਪਹਿਲਾਂ ਹੀ ਚੱਲੀ ਹੈ ਜੀ। ਪਾਕਿਸਤਾਨ ਦੇ ਕਰਾਚੀ ਚ ਇੱਕ ਕੁੜੀ ਨਾਇਮਾ ਕਮਲ ਰਿਪੋਰਟਿੰਗ ਕਰ ਰਹੀ ਸੀ ਕਿਸੇ ਦਫ਼ਤਰ ਚ, ਪੁਲਿਸ ਦੇ ਗਾਰਡ ਨੇ ਆ ਕੇ ਆਖਿਆ ਇੱਥੇ ਰਿਪੋਰਟਿੰਗ ਨੀ ਕਰਨੀ। ਕਹਿੰਦੀ ਵੀ ਅਸੀਂ ਜਨਤਕ ਸਾਹ ਤੇ ਕੋਈ ਲਿਖਿਆ ਵੀ ਰਿਪੋਰਟਿੰਗ ਨੀ ਕਰਨੀ ਜੀ, ਕਹਿੰਦਾ ਤੈਨੂੰ ਆਖਿਆ ਕੈਮਰਾ ਬੰਦ ਕਰ ਜੀ। ਉਹ ਕੁੜੀ ਤੋਂ ਕੈਮਰਾ ਉਹਦੇ ਵੱਲ ਨੂੰ ਹੋ ਗਿਆ ਤੇ ਗਾਰਡ ਨੇ ਪਬਲਿਕ ਦੇ ਸਾਹਮਣੇ ਉਹਨੂੰ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਫਿਰ ਕੈਮਰਾ ਬੰਦ ਹੋਣ ਤੋਂ ਬਾਅਦ ਉਹਨੇ ਹਵਾ ਚ ਗੋਲੀਆਂ ਚਲਾਈਆਂ ਕੁੜੀ ਨੂੰ, ਤੇ ਲੋਕਾਂ ਨੇ ਪਿੱਛੇ ਕਰ ਲਿਆ, ਆਪ ਅੱਗੇ ਹੋ ਗਏ। ਉਹ ਕਹਿੰਦਾ ਮੈਂ ਤਾਂ ਭੀੜ ਨੂੰ ਡਰਾਉਣ ਲਈ ਗੋਲੀਆਂ ਚਲਾਈਆਂ ਸੀ। ਅਜਿਹੀਆਂ ਏਦਾਂ ਦੀਆਂ ਘਟਨਾਵਾਂ ਆਉਂਦੀਆਂ ਇਹਦੇ ਤੋਂ, ਜਿਹੜੇ ਸਾਡੇ ਸਰੋਤੇ ਆ ਉਹਨਾਂ ਨੂੰ ਵੀ, ਜਿਹੜੇ ਸਾਡੇ ਟੀਵੀ ਪ੍ਰੋਗਰਾਮਾਂ ਦੇ ਦਰਸ਼ਕ ਆ ਉਹਨਾਂ ਨੂੰ ਵੀ, ਤੇ ਜਿਹੜੇ ਸਾਡੀਆਂ ਲਿਖਤਾਂ ਪੜ੍ਹਨ ਵਾਲੇ ਪਾਠਕ ਆ ਉਹਨਾਂ ਨੂੰ ਵੀ ਇਹ ਸਮਝਣਾ ਚਾਹੀਦਾ ਕਿ ਬਹੁਤ ਸਾਰੇ ਲੋਕ ਸਮਝਦੇ ਆ ਕਿ ਪੱਤਰਕਾਰਾਂ ਦਾ ਟੌਹਰ ਬੜਾਉਣ ਦਾ ਜੀ ਟੌਹਰ ਹੀ ਨਹੀਂ, ਕਿ ਜ਼ਿੰਦਗੀ ਖਤਰਿਆਂ ਭਰੀ ਵੀ ਬਹੁਤ ਹੈ। ਪਿਛਲੇ ਸਮੇਂ ਚ ਬਹੁਤ ਸਾਰੇ ਪੱਤਰਕਾਰ ਮਾਰੇ ਜਾ ਚੁੱਕੇ ਆ ਜੀ, ਹੁਣ ਵੀ ਪੱਤਰਕਾਰਾਂ ਤੇ ਵਾਰ ਵਾਰ ਹਮਲੇ ਹੋ ਰਹੇ। ਪਿਛਲਿਆਂ 6 ਸਾਲਾਂ ਦੇ ਵਿਚੋਂ 4 ਸਾਲਾਂ ਦੇ ਵਿਚ ਪਾਕਿਸਤਾਨ ਪੱਤਰਕਾਰਾਂ ਦੇ ਕਤਲਾਂ ਵਿਚ 2 ਨੰਬਰ ਤੇ ਰਿਹਾ ਜੀ, 1 ਸਾਲ ਪਹਿਲੇ ਨੰਬਰ ਤੇ ਰਿਹਾ, 1 ਸਾਲ 3ਵੇਂ ਤੇ ਰਿਹਾ। ਪਾਕਿਸਤਾਨ ਇਸ ਪੱਖ ਤੋਂ ਬਹੁਤ ਖਤਰਨਾਕ ਹੈ
ਪਰ ਸਾਡੇ ਇੱਥੇ ਘੱਟ ਹੁੰਦਿਆਂ ਵੀ ਜਿੰਨੇ ਕੁ ਹੋ ਰਹੇ ਇੱਕ ਦਿਖਦੇ ਇਹ ਅਫਸੋਸਨਾਕ ਆ ਭਾਵੇਂ ਇੱਕ ਹੋਵੇ ਭਾਵੇਂ ਦੋ ਹੋਣ ਭਾਵੇਂ ਪੰਜ ਹੋਣ ਅਫਸੋਸਨਾਕ ਆ ਜਦੋਂ ਪ੍ਰੋਗਰਾਮ ਦੇ ਸ਼ੁਰੂ ਚ ਇਹੋ ਜਿਹੀ ਅਫਸੋਸਨਾਕ ਖਬਰ ਦਿੰਦਿਆਂ ਖੁਦ ਅਫਸੋਸ ਹੋ ਰਿਹਾ ਪਰ ਮੇਰੀ ਮਜਬੂਰੀ ਹੈ ਇੱਕ ਪੱਤਰਕਾਰ ਦਾ ਮਰਨਾ ਮੈਂ ਬਾਕੀ ਖਬਰਾਂ ਤੋਂ ਪਿੱਛੇ ਨਹੀਂ ਪਾ ਸਕਿਆ ਜੀ ਬਿਲਕੁਲ ਬਿਲਕੁਲ ਹੁੰਦਾ ਹੀ ਹੈ ਜੀ ਜੋ ਜਜ਼ਬਾਤ ਨੇ ਮੌਤ ਸੀ ਕਿਸ ਕੋ ਰੁਸਤਗਾਰੀ ਹੈ ਆਜ ਵੋ ਕੱਲ ਹਮਾਰੀ ਵਾਰੀ ਹੈ ਪਰ ਇਹ ਮੌਤ ਨਹੀਂ ਪੰਨੂ ਸਾਹਿਬ ਇਹ ਕਤਲ ਇਹ ਖੁਦਕੁਸ਼ੀਆਂ ਬਹੁਤ ਸਾਰੇ ਕਾਰਨ ਇਸ ਦਿਨ ਸਾਨੂੰ ਖੁਦ ਇਸ ਦੇ ਵਿਚ ਜ਼ਰੂਰ ਪੜਚੋਲ ਦੇ ਵਿਚ ਜਾਣਾ ਚਾਹੀਦਾ ਤੇ ਇਸੇ ਦੌਰਾਨ ਗੱਲ ਭਾਵੇਂ ਨਿੱਕੀ ਜੀ ਹੈ ਮੈਂ ਇਸ ਮੌਤ ਦੇ ਐਂਗਲ ਤੋਂ ਚਲੋ ਤੁਸੀਂ ਛੋਇਆ ਤੁਹਾਡੇ ਜਜ਼ਬਾਤ ਮੈਂ ਜਾਣਨਾ ਚਾਹਵਾਂਗਾ ਦੋ ਮੌਤਾਂ ਜਿਹੜੀਆਂ ਕਰਵੇ ਦੇ ਦੌਰਾਨ ਹੋਈਆਂ ਨੇ ਉਹ ਕਈ ਸਾਰੇ ਸਵਾਲ ਖੜੇ ਕਰ ਗਈਆਂ ਨੇ ਇੱਕ ਤਾਂ ਲੁਧਿਆਣਾ ਦਾ ਇੱਕ ਪਰਿਵਾਰ ਸੀਗਾ ਹੌਜਰੀ ਕਾਰੋਬਾਰੀ ਸੀਗਾ ਪਵਨ ਤੇ ਉਹ ਜਿਹੜਾ ਆਪਣੀ ਭਾਣਜੀ ਨੂੰ ਸ਼ਗਨ ਦੇਣ ਤੋਂ ਬਾਅਦ ਜਦੋਂ ਵਾਪਸ ਆ ਰਹੇ ਸੀ ਤਾਂ ਸਰੀ ਪਿੰਡ ਦੇ ਲਾਗੇ ਇੱਕ ਕੁੱਤੇ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਉਹਨਾਂ ਦੀ ਕਾਰ ਡਿਵਾਈਡਰ ਤੋੜਦੀ ਹੋਈ PRTC ਦੀ ਬੱਸ ਦੇ ਨਾਲ ਜਾ ਟਕਰਾਈ ਬੱਸ ਕਿਸੇ ਸਿਆਸਤਦਾਨ ਦੀ ਹੁੰਦੀ ਤਾਂ ਬਹੁਤ ਹੋ ਹੱਲਾ ਹੋਣਾ ਸੀ ਪਰ ਉਸ ਕੁੱਤੇ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਜਾਂ ਅਵਾਰਾ ਪਸ਼ੂਆਂ ਨਾਲ ਜਿਸ ਤਰ੍ਹਾਂ ਲਾਸਟ ਈਅਰ 248 ਮੌਤਾਂ ਹੋਈਆਂ ਨੇ ਤੇ ਇੱਕ ਸੁਨਾਮ ਦੇ ਵਿੱਚ ਮਮਤਾ ਨਾਂ ਦੀ ਲੇਡੀ ਇਸੇ ਕਰਕੇ ਖੁਦਕੁਸ਼ੀ ਕਰ ਗਈ ਕਿ ਉਸਦਾ ਪਤੀ ਜਿਹੜਾ ਮਿੱਠੂ ਇੰਨਾ ਨਹੀਂ ਸੀ ਕਮਾ ਸਕਦਾ ਦਿਹਾੜੀਦਾਰ ਮਜ਼ਦੂਰ ਕਿ ਉਹ ਆਪਣੀ ਸ਼ਾਨੋ ਸ਼ੌਕਤ ਦੇ ਨਾਲ ਮਹਿੰਦੀ ਲਾ ਕੇ ਕਰੂਏ ਦਾ ਵਰਤ ਰੱਖ ਸਕਦੀ ਪੈਸੇ ਦੀ ਮਨਹਾਲੀ ਦੇ ਕਾਰਨ ਉਸਨੇ ਜਿਹੜਾ ਵਰਤ ਨਾ ਰੱਖ ਸਕੀ ਤੇ ਖੁਦਕੁਸ਼ੀ ਕਰ ਗਈ ਪੰਨੂ ਸਾਹਿਬ ਜਿਹੜੇ ਲੋਕ ਖੁਦ ਫਾਕੇ ਘੱਟਦੇ ਹੋਣ ਗਰੀਬੀ ਗੁਰਬਤ ਦੇ ਵਿਚ ਸ਼ਾਇਦ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਵਰਤਾਂ ਦੀ ਮੇਰੇ ਖਿਆਲ ਜ਼ਰੂਰਤ ਨਹੀਂ ਪਰ ਕਈ ਵਾਰੀ ਸਟੇਟ ਸਿੰਬਲ ਵੀ ਇਹ ਸਾੜ ਸਤੀ ਦਾ ਕਾਰਨ ਹੁੰਦੇ ਨੇ ਜੀ ਪੰਨੂ ਸਾਹਿਬ ਜਿਹੜਾ ਸਾਡਾ ਕਾਰਪੋਰੇਟ ਸੈਕਟਰ ਆ ਜੀ ਉਹ ਅੱਜ ਕੱਲ ਇਹੋ ਜਿਹੀਆਂ ਭਾਵਨਾਵਾਂ ਨੂੰ ਉਕਸਾਉਣ ਵਿਚ ਬਹੁਤ ਰੋਲ ਅਦਾ ਕਰ ਰਿਹਾ ਜੀ ਉਹ ਲਗਾਤਾਰ ਵਿਆਹ ਸ਼ਾਦੀਆਂ ਮਰਨਾ ਪਰਨਾ ਵੀ ਹਰ ਚੀਜ਼ ਨੂੰ ਕਾਰਪੋਰੇਟਾਈਜ਼ ਕਰ ਰਿਹਾ ਜੀ ਹਰ ਚੀਜ਼ ਨਾਲ ਇਹ ਮੰਨਿਆ ਜਾਂਦਾ ਕਿ ਮਹਿੰਦੀ ਸ਼ਗਨਾਂ ਦੀ ਮਹਿੰਦੀ ਕਰਵਾ ਚੌਥ ਦੀ ਇਨ੍ਹਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਸਾਡੇ ਉੱਥੇ ਤਰਕਸ਼ੀ ਲਹਿਰ ਵਾਲਾ ਜਗਸੀਰ ਜੀਦਾ ਗਾਉਂਦਾ ਛੁੱਟੀ ਕਰ ਗਈ ਸਾਇੰਸ ਵਾਲੀ ਭੈਣ ਜੀ ਕਰੂਏ ਦੇ ਵਰਤਾਂ ਲਈ ਜੀ ਉਹ ਕਹਿੰਦਾ ਬਈ ਜਿਹੜੀ ਸਾਇੰਸ ਵਾਲੀ ਭੈਣ ਜੀ ਬੱਚਿਆਂ ਨੂੰ ਇਹ ਦੱਸਦੀ ਆ ਕਿ ਚੰਦ ਵੀ ਸਾਡੀ ਧਰਤੀ ਵਰਗੀ ਇੱਕ ਛੋਟੀ ਧਰਤੀ ਆ ਉਹਨੂੰ ਪਤਾ ਕਿ ਉਹ ਕੋਈ ਦੇਵਤਾ ਨਹੀਂ ਉਹ ਭੈਣ ਜੀ ਵੀ ਆਪ ਕਰਵਾ ਚੌਥ ਦਾ ਵਰਤ ਰੱਖਣ ਵਾਸਤੇ ਤੇ ਛਾਣਨੀ ਚੋਂ ਚੰਦ ਵੇਖਣ ਵਾਸਤੇ ਉੱਥੋਂ ਛੁੱਟੀ ਕਰ ਗਈ ਇਹਦਾ ਕਰਕੇ ਲੋਕਾਂ ਵਿਚ ਇਸ ਤਰ੍ਹਾਂ ਦੀਆਂ ਭਾਵਨਾਵਾਂ ਜਿਹੜੀਆਂ ਨੇ ਉਹ ਜਾਗਦੀਆਂ ਨੇ ਅਜੇ ਥੋੜੇ ਦਿਨ ਪਹਿਲਾਂ ਇੱਕ ਜੈਨ ਧਰਮ ਦੀ ਕੁੜੀ ਵੀ ਇਸੇ ਮੁਕਤੀ ਤੇ ਮੋਕਸ ਦੇ ਚੱਕਰ ਵਿਚ ਚੌਥ ਦਿਨ ਭੁੱਖੀ ਰਹਿ ਕੇ ਮਰ ਗਈ ਆ ਉਹਨੇ ਕਿਹੜਾ ਕੋਈ ਮਰਨ ਵਰਤ ਰੱਖਿਆ ਸੀ ਵਹਿਮ ਵਿਚ ਸੀ ਜਿਹੜਾ ਤੁਸੀਂ ਕੁੱਤਾ ਬਚਾਉਂਦਿਆਂ ਸੜਕ ਤੇ ਐਕਸੀਡੈਂਟ ਦੀ ਗੱਲ ਕੀਤੀ ਹੈ ਇਹ ਰੋਜ਼ ਦੀਆਂ ਗੱਲਾਂ ਹੋ ਗਈਆਂ ਨੇ ਹੁਣੇ ਜਿਹੜਾ ਸੋਮਵਾਰ ਲੰਘਿਆ ਸੋਮਵਾਰ ਤੇ ਮੰਗਲਵਾਰ ਦੋ ਦਿਨ ਚੰਡੀਗੜ੍ਹ ਦੇ ਵਿਚ ਐਡੀਟਰਸ ਕਾਨਫਰੰਸ ਸੀ ਜਿਹੜੀ ਭਾਰਤ ਸਰਕਾਰ ਦੇ ਪ੍ਰੈਸ ਇਨਫਾਰਮੇਸ਼ਨ ਬਿਊਰੋ ਨੇ ਬੁਲਾਈ ਸੀ ਉਹਦੇ ਵਿਚ ਨਾਰਥ ਜੋਨ ਦੇ ਤੇ ਨਾਰਥ ਈਸਟ ਜੋਨ ਦੇ ਸਾਰੇ ਅਖਬਾਰਾਂ ਦੇ ਐਡੀਟਰ ਸਨ ਨਾਰਥ ਜੋਨ ਦੇ ਵਿਚੋਂ ਜੰਮੂ ਕਸ਼ਮੀਰ ਹਿਮਾਚਲ ਪੰਜਾਬ ਹਰਿਆਣਾ ਦਿੱਲੀ ਉਤਰਾਖੰਡ ਯੂਪੀ ਇਹ ਸਨ ਤੇ ਨਾਰਥ ਈਸਟ ਦੇ ਵਿਚੋਂ ਅਸਾਮ ਤੋਂ ਉਪਰਲੇ ਸਾਰੇ 7 ਸੂਬਿਆਂ ਦੇ ਸਨ ਉਥੇ ਮੇਨਕਾ ਗਾਂਧੀ ਆਈ ਉਹ ਦੱਸਣ ਲੱਗ ਪਈ ਕਿ ਔਰਤਾਂ ਦੀ ਭਲਾਈ ਲਈ ਸੀ ਆਹ ਕੀਤਾ ਆਹ ਕੀਤਾ ਕਰਦਿਆਂ ਕਰਦਿਆਂ ਦੋ ਗੱਲਾਂ ਦੇ ਉੱਤੇ ਜਾ ਕੇ ਗੱਲ ਫਸ ਗਈ ਇੱਕ ਤਾਂ ਉਹਨੂੰ ਇਹ ਪੁੱਛਿਆ ਗਿਆ ਕਿ ਆਂਗਨਵਾੜੀ ਟੀਚਰਾਂ ਨੂੰ ਪੱਖੇ ਕਰਨ ਦਾ ਤੁਸੀਂ ਕਰਦੇ ਕਹਿੰਦੇ ਜੀ ਉਹ ਪੰਚਾਇਤਾਂ ਦੇ ਪੱਤਰਕਾਰਾਂ ਨੇ ਆਖਿਆ ਜੀ ਪੰਚਾਇਤਾਂ ਉਹਨਾਂ ਨੂੰ ਪੂਰੇ ਪੈਸੇ ਨਹੀਂ ਦਿੰਦੀਆਂ ਕਿਉਂਕਿ ਸਰਪੰਚਾਂ ਤੇ ਡਿਪੈਂਡੈਂਟ ਆ ਇਸ ਕਰਕੇ ਉਹਨਾਂ ਦੀ ਐਕਸਪੈਕਟੇਸ਼ਨ ਹੁੰਦੀ ਆ ਕਹਿੰਦੀ ਮੈਂ ਕੀ ਕਰਾਂ ਮੰਤਰੀ ਦਾ ਇੱਦਾਂ ਦਾ ਜਵਾਬ ਸੁਣ ਕੇ ਸਾਨੂੰ ਸਾਰਿਆਂ ਨੂੰ ਹੈਰਾਨੀ ਹੋਈ ਬਾਅਦ ਵਿਚ ਇੱਕ ਜਣਾ ਨੇ ਪੁੱਛ ਲਿਆ ਕਿ ਸੜਕਾਂ ਤੇ ਹਾਦਸੇ ਹੁੰਦੇ ਆਵਾਰਾ ਕੁੱਤੇ ਬਹੁਤ ਕਰਦੇ ਆ ਕਹਿੰਦੀ ਮੈਂ ਤਾਂ ਬੜੇ ਚਿਰ ਦੀ ਡੀਕਣ ਡਈ ਸੀ ਕਿ ਜੀ ਇੱਥੇ ਸਵਾਲ ਨਹੀਂ ਪੁੱਛਿਆ ਮੈਂ ਜਿੱਥੇ ਜਾਵਾਂ ਐਵਰੀਬਾਡੀ ਆਸਕ ਵੀ ਇਹ ਕੁੱਤਾ ਕੁਐਸਚਨ ਉਹਨੇ ਇਹ ਨਹੀਂ ਆਖਿਆ ਕਿ ਕੁੱਤਿਆਂ ਬਾਰੇ ਕੁਐਸਚਨ ਕਹਿੰਦੀ ਐਵਰੀਬਾਡੀ ਆਸਕ ਵੀ ਇਹ ਕੁੱਤਾ ਕੁਐਸਚਨ ਉਹ ਕੁੱਤਾ ਕੁਐਸਚਨ ਆਖ ਕੇ ਤੇ ਫੇਰ ਉਹਦੇ ਤੋਂ ਬਾਅਦ ਨਾਲ ਹੀ ਹਿਮਾਚਲ ਦੇ ਬਾਂਦਰਾਂ ਦੀ ਗੱਲ ਆ ਗਈ ਤੇ ਬੀਬੀ ਮੇਨਕਾ ਗਾਂਧੀ ਦਾ ਜਵਾਬ ਬੜਾ ਭੱਦਾ ਸੀ ਜੀ ਮੈਨੂੰ ਇਹ ਦੱਸਦਿਆਂ ਸ਼ਰਮ ਆਉਂਦੀ ਆ ਜਦੋਂ ਉਹਨੂੰ ਆਖਿਆ ਗਿਆ ਕਿ ਬਾਂਦਰ ਬਹੁਤ ਜ਼ਿਆਦਾ ਹੋ ਗਏ ਆ ਤੇ ਕਹਿੰਦੀ ਮੈਂ ਤਾਂ ਪੈਦਾ ਨਹੀਂ ਕੀਤੇ ਜੀ ਇਹ ਮੰਤਰੀ ਪੱਧਰ ਦੀ ਬੀਬੀ ਇਸ ਤਰ੍ਹਾਂ ਦੀ ਬੋਲੀ ਬੋਲੇ ਚੰਗਾ ਨਹੀਂ ਲੱਗਦਾ ਪਰ ਕੁੱਤਿਆਂ ਬਾਰੇ ਉਹਨੇ ਸਾਫ਼ ਹੀ ਕਹਿਤਾ ਇਹ ਤਾਂ ਕੁੱਤਾ ਕੁਐਸਚਨ ਆ ਤੁਸੀਂ ਮੈਨੂੰ ਪੁੱਛਦੇ ਪਿਆ ਮੈਂ ਇਹਦਾ ਕੀ ਜਵਾਬ ਦਿਆਂ ਬਿਲਕੁਲ ਉਹਦਾ ਮਹਿਕਮਾ ਜੇ ਕੁੱਤੇ ਮਾਰੇ ਜਾਂਦੇ ਵਾਰਾ ਕੁੱਤੇ ਜਿਹੜੇ ਹਲਕੇ ਕੁੱਤੇ ਉਹ ਵੀ ਮਾਰੇ ਜਾਂਦੇ ਆ ਤੇ ਕਹਿੰਦੀ ਮਾਰਨੇ ਨੀ
ਪਰ ਜੇ ਉਹਨਾਂ ਦਾ ਕੁੱਤਿਆਂ ਦਾ ਕਰਕੇ ਇੱਥੇ ਸੜਕਾਂ ਤੇ ਐਕਸੀਡੈਂਟ ਹੁੰਦੇ ਆ ਜੀ, ਫਿਰ ਬੀਬੀ ਕਹਿੰਦੀ ਇਹ ਕੁੱਤਾ ਕੁਐਸਚਨ ਆ। ਜਿੱਥੇ ਇਸ ਤਰ੍ਹਾਂ ਦਾ ਮਾਹੌਲ ਹੋਵੇ ਨਾ ਉੱਥੇ ਰੱਬ ਦੇ ਉੱਤੇ ਡੋਰੀਆਂ ਹੁੰਦੀਆਂ। ਹਿੰਦੁਸਤਾਨ ਚ ਇਸ ਵੇਲੇ ਟ੍ਰੈਫਿਕ ਦਾ ਇੱਕੋ ਇੱਕ ਗੋਲਡਨ ਰੂਲ ਹੈ ਕਿ ਬਚਾਉਣ ਦੀ ਜਿੰਮੇਵਾਰੀ ਕਿਸੇ ਦੀ ਨਹੀਂ, ਜਿਹੜਾ ਬਚ ਸਕਦਾ ਉਹਦੀ ਜਿੰਮੇਵਾਰੀ ਆਪਣੀ, ਜੇ ਘਰ ਜਾ ਸਕਦਾ ਤੇ ਚਲਿਆ ਜਾਵੇ। ਪੰਨੂ ਸਾਹਿਬ, ਜਿਸ ਤਰ੍ਹਾਂ ਭਾਵੇਂ ਉਹ ਕੁੱਤਿਆਂ ਨੂੰ ਪਿਆਰ ਇੰਨਾ ਕਰਦੀ ਹੈ ਤੇ ਗਧਿਆਂ ਨਾਲ ਵੀ ਉਹਨਾਂ ਦੀਆਂ ਫੋਟੋਆਂ ਨੇ, ਉਹਨਾਂ ਦਾ ਸੈਲਫੀ ਨੇ, ਦੇਖੋ ਜਾ ਕੇ ਉਹਨਾਂ ਦਾ ਜਿਹੜਾ ਰਾਜੀਵ ਗਾਂਧੀ ਉਹਨਾਂ ਦੇ ਪਤੀ ਦੇ ਨਾਂ ਤੇ ਜਿਹੜਾ ਉਹਨਾਂ ਨੇ ਜੂ ਬਣਾਇਆ ਹੋਇਆ। ਖੈਰ ਉਹਨਾਂ ਦਾ ਜਾਨਵਰਾਂ ਪ੍ਰਤੀ ਪ੍ਰੇਮ ਹੋ ਸਕਦਾ, ਚੰਗੀ ਗੱਲ ਹੈ। ਪਰ ਇਸ ਦੌਰਾਨ ਜੇ ਦੇਖਿਆ ਜਾਵੇ, ਜੋ ਇੱਕ ਚੰਡੀਗੜ੍ਹ ਦੀ ਮੇਅਰ ਹੈ ਪੂਨਮ ਸ਼ਰਮਾ, ਸਾਬਕਾ ਕਾਂਗਰਸੀ ਮੇਅਰ ਹੈ, ਉਸਨੇ ਬੜੇ ਇਸ ਦੇ ਪਰਖਚੇ ਉਡਾਏ ਨੇ ਇਸ ਮਾਮਲੇ ਚ, ਜੋ ਊਠ ਹੈ ਜਿਹੜੇ ਚੱਕ ਕੇ ਲੈ ਗਈ ਸੀ ਮੇਨਕਾ ਗਾਂਧੀ ਕਿ ਇਹ ਤੁਸੀਂ ਮਿਸਯੂਜ਼ ਕਰ ਰਹੇ ਹੋ। ਉਨ੍ਹਾਂ ਨੇ ਜਿਹੜਾ ਇੱਕ ਫੈਕਟ ਸਾਹਮਣੇ ਲਿਆਂਦਾ ਸੀਗਾ ਕਿ ਜਿਹੜਾ ਨਸਬੰਦੀ ਦੇ ਪ੍ਰੋਜੈਕਟ ਚੱਲਦੇ ਨੇ ਇੰਡੀਆ ਦੇ ਵਿੱਚ, ਕੁੱਤਿਆਂ ਦੀ ਨਸਬੰਦੀ ਜਾਂ ਕੁੱਤਿਆਂ ਦੀ ਨਲਬੰਦੀ ਕਰਦੇ ਨੇ, ਉਹ ਵੀ ਇੱਕ ਮਾਫੀਆ ਹੈ। ਕੁਛ ਜਿਹੜੇ ਗਰੁੱਪ ਨੇ ਉਹ ਮੇਨਕਾ ਗਾਂਧੀ ਨਾਲ ਕੰਮ ਰਲ ਕੇ ਕੁੱਤਿਆਂ ਨੂੰ ਸਟਰਲਾਈਜ਼ ਕਰਦੇ ਨੇ, ਉਨ੍ਹਾਂ ਦੇ ਰੇਟ ਟੈਂਡਰ ਰੇਟ ਬਹੁਤ ਜ਼ਿਆਦਾ ਨੇ। ਪਰ ਕੁਛ ਜਿਹੜੀਆਂ ਸਾਊਥ ਇੰਡੀਆ ਦੀਆਂ ਸਟਰਲਾਈਜ਼ ਕਰਨ ਵਾਲੀਆਂ ਕੰਪਨੀਆਂ ਨੇ ਜਿਹੜੀਆਂ, ਉਨ੍ਹਾਂ ਦੇ ਰੇਟ ਘੱਟ ਨੇ। ਜਦੋਂ ਬਾਹਰਲਿਆਂ ਦੇ ਟੈਂਡਰ ਪੈ ਜਾਂਦੇ ਨੇ ਤੇ ਮੇਨਕਾ ਦੇ ਗਰੁੱਪ ਵਾਲੇ ਜਿਹੜੇ ਲੋਕ ਨੇ ਉਨ੍ਹਾਂ ਦੇ ਟੈਂਡਰ ਰਿਜੈਕਟ ਹੋ ਜਾਂਦੇ ਨੇ ਰੇਟ ਜ਼ਿਆਦਾ ਹੋਣ ਕਰਕੇ, ਫਿਰ ਇਹ ਕੋਈ ਨਾ ਕੋਈ ਢੁੱਚੜ ਡਾ ਲੈਂਦੇ ਨੇ, ਜਿਵੇਂ ਪਟਿਆਲੇ ਚੜਾਈ ਹੈ ਕਿ ਇਹ ਕੁੱਤਿਆਂ ਨੂੰ ਆਰਾਮ ਦੇ ਨਾਲ ਸਟਰਲਾਈਜ਼ ਨਹੀਂ ਕਰਦੇ, ਉਨ੍ਹਾਂ ਦਾ ਸ਼ੋਸ਼ਣ ਕਰਦੇ ਆ। ਇਸ ਤਰ੍ਹਾਂ ਦਾ ਵੀ ਇੱਕ ਮਾਫੀਆ ਇਸ ਸਟਰਲਾਈਜੇਸ਼ਨ ਦੇ ਪਿੱਛੇ ਕੰਮ ਕਰ ਰਿਹਾ। ਤੇ ਦੂਸਰਾ ਮੇਰਾ ਸਵਾਲ ਸੀਗਾ ਸਰ ਕਿ ਜਿਸ ਤਰ੍ਹਾਂ ਕਿਸੇ ਹੱਦ ਹਦੂਦ ਦੇ ਵਿੱਚ, ਨਗਰ ਕੌਂਸਲ ਦੀ ਹੱਦ ਦੇ ਵਿੱਚ ਅਵਾਰਾ ਪਸ਼ੂ ਜਾਣ ਦਾ ਕਾਰਨ ਬਣਦੇ ਨੇ, ਕੀ ਇਸ ਸਬੰਧੀ ਜਿਹੜੀ ਸਥਾਨਕ ਸਰਕਾਰ ਜਾਂ ਸਾਡੀ ਗਵਰਨਮੈਂਟ ਇਹਨਾਂ ਕਾਤਲਾਂ ਦੇ ਲਈ ਕਾਨੂੰਨ ਜ਼ਿੰਮੇਵਾਰ ਨਹੀਂ? ਕਿਸੇ ਦੀ ਜ਼ਿੰਮੇਵਾਰੀ ਕਾਨੂੰਨ ਫਿਕਸ ਨਹੀਂ ਹੁੰਦੀ? ਕੋਈ PIL ਵੀ ਇਸ ਤੇ ਕਈ ਪਈਆਂ ਹੋਈਆਂ ਨੇ ਜੀ। ਜ਼ਿੰਮੇਵਾਰੀਆਂ ਤਾਂ ਬਹੁਤ ਫਿਕਸ ਹੁੰਦੀਆਂ ਨੇ, ਪਰ ਜ਼ਿੰਮੇਵਾਰ ਕੋਈ ਹੋਵੇ ਤੇ ਤਾਂ, ਜਦੋਂ ਜ਼ਿੰਮੇਵਾਰੀ ਕੋਈ ਨਹੀਂ ਤੇ ਜ਼ਿੰਮੇਵਾਰੀਆਂ ਕਾਹਦੀਆਂ ਨੇ? ਇਹ ਗੱਲ ਤੁਹਾਡੀ ਠੀਕ ਹੈ ਕਿ ਕੁੱਤਿਆਂ ਤੇ ਦੂਸਰੇ ਜਾਨਵਰਾਂ ਦੇ ਮਾਮਲੇ ਵਿੱਚ ਵੀ ਮਾਫੀਆ ਕੰਮ ਕਰਦਾ। ਉਸ ਮਾਫੀਆ ਨਾਲ ਮੇਨਕਾ ਗਾਂਧੀ ਦਾ ਸਿੱਧਾ ਸੰਬੰਧ ਹੈ ਕਿ ਨਹੀਂ ਹੈ ਇਹ ਤਾਂ ਪਤਾ ਨਹੀਂ, ਪਰ ਉਸ ਮਾਫੀਆ ਦੀ ਜਦੋਂ ਵੀ ਚਰਚਾ ਚੱਲਦੀ ਹੈ ਮੇਨਕਾ ਗਾਂਧੀ ਦਾ ਕਿਸੇ ਨਾ ਕਿਸੇ ਰੂਪ ਵਿੱਚ ਨਾਂ ਆ ਜਾਂਦਾ। ਹੁਣ ਮੇਨਕਾ ਗਾਂਧੀ ਤੋਂ ਇਹ ਸਵਾਲ ਜਦੋਂ ਹਿਮਾਚਲ ਪ੍ਰਦੇਸ਼ ਦੇ ਬਾਂਦਰਾਂ ਦਾ ਪੁੱਛਿਆ ਗਿਆ ਕਿ ਉਹਨਾਂ ਦੀ ਗਿਣਤੀ ਵੱਧਦੀ ਜਾਂਦੀ ਹੈ ਤੇ ਲੋਕਾਂ ਦਾ ਜੀਣਾ ਹਰਾਮ ਹੋਈ ਜਾਂਦਾ, ਤੇ ਉਹਨੇ ਆਖਿਆ ਜੀ ਫੈਸਲਾ ਹੋਇਆ ਸੀ ਕਿ ਇਹਨਾਂ ਦੀ ਸਟੈਰਲਾਈਜੇਸ਼ਨ ਕਰ ਦਿਓ। ਸਟੈਰਲਾਈਜੇਸ਼ਨ ਵਾਸਤੇ ਪੈਸੇ ਦਿੱਤੇ ਗਏ, ਉਹ ਵਾਰ ਵਾਰ ਪੈਸੇ ਲੈ ਗਏ, ਸਟੈਰਲਾਈਜੇਸ਼ਨ ਕੀਤੀ ਨਹੀਂ। ਜਿੰਨੇ ਉੱਥੇ ਹਿਮਾਚਲ ਚ ਬਾਂਦਰ ਨਹੀਂ ਉਹਦੇ ਤੋਂ ਵੱਧ ਦੀ ਉਹ ਸਟੈਰਲਾਈਜੇਸ਼ਨ ਕਰ ਚੁੱਕੇ ਆ ਤੇ ਬਾਂਦਰ ਫਿਰ ਪੈਦਾ ਹੋਈ ਜਾ ਰਹੇ ਤੇ ਅਸੀਂ ਕੀ ਕਰੀਏ? ਜੇ ਉਹ ਕਹਿੰਦੀ ਅਸੀਂ ਕੀ ਕਰੀਏ ਤੇ ਕੇਂਦਰ ਸਰਕਾਰ ਦਾ ਮਹਿਕਮਾ ਜੇ ਉਹ ਕੁਛ ਨਹੀਂ ਕਰ ਸਕਦਾ ਤੇ ਕਰੇਗਾ ਕੌਣ? ਇਹ ਮੰਨ ਲਿਆ ਉਹਨੇ ਕਿ ਉਹਨੇ ਬਾਂਦਰ ਨੇ ਜਿੰਨੇ ਬਾਂਦਰਾਂ ਦੀ ਸਟੈਰਲਾਈਜੇਸ਼ਨ ਕੀਤੀ ਜਾ ਚੁੱਕੀ ਹੈ। ਪਰ ਇਹ ਇਹ ਸਿਰਫ ਇਹਨਾਂ ਦਾ ਹੀ ਨਹੀਂ, ਰਾਜਸਥਾਨ ਦੇ ਵਿੱਚ ਕੇਸ ਫੜਿਆ ਗਿਆ ਸੀ ਕਿ ਇੱਕ ਪਿੰਡ ਦੇ ਵਿੱਚ ਜਿੰਨੇ ਲੋਕਾਂ ਦੇ ਬੰਦਿਆਂ ਦੇ ਤੇ ਔਰਤਾਂ ਦੇ ਸਟੈਰਲਾਈਜੇਸ਼ਨ ਦੇ ਆਪਰੇਸ਼ਨ ਕੀਤੇ ਗਏ ਨੇ ਜੀ, ਉਹਨੇ ਤਾਂ ਬੰਦੇ ਹੀ ਉੱਥੇ ਹੈ ਨੀ, ਪਰ ਉਹ ਕੀਤੀ ਇਸ ਕਰਕੇ ਗਿਆ ਕਿ ਸਰਕਾਰ ਨੇ ਆਖਿਆ ਸੀ ਹਰ ਆਪਰੇਸ਼ਨ ਦੇ ਨਾਲ ਡਾਕਟਰ ਨੂੰ ਇੰਨੇ ਪੈਸੇ ਮਿਲਣਗੇ, ਮਰੀਜ਼ ਨੂੰ ਇੰਨੇ ਪੈਸੇ ਮਿਲਣਗੇ, ਕੰਬਲ ਮਿਲੇਗਾ ਤੇ ਭਾਂਡੇ ਮਿਲਣਗੇ। ਕਾਗਜ਼ਾਂ ਵਿੱਚ ਮਰੀਜ਼ ਪਾ ਕੇ ਉਹਨਾਂ ਦੇ ਪੈਸੇ ਡਾਕਟਰਾਂ ਨੇ ਲੈ ਲਏ, ਉਹਨਾਂ ਦੇ ਕੰਬਲ ਵੀ ਡਾਕਟਰਾਂ ਨੇ ਆ ਕੇ ਵੰਡ ਲਏ ਤੇ ਉਹਨਾਂ ਦੇ ਭਾਂਡੇ ਵੀ ਸੰਭਾਲ ਲਏ ਤੇ ਸਰਕਾਰ ਨੂੰ ਪਤਾ ਹੀ ਨਹੀਂ ਸੀ। ਇਸ ਤਰ੍ਹਾਂ ਦਾ ਕੰਮ ਹਿੰਦੁਸਤਾਨ ਚ ਸਭ ਕੁਝ ਸੱਚ ਹੈ ਜੀ। ਅਮਾਚੀ ਮੁੰਬਈ ਮਰਾਠਿਆਂ ਦਾ BMC ਦੇ ਵਿੱਚ, ਬੰਬੇ ਕਾਰਪੋਰੇਸ਼ਨ ਦੇ ਵਿੱਚ 5 ਕਰੋੜ ਦਾ ਘੁਟਾਲਾ ਹੋਇਆ ਸੀ ਅਵਾਰਾ ਕੁੱਤਿਆਂ ਨੂੰ ਸਟਰਲਾਈਜ਼ ਖੱਸੀ ਕਰਨ ਦਾ। ਸੋ ਇਸਦਾ ਪੰਨੂ ਸਾਹਿਬ ਇੱਕ ਬਿਹਤਰ ਜ਼ਰੀਆ ਇਹ ਬਣਦਾ ਕਿ ਜੇ ਸਰਕਾਰੀ ਦਰਬਾਰੇ ਗੱਲ ਪਹੁੰਚਦੀ ਤਾਂ ਨਹੀਂ। ਮੈਂ ਕੋਸ਼ਿਸ਼ ਕਰੀ ਸੀ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਦੀ ਸਾਈਟ ਤੇ ਲਿਖਤਾ ਸੀਗਾ ਉਹਨਾਂ ਦੀ ਫੇਸਬੁੱਕ ਤੇ ਕਿ ਜੇ ਕੁੱਤਿਆਂ ਦੇ ਨਾਲੋਂ ਕੁੱਤਿਆਂ ਨੂੰ ਨਲਬੰਦੀ ਕੀਤੀ ਜਾਵੇ, ਕੁੱਤਿਆਂ ਨੂੰ ਸਟਰਲਾਈਜ਼ ਕੀਤਾ ਜਾਵੇ, ਕਿਉਂਕਿ 30-35% ਤੋਂ ਜ਼ਿਆਦਾ ਤਾਦਾਦ ਕੁੱਤਿਆਂ ਦੀ ਨਹੀਂ ਹੈ, ਤਾਂ ਇਹ ਜਿਹੜਾ ਕੁੱਤਿਆਂ ਦੀ ਜਿਹੜੀ ਤਾਦਾਦ ਹੈ ਘੱਟ ਸਕਦੀ ਹੈ। ਪ੍ਰੋਜੈਕਟ ਰੇਟ ਬਰਾਬਰ ਨੇ ਜੋ ਮੈਂ ਸਟੱਡੀ ਕੀਤਾ ਸੀਗਾ ਨਲਬੰਦੀ ਤੇ ਨਸਬੰਦੀ ਦੇ। ਪਰ ਜੇ ਕੁੱਤੇ ਨੂੰ ਇੱਕ ਨੂੰ ਜਿਹੜਾ ਸਟਰਲਾਈਜ਼ ਕੀਤਾ ਜਾਂਦਾ ਤਾਂ ਉਸ ਦੇ ਨਾਲ ਉਹ ਕੀ ਗਰੰਟੀ ਹੈ ਕਿ ਉਹ ਦੁਬਾਰਾ ਮੀਟਿੰਗ ਨਹੀਂ ਹੋਏਗੀ? ਬਿਹਤਰ ਜ਼ਰੀਆ ਇੱਕੋ ਹੀ ਹੈ ਕਿ ਇਹ ਜਿਹੜਾ ਇਸ ਨੂੰ ਕੁੱਤਿਆਂ ਦੀ ਨਲਬੰਦੀ ਕੀਤੀ ਜਾਵੇ, ਪਰ ਕਿਤੇ ਵੀ ਅਵਾਰਾ ਕੁੱਤਿਆਂ ਲਈ ਕਿਤੇ ਵੀ ਕੁੱਤਾਸ਼ਾਲਾ ਵੀ ਨਹੀਂ ਬਣੀ ਇੰਡੀਆ ਚ। ਇਹ ਇੱਕ ਗੰਭੀਰ ਮਸਲਾ, ਕੋਈ ਨੀ, ਗਊਸ਼ਾਲਾ ਤੇ ਬਣੀਆਂ ਨਾ, ਗਊਸ਼ਾਲਾ ਦੇ ਬਾਵਜੂਦ ਅਵਾਰਾ ਗਾਵਾਂ ਫਿਰਦੀਆਂ ਨੇ। ਜਸਟਿਸ ਕਾਰਡ ਜੋ ਕਹਿੰਦਾ ਜਿਹਨੇ ਉਹਨਾਂ ਨੂੰ ਮਾਂ ਬਣਾਉਣਾ ਬਣਾ ਲਏ, ਮੈਂ ਤੇ ਬਣਾਉਂਦਾ ਨੀ ਜੀ। ਇਹ ਮਸਲਾ ਬਹੁਤ ਵੱਡਾ ਜਿਹੜਾ ਐਡੀ ਛੇਤੀ ਹੱਲ ਹੋਣ ਵਾਲਾ ਨੀ ਜੀ। ਤੇ ਇਸ ਦੇ ਨਾਲ ਜੰਮੂ ਦਾ ਮਸਲਾ ਵੀ ਪੰਨੂ ਸਾਹਿਬ ਬਹੁਤ ਵੱਡਾ ਹੋ ਗਿਆ। ਜੰਮੂ ਕਸ਼ਮੀਰ ਸ਼ਾਂਤ ਨਹੀਂ ਹੋ ਰਿਹਾ, ਬਰਫਾਂ ਵੀ ਪੈਣ ਲੱਗ ਗਈਆਂ ਹੁਣ ਤੇ। ਜਦੋਂ ਬਰਫਾਂ ਪੈਂਦੀਆਂ ਨੇ ਉਹਨਾਂ ਦਿਨਾਂ ਦੇ ਵਿੱਚ ਇੱਕਦਮ ਅੱਤਵਾਦੀਆਂ ਦੇ ਟੋਲੇ ਇੱਧਰ ਲੰਘਦੇ ਆ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਬਾਅਦ ਚ ਲੰਘੇ ਬੰਦ ਹੋ ਜਾਣੇ ਆ
ਇਸ ਵੇਲੇ ਤਾਜ਼ੀ ਤਾਜ਼ੀ ਬਰਫ਼ ਪੈਂਦੀ ਵੇਖ ਕੇ ਬੀ ਐਸ ਐਫ ਤੇ ਬਾਕੀ ਫੋਰਸਾਂ ਵਾਲੇ ਆਪੋ ਆਪਣੇ ਪ੍ਰਬੰਧ ਕਰਨ ਰੁੱਝ ਜਾਂਦੇ ਆ ਤੇ ਸਾਡੇ ਨਿਕਲਣ ਦਾ ਸੌਖਾ ਕੰਮ ਹੈ। ਉਹਨਾਂ ਨੂੰ ਲੰਘਾਉਣ ਵਾਸਤੇ ਪਾਕਿਸਤਾਨ ਦੀ ਜਿਹੜੀ ਉਧਰੋਂ ਫੋਰਸ ਲੱਗੀ ਆ ਉਹ ਬਾਰਡਰ ਦੇ ਉੱਤੇ ਗੋਲੀ ਚਲਾਉਂਦੀ ਆ। ਹੁਣ ਕੱਲ ਦੀ ਫਿਰ ਗੋਲੀ ਚੱਲਦੀ ਪਈ ਆ, ਉਹ ਲਗਾਤਾਰ ਇੱਧਰ ਗੋਲੀ ਚਲਾਈ ਜਾਂਦੇ ਸੀ, ਚਲਾਉਣੋਂ ਨਹੀਂ ਸੀ ਹਟਦੇ। ਇਹ ਇਸ ਵਾਰੀ ਜਿਹੜੀ ਇੱਧਰਲੀ ਫੋਰਸ ਆ ਉਹਨਾਂ ਨੇ ਵੀ ਵਾਹਵਾ ਚੰਗੀ ਅਗਲੇ ਪਾਸਿਓਂ ਤਾਬੜ ਤੋੜ ਫਾਇਰਿੰਗ ਕੀਤੀ ਆ। ਉਹਨਾਂ ਦੀ ਫਾਇਰਿੰਗ ਵਿਚ ਜਦੋਂ ਇਧਰ ਬੀ ਐਸ ਐਫ ਦਾ ਇੱਕ ਜਵਾਨ ਜ਼ਖਮੀ ਹੋ ਗਿਆ, ਇਹਨਾਂ ਫਿਰ ਸਾਹਮਣੇ ਜਿੰਨੇ ਕੁ ਦਿਸਦੇ ਸੀ ਉਹਨਾਂ ਚੋਂ ਪਹਿਲਾਂ ਪਤਾ ਲੱਗਾ ਇੱਕ ਮਰਿਆ, ਫਿਰ ਪਤਾ ਲੱਗਾ ਦੋ ਮਰੇ, ਫਿਰ ਪਤਾ ਲੱਗਾ ਤਿੰਨ ਮਾਰ ਦਿੱਤੇ ਆ। ਹੁਣ ਇੱਕ ਮਰਿਆ, ਦੋ ਮਰਿਆ, ਤਿੰਨ ਮਰੇ, ਮਰੇ ਤਾਂ ਬੰਦੇ ਹੀ ਆ, ਸਾਨੂੰ ਤਾਂ ਉਧਰਲੇ ਮਰਿਆਂ ਦਾ ਵੀ ਅਫਸੋਸ ਹੈ, ਪਰ ਉਧਰ ਸਰਕਾਰ ਇਹੋ ਜਿਹੀ ਆ ਜਿਨ੍ਹਾਂ ਨੂੰ ਨਾ ਆਪਣੇ ਦਾ ਨਾ ਪਰਾਏ ਦਾ ਕਿਸੇ ਦਾ ਕੋਈ ਅਫਸੋਸ ਹੀ ਨਹੀਂ, ਉਹ ਵੱਖਰੀ ਕਿਸਮ ਦੇ ਮਾਹੌਲ ਵਿਚ ਰਹਿੰਦੇ ਨੇ। ਅਸੀਂ ਉਹ ਆ ਜਿਹੜੇ ਸਰਬੱਤ ਦਾ ਭਲਾ ਮੰਗਦੇ ਆ ਆਪਣਿਆਂ ਦਾ ਵੀ ਤੇ ਪਰਾਇਆਂ ਦਾ ਵੀ, ਉਹਨਾਂ ਨੂੰ ਇਹਦੀ ਚਿੰਤਾ ਹੈ ਨੀ, ਇਸ ਕਰਕੇ ਉਹ ਮੁੜ ਮੁੜ ਕੇ ਇਹੋ ਜਿਹੀਆਂ ਚੁਵਾਤੀਆਂ ਲਾਉਂਦੇ ਆ ਤੇ ਲਗਾਤਾਰ ਕੁਛ ਨਾ ਕੁਛ ਹੁੰਦਾ ਰਹਿੰਦਾ। ਮਾੜੀ ਗੱਲ ਇਹ ਹੈ ਕਿ ਇਸ ਵੇਲੇ ਫਿਰ ਬਾਰਡਰ ਦੇ ਉੱਤੇ ਅੱਗ ਵਧਦੀ ਪਈ ਹੈ। ਪਿਛਲੇ ਦਿਨ ਹਿਜਬੁਲ ਮੁਜਾਹਦੀਨ ਨੇ ਇੱਕ ਨਵਾਂ ਹੀ ਤਰ੍ਹਾਂ ਦਾ ਬਿਆਨ ਦਿੱਤਾ ਸੀ ਕਿ ਅਸੀਂ ਸਿੱਖਾਂ ਦਾ ਵੀ ਇੱਕ ਵੱਖਰਾ ਗਰੁੱਪ ਤਿਆਰ ਕਰ ਰਹੇ ਹਾਂ। ਇਹ ਬੜਾ ਫਜ਼ੂਲ ਜਿਹਾ ਬਿਆਨ ਹੈ। ਉਦਾਂ ਤੇ ਪਾਕਿਸਤਾਨ ਦੇ ਵਿੱਚੋਂ ਕਿਸੇ ਨੇ ਇਹ ਵੀ ਸ਼ੁਰਲੀ ਛੱਡ ਦਿੱਤੀ ਹੈ ਕਿ ਭਾਰਤੀ ਫੌਜ ਦਾ ਇੱਕ ਜਵਾਨ ਜੀ ਇਸ ਕਰਕੇ ਖੁਦਕੁਸ਼ੀ ਕਰ ਗਿਆ ਕਿ ਉਹਨੂੰ ਆਖਿਆ ਸੀ ਪਾਕਿਸਤਾਨ ਦੇ ਵਿੱਚ ਸਰਜੀਕਲ ਸਟ੍ਰਾਈਕ ਵਾਸਤੇ ਜਾਣਾ ਤੇ ਉਹਨੇ ਆਖਿਆ ਮੈਂ ਨਹੀਂ ਜਾਣਾ। ਸੱਚੀ ਗੱਲ ਇਹ ਹੈ ਕਿ ਭਾਰਤ ਦੇ ਕਿਸੇ ਵੀ ਜਵਾਨ ਨੇ ਕੋਈ ਖੁਦਕੁਸ਼ੀ ਨਹੀਂ ਕੀਤੀ, ਉਹ ਕਹਿੰਦੇ ਸਿੱਖ ਜਵਾਨ ਸੀ। ਇਸ ਤਰ੍ਹਾਂ ਦੀ ਕਿਸੇ ਸੁੱਖ ਦੀ ਸਿੱਖ ਦੀ ਖੁਦਕੁਸ਼ੀ ਦੀ ਖ਼ਬਰ ਪਿਛਲੇ ਤਿੰਨ ਚਾਰ ਮਹੀਨਿਆਂ ਚ ਇਹੋ ਜਿਹੀ ਕੋਈ ਨਹੀਂ ਆਈ, ਤੇ ਸਰਜੀਕਲ ਸਟ੍ਰਾਈਕ ਤੋਂ ਬਾਅਦ ਤੇ ਬਿਲਕੁਲ ਨਹੀਂ ਆਈ, ਤੇ ਪਾਕਿਸਤਾਨ ਵਾਲਿਆਂ ਨੇ ਉੱਕਾ ਪੁੱਕਾ ਲਿਖ ਦਿੱਤਾ ਇੱਕ ਐਸ ਨਾਂ ਦਾ ਸਿੱਖ ਹੈ, ਨਾ ਉਹਦੀ ਯੂਨਿਟ ਲਿਖੀ, ਨਾ ਉਹਦਾ ਇਲਾਕਾ ਲਿਖਿਆ, ਨਾ ਉਹਦਾ ਪਿੰਡ ਲਿਖਿਆ, ਕੱਖ ਵੀ ਨਹੀਂ ਲਿਖਿਆ, ਝੂਠੇ ਝੂਠੇ ਇੱਦਾਂ ਦੀ ਕਹਾਣੀ ਪਾਤੀ। ਹੁਣ ਉਹ ਹਿਜਬੁਲ ਮੁਜਾਹਿਦੀਨ ਵਾਲੇ ਕਹਿੰਦੇ ਨੇ ਕਿ ਸਾਡੇ ਵਿੱਚ ਸਿੱਖ ਸ਼ਾਮਿਲ ਹੋ ਰਿਹਾ। ਜੰਮੂ ਕਸ਼ਮੀਰ ਦੇ ਵਿੱਚ ਜੇ ਸਿੱਖ ਤੁਰਿਆ ਜਾਂਦਾ ਹੋਵੇ ਤੇ ਉਹਨੂੰ ਅਮਨ ਦੀ ਗਰੰਟੀ ਸਮਝਿਆ ਜਾਂਦਾ, ਕਿਉਂਕਿ ਨਾ ਉਹ ਕਿਸੇ ਕਿਸਮ ਦੀ ਸਰਕਾਰੀ ਫੌਜ ਦੇ ਨਾਲ ਮੇਲ ਰੱਖਦਾ, ਨਾ ਕਿਸੇ ਕਿਸਮ ਦੀ ਬਾਹਰੋਂ ਆਏ ਅੱਤਵਾਦੀਆਂ ਦੀ ਕਿਸੇ ਧਾਰ ਨਾਲ ਮੇਲ ਰੱਖਦਾ। ਜੰਮੂ ਕਸ਼ਮੀਰ ਦੇ ਵਿੱਚ ਸਿੱਖਾਂ ਨੂੰ ਸਭ ਤੋਂ ਵੱਧ ਅਮਨ ਪਸੰਦ ਗਿਣਿਆ ਜਾਂਦਾ ਤੇ ਨਿਰਪੱਖ ਗਿਣਿਆ ਜਾਂਦਾ। ਉਹ ਆਪਣਾ ਕੰਮ ਕਰਦੇ ਆ, ਰੋਟੀ ਕਮਾਉਂਦੇ, ਖਾਂਦੇ, ਆਪਣੇ ਧਰਮ ਦੀ ਪੂਜਾ ਕਰਦੇ ਆ। ਜੇ ਸਿੱਖ ਧਰਮ ਬਾਰੇ ਕੋਈ ਗੱਲ ਹੋਵੇ ਤੇ ਫਿਰ ਗੁੱਸੇ ਚ ਆਉਂਦੇ ਨੇ ਤੇ ਨਹੀਂ ਆਉਂਦੇ। ਇਹਨਾਂ ਹਿਜਬੁਲ ਮੁਜਾਹਿਦੀਨ ਵਾਲਿਆਂ ਨੇ ਕਹਿਤਾ ਕਿ ਸਾਡੇ ਸ਼ਾਮਿਲ ਹੋ ਗਏ, ਇਹਨਾਂ ਚ ਕੋਈ ਸਿੱਖ ਸ਼ਾਮਿਲ ਹੋਣ ਵਾਲਾ ਹੈ ਨਹੀਂ। ਹਾਂ, ਕੋਈ ਇਹੋ ਜਿਹਾ ਇੱਕ ਅੱਧਾ ਹੋਵੇ ਜਿਹੜਾ ਕਿਸੇ ਵਕਤ ਨਸ਼ਾ ਲਈ ਜਾਂਦਾ ਫੜਿਆ ਗਿਆ ਹੋਵੇ ਜਾਂ ਕੋਈ ਹੋਰ ਕੇਸ ਹੋਵੇ ਉਹਦੇ ਵਿੱਚ ਪੁਲਿਸ ਤੋਂ ਭਗੌੜਾ ਹੋਇਆ ਹੋਵੇ, ਇਹਨਾਂ ਦੀ ਸ਼ਰਨ ਚਲਾ ਗਿਆ ਤੇ ਇਹਨਾਂ ਨੇ ਆਪਣੇ ਨਾਲ ਜੋੜ ਲਿਆ, ਜਾਂ ਇਹ ਵੀ ਹੋ ਸਕਦਾ ਕਿ ਆਪਣੇ ਕਿਸੇ ਨੂੰ ਸਿੱਖ ਬਣਾ ਕੇ ਪੇਸ਼ ਕਰ ਰਹੇ ਹੋਣ, ਜਾਂ ਪਾਕਿਸਤਾਨੀ ਸਿੱਖਾਂ ਵਿੱਚੋਂ ਕੋਈ ਜੇ ਲਿਆਉਣਾ ਚਾਹੁਣ ਤੇ ਉੱਥੋਂ ਵਾਲੇ, ਉਹ ਤਾਂ ਇੱਕ ਕਿਸਮ ਦੇ ਇਹਨਾਂ ਦੇ ਕੈਦੀ ਨੇ, ਹਾਲਾਤ ਵਿੱਚ ਫਸੇ ਹੋਏ ਨੇ, ਉਹਨਾਂ ਨੂੰ ਜਦੋਂ ਮਰਜ਼ੀ ਲਿਆ ਸਕਦੇ ਆ ਭਾਰਤ ਦੇ ਖਿਲਾਫ਼ ਲੜਨ ਵਾਸਤੇ, ਉਹ ਵੀ ਹੋ ਸਕਦਾ, ਪਰ ਉਦਾਂ ਸਿੱਖ ਉੱਥੇ ਨਹੀਂ ਜਾ ਰਹੇ। ਇੱਕ ਪੋਸੀਬਿਲਟੀ ਛੋਟੀ ਜਿਹੀ ਹੈਗੀ ਆ, ਉਹ ਇਹ ਕਿ ਚਾਰ ਪੰਜ ਸਾਲ ਪਹਿਲਾਂ ਉੱਥੇ ਅਮਰੀਕਾ ਵਿੱਚ ਤਿੰਨ ਮੁੰਡੇ ਫੜੇ ਗਏ ਸਨ ਜਿਹੜੇ ਪਾਕਿਸਤਾਨ ਤੋਂ ਹੋ ਕੇ ਆਏ ਸੀ ਤੇ ਬੜੇ ਵੱਡੇ ਟੈਰਰਿਸਟ ਦੀ ਵਾਰਦਾਤ ਕਰਨ ਤੋਂ ਪਹਿਲਾਂ ਫੜੇ ਗਏ। ਉਹਨਾਂ ਬੱਚਿਆਂ ਦੇ ਮਾਂ ਬਾਪ ਆਏ, ਉਹਨਾਂ ਨੇ ਆਖਿਆ ਕਿ ਸਾਡੇ ਮੁੰਡਿਆਂ ਨੂੰ ਕਿਉਂ ਫੜਿਆ, ਉੱਥੋਂ ਦੀ ਅਮਰੀਕਾ ਦੀ ਪੁਲਿਸ ਨੇ ਆਖਿਆ ਕਿ ਇਹ ਇਸਲਾਮੀ ਟੈਰਰਿਸਟ ਨੇ। ਮਾਂ ਬਾਪ ਨੇ ਆਖਿਆ ਕਿ ਯੁੱਗਾਂ ਤੋਂ ਲੈ ਕੇ ਸਾਡਾ ਖਾਨਦਾਨ ਕ੍ਰਿਸਚਨ ਹੈ, ਅਸੀਂ ਅਮਰੀਕੀ ਆ, ਇਹ ਸਾਡੇ ਬੱਚੇ ਆ, ਇਸਲਾਮਿਕ ਕਿੱਦਾਂ ਹੋ ਗਿਆ, ਕਹਿੰਦੇ ਜੀ ਤੁਸੀਂ ਗੱਲ ਕਰ ਲਓ। ਮਾਂ ਬਾਪ ਉਹਨਾਂ ਕੋਲ ਗਿਆ ਤੇ ਉਹਨਾਂ ਨੇ ਮੁੰਡਿਆਂ ਨੇ ਆਖਿਆ ਤੁਸੀਂ ਸਾਡੇ ਲੱਗਦੇ ਕੀ ਜੇ, ਅਸੀਂ ਤਾਂ ਇਸਲਾਮ ਗ੍ਰਹਿਣ ਕਰ ਲਿਆ, ਅਸੀਂ ਜਦੋਂ ਪਾਕਿਸਤਾਨ ਘੁੰਮਣ ਗਏ ਸੀ ਉੱਥੋਂ ਅਸੀਂ ਟ੍ਰੇਨਿੰਗ ਲਈ ਆ ਤੇ ਵਾਪਸ ਆ ਕੇ ਅਸੀਂ ਉਹਨਾਂ ਨਾਲ ਮਿਲ ਚੁੱਕੇ ਹਾਂ। ਇੱਦਾਂ ਦੀ ਇੱਕ ਅੱਧੀ ਘਟਨਾ ਜਰਮਨੀ ਚ ਹੋਈ ਸੀ, ਇੱਦਾਂ ਦੀਆਂ ਇੱਕ ਦੋ ਘਟਨਾਵਾਂ ਇੰਗਲੈਂਡ ਵਿੱਚ ਵੀ ਸਾਹਮਣੇ ਆਈਆਂ ਸੀ। ਕੋਈ ਮੁੰਡਾ ਇਸ ਤਰ੍ਹਾਂ ਦਾ ਉਹਨਾਂ ਨੇ ਵਰਗਲਾ ਕੇ ਆਪਣੇ ਨਾਲ ਜੋੜ ਲਿਆ ਹੋਵੇ, ਕੋਈ ਉਹਨਾਂ ਨਾਲ ਇਸ ਤਰ੍ਹਾਂ ਤੁਰ ਪਿਆ ਹੋਵੇ ਤੇ ਵੱਖਰੀ ਗੱਲ ਆ। ਸਿੱਖ ਉਹਨਾਂ ਨਾਲ ਬਿਲਕੁਲ ਨਾ ਮਿਲੇ ਆ, ਨਾ ਮਿਲਣੇ ਆ, ਇਹ ਝੂਠਾ ਪ੍ਰਚਾਰ ਆ। ਕਸ਼ਮੀਰ ਘਾਟੀ ਦੇ ਸਿੱਖਾਂ ਨੂੰ ਬੁਰੇ ਬਣਾਉਣ ਵਾਸਤੇ, ਉੱਥੇ ਟਕਰਾਅ ਦੇ ਵਿੱਚ ਵਧੋ ਵਧੀ ਖਿੱਚਣ ਵਾਸਤੇ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਕਰਦੇ ਨੇ। ਉੱਦਾਂ ਜੰਮੂ ਕਸ਼ਮੀਰ ਦੇ ਵਿੱਚ ਸਿੱਖ ਤੁਰਿਆ ਜਾਂਦਾ ਹੋਵੇ ਤੇ ਕੱਲਾ ਸਿੱਖ ਵੀ ਹੋਵੇ ਤੇ ਉਹ ਸਿੱਖ ਨੇ ਅਮਨ ਦਾ ਝੰਡਾ ਬਰਦਾਰ ਗਿਣਿਆ ਜਾਂਦਾ। ਜੀ, ਸਰਜੀਕਲ ਆਪਰੇਸ਼ਨ ਫਿਲਮਾਂ ਲਈ ਬੜਾ ਮਸ਼ਹੂਰ ਹੋ ਗਿਆ ਜੀ। ਬਾਜੀ ਮਾਰ ਗਿਆ ਬਠਿੰਡੇ ਵਾਲਾ ਭੋਲਾ ਤਾਂ ਨੀ ਕਹਾਂਗੇ, ਡੇਰਾ ਸਿਰਸਾ ਦਾ ਮੁਖੀ ਰਾਮ ਰਹੀਮ ਕਹਿੰਦਾ ਮੈਂ ਸਰਜੀਕਲ ਆਪਰੇਸ਼ਨ ਤੇ ਫਿਲਮ ਬਣਾਉਣੀ ਆ ਜੀ। ਬੜਾ ਡਰਾਮੇ ਬਾਜਾ, ਇਹ ਧਾਰਮਿਕ ਆਗੂ ਹੋ ਕੇ ਡੇਰੇ ਦਾ ਮੁਖੀ ਹੋ ਕੇ ਵੀ ਜਿੱਦਾਂ ਦੀ ਤਮਾਸ਼ਬੀਨੀ ਕਰਦਾ ਪਿਆ, ਬੜੀ ਭੈੜੀ ਲੱਗਦੀ। ਜੀ ਜੀ ਜੀ, ਜੱਟ ਸਾ ਅੱਗੇ ਚੜਿਆ ਮਾਰ ਨਹੀਂ ਹੁੰਦਾ ਪੰਨੂ ਸਾਹਿਬ, ਹੁਣ ਤਾਂ ਸੁੱਖ ਨਾਲ ਬਹੁਤ ਖੁਸ਼ ਹੈ। ਹਾਂ, ਇਹ ਤਾਂ ਹੈ ਹੀ ਆ, ਪਰ ਹੁਣ ਉਹ ਜਿੱਦਾਂ ਦੀ ਡਰਾਮੇਬਾਜੀ ਕਰਦਾ ਪਿਆ ਉਹਦੇ ਸੇਵਕਾਂ ਨੂੰ ਉਹ ਵੀ ਚੰਗੀ ਲੱਗਦੀ ਹੈ। ਉਹ ਹਰ ਦਲ ਚ ਕਹਿੰਦੇ ਬਾਬਾ ਜੀ ਭਗਵਾਨ ਦਾ ਰੂਪ ਨੇ,
ਬਾਬਾ ਜੀ ਦੇ ਕੌਤਕ ਨੇ ਓਦਾਂ ਫਿਲਮਾਂ ਵਾਲਿਆਂ ਨੂੰ ਇਹ ਹੁਣ ਫਿਲਮਾਂ ਵਾਲਾ ਹੀ ਡੇਰੇ ਵਾਲਾ ਮੁਖੀ ਤਾਂ ਰਿਹਾ ਨੀ ਤੇ ਫਿਲਮਾਂ ਵਾਲਿਆਂ ਦੀ ਆਦਤ ਹੈ ਕਿ ਜੇ ਇੱਕ ਨਸ਼ੇ ਦਾ ਪਾਂਡੀ ਪਾਕਿਸਤਾਨ ਚ ਫੜਿਆ ਜਾਵੇ ਜੇਲ ਚ ਕੋਈ ਕੁੱਟ ਕੁੱਟ ਕੇ ਮਾਰ ਦੇਵੇ ਤੇ ਓਹਦੇ ਨਾਂ ਦੇ ਉੱਤੇ ਵੀ ਇੱਕ ਫਿਲਮ ਬਣ ਜਾਂਦੀ ਹੈ ਓਹਦੀ ਘਰਵਾਲੀ ਦਾ ਰੋਲ ਕਰਨ ਵਾਸਤੇ ਐਸ਼ਵਰਿਆ ਰਾਏ ਆ ਜਾਂਦੀ ਹੈ ਜੇ ਕੋਈ ਡਾਕੂ ਮਾਰਿਆ ਜਾਵੇ ਓਹਦੇ ਨਾਂ ਦੇ ਉੱਤੇ ਵੀ ਫਿਲਮ ਬਣ ਜਾਂਦੀ ਹੈ ਕੋਈ ਅੱਤਵਾਦੀ ਮਾਰਿਆ ਜਾਵੇ ਕੋਈ ਕਾਤਲ ਮਾਰਿਆ ਜਾਵੇ ਓਹਦੇ ਨਾਂ ਤੇ ਵੀ ਫਿਲਮ ਬਣ ਜਾਂਦੀ ਹੈ ਮੁੰਬਈ ਦੇ ਵਿਚ ਦਹਿਸ਼ਤਗਰਦ ਹਮਲਾ ਹੋਇਆ ਸੀ ਉਸ ਹਮਲੇ ਚ 166 ਲੋਕ ਮਾਰੇ ਗਏ ਸੀ ਸੱਤ ਦਿਨ ਲੜਾਈ ਚੱਲਦੀ ਰਹੀ ਜਦੋਂ ਸਾਰਾ ਕੁਝ ਸ਼ਾਂਤ ਹੋ ਗਿਆ ਤੇ ਫਿਰ ਮੁੱਖ ਮੰਤਰੀ ਮੌਕਾ ਵੇਖਣ ਆਇਆ ਤੇ ਓਹਦੇ ਨਾਲ ਕੌਣ ਆਏ ਸਨ ਮੁੱਖ ਮੰਤਰੀ ਹੁੰਦਾ ਸੀ ਵਿਲਾਸ ਰਾਓ ਦੇਸ਼ਮੁਖ ਓਹਦੇ ਨਾਲ ਓਹਦਾ ਪੁੱਤਰ ਆਇਆ ਰਤੇਸ਼ ਦੇਸ਼ਮੁਖ ਜਿਹੜਾ ਫਿਲਮਾਂ ਦਾ ਐਕਟਰ ਹੈ ਤੇ ਨਾਲ ਜਿਹੜਾ ਰਾਮ ਗੋਪਾਲ ਜੀ ਨੂੰ ਰਾਮੂ ਕਹਿੰਦੇ ਆ ਫਿਲਮਾਂ ਬਣਾਉਣ ਵਾਲਾ ਉਹ ਆ ਗਿਆ ਉਹ ਇੱਕ ਇੱਕ ਥਾਂ ਨੂੰ ਇਸ ਤਰ੍ਹਾਂ ਵੱਖੋ ਵੱਖਰਾ ਵੇਖਦੇ ਪਏ ਨੇ ਜਿਵੇਂ ਫਿਲਮ ਦਾ ਜੇ ਸੀਨ ਕ੍ਰੀਏਟ ਕਰਨਾ ਹੋਵੇ ਤੇ ਤਾਂ ਓਹਦੀ ਇਸ ਗੱਲ ਦੀ ਫਿਰ ਇੰਨੀ ਭੰਡੀ ਹੋਈ ਸੀ ਕਿ ਲੋਕ ਤਾਂ ਤਰ੍ਹਾਂ ਤਰ੍ਹਾਂ ਕਰਦੇ ਪਏ ਕਿ 166 ਬੰਦੇ ਮਾਰ ਦਿੱਤੇ ਅੱਤਵਾਦੀਆਂ ਨੇ ਜੀ ਤੇ ਤੁਸੀਂ ਇਹੋ ਜਿਹੇ ਮੌਕੇ ਨੂੰ ਵੀ ਫਿਲਮਾਂ ਵਾਸਤੇ ਕੈਸ਼ ਕਰਨਾ ਚਾਹੁੰਦੇ ਆ ਮੁੱਖ ਮੰਤਰੀ ਨੂੰ ਇਸ ਗੱਲ ਦੀ ਸ਼ਰਮ ਨਹੀਂ ਆਈ ਇਹਨੇ ਕੀ ਕੀਤਾ ਜੀ ਬਾਅਦ ਵਿੱਚ ਉਹ ਮੁੱਖ ਮੰਤਰੀ ਮਰ ਗਿਆ ਪਹਿਲਾਂ ਤਾਂ ਉਹਨੂੰ ਅਹੁਦਾ ਛੱਡਣਾ ਪਿਆ ਫਿਰ ਉਹਨੂੰ ਸੰਸਾਰ ਛੱਡਣਾ ਪਿਆ ਉਹਦੀ ਤੇ ਅਸੀਂ ਬਹੁਤੀ ਗੱਲ ਨਹੀਂ ਕਰਦੇ ਪਰ ਮੁੰਡਾ ਅਜੇ ਫਿਲਮਾਂ ਚ ਤੇ ਜਿਹੜੇ ਫਿਲਮ ਡਾਇਰੈਕਟਰ ਨੂੰ ਨਾਲ ਲੈ ਕੇ ਗਿਆ ਸੀ ਉਹ ਵੀ ਏਦਾਂ ਦੀਆਂ ਫਿਲਮਾਂ ਬਣਾਈ ਜਾਂਦਾ ਜਦੋਂ ਇਹ ਟ੍ਰੈਂਡ ਹੀ ਚੱਲ ਪਿਆ ਕਿ ਹਰ ਮੰਦੀ ਚੰਗੀ ਗੱਲ ਦੇ ਉੱਤੇ ਬਣਾ ਲਓ ਇੱਕ ਫਿਲਮ ਤੇ ਫਿਰ ਇਹ ਬਾਬਾ ਵੀ ਹੁਣ ਫਿਲਮਕਾਰ ਹੀ ਹੈ ਕੋਈ ਧਾਰਮਿਕ ਆਗੂ ਥੋੜਾ ਜਦੋਂ ਸਰਬਜੀਤ ਦਾ ਕੇਸ ਚੱਲ ਰਿਹਾ ਸੀ ਤਾਂ ਬਟਾਲੇ ਦਾ ਇੱਕ ਬਾਬਾ ਤਰਲੋਚਨ ਦਰਸ਼ਨ ਦਾਸ ਵੀ ਉਸ ਮੂਵਮੈਂਟ ਦੇ ਵਿੱਚ ਦਲਵੀਰ ਕੌਰ ਦੇ ਨਾਲ ਬਾਰਡਰ ਤੇ ਧਰਨੇ ਲਾਉਂਦਾ ਰਿਹਾ ਪਿਛਲੇ ਦਿਨੀ ਬਟਾਲਾ ਦੇ ਵਿੱਚ ਖੀਰ ਉਸਨੇ ਵੀ ਵੇਚੀ ਹੈ 300 ਰੁਪਏ ਦੀ ਕੌਲੀ ਤੇ 100 ਰੁਪਏ ਦੀ ਕੌਲੀ 300 ਦੀ ਤਾਂ ਜਵਾਨ ਵੇਚੀ ਸੀ ਪੰਨੂ ਸਾਹਿਬ ਲੱਖਾਂ ਦੀ ਤਾਦਾਦ ਚ ਲੋਕ ਆਏ ਪੰਜਾਬੀਅਤ ਕਿੱਥੇ ਖੜੀ ਹੈ ਕਿਉਂ ਇਸ ਤਰ੍ਹਾਂ ਦੇ ਪਖੰਡ ਪਿੱਛੇ ਜਾਂਦੀ ਹੈ ਪਤਾ ਗੱਲ ਕੀ ਹੈ ਲੋਕਾਂ ਦੇ ਮਨ ਚ ਇੱਕ ਤਾਂ ਪਰਿਵਾਰਾਂ ਦੀਆਂ ਕਮੀਆਂ ਕਮਜ਼ੋਰੀਆਂ ਆਰਥਿਕ ਪੱਖ ਤੋਂ ਵੀ ਹੋਰ ਪੱਖਾਂ ਤੋਂ ਵੀ ਮਜਬੂਰੀਆਂ ਵੀ ਨੇ ਉਹਨਾਂ ਦਾ ਕਰਕੇ ਉਹ ਘਾਬਰੇ ਪਏ ਨੇ ਤੁਰਿਆ ਜਾਂਦੇ ਆ ਕੋਈ ਕਿੱਕਰ ਦੇ ਉੱਤੇ ਹਰੇ ਰੰਗ ਦੀ ਟਾਕੀ ਟੰਗ ਜਾਵੇ ਲੋਕੀ ਉਹਨੂੰ ਵੀ ਮੱਥਾ ਟੇਕੀ ਜਾਂਦੇ ਆ ਕੋਈ ਕਿਸੇ ਰੁੱਖ ਦੇ ਨਾਲ ਇੱਕ ਪਲੇਟ ਬੰਨ ਕੇ ਲਿਖ ਦੇਵੇ ਕਿ ਜਿਹੜਾ ਇੱਥੇ ਖਲੋ ਕੇ ਇੱਕ ਪਲੇਟ ਚੜਾਵੇਗਾ ਉਹਦੇ ਸਾਰੇ ਦੁੱਖ ਦੂਰ ਹੋ ਜਾਣਗੇ ਭਲਕ ਨੂੰ ਉੱਥੇ 40 ਟਰੱਕ ਖਲੋਤੇ ਹੁੰਦੇ ਪਲੇਟਾਂ ਚੜਾਉਣ ਵਾਸਤੇ ਇਹ ਭਾਰਤ ਵਿੱਚ ਸਾਰੇ ਚ ਹੀ ਆ ਪਰ ਪੰਜਾਬ ਵਿੱਚ ਕੁਛ ਜ਼ਿਆਦਾ ਹੁੰਦਾ ਜਾਂਦਾ ਇਸ ਤੋਂ ਪਹਿਲਾਂ ਇੱਥੇ ਜਲੰਧਰ ਜ਼ਿਲ੍ਹੇ ਚ ਇੱਕ ਪਿੰਡ ਹੈ ਜਲਪ ਹੈ ਉੱਥੇ ਇੱਕ ਆ ਗਈ ਸੀ ਬੀਬੀ ਉਹ ਕਹਿੰਦੇ ਸੀ ਹੱਥ ਲਾ ਲਾ ਕੇ ਸਰਾਂ ਨੂੰ ਠੀਕ ਕਰੀ ਜਾਂਦੀ ਹੈ ਨਾਲ ਦੇ ਜਿਹੜੇ ਖੇਤਾਂ ਵਾਲੇ ਦੋ ਤਿੰਨ ਸਨ ਉਹਨਾਂ ਨੇ ਗੱਡੀਆਂ ਪਾਰਕ ਦੇ ਉੱਤੇ 10-10 ਰੁਪਏ ਗੱਡੀ ਪਾਰਕ ਕਰਾਉਣ ਦੇ ਲੈਣ ਲੱਗ ਪਏ ਉਹਨਾਂ ਵੀ ਚੰਗੀ ਕਮਾਈ ਕਰ ਲਈ ਮੈਂ ਡਿਪਟੀ ਕਮਿਸ਼ਨਰ ਨੂੰ ਆਖਿਆ ਬੜਾ ਡਰਾਮਾ ਕਿਸੇ ਦਿਨ ਇੱਥੇ ਕੋਈ ਤਮਾਸ਼ਾ ਹੋ ਜਾਣਾ ਡਿਪਟੀ ਕਮਿਸ਼ਨਰ ਕਹਿੰਦਾ ਜੀ ਮੈਂ ਕੀ ਕਰਾਂ ਉੱਥੇ ਸਾਰੇ ਲੀਡਰ ਜਾਂਦੇ ਪਏ ਆ ਵੱਡੇ ਵੱਡੇ ਲੋਕ ਜਾਂਦੇ ਪਏ ਸਾਡੇ ਵੱਸ ਦਾ ਗੱਲ ਨੀ ਅਸੀਂ ਨੀ ਰੋਕ ਸਕਦੇ ਅੱਛਾ ਮੇਰੇ ਬੈਠਿਆ ਇੱਕ ਐਮ ਐਲ ਏ ਨਾਲ ਵੀ ਸੱਦ ਕੇ ਗੱਲ ਹੋਈ ਕਿ ਤੁਸੀਂ ਰੋਕੋ ਤੁਹਾਡਾ ਇਲਾਕਾ ਉਹਨੇ ਵੀ ਰੋਕਿਆ ਨੀ ਅਕਾਲੀ ਐਮ ਐਲ ਏ ਥੋੜੇ ਦਿਨਾਂ ਬਾਅਦ ਪਿੰਡ ਦੇ ਲੋਕਾਂ ਨੂੰ ਗੁੱਸਾ ਆ ਗਿਆ ਉਹਨਾਂ ਨੇ ਬੀਬੀ ਕੁੱਟ ਕੱਢੀ ਬੀਬੀ ਦੇ ਲੱਗ ਗਈਆਂ ਸੱਟਾਂ ਬਾਕੀ ਲੋਕਾਂ ਦੇ ਤਾਂ ਜਿੱਡੀਆਂ ਜਿੱਡੀਆਂ ਮਰਜ਼ੀ ਸੱਟਾਂ ਹੋਣ ਜਿਹੜੇ ਮਰਜ਼ੀ ਦੁੱਖ ਹੋਣ ਬੀਬੀ ਹੱਥ ਲਾ ਕੇ ਦੂਰ ਕਰ ਦਿੰਦੀ ਸੀ ਆਪਦੇ ਜਦੋਂ ਸੱਟਾਂ ਲੱਗੀਆਂ ਤੇ ਫਿਰ ਕਈ ਦਿਨ ਅਸੀਂ ਹਸਪਤਾਲ ਚ ਬੈਠੇ ਪੱਟੀਆਂ ਕਰਾਉਂਦੀ ਰਹੀ ਤੇ ਸੇਕ ਦਿੰਦੀ ਰਹੀ ਸੀ ਫਿਰ ਆਪਣੇ ਹੱਥ ਲਾਉਣ ਵਾਲਾ ਕੋਈ ਲੱਭਾ ਹੀ ਨਾ ਇਦਾਂ ਦੇ ਸਭ ਥਾਵਾਂ ਤੇ ਡਰਾਮੇ ਚੱਲਦੇ ਪਏ ਆ ਉਹ ਸਾਧ ਤਾਂ ਹੈ ਡਰਾਮੇਬਾਜ਼ ਸੀ ਜੇ ਡਰਾਮੇਬਾਜ਼ ਨਾ ਹੁੰਦਾ ਫਿਰ ਕੀ ਸੀ ਹੁਣ ਉੱਥੇ ਅਮਰੀਕਾ ਚ ਇੱਕ ਸਾਧ ਨੂੰ ਪੁਲਿਸ ਵਾਲਾ ਨੇ ਆਪਣਾ ਇੱਕ ਰੈਂਕ ਦੇ ਦਿੱਤਾ ਉਹ ਸਾਧ ਦੀ ਪਿਛਲੀ ਹਿਸਟਰੀ ਵੇਖੀਏ ਅੰਬੈਸਡਰ ਤੇ ਉਹ ਸਾਧ ਦੀ ਜੇ ਪਿਛਲੀ ਹਿਸਟਰੀ ਵੇਖੀਏ ਤੇ ਇੱਕ ਵਾਰੀ ਇੱਕ ਹੋਟਲ ਕਾਂਡ ਵੀ ਹੋਇਆ ਸੀ ਕਿਤੇ ਨਾ ਕਿਤੇ ਨੈਟ ਤੇ ਲੱਭ ਜੇਗਾ ਕਿ ਬਾਬਾ ਜੀ ਹੋਟਲ ਦੇ ਵਿੱਚੋਂ ਕਿਹੜੇ ਕੱਪੜਿਆਂ ਨਾਲ ਨਿਕਲ ਕੇ ਭੱਜੇ ਸਨ ਉਹਦੀਆਂ ਕਹਾਣੀਆਂ ਬਹੁਤ ਥਾਵਾਂ ਤੇ ਨੇ ਇੱਦਾਂ ਚੱਲੀ ਜਾਂਦੀਆਂ ਸੋ ਬਾਬੇ ਆ ਇਸ ਵੇਲੇ ਸਭ ਤੋਂ ਵੱਧ ਕਮਾਈ ਕਰ ਰਿਹਾ ਸਭ ਤੋਂ ਵੱਧ ਡਰਾਮੇਬਾਜ਼ੀ ਕਰ ਰਿਹਾ ਬਸ ਚੰਗਾ ਖਾਂਦੇ ਆ ਮੰਗਾ ਮੰਦਾ ਬੋਲਦੇ ਆ ਤੇ ਲੋਕਾਂ ਦੀਆਂ ਜੇਬਾਂ ਫੋਲਦੇ ਆ ਜੀ ਵੈਸੇ ਤਰਤੀਬ ਚ ਸਵਾਲ ਤਾਂ ਕਾਫੀ ਨੇ ਇੱਕ ਸਵਾਲ ਇਸੇ ਨਾਲ ਰਿਲੇਟਡ ਹੈ ਸੁਖਚੈਨ ਸਿੰਘ ਧਰਮਪੁਰਾ ਵਾਲੇ ਨੇ ਬਾਬਾ ਜੀ ਨੇ ਐਸ ਸੀ ਪੀ ਸੀ ਮੈਂਬਰ ਨੇ ਇਹਨਾਂ ਦਾ ਬੇਟਾ ਕਲਿਆਣ ਸਿੰਘ ਡਕੈਤੀ ਚ ਫੜਿਆ ਗਿਆ ਫਰੌਤੀ ਲੈਂਦਾ ਫੜਿਆ ਗਿਆ ਪੈਸੇ ਵੀ ਬਰਾਮਦ ਹੋ ਗਏ ਮਾਨਸਾ ਦਾ ਸੀਨੀਅਰ ਅਕਾਲੀ ਆਗੂ ਹੈ ਤੇ ਨਾਲ ਉਹਦਾ ਭਾਣਜਾ ਹੈ ਰਵੀ ਜੀ ਹੋਰਾਂ ਦਾ ਸਵਾਲ ਹੈ ਜੀ ਅੱਜ ਸਵੇਰ ਦੀ ਆ ਚੁੱਕੀ ਹੈ ਖਬਰ ਸਾਰੇ ਅਖਬਾਰਾਂ ਦੇ ਵਿੱਚ ਜੇ ਸਰਕਾਰ ਇਸ ਮਾਮਲੇ ਚ ਸੀਰੀਅਸ ਹੋਵੇ ਜੀ ਉਸ ਬੰਦੇ ਨੂੰ ਤੇ ਫੜਨਾ ਪਿਆ ਫੜਿਆ ਨੀ ਫੜਨਾ ਪਿਆ ਮਜਬੂਰੀ ਬਣ ਗਈ ਹੈ ਸ਼੍ਰੋਮਣੀ ਕਮੇਟੀ ਮੈਂਬਰ ਦਾ ਪੁੱਤਰ ਫੜਿਆ ਗਿਆ ਉਹ ਪੁੱਤਰ ਫੜਿਆ ਗਿਆ ਜਿਹੜਾ ਯੂਥ ਅਕਾਲੀ ਦਲ ਵਿਚ ਸੀ ਜਿਹੜਾ ਡਿਪਟੀ ਮੁੱਖ ਮੰਤਰੀ ਦੇ ਹਰ ਪ੍ਰੋਗਰਾਮ ਚ ਸਭ ਤੋਂ ਅੱਗੇ ਅੱਗੇ ਨੱਚਦਾ ਫਿਰਦਾ ਹੁੰਦਾ ਸੀ ਉਹ ਫੜਿਆ ਗਿਆ ਪਰ ਇਹਦੇ ਤੋਂ ਅਗਲੀ ਕਾਰਵਾਈ ਹੋਣੀ ਚਾਹੀਦੀ ਸੀ
ਕਿ ਜੇ ਪੁੱਤਰ ਫੜਿਆ ਗਿਆ ਤੇ ਉਹਨੂੰ ਵੀ ਤੇ ਉਹਦੇ ਬਾਪ ਨੂੰ ਵੀ ਦੋਵਾਂ ਨੂੰ ਪਾਰਟੀ ਚੋਂ ਕੱਢ ਦਿੰਦਾ ਅਹੁਦਿਆਂ ਤੋਂ ਲਾਹ ਦਿੱਤਾ ਜਾਂਦਾ। ਜਿਹੜੇ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਦਾ ਰਿਕਾਰਡ ਹੈ, ਅੱਗੋ ਚੋਣਾਂ ਆ ਰਹੀਆਂ ਨੇ, ਅਕਾਲੀ ਦਲ ਦੇ ਪ੍ਰਧਾਨ ਨੂੰ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ, ਦੋਵਾਂ ਪਿਓ ਪੁੱਤਰ ਨੂੰ ਇਹ ਸੋਚਣਾ ਚਾਹੀਦਾ ਸੀ ਕਿ ਇਹਨਾਂ ਗੱਲਾਂ ਦਾ ਮਾੜਾ ਅਸਰ ਪੈਣਾ। ਸਾਡੇ ਪੰਜਾਬੀ ਚ ਇੱਕ ਮੁਹਾਵਰਾ, ਕਾਹਨੂੰ ਰੋਣੀ ਆ ਰੰਗੜ ਦੀ ਮਾਏ, ਰੋਣਗੇ ਆਪੇ ਜਿਨ੍ਹਾਂ ਨੇ ਰੰਗੜ ਕਾਮੇ ਲਾਏ। ਹੁਣ ਜਿਨ੍ਹਾਂ ਨੇ ਇਹੋ ਜਿਹੇ ਰੰਗੜ ਕਾਮੇ ਲਾਏ ਨੇ ਤੇ ਉਹ ਇੱਥੋਂ ਲੋਕਾਂ ਦੀਆਂ ਨਾਲ ਇਸ ਤਰ੍ਹਾਂ ਦੀਆਂ ਜਾਤੀਆਂ ਕਰਦੇ ਪਏ, ਕਿਸੇ ਨੂੰ ਅਗਵਾ ਕਰ ਲੈਂਦੇ ਆ, ਪੈਸੇ ਲਿਖ ਕੇ ਛੱਡਦੇ ਆ। ਇਹ 18 ਦਿਨਾਂ ਪਿੱਛੋਂ ਉਹ ਹੁਣ ਬੰਦਾ ਫੜਿਆ ਗਿਆ, 18 ਦਿਨਾਂ ਪਿੱਛੋਂ ਅਗਵਾਕਾਰ ਜਿਹੜਾ ਇਹਨਾਂ ਅਗਵਾਕਾਰਾਂ ਤੋਂ ਜਿਹੜਾ ਬੰਦਾ ਸੀ ਜੁੜਾਇਆ ਸੀ, 1 ਕਰੋੜ ਦੀ ਫਰੌਤੀ ਦਿੱਤੀ ਸੀ। ਜਿੱਥੇ ਵੀ ਪਾਰਟੀ ਦੀ ਲੀਡਰਸ਼ਿਪ ਨੂੰ ਮਾੜੀ ਮੋਟੀ ਸ਼ਰਮ ਹੋਵੇ ਤੇ ਇਸ ਤੋਂ ਬਾਅਦ ਇਮੀਡੀਏਟਲੀ ਕਾਰਵਾਈ ਕਰਨੀ ਚਾਹੀਦੀ ਸੀ। ਅਜੇ ਤੱਕ ਕੀਤੀ ਗਈ ਦੀ ਕੋਈ ਰਿਪੋਰਟ ਆਈ ਨੀ, ਬਲਕਿ ਫਿਰ ਵੇਖਾਂਗੇ ਸਵੇਰੇ ਅਖਬਾਰਾਂ ਚ ਆਉਂਦੀ ਕਿ ਨਹੀਂ ਆਉਂਦੀ। ਪਰ ਚਲੋ ਇੰਨਾ ਚੰਗਾ ਹੋਇਆ ਜੀ, ਦੋਸ਼ੀ ਫੜੇ ਤਾਂ ਗਏ ਘੱਟੋ ਘੱਟ, ਕਥਿਤ ਦੋਸ਼ ਤੇ ਸੀਮਤ ਨਾ ਹੋ ਜਾਂਦੀ ਗੱਲ। ਤੇ ਪੰਨੂ ਸਾਹਿਬ, ਅਗਲੀ ਗੱਲ ਕਰੀਏ ਆਪਾਂ, ਅਫਗਾਨਿਸਤਾਨ, ਅਫਗਾਨਾਂ ਤੇ ਤਾਲਿਬਾਨਾਂ ਦੇ ਵਿਚ ਗੁਫ਼ਤਗੂ ਹੋ ਰਹੀ ਹੈ ਜੀ। ਤਾਲਿਬਾਨ ਵੀ ਅਫਗਾਨ ਹੀ ਨੇ, ਉਹ ਵੀ ਉਥੋਂ ਦੇ ਰਹਿਣ ਵਾਲੇ ਆ। ਉਹ ਅਸਲ ਵਿਚ ਪਾਕਿਸਤਾਨ ਨੇ ਪੈਦਾ ਕੀਤੇ ਸੀ ਅਫਗਾਨਿਸਤਾਨ ਤੇ ਆਪਣੇ ਪੱਖ ਦਾ ਕਬਜ਼ਾ ਕਰਾਉਣ ਲਈ। ਫਿਰ ਤਾਲਿਬਾਨ ਨੇ ਵੀ ਇਹ ਵੇਖਿਆ ਕਿ ਪਾਕਿਸਤਾਨ ਸਾਨੂੰ ਵਰਤਦਾ, ਮਰਵਾਉਂਦਾ। ਇੱਕ ਮੌਕੇ ਤੇ ਜਾ ਕੇ ਸਮਝੌਤੇ ਦੀ ਗੱਲ ਚੱਲੀ ਸੀ, ਸਮਝੌਤਾ ਕਰਨ ਲਈ। ਫਿਰ ਤਾਲਿਬਾਨ ਨੇ ਆਪਣੀ ਇੱਕ ਅੰਬੈਸੀ ਖੋਲੀ ਜਾ ਕੇ ਕਤਰ ਦੀ ਰਾਜਧਾਨੀ ਦੋਹਾ ਦੇ ਵਿਚ। ਉਥੇ ਜਾਣ ਵਾਸਤੇ ਕੋਈ ਤਰੀਕਾ ਵੀ ਚਾਹੀਦਾ ਸੀ ਕਿ ਆਏ ਕਿੱਥੋਂ ਆ। ਜੇ ਚੁੱਪ ਚੁੱਪ ਇੱਥੇ ਲੁਕ ਕੇ ਜਾਂਦੇ ਤੇ ਫਿਰ ਕਤਰ ਵਾਲਿਆਂ ਦੇ ਦੋਸ਼ ਲੱਗਣਾ ਸੀ ਕਿ ਨਜਾਇਜ਼ ਬੰਦੇ ਆਏ ਆ। ਉਹਨਾਂ ਦੇ ਜਾਣ ਲਈ ਪਾਸਪੋਰਟ ਕੋਈ ਦੇ ਨਹੀਂ ਸਕਦਾ। ਫਿਰ ਉਹਨਾਂ ਨੂੰ ਟਰੈਵਲ ਡਾਕੂਮੈਂਟ ਦਿੱਤੇ ਗਏ ਪਾਕਿਸਤਾਨ ਸਰਕਾਰ ਵੱਲੋਂ। ਪਾਕਿਸਤਾਨ ਸਰਕਾਰ ਦਾ ਟਰੈਵਲ ਡਾਕੂਮੈਂਟ ਦੇਣਾ ਦੱਸਦਾ ਹੈ ਕਿ ਉਹ ਤਾਲਿਬਾਨ ਦੀ ਅਸਲੀ ਪ੍ਰਤਿਪਾਲਕ ਹੈ। ਜਦੋਂ ਉੱਥੇ ਚਲੇ ਗਏ, ਗੱਲਬਾਤ ਸ਼ੁਰੂ ਹੋਈ ਤੇ ਪਾਕਿਸਤਾਨ ਨੇ ਵੇਖਿਆ ਇਹ ਤਾਂ ਸਾਡੇ ਹੱਥਾਂ ਚੋਂ ਗੱਲ ਨਿਕਲ ਰਹੀ ਹੈ, ਇਹ ਤਾਂ ਹੋਰ ਪਾਸੇ ਨੂੰ ਜਾ ਰਹੇ ਨੇ ਸਾਰੇ ਅਫਗਾਨ ਆਪੋ ਚ। ਤਾਲਿਬਾਨ ਤੇ ਸਰਕਾਰ ਦੋਵੇਂ ਗੱਲਬਾਤ ਕਰਦੇ ਪਏ, ਇਹਨਾਂ ਸਾਬੋਤਾਜ ਕਰਨਾ ਸ਼ੁਰੂ ਕਰਤਾ। ਫਿਰ ਗੱਲ ਟੁੱਟ ਗਈ ਸੀ, ਪਰ ਤਾਲਿਬਾਨ ਦੀ ਅੰਬੈਸੀ ਅਜੇ ਵੀ ਉੱਥੇ ਕਤਰ ਵਿਚ ਚੱਲਦੀ ਪਈ ਹੈ। ਹੁਣ ਪਿਛਲੇ ਹਫ਼ਤੇ ਤੋਂ ਫਿਰ ਗੱਲ ਚੱਲ ਰਹੀ ਹੈ, ਉਹਦੇ ਵਿਚ ਅਮਰੀਕਾ ਕਹਿੰਦਾ ਤਾਂ ਹੈ ਕਿ ਸਾਡਾ ਕੋਈ ਦਖਲ ਨਹੀਂ, ਪਰ ਸਮਝਿਆ ਜਾਂਦਾ ਕਿ ਅਮਰੀਕਾ ਆਪ ਵਿਚ ਪੈ ਕੇ ਗੱਲਬਾਤ ਕਰਵਾਉਂਦਾ ਪਿਆ। ਉਸ ਗੱਲਬਾਤ ਦੇ ਵਿਚ ਕਿਸੇ ਨਾ ਕਿਸੇ ਰੂਪ ਵਿਚ ਇਹ ਸੁਰ ਨਿਕਲਦੀ ਪਈ ਹੈ ਕਿ ਅਫਗਾਨਿਸਤਾਨ ਦੀ ਸਰਕਾਰ ਤੇ ਤਾਲਿਬਾਨ ਆਪੋ ਚ ਸਮਝੌਤਾ ਕਰ ਲੈਣ, ਉਥੋਂ ਦਾ ਰਾਜ ਮਿਲ ਕੇ ਕਰ ਲੈਣ। ਤੇ ਜਿਹੜਾ ਤਾਲਿਬਾਨ ਦਾ ਗਰੁੱਪ ਹੈ ਇਸ ਵੇਲੇ ਅਫਗਾਨਿਸਤਾਨ ਚ ਲੜਦਾ ਪਿਆ, ਉਹ ਇਹਨਾਂ ਦਾ ਨੀ, ਉਹ ਅਸਲ ਚ ਪਾਕਿਸਤਾਨ ਦੇ ਮਛਰਾਏ ਹੋਏ ਤਾਲਿਬਾਨ ਨੇ। ਤਾਲਿਬਾਨ ਦੇ ਇਸ ਵੇਲੇ 3-4 ਗਰੁੱਪ ਨੇ। ਜਿਹੜਾ ਗਰੁੱਪ ਸਮਝੌਤੇ ਵਾਲੇ ਪਾਸੇ ਉਹ ਹੋਰ ਹੈ, ਤੇ ਤਾਲਿਬਾਨ ਦਾ ਜਿਹੜਾ ਗਰੁੱਪ ਅਫਗਾਨਿਸਤਾਨ ਚ ਲੜਦਾ ਪਿਆ ਉਹ ਪਾਕਿਸਤਾਨ ਦੀ ਫੌਜ ਦੇ ਇਸ਼ਾਰੇ ਤੇ ਚੱਲਣ ਵਾਲਾ ਗਰੁੱਪ ਤੋਂ ਵੱਖਰਾ ਹੈ। ਜੀ ਜੀ, ਪੰਜਾਬ ਦੀਆਂ ਹੱਦਾਂ ਸਰਹੱਦਾਂ ਕਿਤੇ ਕਾਬਲ ਤੋਂ ਲੈ ਕੇ ਦਿੱਲੀ ਪਾਰ ਤੱਕ ਸਨ, ਪਰ ਪੰਜਾਬ ਅਸੀਮ, ਪੰਜਾਬ ਤਕਸੀਮ ਦਰ ਤਕਸੀਮ ਦਰ ਤਕਸੀਮ, ਪੰਜਾਬੀ ਸੂਬਾ ਮਨਾਇਆ ਜਾ ਰਿਹਾ ਜੀ, ਅਕਾਲੀ ਦਲ ਦੀ ਵੱਡੀ ਪ੍ਰਾਪਤੀ ਰਿਹਾ ਹੈ। ਤੁਹਾਨੂੰ ਸਭ ਥੋੜਾ ਜਿਹਾ ਇਹਦੇ ਤੇ ਜ਼ਰੂਰ ਟਾਈਮ ਦਿਓ, ਜ਼ਿਆਦਾ ਟਾਈਮ ਦਿਓ, ਮੇਰੀ ਗੁਜ਼ਾਰਿਸ਼ ਹੈ ਜੀ। ਦੇਖੋ, ਜਦੋਂ ਪੁਰਾਣਾ ਪੰਜਾਬ ਹੁੰਦਾ ਸੀ ਉਹ ਤੁਹਾਡੀ ਗੱਲ ਸੱਚੀ ਹੈ ਕਿ ਮੁਲਤਾਨ ਤੱਕ ਵੀ ਜਾਂਦਾ ਸੀ, ਦਰਾ ਖੈਬਰ ਤੱਕ ਵੀ ਜਾਂਦਾ ਸੀ, ਤੇ ਇੱਧਰ ਦਿੱਲੀ ਦੇ ਲੱਕ ਨੂੰ ਬੜਾਵਾ ਮਾਰਦਾ ਸੀ। ਜਿੱਥੇ ਦਿੱਲੀ ਦਾ ਇੰਦਰਾ ਗਾਂਧੀ ਏਅਰਪੋਰਟ ਹੈ ਜੀ, ਉਹ ਉਹਦੇ ਨਾਲ ਗੁੜਗਾਉਣ ਲੱਗਦਾ। ਉੱਥੋਂ ਤੱਕ ਪੰਜਾਬ ਸੀ, ਸਕੂਲਾਂ ਚ ਪੰਜਾਬੀ ਪੜ੍ਹਾਈ ਜਾਂਦੀ ਸੀ। ਅਕਾਲੀਆਂ ਨੇ ਆਖਿਆ ਸਾਨੂੰ ਵੱਖਰਾ ਸੂਬਾ ਚਾਹੀਦਾ, ਇਹ ਵੱਖਰਾ ਸੂਬਾ ਪੰਜਾਬੀ ਸੂਬਾ ਕਹਿ ਕੇ ਅਸਲ ਚ ਸਿੱਖ ਸੂਬਾ ਮੰਗਦੇ ਸੀ, ਤੇ ਦਿੱਲੀ ਵਾਲਿਆਂ ਦੀ ਇਹ ਕੋਸ਼ਿਸ਼ ਸੀ ਕਿ ਅਸੀਂ ਇਹਨਾਂ ਨੂੰ ਸੂਬਾ ਦੇਣਾ ਹੀ ਕੋਈ ਨੀ। ਦੋਵੇਂ ਤਰ੍ਹਾਂ ਗਲਤ ਸੀ। ਜਦੋਂ ਕੰਨੜ ਬੋਲੀ ਦਾ ਕਰਨਾਟਕਾ ਬਣ ਸਕਦਾ, ਉੜੀਆ ਬੋਲੀ ਦਾ ਉੜੀਸਾ ਬਣ ਸਕਦਾ, ਤਾਮਿਲ ਬੋਲੀ ਦਾ ਤਾਮਿਲਨਾਡੂ ਬਣ ਸਕਦਾ, ਤੇ ਫਿਰ ਪੰਜਾਬੀ ਬੋਲੀ ਦਾ ਪੰਜਾਬ ਵੀ ਬਣ ਸਕਦਾ ਸੀ, ਨਹੀਂ ਸੀ ਬਣਾ ਰਹੇ। ਉਹਦੇ ਉੱਤੇ ਕਾਫੀ ਵਿਰੋਧ ਹੋਇਆ। ਆਖਰ ਨੂੰ ਇੱਕ ਸਮਝੌਤਾ ਹੋ ਗਿਆ ਇੰਦਰਾ ਗਾਂਧੀ ਦੇ ਵਕਤ ਕਿ ਅਸੀਂ ਤੁਹਾਨੂੰ ਪੰਜਾਬ ਦਿੰਦੇ ਹਾਂ। ਉਸ ਪੰਜਾਬ ਦੀਆਂ ਹੱਦਾਂ ਸੀਮਤ ਹੋ ਗਈਆਂ। ਅਸੀਂ ਪੰਜਾਬੀ ਬੋਲਦੇ ਕਈ ਇਲਾਕੇ ਸਿਰਸਾ ਹਿਸਾਰ ਗੁੱਲਾ ਚੀਕਾ ਇਸ ਕਰਕੇ ਛੱਡ ਦਿੱਤੇ, ਪਹਿਲਾਂ ਹਿਮਾਚਲ ਦੇ ਨਾਲ ਗੱਲ ਕਰਦਿਆਂ ਵੀ ਅਸੀਂ ਕਾਂਗੜਾ ਸਾਰਾ ਇਸ ਕਰਕੇ ਛੱਡਤਾ, ਭਾਵੇਂ ਉੱਥੇ ਪੰਜਾਬੀ ਬੋਲਦੇ ਸੀ ਪਰ ਉਹ ਸਿੱਖ ਨਹੀਂ ਸੀ। ਤੇ ਅਕਾਲੀਆਂ ਨੂੰ ਇਹ ਸੀ ਕਿ ਸਾਡੇ ਕੋਲ ਆ ਵੀ ਗਏ ਤੇ ਇਹਨਾਂ ਸਾਨੂੰ ਵੋਟਾਂ ਨਹੀਂ ਪਾਉਣੀਆਂ, ਸਾਡੇ ਖਿਲਾਫ਼ ਹੀ ਵੋਟਾਂ ਪੈਣੀਆਂ, ਇਹਨਾਂ ਬਿਹਤਰ ਇਹਨਾਂ ਨੂੰ ਪਾਸੇ ਰਹਿਣ ਦਿਓ। ਸਿਰਸਾ ਹਿਸਾਰ ਵੀ ਇਹਨਾਂ ਨੇ ਇਸੇ ਕਰਕੇ ਕੀਤਾ ਕਿ ਸਿੱਖ ਥੋੜੇ ਆ ਤੇ ਦੂਸਰੇ ਵੱਧ ਆ, ਤੇ ਹਿੰਦੂ ਮੈਜੋਰਟੀ ਵਾਲਾ ਇਲਾਕਾ ਵਿਚ ਨਾ ਰਹੀਏ। ਅਜੇ ਵੀ ਉੱਥੇ ਲੋਕ ਪੰਜਾਬੀ ਬੋਲਦੇ ਨੇ, ਅਜੇ ਹਿੰਦੀ ਬੋਲਣ ਨਹੀਂ ਲੱਗੇ ਉਹ ਲੋਕ। ਉਦੋਂ ਜਿਹੜਾ ਬਣ ਗਿਆ ਇਹਦੇ ਵਿਚੋਂ ਅਸਲ ਚ ਪੰਜਾਬ ਨਹੀਂ ਬਣਿਆ, ਹਰਿਆਣਾ ਬਣਿਆ ਸੀ।
ਤੇ ਹਰਿਆਣੇ ਦੇ ਲੋਕਾਂ ਨੇ ਕਦੇ ਹਰਿਆਣਾ ਮੰਗਿਆ ਹੀ ਨਹੀਂ ਸੀ, ਉਹਨਾਂ ਨੂੰ ਬਿਨਾਂ ਮੰਗੇ ਤੋਂ ਹਰਿਆਣਾ ਮਿਲ ਗਿਆ ਜਿਹੜਾ ਬਾਅਦ ਚ ਤਰੱਕੀ ਕਰਦਾ ਗਿਆ। ਜਦੋਂ ਪੰਜਾਬ ਬਣ ਗਿਆ, ਇਸ ਪੰਜਾਬ ਤੋਂ ਬਹੁਤ ਆਸਾ ਸਨ ਕਿ ਹੁਣ ਤਰੱਕੀ ਕਰੇਗਾ, ਘੱਟੋ ਘੱਟ ਪੰਜਾਬੀ ਬੋਲੀ ਤਰੱਕੀ ਕਰੇਗੀ। ਜਿਹੜਾ ਪਹਿਲਾ ਮੁੱਖ ਮੰਤਰੀ ਜਿਹੜਾ ਗੁਰਮੁਖ ਸਿੰਘ ਮੁਸਾਫਰ ਬਣਿਆ, ਪਹਿਲਾਂ ਸ਼੍ਰੋਮਣੀ ਕਮੇਟੀ ਮੈਂਬਰ ਰਹਿ ਚੁੱਕਾ ਸੀ, ਬੜਾ ਧਾਰਮਿਕ ਸਿੱਖ ਸੀ, ਹਾਂਜੀ ਹਾਂਜੀ, ਅਕਾਲ ਤਖ਼ਤ ਦਾ ਜਥੇਦਾਰ ਵੀ ਰਿਹਾ, ਤੇ ਉਹਨੇ ਆ ਕੇ ਪੰਜਾਬੀ ਲਾਗੂ ਨਹੀਂ ਸੀ ਕੀਤੀ। ਜਦੋਂ ਉਹਨੇ ਲਾਗੂ ਨਾ ਕੀਤੀ, ਉਸ ਤੋਂ ਬਾਅਦ ਜਸਟਿਸ ਗੁਰਨਾਮ ਸਿੰਘ ਆ ਗਿਆ, ਹਾਈਕੋਰਟ ਦਾ ਜੱਜ ਰਹਿ ਚੁੱਕਾ ਸੀ, ਉਹਨੂੰ ਵੈਸੇ ਅੰਗਰੇਜ਼ੀ ਚੰਗੀ ਲੱਗਦੀ ਸੀ, ਉਹਨੇ ਵੀ ਲਾਗੂ ਨਾ ਕੀਤੀ। ਅਕਾਲੀਆਂ ਤੋਂ ਜਿਹੜਾ ਬਾਗੀ ਹੋ ਗਿਆ ਲਕਸ਼ਮਣ ਸਿੰਘ ਗਿੱਲ, ਉਹਨੇ ਪੰਜਾਬ ਦੇ ਵਿੱਚ ਪੰਜਾਬੀ ਲਾਗੂ ਕੀਤੀ ਸੀ। ਤੇ ਜਦੋਂ 1997 ਚ ਮੁੱਖ ਮੰਤਰੀ ਬਣੇ ਤੀਸਰੀ ਵਾਰ ਪ੍ਰਕਾਸ਼ ਸਿੰਘ ਬਾਦਲ ਹੋਰੀ, ਤੇ ਇਨ੍ਹਾਂ ਨੇ ਆਖਿਆ ਜੀ ਪ੍ਰਾਇਮਰੀ ਸਕੂਲਾਂ ਚੋਂ ਪਹਿਲੀ ਜਮਾਤ ਤੋਂ ਲੈ ਕੇ ਅਸੀਂ ਅੰਗਰੇਜ਼ੀ ਪੜਾਇਆ ਕਰਾਂਗੇ, ਤੇ ਪੰਜਾਬੀ ਦੀ ਥਾਂ ਪਹਿਲੀ ਜਮਾਤ ਤੋਂ ਅੰਗਰੇਜ਼ੀ ਪੜਾਉਣ ਦੀ ਜਿਹੜੀ ਸ਼ੁਰੂਆਤ ਕੀਤੀ ਉਹ ਕਿਸੇ ਵੀ ਹੋਰ ਪਿੰਡ ਤੋਂ ਕਰ ਸਕਦੇ ਸੀ, ਬਾਦਲ ਪਿੰਡ ਤੋਂ ਵੀ ਕਰ ਸਕਦੇ ਸੀ। ਇਨ੍ਹਾਂ ਚੁਣ ਕੇ ਉਹ ਛੜਿਕ ਪਿੰਡ ਲੱਭਿਆ ਜਿੱਥੋਂ ਦੇ ਜੰਮੇ ਪੜੇ ਲਕਸ਼ਮਣ ਸਿੰਘ ਗਿੱਲ ਨੇ ਪੰਜਾਬੀ ਨੂੰ ਮਾਂ ਬੋਲੀ ਦਾ ਦਰਜਾ ਦਿੱਤਾ ਸੀ ਔਰ ਪੰਜਾਬ ਦੀ ਪਹਿਲੀ ਲੈਂਗੁਏਜ ਬਣਾਇਆ ਸੀ। ਉਦੋਂ ਹੀ ਪਤਾ ਲੱਗ ਗਿਆ ਸੀ ਇਹਦੀਆਂ ਹੁਣ ਜੜਾਂ ਵੱਢਣ ਦਾ ਕੰਮ ਹੋ ਗਿਆ। ਹੁਣ ਸਕੂਲਾਂ ਦੇ ਵਿੱਚ ਨਾ ਪੰਜਾਬੀ ਹੈ ਨਾ ਅੰਗਰੇਜ਼ੀ ਹੈ, ਟੀਚਰ ਹੀ ਹੈ ਨੀ, ਬੱਚੇ ਆਪੇ ਜਾਂਦੇ ਆ, ਆਪੇ ਘੰਟੇ ਵਜਾਉਂਦੇ ਆ, ਆਪੇ ਹਾਜ਼ਰੀਆਂ ਲਾਉਂਦੇ ਆ, ਦੋ ਚਾਰ ਘੰਟੇ ਬਹਿ ਕੇ ਆਪੇ ਆ ਜਾਂਦੇ ਆ, ਤੇ ਮਾਂ ਪੁੱਛ ਲੈਂਦੀ ਪੁੱਤ ਪੜ੍ਹਿਆ, ਤੇ ਪੁੱਤ ਕਹਿੰਦਾ ਹਾਂ ਬੀਬੀ ਪੜ੍ਹਿਆ, ਭੜਕੇ ਫਿਰ ਜਾਣਾ। ਜੀ ਜੀ ਪੰਨੂ ਸਾਹਿਬ, ਅਗਰ ਗੱਲ ਕਰੀਏ ਆਪਾਂ ਥੋੜਾ ਜਿਹਾ ਇਸ ਪਾਸੇ ਨੂੰ, ਫੇਰ ਗੱਲ ਸਰਕਣ ਲੱਗੀ ਹੈ ਕਿ ਜਿਹੜਾ ਅੱਠਵੀਂ ਤੱਕ ਫੇਲ ਹੀ ਨਹੀਂ ਕਰਦੇ ਕਿਸੇ ਨੂੰ ਤੇ ਅੱਗੇ ਪਾਸ ਹੀ ਨਹੀਂ ਕੋਈ ਹੁੰਦਾ, ਇਹਨੂੰ ਫਿਰ ਹੁਣ ਫੇਰ ਰਿਵਾਈਜ਼ ਕਰਨ ਲੱਗੇ ਨੇ ਇਸ ਪਾਲਿਸੀ ਨੂੰ, ਇਹਨੇ ਪੰਜਾਬ ਨੂੰ ਕਿੰਨਾ ਕਨਪੜ ਬਣਾਉਣਾ ਜੀ? ਇਹ ਆਮ ਲੋਕਾਂ ਨੂੰ, ਗਰੀਬਾਂ ਨੂੰ ਵਿਸਕਾ ਪੁੱਟਣ ਜੋਗੇ ਕਰ ਦੇਵੇਗੀ ਜੇ ਉਹਨਾਂ ਦੇ ਬੱਚਿਆਂ ਨੂੰ ਪਹਿਲੀਆਂ ਜਮਾਤਾਂ ਚ ਫੇਲ ਨਾ ਕੀਤਾ ਜਾਵੇ, ਉਹ ਪੜ੍ਹਨ ਜਾਂ ਨਾ ਪੜ੍ਹਨ, ਊੜਾ ਊਠ ਵੀ ਆਖਣਾ ਨਾ ਸਿੱਖਣ, ਉਹਨਾਂ ਨੂੰ ਪਾਸ ਕਰੀ ਜਾਓ, ਪੰਜਵੀਂ ਪਾਸ ਕਰਕੇ ਪੰਜਵੀਂ ਦਾ ਸਰਟੀਫਿਕੇਟ ਦੇ ਦਿਓ, ਤੇ ਫਿਰ ਅੱਠਵੀਂ ਪਾਸ ਕਰਕੇ ਅੱਠਵੀਂ ਦਾ ਸਰਟੀਫਿਕੇਟ ਦੇ ਦਿਓ, ਤੇ ਉਹ ਆਪਣਾ ਨਾਮ ਹੀ ਲਿਖਣਾ ਨਾ ਜਾਣਦੇ ਹੋਣ, ਅੰਗੂਠਾ ਲਾਉਂਦੇ ਹੋਣ। ਜਦੋਂ ਨੌਵੀਂ ਜਮਾਤ ਜਾਣਗੇ, ਉਹਨਾਂ ਨੇ ਪੜ੍ਹਿਆ ਕੱਖ ਨੀ, ਉੱਥੇ ਜਾ ਕੇ ਸਾਰੇ ਫੇਲ ਹੋ ਜਾਣਗੇ। ਇਹੋ ਕਾਰਨ ਹੈ ਕਿ ਪੰਜਾਬ ਦਾ ਐਜੂਕੇਸ਼ਨ ਬੋਰਡ ਦਾ ਰਿਜ਼ਲਟ ਬਹੁਤ ਮਾੜਾ ਆ ਰਿਹਾ। ਫਿਰ ਇਹਨਾਂ ਨੇ ਗ੍ਰੇਸ ਨੰਬਰ ਦੇ ਕੇ ਬੱਚੇ ਪਾਸ ਕੀਤੇ, ਜਦੋਂ ਇਹਨਾਂ ਗ੍ਰੇਸ ਨੰਬਰ ਦੇ ਕੇ ਪਾਸ ਕੀਤੇ, ਤੇ CBSE ਤੇ ਦੂਸਰੇ ਬੋਰਡਾਂ ਨੇ ਰੌਲਾ ਪਾਇਆ ਕਿ ਪੰਜਾਬ ਦੇ ਬੱਚੇ ਬਗੈਰ ਪੜ੍ਹੇ ਤੋਂ ਵੀ ਗ੍ਰੇਸ ਨੰਬਰ ਨਾਲ ਪਾਸ ਕੀਤੇ ਜਾ ਰਹੇ। ਇਹਦੇ ਬਾਅਦ ਦੂਸਰੇ ਬੋਰਡਾਂ ਵਿਚ ਚੱਲ ਪਿਆ। ਇਸ ਵੇਲੇ ਸਮੁੱਚੇ ਹਿੰਦੁਸਤਾਨ ਚ ਗਰੀਬ ਲੋਕਾਂ ਦੀ ਪੜ੍ਹਾਈ ਦਾ ਸਤਿਆਨਾਸ਼ ਹੋ ਰਿਹਾ। ਅੱਜ ਜੇ ਇਨ੍ਹਾਂ ਨੇ ਕਰ ਦਿੱਤਾ ਅੱਠਵੀਂ ਕੱਲ ਨੂੰ, ਫਿਰ ਤਾਂ MA ਤੱਕ ਹੀ ਕਰ ਦੇਣ ਕਿ ਜੋ ਵੀ ਆਵੇ ਜੀ ਅਸੀਂ ਬਸ ਡਿਗਰੀਆਂ ਦੇਈ ਜਾਣੀਆਂ ਨੇ, ਜਿਹਨੂੰ ਚਾਹੀਦੀ ਆ ਜਾਓ ਡਿਗਰੀ ਲੈ ਲਓ, ਸੇਲ ਲੱਗੀ ਪਈ ਆ ਤਾਂ ਸੇਲ ਹੀ ਲਾ ਦੇਣ। ਇਹ ਤਰੀਕਾ ਇਨ੍ਹਾਂ ਦਾ ਗਲਤ ਹੈ ਔਰ ਪੰਜਾਬ ਦਾ ਭਵਿੱਖ ਜਿਹੜਾ ਉਹਨੂੰ ਬਿਲਕੁਲ ਖਤਮ ਕਰਨ ਵਾਲਾ ਤਰੀਕਾ ਜਿਹੜਾ ਸਰਕਾਰ ਕਰ ਰਹੀ ਹੈ। ਵਿਆਹ ਦਾ ਸਰਟੀਫਿਕੇਟ ਮਿਲ ਜਾਂਦਾ ਪੰਨੂ ਸਾਹਿਬ ਮੈਡਲ ਕਰਕੇ, ਉਹ ਲੋਕ ਬੋਲੀ ਹੈ ਨਾ ਕਿ ਇਹਦੇ ਨਾਲ ਕੀ ਵਸਣਾ ਜਿਹਨੇ ਮੈਡਲ ਪਾਸ ਨਾ ਕੀਤੀ। ਚਲੋ ਬੰਦਾ ਦਾਅਵਾ ਕਰਦਾ ਭਾਈ ਬਸ ਮੇਰੇ ਮੈਂ ਤਾਂ ਮੈਡਲ ਪਾਸ ਹਾਂ ਜੀ। ਖੈਰ, ਤੇ ਸੁਪਰੀਮ ਆਪਣਾ SCPC ਦੇ ਇਜਲਾਸ 5 ਨਵੰਬਰ ਨੂੰ ਫਿਰ ਚਰਚਾਵਾਂ ਨੇ ਜੀ, ਕੇਂਦਰ ਨੂੰ ਚਿੱਠੀਆਂ ਲਿਖ ਮਾਰੀਆਂ ਨੇ ਅਕਾਲੀਆਂ ਨੇ। ਦੇਖੋ 2011 ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣੀ ਗਈ ਸੀ, ਉਧਰੋਂ ਉਹਦੀ ਚੋਣ ਹੁੰਦੀ ਪਈ ਸੀ, ਉਧਰੋਂ ਹਾਈਕੋਰਟ ਚ ਇੱਕ ਕੇਸ ਦੀ ਸੁਣਵਾਈ ਹੋ ਰਹੀ ਸੀ, ਤੇ ਕੇਸ ਇਹ ਸੀਗਾ ਕਿ ਸਹਿਜਧਾਰੀਆਂ ਦਾ ਵੋਟ ਦਾ ਹੱਕ ਨਹੀਂ ਖੋਇਆ ਜਾ ਸਕਦਾ। ਹਾਈਕੋਰਟ ਸੁਣਵਾਈ ਕਰ ਰਹੀ ਸੀ, ਉਹ ਚ ਇੱਕ ਅਰਜੀ ਚਲੀ ਗਈ, ਉਧਰ ਤਾਂ ਸ਼੍ਰੋਮਣੀ ਕਮੇਟੀ ਦੀ ਚੋਣ ਹੁੰਦੀ ਪਈ ਆ, ਤੇ ਉਸ ਚੋਣ ਦੇ ਵਿਚ ਸਹਿਜਧਾਰੀਆਂ ਨੂੰ ਵੋਟ ਦਾ ਹੱਕ ਨਹੀਂ ਦਿੱਤਾ ਜਾ ਰਿਹਾ, ਤੇ ਅਸੀਂ ਕੱਲ ਨੂੰ ਕੀ ਕਰਾਂਗੇ, ਇਹਦੀ ਛੇਤੀ ਸੁਣਵਾਈ ਕਰੋ। ਹਾਈਕੋਰਟ ਨੇ ਕਹਿਤਾ ਜੀ ਅਸੀਂ ਨਾ ਤਾਂ ਸ਼੍ਰੋਮਣੀ ਕਮੇਟੀ ਦੀ ਚੋਣ ਹੁੰਦੀ ਰੁਕਣੀ ਆ, ਨਾ ਫਟਾਫਟ ਫੈਸਲਾ ਦਿੱਤਾ ਜਾ ਸਕਦਾ, ਇਹਦਾ ਇੱਕੋ ਤਰੀਕਾ ਚੋਣ ਹੁੰਦੀ ਤੇ ਹੋ ਜਾਣ ਦਿਓ, ਪਰ ਚੁਣੇ ਜਾਣ ਤੋਂ ਬਾਅਦ ਵੀ ਉਹ ਮੈਂਬਰ ਸ਼੍ਰੋਮਣੀ ਕਮੇਟੀ ਦੀ ਜਿੰਮੇਵਾਰੀ ਨਹੀਂ ਸੰਭਾਲਣਗੇ ਜਦ ਤੱਕ ਕੇਸ ਦਾ ਫੈਸਲਾ ਨਹੀਂ ਹੁੰਦਾ। ਉਹ ਚੁਣੇ ਗਏ ਪਰ ਜਿੰਮੇਵਾਰੀ ਨਹੀਂ ਸੰਭਾਲ ਸਕੇ ਜੀ, ਹਾਈਕੋਰਟ ਦਾ ਬਾਅਦ ਵਿਚ ਫੈਸਲਾ ਆਇਆ ਤੇ ਉਹਨਾਂ ਦੇ ਖਿਲਾਫ਼ ਚਲਾ ਗਿਆ। ਇਸ ਫੈਸਲੇ ਨੂੰ ਫਿਰ ਸੁਪਰੀਮ ਕੋਰਟ ਚ ਚੁਣੌਤੀ ਦਿੱਤੀ ਗਈ, ਉੱਥੇ ਜਾ ਕੇ ਤੇ ਸੁਪਰੀਮ ਕੋਰਟ ਨੇ, ਡੇਢ ਮਹੀਨਾ ਪਹਿਲਾਂ ਦੀ ਗੱਲ ਹੈ, ਉਹਨਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਚੋਣ ਨੂੰ ਜਾਇਜ਼ ਕਰਾਰ ਦੇ ਦਿੱਤਾ, ਇਹ ਕਿਹੜੀ ਜਾ ਕੇ ਚਾਰਜ ਲੈ ਸਕਦੇ। ਪਰ ਉਹਦੇ ਚ ਇੱਕ ਗੱਲ ਰਹਿ ਗਈ, ਉਹ ਗੱਲ ਇਹ ਹੈ ਕਿ ਸ਼੍ਰੋਮਣੀ ਕਮੇਟੀ ਦਾ ਚਾਰਜ ਲੈਣ ਵਾਸਤੇ ਸੁਪਰੀਮ ਕੋਰਟ ਨੇ ਕਹਿਤਾ, ਮਿਆਦ ਦਾ ਸਵਾਲ ਅਧੂਰਾ ਰਹਿ ਗਿਆ। ਜੇ ਜਾ ਕੇ ਚਾਰਜ ਲੈਣਗੇ, ਇਹਨਾਂ ਦਾ ਚਾਰਜ 2011 ਤੋਂ ਗਿਣਿਆ ਜਾਵੇਗਾ ਕਿ ਹੁਣ ਤੋਂ? ਜੇ 2011 ਤੋਂ ਗਿਣਿਆ ਜਾਵੇ ਤਾਂ ਦਸੰਬਰ ਜਾ ਕੇ ਇਹਨਾਂ ਦੀ ਮਿਆਦ ਪੁੱਗ ਜਾਂਦੀ ਹੈ,
ਇਹ ਤਾਂ ਫਿਰ ਸੁੱਚੇ ਮੂੰਹ ਘਰ ਨੂੰ ਮੁੜ ਜਾਣਗੇ, ਇਹਨਾਂ ਦੇ ਪੱਲੇ ਕੱਖ ਨੀ ਪੈਂਦਾ। ਤੇ ਜੇ ਹੁਣ ਤੋਂ ਮਿਲਿਆ ਜਾਵੇ ਤੇ ਫਿਰ ਅਗਲੇ 5 ਸਾਲ ਮਿਲ ਜਾਂਦੇ ਆ। ਇਹ ਸਵਾਲ ਅਧੂਰਾ ਰਹਿ ਗਿਆ ਸੀ। ਦੂਜੀ ਗੱਲ ਇਹ ਕਿ ਅੰਗਰੇਜ਼ਾਂ ਦੇ ਵੇਲੇ ਤੋਂ ਗੁਰਦੁਆਰਾ ਐਕਟ ਵਿਚ ਪ੍ਰੋਵੀਜ਼ਨ ਹੈ ਕਿ ਜਦੋਂ ਨਵੀਂ ਸ਼੍ਰੋਮਣੀ ਕਮੇਟੀ ਚੁਣੀ ਜਾਵੇ ਉਹਦਾ ਪਹਿਲਾ ਸੈਸ਼ਨ ਜਿਹੜਾ ਉਹਦੇ ਵਾਸਤੇ ਹੋਮ ਮਿਨਿਸਟਰੀ ਜਿਹੜੀ ਉਹ ਨੋਟੀਫਿਕੇਸ਼ਨ ਜਾਰੀ ਕਰਦੀ ਹੈ ਤੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਅੰਮ੍ਰਿਤਸਰ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਕਰਦਾ ਹੁੰਦਾ। ਉਹ ਸਿੱਖ ਹੋਵੇ, ਹਿੰਦੂ ਹੋਵੇ, ਕੋਈ ਹੋਵੇ, ਉਹ ਜਾ ਕੇ ਪ੍ਰਧਾਨਗੀ ਕਰਦਾ। ਜਦੋਂ ਪ੍ਰਧਾਨ ਚੁਣਿਆ ਜਾਂਦਾ, ਪਹਿਲੀ ਏਜੰਡਾ ਆਈਟਮ ਪ੍ਰਧਾਨ ਦੀ ਹੁੰਦੀ ਹੈ, ਜਦੋਂ ਪ੍ਰਧਾਨ ਚੁਣਿਆ ਜਾਵੇ ਫਿਰ ਉਹ ਚਾਰਜ ਸੌਂਪ ਕੇ ਤੇ ਡਿਪਟੀ ਕਮਿਸ਼ਨਰ ਵਾਪਸ ਆ ਜਾਂਦਾ। ਇਹਨਾਂ ਨੇ ਹੁਣ ਸ਼੍ਰੋਮਣੀ ਕਮੇਟੀ ਨੇ ਡਿਪਟੀ ਕਮਿਸ਼ਨਰ ਨੂੰ ਵੀ ਆਖਿਆ ਤੇ ਹੋਮ ਮਿਨਿਸਟਰੀ ਨੂੰ ਵੀ ਆਖਿਆ ਜੀ ਨੋਟੀਫਿਕੇਸ਼ਨ ਜਾਰੀ ਕਰੋ। ਉਹਨਾਂ ਨੇ ਅੱਗੋਂ ਪੰਜਾਬ ਸਰਕਾਰ ਦੀ ਓਪੀਨੀਅਨ ਮੰਗ ਲਈ। ਪੰਜਾਬ ਸਰਕਾਰ ਨੇ ਰਾਏ ਦੇ ਕੇ ਚਿੱਠੀ ਲਿਖ ਦਿੱਤੀ ਹੈ ਕਿ ਨੋਟੀਫਿਕੇਸ਼ਨ ਜਾਰੀ ਕਰ ਦਿਓ ਤਾਂ ਕਿ ਸ਼੍ਰੋਮਣੀ ਕਮੇਟੀ ਦੀ ਚੋਣ ਕਰਵਾਈ ਜਾ ਸਕੇ। ਸ਼੍ਰੋਮਣੀ ਕਮੇਟੀ ਦੀ ਚੋਣ ਨਹੀਂ, ਅਸਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਉਹਦੇ ਦਲਾਂ ਦੀ ਚੋਣ ਕਰਾਈ ਜਾ ਸਕੇ, ਕਿਉਂਕਿ ਕਮੇਟੀ ਤਾਂ ਸੁਪਰੀਮ ਕੋਰਟ ਨੇ ਬਹਾਲ ਕਰਤੀ ਹੈ। ਜਿੰਨੇ ਚਿਰ ਨੂੰ ਇਹਦੇ ਉੱਤੇ ਨੋਟੀਫਿਕੇਸ਼ਨ ਜਾਰੀ ਹੋਣਾ, ਕਿਸੇ ਨਾ ਕਿਸੇ ਨੇ ਜਾ ਕੇ ਸੁਪਰੀਮ ਕੋਰਟ ਚ ਪਟੀਸ਼ਨ ਕਰ ਦੇਣੀ ਆ ਕਿ ਪਹਿਲਾਂ ਇਹ ਦੱਸੋ ਜੀ ਇਹ ਸ਼੍ਰੋਮਣੀ ਕਮੇਟੀ ਦੀ ਮਿਆਦ ਕੀ ਆ। ਦਸੰਬਰ 2011 ਤੋਂ ਮਿਲਣੀ ਹੈ, ਜਿਹਦੇ ਨਾਲ ਹੁਣ ਸਿਰਫ 2 ਮਹੀਨੇ ਰਹਿ ਜਾਣਗੇ, ਜਾਂ ਫਿਰ ਹੁਣ ਤੋਂ ਮਿਲਣੀ ਹੈ ਤੇ ਅਗਲੇ 5 ਸਾਲ ਰੱਖਣੇ ਆ। ਜੇ ਪਿਛਲੀ 2011 ਵਾਲੀ ਰੱਖੀ ਗਈ ਤੇ ਅੱਧੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਤੇ ਆਖਣਾ ਉੱਥੇ ਜਾਣ ਦੀ ਲੋੜ ਨਹੀਂ, ਫਿਰ ਨਿਕਲੇਗਾ ਕਿ ਨਤੀਜਾ। ਇਸ ਕਰਕੇ ਮੈਨੂੰ ਅਜੇ ਲੱਗਦਾ ਨਹੀਂ ਕਿ ਚਿੱਠੀ ਤੋਂ ਬਾਅਦ ਵੀ ਸ਼੍ਰੋਮਣੀ ਕਮੇਟੀ ਦੇ ਅਹੁਦੇ ਦਲਾਂ ਦੀ ਚੋਣ ਹੋਵੇਗੀ। ਇਹ ਮਸਲਾ ਅਜੇ ਫਸਿਆ ਪਿਆ। ਜੀ ਜੀ ਬਿਲਕੁਲ। ਤੇ ਉਧਰ ਪੰਨੂ ਸਾਹਿਬ, 19 ਦੇ ਕਰੀਬ ਬੈਂਕਾਂ ਨੇ ਅੱਜ ਜਿਹੜੇ ਨੇ ਡੈਬਿਟ ਕਾਰਡ ਰਿਕਾਲ ਕਰ ਲਏ ਨੇ, ਕਾਫੀ ਹੜਕੰਬ ਮੱਚ ਗਿਆ। ਕਹਿੰਦੇ ਚਾਈਨਾ ਨੇ ਸੇਧ ਮਾਰ ਲਈ ਜੀ ਏਟੀਐਮਾਂ ਚ ਕਾਰਡਾਂ ਚ। ਨਹੀਂ, ਚਾਈਨਾ ਦਾ ਤਾਂ ਐਵੇਂ ਨਾ ਲਾਇਆ ਜਾ ਰਿਹਾ, ਮੈਨੂੰ ਨਹੀਂ ਲੱਗਦਾ ਉਹਦਾ ਮਾਮਲਾ। 2 ਸਾਲ ਪਹਿਲਾਂ ਕ੍ਰਿਸਮਸ ਦੇ ਮੌਕੇ ਤੇ ਅਮਰੀਕਾ ਚ ਇੱਕ ਬਹੁਤ ਵੱਡੀ ਜਿਹੜੀ ਸ਼ਾਪਿੰਗ ਚੇਨ ਹੈ, ਜਿਨ੍ਹਾਂ ਦੇ 70-80 ਦੇਸ਼ਾਂ ਦੇ ਵਿੱਚ ਵੱਡੇ ਵੱਡੇ ਸਟੋਰ ਨੇ, ਉਹਨਾਂ ਦੇ ਇੱਕ ਸਟੋਰ ਤੋਂ ਇਸ ਤਰ੍ਹਾਂ ਹੀ ਬਹੁਤ ਸਾਰੇ ਲੋਕਾਂ ਦੇ ਕ੍ਰੈਡਿਟ ਕਾਰਡਾਂ ਦੇ ਪਾਸਵਰਡ ਚੋਰੀ ਹੋ ਗਏ ਸਨ। ਰੌਲਾ ਤੇ ਉਦੋਂ ਵੀ ਪਿਆ ਸੀ। ਇਹ ਇਸ ਤਰ੍ਹਾਂ ਦੇ ਸਾਈਬਰ ਕ੍ਰਾਈਮ ਵਾਲੇ ਕੁਛ ਟੋਲੇ ਤੁਰੇ ਫਿਰਦੇ ਆ। ਉਹ ਇਸ ਤਰ੍ਹਾਂ ਕਰਦੇ ਆ ਕਿ ਇੱਕ ਦੇਸ਼ ਵਿੱਚ ਜਾ ਕੇ ਅੱਡਾ ਜਮਾਉਂਦੇ ਆ, ਕਿਸੇ ਇੱਕ ਅੱਧੇ ਸਿਸਟਮ ਨੂੰ ਢਾਹ ਲਾ ਕੇ ਤੇ ਉਹਦੇ ਵਿੱਚੋਂ ਜੋ ਕੁਛ ਮਿਲਦਾ ਕੱਢ ਕੇ, ਜਿੰਨੇ ਚਿਰ ਨੂੰ ਉਸ ਸਿਸਟਮ ਵਾਲਿਆਂ ਨੇ ਜਾਗਣਾ ਉਨੇ ਚਿਰ ਨੂੰ ਉਹ ਦੇਸ਼ ਛੱਡ ਕੇ ਦੂਜੇ ਦੇਸ਼ ਵਿੱਚ ਜਾ ਕੇ ਬਹਿ ਜਾਂਦੇ, ਲੱਭਦੇ ਨੀ। ਅਮਰੀਕਾ ਵਾਲੇ ਵੀ ਉਦੋਂ ਨੀ ਸੁਣਨ ਲੱਭ ਸਕੇ ਅਜੇ ਤੱਕ, ਨਹੀਂ ਉਹ ਬੰਦੇ ਲੱਭੇ ਜਿਨ੍ਹਾਂ ਨੇ ਪਾਸਵਰਡ ਚੋਰੀ ਕੀਤੇ ਸੀ। ਹੁਣ ਵਾਲਿਆਂ ਦੇ ਮਾਮਲੇ ਵਿੱਚ ਵੀ ਜਿੰਨਾ ਮਰਜ਼ੀ ਜ਼ੋਰ ਲਾਈ ਜਾਣਾ, ਉਹਨੂੰ ਲੱਭਣੇ ਨਹੀਂ, ਕਿਉਂਕਿ ਉਹਨੇ ਚਿਰ ਨੂੰ ਸਾਰੇ ਕਨੈਕਸ਼ਨ ਬੰਦ ਕਰਕੇ ਉਹਨਾਂ ਦੂਸਰੇ ਦੇਸ਼ਾਂ ਚੱਲਣਾ। ਇਹਦਾ ਡਾਟਾ ਚੋਰੀ ਹੋਇਆ, ਇਹ ਜਿਹੜੇ ਬੈਂਕ ਨੇ, ਪਹਿਲਾਂ ਪਤਾ ਲੱਗਾ ਸਟੇਟ ਬੈਂਕ ਆਫ ਇੰਡੀਆ ਦਾ ਚੋਰੀ ਹੋਇਆ, ਫਿਰ ਪਤਾ ਲੱਗਾ ਕਿ ਸਟੇਟ ਬੈਂਕ ਆਫ ਇੰਡੀਆ ਦੇ ਨਾਲ ਜਿਹੜੇ ਬਾਕੀ ਦੇ ਸਾਰੇ ਸਟੇਟ ਬੈਂਕ ਅਟੈਚ ਨੇ, ਉਹਨਾਂ ਸਾਰਿਆਂ ਦੇ ਕਾਰਡ ਦੇ ਉੱਤੇ ਲੋਗੋ ਸਟੇਟ ਬੈਂਕ ਆਫ ਇੰਡੀਆ ਵਾਲਾ ਹੀ ਹੈ, ਉਹਨਾਂ ਸਾਰਿਆਂ ਦਾ ਡਾਟਾ ਚੋਰੀ ਹੋ ਗਿਆ। ਜਦੋਂ ਉਹਨਾਂ ਸਾਰਿਆਂ ਦੇ ਡਾਟੇ ਦੀ ਗੱਲ ਆਈ ਤੇ ਉਹਦੇ ਤੋਂ ਅਗਲੀ ਗੱਲ ਫਿਰ ਇਹ ਚੱਲ ਪਈ ਕਿ ਕੁਛ ਪ੍ਰਾਈਵੇਟ ਬੈਂਕ ਵੀ ਨੇ, ਐਕਸਿਸ ਬੈਂਕ ਦਾ ਨਾਂ ਆਇਆ, ਯੈਸ ਬੈਂਕ ਦਾ ਨਾਂ ਆਇਆ। ਬਾਅਦ ਚ ਇੱਥੋਂ ਤੱਕ ਗੱਲ ਪਹੁੰਚ ਗਈ ਕਿ ਭਾਰਤ ਦੇ 19 ਬੈਂਕਾਂ ਦੇ ਡੈਬਿਟ ਤੇ ਕ੍ਰੈਡਿਟ ਕਾਰਡ ਜਿਹੜੇ ਆ ਇਹਨਾਂ ਦਾ ਡਾਟਾ ਚੋਰੀ ਹੋ ਗਿਆ। ਸਾਰੇ ਲੋਕਾਂ ਨੂੰ ਆਖਿਆ ਗਿਆ ਫਟਾਫਟ ਆਪਣੇ ਪਿੰਨ ਚੇਂਜ ਕਰ ਲਓ। 3 ਨੰਬਰ ਚੇਂਜ ਕਰਨ ਤੋਂ ਪਹਿਲਾਂ ਬਹੁਤ ਸਾਰੇ ਲੋਕਾਂ ਦੇ ਖਾਤਿਆਂ ਚ ਪੈਸਾ ਚਲਾ ਗਿਆ। ਇਹ ਚ ਕੁਛ ਗੱਲਾਂ ਦੇ ਉੱਤੇ ਹੈਰਾਨੀ ਵੀ ਹੁੰਦੀ ਹੈ। ਇੱਕ ਤਾਂ ਇਹ ਕਿ ਇਹ ਡਾਟਾ ਕਿੱਥੋਂ ਚੋਰੀ ਹੋਇਆ, ਇਸ ਸੰਬੰਧਿਤ ਬੈਂਕ ਤੋਂ ਚੋਰੀ ਹੋ ਸਕਦਾ, ਜਾਂ ਬੈਂਕ ਨੂੰ ਸਰਵਿਸ ਪ੍ਰੋਵਾਈਡ ਕਰਨ ਵਾਲੀ ਜਿਹੜੀ ਪ੍ਰਾਈਵੇਟ ਕੰਪਨੀ ਹੈ ਉਹਦੇ ਤੋਂ ਚੋਰੀ ਹੋ ਸਕਦਾ, ਜਾਂ ਇੰਟਰਲਿੰਕਿੰਗ ਦੇਣ ਵਾਲੀ ਜਿਹੜੀ ਪ੍ਰਾਈਵੇਟ ਕੰਪਨੀ ਹੈ ਉਹ ਤੋਂ ਚੋਰੀ ਹੋ ਸਕਦਾ, ਜਾਂ ਕੋਈ ਈਮੇਲ ਪ੍ਰੋਵਾਈਡਰ ਕੰਪਨੀ ਹੈ ਉਹਦੇ ਤੋਂ ਚੋਰੀ ਹੋ ਸਕਦਾ। ਦੂਸਰੀ ਗੱਲ ਇਹ ਹੈ ਜਿੱਥੋਂ ਮਿਲੀ ਭੁਗਤ ਦੇ ਕੁਝ ਚਾਂਸ ਲੱਭਦੇ ਆ, ਇੱਕ ਬੰਦੇ ਦਾ ਕ੍ਰੈਡਿਟ ਕਾਰਡ ਆ ਉਹਦੀ ਲਿਮਿਟ ਵਧੀ ਹੈ ਕਿ ਐਟ ਏ ਟਾਈਮ ਉਹ 18,000 ਤੋਂ ਵੱਧ ਨਹੀਂ ਕਢਾ ਸਕਦਾ, ਪਰ ਇਸ ਡਾਟਾ ਚੋਰੀ ਕਰਨ ਤੋਂ ਬਾਅਦ ਉਹਦੇ ਖਾਤੇ ਚੋਂ 40,000 ਰੁਪਏ ਨਿਕਲ ਗਏ। ਜੇ 18,000 ਦੀ ਲਿਮਿਟ ਹੈ ਤੇ ਕੰਪਿਊਟਰ ਨੇ 40 ਕਿੱਦਾਂ ਕੱਢ ਦਿੱਤੇ, ਏਟੀਐਮ ਮਸ਼ੀਨ 40 ਨਹੀਂ ਕੱਢ ਸਕਦੇ, ਇਹਦਾ ਮਤਲਬ ਕਿਤੇ ਨਾ ਕਿਤੇ ਗੜਬੜ ਹੈ। ਹੁਣ ਸਾਡੇ ਵਾਲੇ ਕਹਿੰਦੇ ਜੀ ਆਹ ਕਰਾਂਗੇ ਉਹ ਕਰਾਂਗੇ, ਇਹਨਾਂ ਨੇ ਪਹਿਲਾਂ ਆਪਣਾ ਸਿਸਟਮ ਚੈੱਕ ਕਿਉਂ ਨਾ ਕੀਤਾ, ਤੇ ਜੇ ਹੁਣ ਚੈੱਕ ਕਰ ਲਿਆ ਤੇ ਇਹ ਗੱਲ ਮੰਨ ਲੈਣੀ ਚਾਹੀਦੀ ਹੈ ਕਿ ਇਸ ਸਿਸਟਮ ਚ ਗੜਬੜ ਹੁਣ 2 ਦਿਨਾਂ ਚ ਨਹੀਂ ਹੋਈ। ਸਾਰੇ ਕਹਿੰਦੇ ਜੀ ਗੜਬੜ ਤੇ 1 ਮਹੀਨੇ ਤੋਂ ਹੋਣ ਰਹੀ ਸੀ, ਲੋਕੀ ਰੌਲਾ ਪਾਉਂਦੇ ਸੀ, ਬੈਂਕਾਂ ਵਾਲਿਆਂ ਨੇ ਪਰਵਾਹ ਨਹੀਂ ਕੀਤੀ, ਜਦੋਂ ਵੇਖਿਆ ਪਾਣੀ ਸਿਰੋਂ ਲੰਘ ਗਿਆ, ਫਿਰ ਕਹਿੰਦੇ ਹਾਂ ਕੁਛ ਲੋਕਾਂ ਦਾ ਡਾਟਾ ਚੋਰੀ ਹੋਇਆ, ਫਿਰ ਆਖਿਆ ਕੁਛ ਲੋਕਾਂ ਦਾ ਨੀ ਕੁਛ ਲੱਖ ਦਾ ਚੋਰੀ ਹੋਇਆ, ਕੁਛ ਲੱਖ ਤੋਂ ਚੱਲਦੇ ਚੱਲਦੇ ਕਹਿੰਦੇ ਜੀ ਹਾਂ 30-32 ਲੱਖ ਦਾ, ਫਿਰ 40 ਲੱਖ ਦਾ, ਹੁਣ 65 ਲੱਖ ਦਾ ਮੰਨਦੇ ਆ। 65 ਲੱਖ ਲੋਕਾਂ ਦਾ ਡਾਟਾ ਚੋਰੀ ਹੋਇਆ ਹੋਵੇ
ਜੇ ਇੱਕ ਇੱਕ ਖਾਤੇ ਚੋਂ 100 ਰੁਪਇਆ ਕਢਾਇਆ ਜਾਵੇ ਤੇ 65 ਕਰੋੜ ਬਣਦਾ, ਜੇ 1000 ਕਢਾਇਆ ਹੋਵੇ ਤੇ ਫਿਰ 650 ਕਰੋੜ ਬਣਦਾ, ਤੇ ਉਹਨਾਂ ਕੀ ਪਤਾ ਕਿੰਨੇ ਕੁ ਕਢਾਲੇ ਨੇ, ਜੇ ਕਢਾ ਕੇ ਮੁੜ ਕੇ ਆਪਣਾ ਅੱਡਾ ਗੱਡਾ ਸਮੇਟ ਕੇ ਚਲੇ ਗਿਆ। ਭਾਰਤ ਦੀ ਇਹ ਰਵਾਇਤ ਹੈ ਕਿ ਅਸੀਂ ਸੱਪ ਨੂੰ ਨੀ ਮਾਰਦੇ, ਜੋ ਸੱਪ ਲੰਘ ਜਾਂਦਾ ਉਹਦੀ ਲਕੀਰ ਤੇ ਸੋਟੇ ਮਾਰਨ ਦਾ ਮੁਕਾਬਲਾ ਸਾਡਾ ਕੋਈ ਨੀ ਕਰ ਸਕਦਾ। ਹੁਣ ਭਾਰਤ ਦੀਆਂ ਜਿੰਨੀਆਂ ਜਾਂਚ ਏਜੰਸੀਆਂ ਨੇ ਲੰਘ ਕੇ ਸੱਪ ਦੀ ਲਕੀਰ ਤੇ ਸੋਟੇ ਮਾਰ ਮਾਰ ਕੇ ਨਾਲ ਦੀ ਨਾਲ ਰੋਜ਼ ਅਖਬਾਰਾਂ ਵਿਚ ਖਬਰਾਂ ਲਵਾਉਣਗੀਆਂ ਤੇ ਆਪਣੀ ਫੋਟੋ ਵੀ ਅਫਸਰ ਛੁਪਾ ਲਿਆ ਕਰਨਗੇ। ਜੀ, ਵੈਸੇ ਪੰਜਾਬ ਦੇ ਵਿਚ ਤੇ ਯੂਪੀ ਦੇ ਵਿਚ 2-3 ਸਾਲ ਪਹਿਲਾਂ ਦਾ ਰਿਕਾਰਡ ਸੀਗਾ ਕਿ ਸਭ ਤੋਂ ਵੱਧ ਬੈਂਕ ਏਟੀਐਮ ਡਕੈਤੀਆਂ ਹੁੰਦੀਆਂ ਨੇ, ਹੁਣ ਤਾਂ ਲੱਗਦਾ ਪੰਜਾਬ ਸਭ ਤੋਂ ਟੌਪ ਤੇ ਹੈ। ਪੰਜਾਬ ਦੇ ਵਿਚ ਵੀ ਪੰਨੂ ਸਾਹਿਬ ਤ੍ਰਾਸਦੀ ਵੇਖੋ, ਪੰਜਾਬ ਨੈਸ਼ਨਲ ਬੈਂਕ ਸਭ ਤੋਂ ਵੱਧ ਲੁੱਟਿਆ ਜਾਂਦਾ, ਪਤਾ ਨੀ ਕਿਉਂ ਪਿੱਛੇ ਪਏ ਨੇ ਪੰਜਾਬ ਨਾਂ ਦੇ ਇਹ ਲੋਕ, ਲੁਟੇਰਿਆਂ ਨੇ ਨੈਸ਼ਨਲਾਈਜੇਸ਼ਨ ਕਰ ਲਿਆ ਤਾਂ ਨੈਸ਼ਨਲ ਬੈਂਕ ਨੂੰ ਭੇਜਦੇ। ਹਾਂ, ਨਹੀਂ ਉਹਨਾਂ ਦਾ ਪਤਾ ਨੀ ਜੀ ਕੀ ਸਿਸਟਮ ਹੈ। ਪੰਜਾਬ ਨੈਸ਼ਨਲ ਬੈਂਕ ਦੇ ਏਟੀਐਮ ਔਨ ਰਿਕਾਰਡ ਸਭ ਤੋਂ ਵੱਧ ਲੁੱਟੇ ਜਾ ਰਹੇ ਨੇ। ਜਾਂ ਇਹ ਹੈ ਕਿ ਪੰਜਾਬ ਨੈਸ਼ਨਲ ਬੈਂਕ ਦੇ ਏਟੀਐਮ ਗਲਤ ਜਗ੍ਹਾ ਤੇ ਲੱਗੇ, ਜਾਂ ਇਹ ਹੈ ਕਿ ਉਹਨਾਂ ਦੇ ਏਟੀਐਮ ਦੇ ਵਿਚ ਕੋਈ ਕਮਜ਼ੋਰੀ ਉਹਨਾਂ ਨੇ ਇਹੋ ਜਿਹੀ ਲੱਭ ਲਈ ਹੈ ਕਿ ਉਹਨੂੰ ਲੁੱਟਣਾ ਸੌਖਾ ਹੋ ਗਿਆ। ਕੋਈ ਕਾਰਨ ਤੇ ਹੈਗਾ, ਕਾਰਨ ਹੈਗਾ ਜਿਹਦਾ ਪੰਜਾਬ ਨੈਸ਼ਨਲ ਬੈਂਕ ਨੂੰ ਧਿਆਨ ਕਰਨਾ ਚਾਹੀਦਾ। ਜੀ 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 ਜੀ। ਤੇ ਇਸ ਸਾਰੇ ਸਿਲਸਿਲੇ ਦੇ ਦੌਰਾਨ ਬ੍ਰਿਕਸ ਸੰਮੇਲਨ ਹੋਇਆ ਹੋਇਆ ਗੋਆ ਦੇ ਵਿਚ, ਤੇ ਚੀਨ ਦਾ ਕੀ ਰੋਲ ਰਿਹਾ ਪੰਨੂ ਸਾਹਿਬ? ਚੀਨ ਬ੍ਰਿਕਸ ਦੇ ਸੰਮੇਲਨ ਦੇ ਵਿਚ ਪੂਰੀ ਤਰ੍ਹਾਂ ਉਹਨਾਂ 5 ਦੇਸ਼ਾਂ ਦੇ ਵਿਚ ਸ਼ਾਮਲ ਹੈ ਜਿਨ੍ਹਾਂ ਚ ਭਾਰਤ ਵੀ ਆ, ਬ੍ਰਾਜ਼ੀਲ ਵੀ ਆ, ਸਾਊਥ ਅਫਰੀਕਾ ਵੀ ਤੇ ਰੂਸ ਵੀ। ਇੱਥੇ ਆਉਣ ਤੋਂ ਪਹਿਲਾਂ ਉਹਨੇ ਮਸੂਦ ਅਜ਼ਹਰ ਦੇ ਸਵਾਲ ਤੇ ਪਾਕਿਸਤਾਨ ਦੀ ਹਾਂ ਝਾਂ ਮੜਾਈ ਤੇ ਭਾਰਤ ਦੇ ਖਿਲਾਫ਼ ਬਿਆਨ ਦਿੱਤਾ। ਜਦੋਂ ਉਹਨਾਂ ਦਾ ਰਾਸ਼ਟਰਪਤੀ ਇੱਥੇ ਆਇਆ ਤੇ ਵੇਖਿਆ ਕਿ ਬ੍ਰਿਕਸ ਦੇ 4 ਦੇਸ਼ ਵੀ ਪਾਕਿਸਤਾਨ ਦੇ ਖਿਲਾਫ਼ ਬੋਲਦੇ ਪਏ ਦਹਿਸ਼ਤਗਰਦੀ ਦੇ ਸਵਾਲ ਤੇ। ਬਿਮਸਟਿਕ ਦੇ ਕੁਝ ਦੇਸ਼ ਆਏ ਸਨ, ਬਿਮਸਟਿਕ ਹੈ ਜਿਹੜਾ ਅਸਲ ਚ ਬੇ ਆਫ਼ ਬੰਗਾਲ ਹੈ, ਬੰਗਾਲ ਦੇ ਲਾਗੇ ਪੈਂਦਾ ਸਮੁੰਦਰ, ਉਹਦੇ ਨਾਲ ਸੰਬੰਧਿਤ ਦੇਸ਼ ਜਿਨ੍ਹਾਂ ਦੇ ਵਿਚ ਬੰਗਲਾਦੇਸ਼ ਵੀ ਹੈ, ਮਾਇਨਾਮਾਰ ਵੀ ਹੈ, ਸ੍ਰੀਲੰਕਾ ਵੀ ਹੈ, ਇਹ ਦੇਸ਼ ਸਾਰੇ ਉਹਦੇ ਵਿਚ ਨੇ। ਉਹ ਬਿਮਸਟਿਕ ਦੇ ਜਿਹੜੇ ਦੇਸ਼ ਆਏ ਸੀ ਉਹ ਵੀ ਦਹਿਸ਼ਤਗਰਦੀ ਤੋਂ ਪੀੜਤ ਸੀ ਤੇ ਉਹਦੇ ਖਿਲਾਫ਼ ਬੋਲਦੇ ਸੀ। ਚੀਨ ਵਾਲਿਆਂ ਨੇ ਵੀ ਆਖਿਆ ਜੀ ਅਸੀਂ ਦਹਿਸ਼ਤਗਰਦੀ ਦੇ ਸਵਾਲ ਤੇ ਤੁਹਾਡੇ ਨਾਲ ਸਹਿਮਤ, ਪਰ ਜਦੋਂ ਮਤਾ ਪਾਸ ਕਰਨ ਲੱਗੇ ਤੇ ਚੀਨ ਵਾਲੇ ਵੱਖਰੇ ਹੋ ਗਏ। ਹੁਣ ਚੀਨ ਵਾਲਿਆਂ ਨੇ ਅਗਲੇ ਦਿਨ ਫਿਰ ਇੱਕ ਹੋਰ ਬਿਆਨ ਬੀਜਿੰਗ ਤੋਂ ਦੇ ਦਿੱਤਾ ਜਿਹੜਾ ਪੂਰੀ ਤਰ੍ਹਾਂ ਪਾਕਿਸਤਾਨ ਦੇ ਪੱਖ ਜਾਂਦਾ ਸੀ। ਸੱਚਾਈ ਇਹ ਹੈ ਕਿ ਚੀਨ ਆਪਣੇ ਇਕਨੋਮਿਕ ਜਿਹੜੇ ਰਿਲੇਸ਼ਨ ਨੇ ਉਹਨਾਂ ਦਾ ਕਰਕੇ ਕਸੂਤਾ ਫਸ ਗਿਆ। ਉਹਨਾਂ ਦਾ ਇੱਕ ਬਹੁਤ ਵੱਡਾ ਪ੍ਰੋਜੈਕਟ ਹੈ ਜਿਹੜਾ 46,000 ਕਰੋੜ ਡਾਲਰ ਦਾ ਪਾਕਿਸਤਾਨ ਦੇ ਉਸ ਇਲਾਕੇ ਵਿਚ ਹੈ ਜਿੱਥੇ ਬਲੋਚਿਸਤਾਨ ਇੱਕ ਪਾਸੇ ਪੈਂਦਾ, ਖੈਬਰ ਪਖਤੂਨਖਵਾ ਤੇ ਦੂਸਰੇ ਪਾਸੇ ਅਫਗਾਨਿਸਤਾਨ ਵੀ ਨੇੜੇ ਲੱਗਦਾ ਹੈ। ਇਧਰ ਜਿੰਨੀ ਗੜਬੜ ਹੁੰਦੀ ਪਈ ਹੈ, ਜੇ ਅੱਜ ਉਹ ਦਹਿਸ਼ਤਗਰਦਾਂ ਦੇ ਸਵਾਲ ਤੇ ਪਾਕਿਸਤਾਨ ਨਾਲ ਸੰਬੰਧ ਨਿਬੇੜਨ, ਵੇਖਣ ਨੂੰ 46,000 ਕਰੋੜ ਡਾਲਰ ਹੈ, ਪਰ ਜੇ ਉਹਨੂੰ ਅਸੀਂ ਇੰਡੀਅਨ ਕਰੰਸੀ ਚ ਕਨਵਰਟ ਕਰੀਏ ਤੇ ਫਿਰ 30 ਲੱਖ ਕਰੋੜ ਰੁਪਇਆ ਬਣਦਾ, ਬਹੁਤ ਵੱਡਾ ਪ੍ਰੋਜੈਕਟ ਬਣ ਜਾਂਦਾ। 30 ਲੱਖ ਕਰੋੜ ਰੁਪਏ ਦਾ ਪ੍ਰੋਜੈਕਟ ਤੇ ਮੂੰਹ ਨਾਖੜਾ ਹੁੰਦਾ। ਅੰਬਾਨੀ ਇਸ ਵੇਲੇ ਦੁਨੀਆਂ ਦਾ ਬਹੁਤ ਵੱਡਾ ਸੇਠ ਹੈ, ਪਰ ਉਹਦੀ ਜਾਇਦਾਦ ਜਿਹੜੀ ਹੈ ਉਹ ਲਗਭਗ ਇੰਨੀ ਕੁ ਹੋਣੀ ਹੈ ਜਿੱਡਾ ਕੋ ਪ੍ਰੋਜੈਕਟ ਹੈ। ਚੀਨ ਦਾ ਏਡਾ ਵੱਡਾ ਪ੍ਰੋਜੈਕਟ ਉੱਥੇ ਫਸਿਆ ਪਿਆ, ਜੇ ਪਾਕਿਸਤਾਨ ਦੀ ਸਰਕਾਰ ਨਾਲ ਉਹ ਇਸ ਮੌਕੇ ਤੇ ਸੰਬੰਧ ਵਿਗਾੜ ਲੈਣ ਤੇ ਪ੍ਰੋਜੈਕਟ ਦੇ ਵਿੱਚੋਂ ਹੋਰ ਕੁਝ ਨੀ ਨਿਕਲਣਾ। ਉਹਨਾਂ ਨੇ ਬਲੋਚਿਸਤਾਨ ਦੇ ਸਵਾਲ ਦੇ ਉੱਤੇ ਜਦੋਂ ਬਲੋਚਾਂ ਨੇ ਰੌਲਾ ਪਾਇਆ ਤੇ ਉਦੋਂ ਵੀ ਚੀਨ ਨੇ ਕਿਹਾ ਸੀ ਉੱਥੇ ਸਾਡਾ ਪ੍ਰੋਜੈਕਟ ਲੱਗਾ, ਜੇ ਸਾਡੇ ਹਿੱਤਾਂ ਨੂੰ ਕੋਈ ਨੁਕਸਾਨ ਹੋਇਆ ਅਸੀਂ ਪਾਕਿਸਤਾਨ ਨਾਲ ਖਲੋਵਾਂਗੇ। ਹੁਣ ਵੀ ਉਹ ਮਸੂਦ ਅਜ਼ਹਰ ਜਾਂ ਬਾਕੀ ਸਾਰੇ ਮਾਮਲਿਆਂ ਤੇ ਦਹਿਸ਼ਤਗਰਦੀ ਦੀ ਜ਼ਬਾਨੀ ਕਲਾਮੀ ਨਿੰਦਾ ਕਰਦੇ ਆ, ਗੋਆ ਚ ਵੀ ਆ ਕੇ ਨਿੰਦਾ ਕਰਦੇ ਬ੍ਰਿਕਸ ਦੇ ਸੰਮੇਲਨ ਵਿਚ, ਪਰ ਉਦਾਂ ਸਿਰਫ ਆਰਥਿਕ ਹਿੱਤਾਂ ਤੱਕ ਉਹ ਬ੍ਰਿਕਸ ਦੇ ਬਾਕੀ 4 ਦੇਸ਼ਾਂ ਦੇ ਨਾਲ ਨੇ ਜਿਨ੍ਹਾਂ ਚ ਭਾਰਤ ਵੀ ਹੈ। ਦਹਿਸ਼ਤਗਰਦੀ ਦੇ ਸਵਾਲ ਦੇ ਉੱਤੇ ਜੋ ਪਾਕਿਸਤਾਨ ਕਰੇਗਾ ਉਹ ਠੀਕ ਕਰੇ ਗਲਤ ਕਰੇ, ਚੀਨ ਉਹਦੀ ਹਮਾਇਤ ਕਰਦਾ ਰਿਹਾ, ਕਰ ਰਿਹਾ ਤੇ ਕਰੇਗਾ। ਇਨੀ ਦਿਨੀ ਕਾਫੀ ਪ੍ਰਚਾਰ ਹੋ ਰਿਹਾ, ਕਪਿਲ ਸ਼ਰਮਾ ਨੇ ਵੀ ਆਪਣੇ ਸ਼ੋਅ ਦੇ ਵਿਚ ਕੀਤਾ, ਸਰਕਾਰ ਵੀ ਤੇ ਬਾਕੀ ਹਿੰਦੂਤਵ ਵਰਗ ਵੀ, ਕਿ ਚਾਈਨਾ ਦਾ ਬਣਿਆ ਸਮਾਨ ਨਾ ਖਰੀਦੋ। ਪਰ ਜਿਹੜਾ ਪਿੰਡਾਂ ਦੇ ਜ਼ਿਮੀਦਾਰਾਂ ਕੋਲੋਂ ਕਈਆਂ ਖੁਰਪੇ ਅਕਾਲੀ ਜਾਂ ਭਾਜਪਾ ਇਹ ਲੈ ਗਏ ਸੀ ਕਿ ਸਟੈਚੂ ਆਫ ਲਿਬਰਟੀ ਬਣਾਉਣਾ ਵੱਲਭ ਭਾਈ ਪਟੇਲ ਦਾ, ਉਹ ਤੇ ਬਣਿਆ ਨਹੀਂ, ਮੇਕ ਇਨ ਇੰਡੀਆ ਕਿੱਥੇ ਗਿਆ ਤੇ ਸਟੈਚੂ ਆਫ ਲਿਬਰਟੀ ਬਣਾ ਰਹੇ ਨੇ ਚਾਈਨਾ ਤੋਂ, ਤੇ ਚਾਈਨਾ ਦੇ ਸਮਾਨ ਦਾ ਬਾਈਕਾਟ ਕਿਉਂ ਪੰਨੂ ਸਾਹਿਬ? ਅੱਜ ਕੱਲ ਜਿਹੜੇ ਧਾਰਮਿਕ ਸਮਾਨ ਹੈ ਇੱਥੇ ਸਾਡੇ ਕੰਘੇ ਕੜੇ ਤੇ ਗਾਤਰੇ ਇਹ ਵੀ ਚੀਨ ਤੋਂ ਬਣ ਕੇ ਆ ਰਹੇ ਤੇ ਸਸਤੇ ਪੈਂਦੇ ਆ। ਲੋਕੀ ਕਹਿੰਦੇ ਜੀ ਸਸਤੇ ਵੀ ਹੈ ਚੰਗੇ ਵੀ ਹੈ। ਧਾਰਮਿਕ ਪੁਸਤਕਾਂ ਚੀਨ ਤੋਂ ਛਪ ਕੇ ਆ ਰਹੀਆਂ ਨੇ, ਹਿੰਦੂ ਧਰਮ ਦੀਆਂ ਪੁਸਤਕਾਂ ਉਹਨਾਂ ਦੇ ਤਰਸ਼ੂਲ
ਉਹ ਸਾਰਾ ਕੁਛ ਚੀਨ ਤੋਂ ਬਣ ਕੇ ਆ ਰਿਹਾ। ਆਪ ਚੀਨ ਵਾਲੇ ਨਾ ਮੂਰਤੀ ਪੂਜਾ ਕਰਦੇ ਨਾ ਕੁਛ ਹੋਰ, ਧਾਰਮਿਕ ਮੂਰਤੀਆਂ ਵੀ ਉਹ ਬਣਾ ਬਣਾ ਕੇ ਇੱਥੇ ਵੇਚ ਰਿਹਾ ਭਾਰਤ ਵਿਚ। ਉਹਨਾਂ ਦਾ ਸਮਾਨ ਖਰੀਦਣ ਤੋਂ ਨਾ ਕੋਈ ਨੀ ਕਰਦਾ, ਬਾਹਰ ਪ੍ਰਚਾਰ ਵਿਚ ਹਰ ਕੋਈ ਸ਼ਾਮਿਲ ਹੋ ਰਿਹਾ। ਮੈਨੂੰ ਇਹ ਯਾਦ ਹੈ ਕਿ ਪੂਰਬੀਆ ਮਜ਼ਦੂਰ ਜਿਹੜੇ ਯੂਪੀ ਤੇ ਬਿਹਾਰ ਤੋਂ ਸਾਡੇ ਪੰਜਾਬ ਚ ਆਉਂਦੇ ਆ, ਇਹਨਾਂ ਦੇ ਖਿਲਾਫ ਮਾਲਪੁਰ ਦੇ ਵਿਚ ਇਕ ਬਹੁਤ ਵੱਡਾ ਸੈਮੀਨਾਰ ਹੋਇਆ ਸੀ। ਮੇਰਾ ਖਿਆਲ 500 ਤੋਂ ਵੱਧ ਵਿਚ ਡੈਲੀਗੇਟ ਆਏ ਸਨ, ਕਿਸਾਨ ਵੀ ਸੀ, ਮਜ਼ਦੂਰ ਵੀ ਸੀ, ਸਧਾਰਨ ਲੋਕ ਵੀ ਸੀ, ਸਿਆਸੀ ਲੋਕ ਵੀ ਸੀ। ਜਸਵੰਤ ਸਿੰਘ ਕੰਵਲ ਹੋਰੀ ਵੀ ਉੱਥੇ ਬੈਠੇ ਸੀ। ਭਾਰਤੀ ਕਿਸਾਨ ਯੂਨੀਅਨ ਦੇ ਇਕ ਲੀਡਰ ਨੇ ਮੁੜ ਮੁੜ ਕੇ ਤਕਰੀਰ ਕੀਤੀ ਤੇ ਜਸਟਿਸ ਬੈਂਸ ਨੇ ਵੀ ਇਹ ਬਈਏ ਇੱਥੇ ਆ ਗਏ ਆ, ਸਾਡੇ ਪੰਜਾਬ ਦੇ ਕਲਚਰ ਨੂੰ ਖਤਰਾ। ਮੈਂ ਕਹਿੰਦਾ ਸਾਂ ਕਿ ਬਈਆ ਦਾ ਮਤਲਬ ਪੰਜਾਬੀ ਚ ਭਰਾ ਹੁੰਦਾ, ਕਿਸੇ ਨੂੰ ਬਈਆ ਆਖਣਾ ਤੇ ਪੰਜਾਬ ਦੇ ਕਲਚਰ ਨੂੰ ਖਤਰਾ ਨਹੀਂ ਪੈਂਦਾ। ਬਿਲਕੁਲ, ਹੋਰ ਗੱਲਾਂ ਕਰੋ ਤੁਸੀਂ, ਤੁਸੀਂ ਇਕਨੋਮਿਕ ਗੱਲਾਂ ਕਰਨੀਆਂ ਕਰੋ, ਕਿਹੜੀਆਂ ਕਰਦੇ ਪਏ ਜੇ। ਜਿਹੜਾ ਭਾਰਤੀ ਕਿਸਾਨ ਯੂਨੀਅਨ ਦਾ ਲੀਡਰ ਸਭ ਤੋਂ ਵੱਧ ਕਹਿੰਦਾ ਸੀ ਕਿ ਬਈਏ ਆ ਗਏ ਇੱਥੇ ਵੜਨ ਨਹੀਂ ਦੇਣੇ ਚਾਹੀਦੇ, ਉਹ ਬਾਅਦ ਵਿਚ ਛੁੱਟੀ ਉਹਨੇ ਲੈ ਲਈ, ਕਹਿੰਦਾ ਜੀ ਮੈਂ ਜਲਦੀ ਜਾਣਾ। ਮੈਂ ਕਿਹਾ ਭਾਜੀ ਤੁਸੀਂ ਆਪਣੀ ਗੱਲ ਕਹਿ ਚੁੱਕੇ ਹੋ, ਮੈਂ ਵੀ ਇਹਦੇ ਬੋਲਣਾ, ਦੋ ਮਿੰਟ ਜਵਾਬ ਵੀ ਸੁਣ ਜਾਓ। ਕਹਿੰਦਾ ਪੰਨੂ ਸਾਹਿਬ ਸੁਣਨ ਨੂੰ ਤੇ ਤੁਹਾਨੂੰ ਮੇਰਾ ਦਿਲ ਬਹੁਤ ਕਰਦਾ, ਪਰ ਮੇਰੀ ਮੁਸ਼ਕਿਲ ਇਹ ਆ ਕਿ ਝੋਨਾ ਝਾੜਨ ਵਾਸਤੇ ਬਈਏ ਨੀ ਅੱਜ ਕੱਲ ਮਿਲ ਰਹੇ, ਤੇ ਮੈਂ ਕਿਸੇ ਨੂੰ ਆਖਿਆ ਲੁਧਿਆਣੇ ਦੇ ਸਟੇਸ਼ਨ ਤੇ ਬਈਏ ਆਉਣੇ ਆ ਤੇ ਮੈਂ ਲੈਣ ਜਾਣਾ। ਮੈਂ ਕਿਹਾ ਹੁਣੇ ਤਾਂ ਤੂੰ ਇੱਥੇ ਵਿਰੋਧ ਕਰਦਾ ਪਿਆ, ਇਹ ਵੜ ਨਹੀਂ ਦੇਣੇ ਚਾਹੀਦੇ। ਕਹਿੰਦਾ ਕੰਮ ਵੀ ਤੇ ਕਰਾਉਣਾ ਨਾ, ਤੇ ਮੈਂ ਕਿਹਾ ਜੇ ਵੜ ਨਹੀਂ ਦੇਣੇ ਫਿਰ ਕੰਮ ਕਿਥੋਂ ਕਰਾਓਗੇ। ਉਸੇ ਤਰ੍ਹਾਂ ਚੀਨੀ ਸਮਾਨ ਦੇ ਸਵਾਲ ਦੇ ਉੱਤੇ ਸਾਡੇ ਜਿਹੜੇ ਲੋਕ ਕਹਿੰਦੇ ਆ ਕਿ ਇਸ ਸਮਾਨ ਦਾ ਵਿਰੋਧ ਕਰਨਾ ਚਾਹੀਦਾ, ਉਹਨਾਂ ਲੋਕਾਂ ਦੇ ਘਰਾਂ ਵਿਚ ਚਲ ਜਾਓ, ਇੱਕ ਨੁੱਕਰ ਦੇ ਵਿਚ ਪਈ ਮੂਰਤੀ ਨੂੰ ਜਿਹਨੂੰ ਸਵੇਰੇ ਉੱਠ ਕੇ ਧੂਫ ਦਿੰਦੇ ਹੋ ਵੀ ਚੀਨ ਦੀ ਬਣੀ ਲੱਭਣੀ, ਇਹ ਸਾਰੇ ਏਦਾਂ। ਉਦਾਂ ਜਿਹੜਾ ਗੈਟ ਸਮਝੌਤਾ ਸੀ, ਜਿਹੜਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦਾ ਸੀ, WTO ਦਾ ਸਮਝੌਤਾ ਸੀ, ਉਸ ਸਮਝੌਤੇ ਤੋਂ ਬਾਅਦ ਇਸ ਤਰ੍ਹਾਂ ਦੀਆਂ ਪਾਬੰਦੀਆਂ ਇਹਨਾਂ ਦੇਸ਼ਾਂ ਦੇ ਸਮਾਨ ਤੇ ਲਾਈਆਂ ਨਹੀਂ ਜਾ ਸਕਦੀਆਂ। ਅਸੀਂ ਜ਼ਰੂਰਤ ਤੋਂ ਜ਼ਿਆਦਾ ਰੌਲਾ ਪੈਂਦਾ ਵੇਖ ਰਹੇ ਹਾਂ, ਕਿਤੇ ਨਾ ਕਿਤੇ ਰੁਕਣਾ ਚਾਹੀਦਾ। ਜੀ ਬਿਲਕੁਲ, ਜਿਹੜਾ ਮਤਲਬ ਸਟੈਚੂ ਆਫ ਲਿਬਰਟੀ ਦੇ ਬਰਾਬਰ ਤੁਸੀਂ ਸਟੈਚੂ ਆਫ ਯੂਨਿਟੀ ਬਣਾ ਰਹੇ ਹੋ, ਉਹ ਤੇ ਤੁਹਾਡੇ ਕੋਲ ਬਣੀਆਂ ਨਹੀਂ। ਮੇਕ ਇਨ ਇੰਡੀਆ ਦੀਆਂ ਕਿਹੜੀਆਂ ਡਿੰਗਾਂ ਮਾਰਦੇ ਹੋ ਵੀ ਚੀਨ ਤੋਂ ਬਣਾ ਕੇ ਤੁਸੀਂ ਬੁੱਤ ਲਿਆ ਰਹੇ ਹੋ 3000 ਸਟੈਚੂ ਆਫ ਲਿਬਰਟੀ ਵਰਗਾ ਬੁੱਤ ਬਣਾਉਣਾ ਹੋਵੇ ਸਰਦਾਰ ਪਟੇਲ ਦਾ, ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਕਹਿ ਦੇਣ 6 ਮਹੀਨਿਆਂ ਚ ਬਣਾ ਦੇਗਾ। ਆ ਬਣਾਇਆ ਸੀ ਘੋਟਾਲਿਆਂ ਦਾ ਇਹਨਾਂ ਨੇ, ਨਹੀਂ ਜੀ ਨਹੀਂ, ਹੋਰ ਕੋਈ ਕੰਮ ਕਰਨ ਨਾ ਕਰਨ। ਆਨੰਦਪੁਰ ਸਾਹਿਬ ਦੇ ਵਿਚ 81 ਫੁੱਟ ਦਾ ਖੰਡਾ, ਜਲੰਧਰ ਦੇ ਵਿਚ ਵਾਰ ਮੈਮੋਰੀਅਲ, ਅੰਮ੍ਰਿਤਸਰ ਦੇ ਵਿਚ ਹੁਣ ਇਕ ਬਹੁਤ ਵੱਡੀ ਤਲਵਾਰ ਖੜੀ ਕੀਤੀ ਜਾ ਰਹੀ ਹੈ। ਇਹ ਚੀਜ਼ਾਂ ਉਹ ਨੇ ਜਿਹੜੀਆਂ ਲੋਕਾਂ ਨੂੰ ਵਿਖਾ ਕੇ ਵੋਟਾਂ ਮੰਗਣੀਆਂ, ਪਰ ਲੋਕਾਂ ਦੇ ਢਿੱਡ ਵਿਚ ਰੋਟੀ ਹੈਗੀ ਕਿ ਨਹੀਂ ਹੈਗੀ, ਉਹਨਾਂ ਦੇ ਬੱਚਿਆਂ ਦੇ ਤਨ ਤੇ ਕੱਪੜਾ ਹੈਗਾ ਕਿ ਨਹੀਂ ਹੈਗਾ, ਉਹਨਾਂ ਦੇ ਸਕੂਲ ਵਿਚ ਕੋਈ ਟੀਚਰ ਹੈਗਾ ਕਿ ਨਹੀਂ ਹੈਗਾ, ਇਹਨਾਂ ਗੱਲਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ, ਆਹ ਜ਼ਿਆਦਾ ਚਿੰਤਾ ਕਰਨੀ ਚਾਹੀਦੀ, ਇਹਦੇ ਨਾਲ ਵੋਟਾਂ ਮਿਲ ਜਾਂਦੀਆਂ। ਬਿਲਕੁਲ, ਤੇ ਨਾਲੇ ਉਹਨਾਂ ਦੇ ਲਾਲਾਂ ਦੇ ਬੁੱਤ ਦੀ ਰਾਖੀ ਵੀ ਕਿਵੇਂ ਪੰਜਾਬ ਪੁਲਿਸ ਦੇ ਜਵਾਨ ਕਰਦੇ ਨੇ, ਉਹ ਵੀ ਇਹਨਾਂ ਕੋਲ ਤਜਰਬਾ ਹੈਗਾ। ਤੇ ਖੈਰ ਪੰਨੂ ਸਾਹਿਬ, ਜਿਹੜਾ ਧਰਮ ਦੇ ਨਾਂ ਤੇ ਵੋਟਾਂ ਮੰਗਣ ਦਾ ਜਿਹੜਾ ਸਿਲਸਿਲਾ ਹੈ, ਚੀਫ ਜਸਟਿਸ ਸਾਹਿਬ ਦਾ ਵੀ ਬੜੀ ਸਟੇਟਮੈਂਟ ਹੈ ਕਿ ਮੈਂ ਵੀ ਹਿੰਦੂ ਹਾਂ, ਇਹਦਾ ਮਤਲਬ ਇਹ ਤਾਂ ਨਹੀਂ ਕਿ ਵੋਟਾਂ ਮੰਗੀਆਂ ਜਾਣ, ਕਿਸ ਪਾਸੇ ਨੂੰ ਇਹ ਕਹਾਣੀ ਜਾ ਰਹੀ ਹੈ ਕਿ ਮੁੱਦਾ ਉਠਾਇਆ ਗਿਆ ਹੈ? ਇਹ ਮੁੱਦਾ ਅਸਲ ਚ ਉੱਥੇ ਇਸ ਕਰਕੇ ਗਿਆ ਕਿ ਜਿਹੜਾ ਲੋਕ ਪ੍ਰਤੀਨਿਧਤਾ ਕਾਨੂੰਨ ਹੈ, ਪੀਪਲ ਜੇ ਰਿਪ੍ਰੈਜੈਂਟੇਟਿਵ ਐਕਟ, ਉਹਦੇ ਵਿਚ ਲਿਖਿਆ ਕਿ ਧਰਮ ਦੇ ਜਾਂ ਜਾਤ ਦੇ ਆਧਾਰ ਤੇ ਵੋਟਾਂ ਨਹੀਂ ਮੰਗੀਆਂ ਜਾ ਸਕਦੀਆਂ, ਇਹਦੇ ਬਾਵਜੂਦ ਮੰਗੀਆਂ ਜਾ ਰਹੀਆਂ ਨੇ। ਹੁਣ ਕਿਸੇ ਨੇ ਜਾ ਕੇ ਕੇਸ ਕਰਤਾ ਜੀ ਧਰਮ ਦੇ ਨਾਂ ਦੇ ਉੱਤੇ ਧਾਰਮਿਕ ਅਹੁਦੇਦਾਰ ਤੇ ਅਪੀਲ ਕਰਨ ਤੇ ਗਲਤ ਹੈ, ਪਰ ਛੋਟੇ ਛੋਟੇ ਧਾਰਮਿਕ ਡੇਰੇ ਬਣੇ ਆ, ਇਹਨਾਂ ਡੇਰਿਆਂ ਦੇ ਮੁਖੀ ਚੋਣਾਂ ਚ ਵੀ ਖਲੋ ਜਾਂਦੇ, ਚੋਣਾਂ ਚ ਖਲੋਤਿਆਂ ਦੀ ਮਦਦ ਕਰਨ ਵਾਸਤੇ ਵੀ ਨਾਲ ਤੁਰ ਪੈਂਦੇ, ਵੋਟਾਂ ਤੇ ਵੀ ਕਹਿੰਦੇ ਆ, ਇਹਨਾਂ ਦੇ ਉੱਤੇ ਵੀ ਪਾਬੰਦੀ ਲੱਗਣੀ ਚਾਹੀਦੀ ਹੈ। ਉਹ ਕੇਸ ਸੁਪਰੀਮ ਕੋਰਟ ਸੁਣਵਾਈ ਕਰਦੇ ਪਏ ਆ, ਕੱਲ ਸੁਪਰੀਮ ਕੋਰਟ ਦੇ ਮਾਣਯੋਗ ਜੱਜਾਂ ਨੇ ਆਖਿਆ ਕਿ ਕਾਨੂੰਨ ਇੰਨਾ ਕਮਜ਼ੋਰ ਹੈ ਜੀ, ਇਸ ਕਾਨੂੰਨ ਨੂੰ ਥੋੜਾ ਸਖ਼ਤ ਕੀਤਾ ਜਾਣਾ ਚਾਹੀਦਾ, ਕੀਤਾ ਨਹੀਂ ਜਾ ਰਿਹਾ, ਵਾਰ ਵਾਰ ਕਿਹਾ ਜਾ ਰਿਹਾ ਕਿ ਇਸ ਤਰ੍ਹਾਂ ਲੋਕਾਂ ਤੋਂ ਵੋਟਾਂ ਮੰਗਣੀਆਂ ਗਲਤ ਨੇ ਜੀ, ਪਰ ਪਾਰਲੀਮੈਂਟ ਵਿਚ ਸੋਧ ਨਹੀਂ ਕਰ ਰਹੀ, ਹੁਣ ਵੀ ਸੋਧ ਕਰਨ ਦੀ ਲੋੜ ਹੈ। ਉੱਥੇ ਤਾਂ ਬੜੀਆਂ ਅਜੀਬ ਕਿਸਮ ਦੀਆਂ ਸ਼ਿਕਾਇਤਾਂ ਆਉਂਦੀਆਂ, ਤਾਮਿਲਨਾਡੂ ਤੋਂ ਆ ਕੇ ਇੱਕ ਵਕੀਲ ਨੇ ਅਰਜੀ ਦਿੱਤੀ ਹੈ, ਕਹਿੰਦਾ ਜੀ ਇੰਨੇ ਮੰਦਰ ਉੱਥੇ ਬੰਦ ਨੇ, ਉਹਨਾਂ ਤਾਲੇ ਲੱਗੇ ਪਏ ਆ ਅਦਾਲਤੀ ਕੇਸਾਂ ਦਾ ਕਰਕੇ, ਤੇ ਅਸੀਂ ਪੂਜਾ ਪਾਠ ਕਿੱਥੇ ਕਰੀਏ, ਤੇ ਜਸਟਿਸ ਦਵੇ ਨੇ ਆਖਿਆ ਕਿ ਕਈ ਲੋਕ ਇਹੋ ਜਿਹੇ ਮੰਦਰ ਜਾਣ ਨਾ ਜਾਣ ਆਪਣੇ ਘਰ ਚ ਪੂਜਾ ਕਰ ਲੈਂਦੇ, ਮੈਂ ਕਿਤੇ ਵੀ ਨਹੀਂ ਜਾਂਦਾ, ਮੈਂ ਆਪਣੇ ਘਰ ਚ ਪੂਜਾ ਕਰਦਾ, ਤੁਸੀਂ ਆਪਣੇ ਘਰ ਚ ਪੂਜਾ ਨਹੀਂ ਕਰ ਸਕਦੇ, ਏਡੀ ਛੇਤੀ ਕੀ ਹੁੰਦਾ ਪਿਆ। ਇਹ ਧਰਮ ਦੇ ਨਾਂ ਦੇ ਉੱਤੇ ਕਾਨੂੰਨ ਨੂੰ ਵੀ ਇੱਕ ਕਿਸਮ ਦਾ ਅਗਵਾ ਕਰਨ ਦਾ ਯਤਨ ਕੀਤਾ ਜਾ ਰਿਹਾ, ਚੋਣ ਪ੍ਰੋਸੈਸ ਜਿਹੜਾ ਚੋਣ ਪ੍ਰਕਿਰਿਆ ਸਾਡੀ ਹੈ ਇਹਨੂੰ ਵੀ ਧਰਮ ਦੇ ਨਾਂ ਤੇ ਅਗਵਾ ਕਰਨ ਦਾ ਯਤਨ ਹੁੰਦਾ,
ਸੁਪਰੀਮ ਕੋਰਟ ਠੀਕ ਕਹਿੰਦੀ ਹੈ ਕਿ ਇਸ ਮਾਮਲੇ ਚ ਸਖ਼ਤੀ ਕਰਨ ਦੀ ਲੋੜ ਜੀ। ਇਸ ਦੇ ਨਾਲ ਨਾਲ ਪੰਨੂ ਸਾਹਿਬ ਜਿਸ ਤਰ੍ਹਾਂ ਇਹ ਮੁੱਦਾ ਦੇਖੋ ਇਹਦੇ ਵਿਚੋਂ ਕੀ ਨਿਕਲਦਾ ਤੇ ਨਾਲ ਨਾਲ ਰਾਮ ਮੰਦਰ ਮੁੱਦਾ ਫੇਰ ਗੁਰਮਾਇਆ ਜਾ ਰਿਹਾ ਜੀ ਯੂਪੀ ਇਲੈਕਸ਼ਨ ਨੇ। ਜਦੋਂ ਕੁਛ ਹੋਰ ਨਾ ਲੱਭੇ ਉਦੋਂ ਭਾਰਤੀ ਜਨਤਾ ਪਾਰਟੀ ਰਾਮ ਦਾ ਨਾਂ ਲੈਣ ਲੱਗ ਪੈਂਦੀ ਹੁੰਦੀ ਆ। ਅੱਜ ਕੱਲ ਅੰਗਰੇਜ਼ੀ ਦਾ ਇੱਕ ਲਫ਼ਜ਼ ਵਰਤਦੇ ਅਸੀਂ ਬੈਕ ਬਰਨਰ। ਉਸ ਬੈਕ ਬਰਨਰ ਦੀ ਬਹੁਤ ਤੁਹਾਨੂੰ ਸਮਝ ਨਹੀਂ ਆਉਣੀ। ਜੇ ਅਸਲ ਚ ਸਮਝਣਾ ਹੋਵੇ ਤੇ ਸਾਨੂੰ ਪਿੰਡਾਂ ਚ ਜਿਹੜੇ ਕੱਚੇ ਚੁੱਲ੍ਹੇ ਹੁੰਦੇ ਸੀ ਉਹਨਾਂ ਦਾ ਚੇਤਾ ਕਰਨਾ ਚਾਹੀਦਾ। ਚੁੱਲ੍ਹੇ ਦੇ ਉੱਤੇ ਅਸੀਂ ਤਵਾ ਰੱਖਿਆ ਹੁੰਦਾ ਸੀ ਜਾਂ ਵੱਡੀ ਤੌੜੀ ਹੁੰਦੀ ਸੀ, ਉਹਦੇ ਵਿੱਚੋਂ ਦੀ ਇੱਕ ਮੋਰੀ ਜੀ ਕੱਢ ਕੇ ਪਿਛਲੇ ਪਾਸੇ ਇੱਕ ਛੋਟਾ ਜਿਹਾ ਚੁੱਲ੍ਹਾ ਹੋਰ ਬਣਾਇਆ ਹੁੰਦਾ ਸੀ। ਉਹਦੇ ਵਿੱਚ ਜਿਹੜਾ ਚੁੱਲ੍ਹੇ ਦਾ ਵਾਧੂ ਸੇਕ ਹੈ ਤੇ ਬਾਹਰ ਨਿਕਲ ਜਾਣਾ ਉਹਦੇ ਵਿੱਚ ਦੀ ਪਿੱਛੇ ਜਾਂਦਾ ਹੁੰਦਾ ਸੀ, ਉਹਨੂੰ ਕਹਿੰਦੇ ਸੀ ਲੂੰਬੀ। ਉਹਦੇ ਉੱਤੇ ਪਾਣੀ ਦਾ ਇੱਕ ਕੁੱਜਾ ਜਾਂ ਕੁਛ ਹੋਰ ਪਤੀਲਾ ਵਗੈਰਾ ਰੱਖ ਛੱਡਦੇ ਸੀ। ਨਾ ਉੱਥੇ ਪੈਣ ਨੂੰ ਉਹਨੂੰ ਕਦੇ ਉਬਾਲਾ ਆਉਂਦਾ ਸੀ ਤੇ ਨਾ ਉੱਥੇ ਪਿਆ ਉਹ ਠੰਡਾ ਹੁੰਦਾ ਸੀ, ਬਿਲਕੁਲ ਉਹਨੂੰ ਨਿੱਘਾ ਜਿਹਾ ਰੱਖਦੇ ਸੀ। ਭਾਰਤੀ ਜਨਤਾ ਪਾਰਟੀ ਵੀ ਰਾਮ ਮੰਦਰ ਦੇ ਮੁੱਦੇ ਨੂੰ ਉਸ ਲੂੰਬੀ ਤੇ ਰੱਖਦੀ ਹੈ, ਨਾ ਤੇ ਇਹਨੂੰ ਉਬਾਲਾ ਆਉਣ ਦਿੰਦੀ ਹੈ ਤੇ ਨਾ ਇਹਨੂੰ ਠੰਡਾ ਹੋਣ ਦਿੰਦੀ ਹੈ। ਥੋੜਾ ਥੋੜਾ ਰੱਖਦੀ, ਜਦੋਂ ਲੋੜ ਪੈਂਦੀ ਹੈ ਉਦੋਂ ਰਾਮ ਮੰਦਰ ਦਾ ਮੁੱਦਾ ਚੁੱਕ ਲੈਂਦੀ ਹੈ। ਹੁਣ ਯੂਪੀ ਦੀਆਂ ਚੋਣਾਂ ਚ ਹੋਰ ਤਾਂ ਇਹਨਾਂ ਦੇ ਪੱਲੇ ਕੱਖ ਨਹੀਂ, ਅੱਛੇ ਦਿਨ ਆਉਣ ਵਾਲੇ ਆ, ਆਪੇ ਮੰਨ ਲਿਆ ਜੀ ਉਹ ਤਾਂ ਕਦੇ ਆ ਹੀ ਨਹੀਂ ਸਕਦੇ, ਵਿਦੇਸ਼ ਤੋਂ ਪੈਸੇ ਆਉਣੇ ਆ, ਕਹਿੰਦੇ ਉਹ ਚੋਣ ਜੁਮਲਾ ਸੀ। ਤੇ ਫਿਰ ਬਾਕੀ ਗੱਲ ਕਿਹੜੀ ਰਹਿ ਗਈ ਜਿਹਦੇ ਨਾਂ ਤੇ ਵੋਟਾਂ ਮੰਗਣੀਆਂ? ਹੁਣ ਤਾਂ ਫਿਰ ਰਾਮ ਦਾ ਆਸਰਾ ਲੈਣਗੇ, ਉਹਦੇ ਲਈ ਉਹ ਮੁੱਦਾ ਚੁੱਕਿਆ ਜਾ ਰਿਹਾ ਜਿਹੜਾ ਹੁਣ ਤੱਕ ਪਿੱਛੇ ਲੂੰਬੀ ਤੇ ਰੱਖਿਆ ਸੀ ਜੀ। ਇਸ ਦੇ ਨਾਲ ਨਾਲ ਜੇ ਦੇਖਿਆ ਜਾਵੇ ਉੱਤਰ ਪ੍ਰਦੇਸ਼ ਦੇ ਵਿੱਚ ਰੀਟਾ ਬਹੁਗੁਣਾ ਹੋਰਾਂ ਨੂੰ ਹੁਣ ਭਾਜਪਾ ਦੇ ਵਿੱਚ ਬਹੁਤੇ ਗੁਣ ਨਜ਼ਰ ਆਉਣ ਲੱਗ ਪਏ ਨੇ ਤੇ ਕਾਂਗਰਸ ਬੇਗੁਣੀ ਲੱਗਣ ਲੱਗ ਪਈ ਹੈ ਜੀ। ਉਹ ਕਹਿੰਦੀ ਆ ਕਿ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਕਿ ਨਰਿੰਦਰ ਮੋਦੀ ਸ਼ਹੀਦਾਂ ਦੇ ਖੂਨ ਦੀ ਦਲਾਲੀ ਕਰਦਾ, ਇਹ ਬਿਆਨ ਬੜਾ ਮਾੜਾ ਤੇ ਮੈਨੂੰ ਚੰਗਾ ਨਹੀਂ ਲੱਗਾ। ਉਹ ਬਿਆਨ ਦਿੱਤੇ ਤਾਂ 10 ਦਿਨ ਹੋ ਗਿਆ ਤੇ ਹੁਣ ਤੈਨੂੰ ਚੰਗਾ ਨਹੀਂ ਲੱਗਾ? ਤੇ ਜਿਹੜਾ ਬਿਆਨ ਬਲਾਤਕਾਰ ਦੇ ਮੁੱਦੇ ਨੂੰ ਲੈ ਕੇ ਮਾਇਆਵਤੀ ਦੇ ਖਿਲਾਫ਼ ਤੂੰ ਦਿੱਤਾ ਸੀ, ਜਿਹਦੇ ਤੋਂ ਸਾਰੇ ਦੇਸ਼ ਚ ਭੁਚਾਲ ਆ ਗਿਆ ਸੀ, ਬਹੁਜਨ ਸਮਾਜ ਪਾਰਟੀ ਦੇ ਹਜ਼ਾਰਾਂ ਦੀ ਗਿਣਤੀ ਚ ਵਰਕਰ ਗਏ, ਫੋਰਸ ਗਈ, ਇਹਦਾ ਘਰ ਸਾਰਾ ਤੋੜ ਭੰਨ ਸਾੜ ਦਿੱਤਾ ਗਿਆ ਸੀ, ਉਹ ਬਿਆਨ ਚੰਗਾ ਸੀ? ਜਿਹੜਾ ਬਿਆਨ ਭਾਰਤੀ ਜਨਤਾ ਪਾਰਟੀ ਦੇ ਯੂਪੀ ਦੇ ਉਪ ਪ੍ਰਧਾਨ ਦਇਆ ਸ਼ੰਕਰ ਸਿੰਘ ਨੇ ਦਿੱਤਾ ਸੀ ਮਾਇਆਵਤੀ ਬਾਰੇ, ਵੇਸਵਾ ਲਫ਼ਜ਼ ਤੱਕ ਵਰਤਿਆ ਗਿਆ ਸੀ, ਉਹ ਚੰਗਾ ਸੀ? ਅਸਲ ਕੀ ਆ ਕਿ ਉੱਤਰਾਖੰਡ ਦੇ ਵਿੱਚ ਮੁੱਖ ਮੰਤਰੀ ਹੁੰਦਾ ਸੀ ਵਿਜੇ ਬਹੁਗੁਣਾ, ਉਹ ਇਹਦਾ ਸਕਾ ਵੱਡਾ ਭਰਾ ਹੈ। ਉਹਨੂੰ ਲਾ ਕੇ ਕਾਂਗਰਸ ਵਾਲਿਆਂ ਨੇ ਹਰੀਸ਼ ਰਾਵਤ ਨੂੰ ਬਣਾਇਆ, ਵਿਜੇ ਬਹੁਗੁਣਾ ਬੀਜੇਪੀ ਨਾਲ ਮਿਲ ਗਿਆ, ਉਹਨੇ ਬਗਾਵਤ ਕੀਤੀ, 8 ਬੰਦੇ ਲੈ ਕੇ ਚਲਾ ਗਿਆ, ਬੀਜੇਪੀ ਨਾਲ ਮਿਲ ਕੇ ਸਰਕਾਰ ਬਣਾਉਣ ਦੇ ਪੂਰੇ ਯਤਨ ਕਰ ਲਏ, ਸੁਪਰੀਮ ਕੋਰਟ ਚ ਜਾ ਕੇ ਮੂੰਹ ਦੀ ਕਾਣੀ ਪਈ, ਜਦੋਂ ਵੇਖਿਆ ਹੁਣ ਕਾਂਗਰਸ ਦੀ ਦਾਲ ਨਹੀਂ ਗਲਦੀ, ਉਹ ਚਲਾ ਗਿਆ ਬੀਜੇਪੀ ਚ ਤੇ ਜਦੋਂ ਉਹ ਗਿਆ ਤੇ ਭੈਣ ਵੀ ਚਲੀ ਗਈ। ਪਰ ਇਹ ਪੁੱਤ ਧੀ ਕਿਹਦੇ ਨੇ? ਇਹਨਾਂ ਦਾ ਬਾਪ ਕੌਣ ਸੀ? ਹੇਮਵਤੀ ਨੰਦਨ ਬਹੁਗੁਣਾ। ਉਹਨੂੰ ਇੰਦਰਾ ਗਾਂਧੀ ਨੇ ਬੜਾ ਹੋਣਹਾਰ ਨੌਜਵਾਨ ਵੇਖ ਕੇ 1971 ਦੀ ਬੰਗਲਾਦੇਸ਼ ਦੀ ਜੰਗ ਤੋਂ ਬਾਅਦ ਚੋਣ ਲੜਾਈ ਤੇ ਕੇਂਦਰ ਦਾ ਰਾਜ ਮੰਤਰੀ ਬਣਾਇਆ ਸੀ। ਫਿਰ ਉਹਦਾ ਕੰਮ ਵੇਖ ਕੇ ਰਾਤ ਦਿਨ ਲੱਗਾ ਰਹਿੰਦਾ, ਉਹਨੂੰ ਦੇਸ਼ ਦੇ ਸਭ ਤੋਂ ਵੱਡੇ ਸੂਬੇ ਯੂਪੀ ਦਾ ਮੁੱਖ ਮੰਤਰੀ ਬਣਾਇਆ ਸੀ, ਚੱਲ ਨਾ ਸਕਿਆ, ਦਿੱਲੀ ਲੈ ਗਈ ਫਿਰ ਮੋੜ ਕੇ, ਇੱਥੇ ਮੁੱਖ ਮੰਤਰੀ ਦੂਸਰਾ ਨਰਾਇਣ ਦਾ ਤਿਵਾੜੀ ਬਣਾ ਦਿੱਤਾ, ਉਹਨੂੰ ਫਿਰ ਦਿੱਲੀ ਆਪਣੇ ਕੋਲ ਲੈ ਗਈ। ਉਹ ਭਰਿਆ ਪੀਤਾ ਬੈਠਾ ਰਿਹਾ ਜਦੋਂ ਐਮਰਜੈਂਸੀ ਟੁੱਟੀ 1977 ਚ, ਬਗਾਵਤ ਕਰਨ ਵਾਲੇ ਸਭ ਤੋਂ ਮੂਹਰੇ ਸੀ ਤੇ ਮੁਰਾਰਜੀ ਡਸਾਈ ਨਾਲ ਜਨਤਾ ਪਾਰਟੀ ਚਲਾ ਗਿਆ। ਪਹਿਲੀ 1971 ਦੀ ਜਿਹੜੀ ਚੋਣ ਲੜੀ ਸੀ 72 ਦੀ ਜੀ, ਉਹ ਕਾਂਗਰਸ ਦੇ ਨਿਸ਼ਾਨ ਤੇ ਲੜੀ ਸੀ, ਗਾਂ ਵਛੇ ਦਾ ਨਿਸ਼ਾਨ ਹੁੰਦਾ ਸੀ ਉਦੋਂ ਕਾਂਗਰਸ ਦਾ। ਫਿਰ ਜਦੋਂ 1977 ਦੀ ਚੋਣ ਲੜੀ ਤੇ ਮੁਰਾਰਜੀ ਡਸਾਈ ਦੀ ਅਗਵਾਈ ਥੱਲੇ, ਜੈ ਪ੍ਰਕਾਸ਼ ਨਰਾਇਣ ਦੀ ਅਗਵਾਈ ਥੱਲੇ ਉਹ ਚੱਕਰ ਦੇ ਨਿਸ਼ਾਨ ਤੇ ਲੜੀ ਜਨਤਾ ਪਾਰਟੀ ਦੇ, 1980 ਤੱਕ ਉਹ ਮੁੜ ਕੇ ਫਿਰ ਇੰਦਰਾ ਗਾਂਧੀ ਕੋਲ ਆ ਗਿਆ। ਉਦੋਂ ਇੰਦਰਾ ਗਾਂਧੀ ਨੇ ਪੁਰਾਣੀ ਕਾਂਗਰਸ ਤੋੜ ਕੇ ਤੇ ਕਾਂਗਰਸ ਆਈ ਬਣਾ ਲਈ ਸੀ ਤੇ ਚੋਣ ਨਿਸ਼ਾਨ ਹੱਥ ਮਿਲ ਗਿਆ ਸੀ। ਫਿਰ ਉਹਨੇ ਹੱਥ ਵੱਲੋਂ ਚੋਣ ਲੜੀ ਤੇ ਇੰਦਰਾ ਗਾਂਧੀ ਦੇ ਨਾਲ ਪਾਰਲੀਮੈਂਟ ਬਣ ਕੇ ਉੱਥੇ ਦਿੱਲੀ ਚਲਾ ਗਿਆ, ਉੱਥੇ ਜਾ ਕੇ ਫਿਰ ਲੜਾਈ ਹੋ ਪਈ। 1984 ਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜਦੋਂ ਪਾਰਲੀਮੈਂਟ ਚੋਣ ਹੋਈ ਤੇ ਉਹਦੇ ਵਾਲੀ ਸੀਟ ਰਾਜੀਵ ਗਾਂਧੀ ਨੇ ਅਮਿਤਾਬ ਬੱਚਨ ਨੂੰ ਦੇ ਦਿੱਤੀ ਤੇ ਹੇਮਵਤੀ ਨੰਦਨ ਬਹੁਗੁਣਾ ਉਹਦੇ ਮੁਕਾਬਲੇ ਖਲੋ ਗਿਆ ਤੇ ਹਾਰ ਗਿਆ। ਉਹ ਜਿਹੜਾ ਹੇਮਵਤੀ ਨੰਦਨ ਬਹੁਗੁਣਾ ਸੀ 1971 ਚ ਉਹਦਾ ਚੋਣ ਨਿਸ਼ਾਨ ਗਾਂ ਤਾਂ ਬਖਸ਼ਿਆ ਹੋਵੇ ਤੇ ਕਾਂਗਰਸੀ ਉਮੀਦਵਾਰ ਆ, 1977 ਦੇ ਵਿਚ ਚੱਕਰ ਦਾ ਨਿਸ਼ਾਨ ਹੋਵੇ ਤੇ ਜਨਤਾ ਪਾਰਟੀ ਦਾ ਉਮੀਦਵਾਰ ਆ, 1980 ਵਿਚ ਕਾਂਗਰਸ ਆਈ ਦਾ ਉਹ ਉਮੀਦਵਾਰ ਹੈ ਤੇ ਉਹਦਾ ਨਿਸ਼ਾਨ ਹੱਥ ਹੋ ਗਿਆ
ਤੇ 1984 ਚ ਫਿਰ ਕਾਂਗਰਸ ਦੇ ਮੁਕਾਬਲੇ ਚੋਣ ਲੜਦਾ ਜਿੱਦਾਂ ਦਾ ਉਹ ਸੀ ਪੰਜਾਬੀ ਚ ਕਹੀਏ ਤੇ ਜਿਹੋ ਜਿਹੇ ਕੋਕੋ ਹੋ ਜੇ ਬੱਚੇ ਆ ਯਾਰ ਹਾਂ ਹੁਣ ਵੈਸੇ ਖੈਰ ਬ੍ਰਾਹਮਣ ਵੋਟ ਬੈਂਕ ਦਾ ਕਾਫੀ ਬੈਨੀਫਿਟ ਲੈਣਗੇ ਬਹੁ ਗੁਣਾ ਦੇ ਸਹਾਰੇ ਜੋੜ ਤੋੜ ਧਰਮ ਦੀ ਰਾਜਨੀਤੀ ਸਿੱਧੇ ਸਿੱਧੇ ਜਿਹੜੀ ਬ੍ਰਾਹਮਣਾਂ ਦੀ ਵੋਟ ਜੇ ਲੈਣੀ ਹੋਵੇ ਤੇ ਉਹ ਮਾਇਆਵਤੀ ਨੂੰ ਫਾਰਮੂਲਾ ਇਹਨਾਂ ਨਾਲ ਵੱਧ ਆਉਂਦਾ ਜਿੱਦਣ ਉਸ ਪਾਸੇ ਨੂੰ ਤੁਰ ਪਈ ਉਹਨੇ ਉਹ ਵੀ ਵੋਟ ਖਿੱਚਣੀ ਇਹਨਾਂ ਪਿੱਛੇ ਜੀ ਇੱਕ ਬੜੀ ਇੰਟਰਸਟਿੰਗ ਰਿਪੋਰਟ ਛਪੀ ਸੀ ਕਿ ਜਿਹੜੀ ਬ੍ਰਾਹਮਣ ਵੋਟ ਹੈ ਉਹ ਲਗਾਤਾਰ ਜਾਂ ਬ੍ਰਾਹਮਣ ਇਜਾਰੇਦਾਰੀ ਸੀ ਪਾਰਲੀਮੈਂਟ ਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਉਹ ਲਗਾਤਾਰ ਘੱਟ ਵੀ ਰਹੀ ਹੈ ਤੇ ਅਗਲੀ ਗੱਲ ਪੰਨੂ ਸਾਹਿਬ ਕਰੀਏ ਆਪਾਂ ਜਿਹੜਾ ਇਹ ਬਿਆਨ ਇਹਨਾਂ ਨੇ ਦਿੱਤਾ ਰਾਹੁਲ ਉਸ ਤਰ੍ਹਾਂ ਦਾ ਹੀ ਜਿਹੜਾ ਬਿਆਨ ਹੈ ਫਾਰੂਕ ਅਬਦੁੱਲਾ ਤੇ ਰਾਹੁਲ ਵੀ ਦੇ ਰਹੇ ਨੇ ਸ਼ਹੀਦਾਂ ਦੇ ਖੂਨ ਦੀ ਬੋਲੀ ਵਾਲਾ ਜੀ ਮੋਦੀ ਸਾਹਿਬ ਤੇ ਜਿਹੜਾ ਉਮਰ ਅਬਦੁੱਲਾ ਤੇ ਫਾਰੂਕ ਅਬਦੁੱਲਾ ਦੋਵੇਂ ਪਿਓ ਪੁੱਤਰ ਨੇ ਨਾ ਇਹ ਕਿਸੇ ਵਕਤ ਵਾਜਪੇਈ ਸਰਕਾਰ ਦੇ ਵਿਚ ਵੀ ਸ਼ਾਮਲ ਰਹੇ ਹੁਣ ਵੀ ਕਦੇ ਬੀਜੇਪੀ ਦੇ ਨੇੜੇ ਕਦੇ ਬੀਜੇਪੀ ਤੋਂ ਦੂਰ ਪਰ ਕੱਲ ਪਰਸੋਂ ਦਾ ਏਦਾਂ ਲੱਗਦਾ ਪਿਆ ਸੀਗਾ ਜਿਵੇਂ ਬੀਜੇਪੀ ਦੇ ਨੇੜੇ ਜਾ ਰਿਹਾ ਹੁਣ ਮੁੱਖ ਮੰਤਰੀ ਮਹਿਬੂਬਾ ਮੁਫਤੀ ਕੱਲ ਪੂਰੀ ਤਰ੍ਹਾਂ ਬੀਜੇਪੀ ਦੇ ਕਹਿ ਦੇ ਉੱਤੇ ਸਖ਼ਤ ਤੋਂ ਸਖ਼ਤ ਬਿਆਨ ਦੇਣ ਤੇ ਆ ਗਈ ਤੇ ਉਹਨੇ ਇਹ ਕਹਿ ਦਿੱਤਾ ਕਿ ਜਦ ਤੱਕ ਇੱਥੇ ਜੰਮੂ ਕਸ਼ਮੀਰ ਚ ਹਾਲਾਤ ਨਹੀਂ ਸੁਧਰਦੇ ਕੇਂਦਰੀ ਫੋਰਸਾਂ ਦੀ ਲੋੜ ਵਾਲਾ ਕਾਨੂੰਨ ਅਫਸਪਾ ਨਹੀਂ ਹਟਾਉਣਾ ਬੀਜੇਪੀ ਪੂਰੀ ਤਰ੍ਹਾਂ ਉਹਦੀ ਪਿੱਠ ਤੇ ਆ ਗਈ ਹੈ ਬੀਜੇਪੀ ਦਾ ਉੱਥੇ ਦਾ ਇੰਚਾਰਜ ਹੈ ਰਾਮ ਮਾਧਵ ਪੁਰਾਣਾ ਪਹਿਲਾਂ ਆਰ ਐਸ ਐਸ ਦਾ ਉਹ ਬੁਲਾਰਾ ਹੁੰਦਾ ਸੀ ਉਹਨੇ ਕਹਿਤਾ ਕਿ ਮਹਿਬੂਬਾ ਮੁਫਤੀ ਦੀ ਜਿਹੜੀ ਭਰੋਸੇਮੰਦੀ ਆ ਵਫ਼ਾਦਾਰੀ ਉਹਨੂੰ ਮੁੜ ਨਹੀਂ ਪਰਖਿਆ ਜਾ ਸਕਦਾ ਇਹ ਪਤਾ ਲੱਗ ਗਿਆ ਕਿ ਬੀਜੇਪੀ ਇਸ ਵੇਲੇ ਉਹਦੇ ਨਾਲ ਡਟ ਕੇ ਖੜੀ ਹੈ ਤੇ ਬੀਬੀ ਇਹਨਾਂ ਨਾਲ ਡਟ ਕੇ ਖੜੀ ਹੈ ਫਾਰੂਕ ਅਬਦੁੱਲੇ ਕੋਲ ਹੋਰ ਕੋਈ ਰਾਹ ਨਹੀਂ ਰਹਿ ਗਿਆ ਤੇ ਉਹਨੇ ਆਹ ਮੁੱਦਾ ਚੁੱਕ ਦਿੱਤਾ ਉਦਾਂ ਇੰਨੇ ਦਿਨ ਤੱਕ ਫਾਰੂਕ ਅਬਦੁੱਲਾ ਨਹੀਂ ਬੋਲਿਆ ਇਹਦੇ ਤੋਂ ਵੀ ਲੋਕ ਹੈਰਾਨ ਨੇ ਸਿਆਸਤ ਪੰਜਾਬ ਦੀ ਵੱਲੋਂ ਆਈਏ ਕਪਤਾਨ ਸਾਹਿਬ ਦੀ ਰੱਥ ਯਾਤਰਾ ਕਿੰਨੀ ਕੁ ਸਕਸੈਸ ਰਹੀ ਜੀ ਸਫਲ ਰਹੀ ਪੰਨੂ ਸਾਹਿਬ ਕਿਸਾਨਾਂ ਨੂੰ ਜੋੜਨ ਦੇ ਲਈ ਵਿਧਵਾਵਾਂ ਤੋਂ ਹਰੀ ਝੰਡੀ ਵਿਖਾਈ ਗਈ ਕਪਤਾਨ ਸਾਹਿਬ ਨੇ ਗੌਂ ਪਨਾਵੇ ਜਿਉਂ ਆ ਜਿੱਥੇ ਵੀ ਜਾਣਾ ਵਾ ਕਪਤਾਨ ਸਾਹਿਬ ਸਾਰੇ ਲੋਕਾਂ ਕੋਲ ਜਾਂਦੇ ਪਏ ਆ ਕੋਈ ਇਸ ਤਰ੍ਹਾਂ ਦੀ ਖਾਸ ਗੱਲ ਬਹੁਤੀ ਸਾਹਮਣੇ ਨਹੀਂ ਆ ਰਹੀ ਅਜੇ ਤੱਕ ਤਾਂ ਇਹ ਹੀ ਨਹੀਂ ਪਤਾ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਨ੍ਹਾਂ ਚੋਣਾਂ ਦੇ ਵਿਚ ਉਹਦੀ ਪਾਰਟੀ ਪਾਰ ਲੱਗਣ ਦੇਵੇਗੀ ਕਿ ਨਹੀਂ ਲੱਗਣ ਦੇਵੇਗੀ ਕਿਉਂਕਿ ਇਹ ਇੱਥੇ ਨਵਜੋਤ ਸਿੱਧੂ ਦੇ ਖਿਲਾਫ਼ ਬੋਲੀ ਜਾਂਦਾ ਉਹ ਦਿੱਲੀ ਚ ਨਵਜੋਤ ਸਿੱਧੂ ਨਾਲ ਮੀਟਿੰਗਾਂ ਕਰੀ ਜਾਂਦੇ ਨੇ ਤੇ ਜੇ ਉਹਨਾਂ ਮੀਟਿੰਗਾਂ ਕਰੀ ਜਾਣੀਆਂ ਇਹਨੇ ਉਹਦੇ ਖਿਲਾਫ਼ ਬੋਲੀ ਜਾਣਾ ਤੇ ਸਿੱਟਾ ਕੀ ਨਿਕਲੇਗਾ ਇਹ ਚੋਣ ਤੈਨੂੰ ਕਰਨਗੇ ਕੀ ਪਾਰਟੀ ਕਨਫਿਊਜ਼ਨ ਆਪਣਾ ਵਿਖਾਵੇ ਲੋਕਾਂ ਕੋਲ ਸਾਡੇ ਪੱਲੇ ਕੱਖ ਨੀ ਇਹ ਜਿਹੜਾ ਪ੍ਰਭਾਵ ਹੈ ਪਹਿਲਾਂ ਵੀ ਕਿ ਦਿੱਲੀ ਦੇ ਵਿਚ ਬੈਠੀ ਕਾਂਗਰਸ ਪਾਰਟੀ ਦੀ ਹਾਈਕਮਾਨ ਇਸ ਬੰਦੇ ਨੂੰ ਚੱਲਣ ਨਹੀਂ ਦੇ ਰਹੀ ਹੁਣ ਪਿਛਲੇ ਦੋ ਤਿੰਨ ਦਿਨਾਂ ਦੀਆਂ ਘਟਨਾਵਾਂ ਤੋਂ ਭਾਵੇਂ ਇਹਨੂੰ ਕਾਫੀ ਥਾਵਾਂ ਦੇ ਉੱਤੇ ਜਿਹੜੀਆਂ ਵਿਧਵਾਵਾਂ ਨੇ ਕਿਸਾਨਾਂ ਦੀਆਂ ਉਹਨਾਂ ਦਾ ਵੀ ਹੁੰਗਾਰਾ ਮਿਲਿਆ ਉਹਨਾਂ ਸਾਰੀਆਂ ਨੇ ਆਖਿਆ ਸਾਨੂੰ ਆਸ ਹੈ ਕਿ ਜੇ ਕੈਪਟਨ ਦੀ ਸਰਕਾਰ ਆ ਗਈ ਤੇ ਸਾਡਾ ਕੁਝ ਭਲਾ ਹੋ ਸਕਦਾ ਕਿਸਾਨਾਂ ਦੇ ਇਕੱਠ ਵੀ ਹੋਏ ਨੇ ਬਾਕੀ ਲੋਕ ਵੀ ਆਏ ਨੇ ਜਿਹੜੀ ਪਿਛਲੇ ਸਾਲ ਤੱਕ ਮਰੀ ਪਈ ਕਾਂਗਰਸ ਦੀ ਹੁਣ ਮਰੀ ਪਈ ਨੀ ਹੁਣ ਕਾਂਗਰਸ ਉੱਠ ਰਹੀ ਹੈ ਤੇ ਬੜੀ ਤੇਜ਼ੀ ਨਾਲ ਉੱਠ ਰਹੀ ਹੈ ਉਸ ਪੱਖੋਂ ਤਾਂ ਠੀਕ ਹੈ ਪਰ ਡਰ ਇੱਕੋ ਹੀ ਹੈ ਕਿ ਇਹਨੂੰ ਇਹਦੇ ਆਪਣੇ ਨਾ ਡੋਬ ਦਿੰਦੇ ਹੋਣ ਜਿਹੜੇ ਦਿੱਲੀ ਚ ਬੈਠੇ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਕਿਸ਼ਤੀ ਕਿਸੇ ਤਣ ਪੱਤਣ ਲੱਗੇਗੀ ਪੰਨੂ ਸਾਹਿਬ ਗ੍ਰਾਫ ਤਾਂ ਡਿੱਗ ਰਿਹਾ ਵੈਸੇ ਸਾਡੇ ਪੰਜਾਬੀ ਚ ਜੋ ਕਹਿੰਦੇ ਹੁੰਦੇ ਬਹੁਤਾ ਮੂੰਹ ਟੱਡੀ ਤੇ ਪਤਾ ਨੀ ਗਾ ਨਵਜੋਤ ਸਿੰਘ ਸਿੱਧੂ ਆਖੀ ਜਾਂਦਾ ਮੇਰੀ ਤਾਂ ਜੀ ਸਿਧਾਂਤਕ ਰਾਜਨੀਤੀ ਹੈ ਉਹ ਸਿਧਾਂਤ ਕਿਹੜਾ ਮੈਂ ਕੇਜਰੀਵਾਲ ਕੋਲ ਵੀ ਗਿਆ ਸੀ ਕੇਜਰੀਵਾਲ ਨੇ ਮੈਨੂੰ ਆਖਿਆ ਤੈਨੂੰ ਮੈਂ ਟਿਕਟ ਨੀ ਦੇਣੀ ਤੇ ਮੈਂ ਤਾਂ ਨਾ ਕਰਾਇਆ ਇਹਦਾ ਮਤਲਬ ਗੱਲ ਫਿਰ ਟਿਕਟ ਦੀ ਸੀ ਸਿਧਾਂਤ ਦੀ ਕੋਈ ਨੀ ਬੀਜੇਪੀ ਵਾਲੇ ਮੈਨੂੰ ਕਹਿੰਦੇ ਸੀ ਬਾਕੀ ਸਭ ਕੁਝ ਠੀਕ ਹੈ ਮੈਂ ਵੀ ਸਿਧਾਂਤ ਠੀਕ ਸਾਂ ਪਰ ਉਹਨੇ ਆਖਿਆ ਤੂੰ ਪੰਜਾਬ ਤੋਂ ਪਰੇ ਪਰੇ ਰਹਿ ਅਕਾਲੀਆਂ ਦੇ ਕੰਮ ਚ ਦਾਖਲ ਨਾ ਦੇ ਮੇਰੀ ਸਿਧਾਂਤ ਦੀ ਰਾਜਨੀਤੀ ਤਾਂ ਛੱਡਿਆ ਇਹਦਾ ਮਤਲਬ ਜੇ ਹਾਈਕਮਾਂਡ ਸੱਦੇ ਤੇ ਮੈਂ ਫਿਰ ਜਾਣ ਨੂੰ ਤਿਆਰ ਹੈ ਹੁਣ ਕਾਂਗਰਸ ਵਿਚ ਵੀ ਜਿਹੜੀ ਕਾਂਗਰਸ ਦੇ ਖਿਲਾਫ਼ ਇੰਨਾ ਕੁਛ ਪੁੱਟਾ ਸਿੱਧਾ ਬੋਲਦਾ ਰਿਹਾ ਇਹਦੀਆਂ ਕਈ ਗੱਲਾਂ ਤੇ ਇਹੋ ਜਿਹੀਆਂ ਵੀ ਇਹਨੇ ਆਖੀਆਂ ਹੋਈਆਂ ਨੇ ਜਿਹੜੀਆਂ ਪ੍ਰੋਗਰਾਮ ਚ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਉਸੇ ਕਾਂਗਰਸ ਦੇ ਲੀਡਰਾਂ ਦੇ ਜਾ ਕੇ ਇਹਨੇ ਦਰਵਾਜ਼ੇ ਪੋਲੇ ਕੀਤੇ ਪਏ ਆ ਕਿ ਮੈਨੂੰ ਤੁਸੀਂ ਆਪਣੇ ਚ ਸ਼ਾਮਲ ਕਰ ਲਓ ਅੱਜ ਇੱਕ ਬਿਆਨ ਆਇਆ ਇਹਨਾਂ ਚਾਰਾਂ ਦਾ ਜਿਹਦੇ ਚ ਦੋਵੇਂ ਲੁਧਿਆਣੇ ਵਾਲੇ ਬੈਸ ਵੀ ਨੇ ਤੇ ਸਾਡੇ ਜਲੰਧਰ ਵਾਲਾ ਪ੍ਰਗਟ ਸੋਵੀ ਕਿ
ਸਵਿਮ ਔਰ ਸਿੰਕ ਅਸੀਂ ਚਾਰੇ ਇਕੱਠੇ ਰਵਾਂਗੇ, ਡੁੱਬੀਏ ਤਰੀਏ ਜਿੱਥੇ ਵੀ ਜਾਣਾ ਇਕੱਠੇ ਜਾਵਾਂਗੇ। ਹੁਣ ਵੇਖੋ ਅਗਲਿਆਂ ਦਿਨਾਂ ਚ ਕੀ ਵਾਪਰਦਾ, ਹਾਲ ਦੀ ਘੜੀ ਉਹ ਕਿਸੇ ਪਾਸੇ ਨਹੀਂ ਹੈ ਜੀ। ਆਮ ਆਦਮੀ ਪਾਰਟੀ ਦਾ ਕੀ ਚੱਲ ਰਿਹਾ ਪੰਨੂ ਸਾਹਿਬ ਇਸ ਦੌਰਾਨ? ਆਮ ਆਦਮੀ ਪਾਰਟੀ ਜਿਹੜੀ ਉਹਨੇ ਟਿਕਟਾਂ ਦੀ ਵੰਡ ਕੀਤੀ ਤੇ ਲੱਗਦਾ ਸੀ ਉਹਦਾ ਕਾਫੀ ਵਿਰੋਧ ਹੋ ਰਿਹਾ, ਉਹ ਵਿਰੋਧ ਹੌਲੀ ਹੌਲੀ ਮੱਠਾ ਪੈ ਗਿਆ, ਹੁਣ ਕਿਸੇ ਕਿਸਮ ਦਾ ਕੋਈ ਵਿਰੋਧ ਨਹੀਂ ਹੈ ਜੀ। ਉਹਨਾਂ ਨੇ ਆਪਣੇ ਉਮੀਦਵਾਰਾਂ ਦੇ ਨਾਂ ਅਨਾਊਂਸ ਕਰ ਦਿੱਤੇ, ਅੱਧੇ ਤੋਂ ਵੱਧ ਉਹ ਕਰ ਚੁੱਕੇ ਆ। ਇਸ ਪੱਖੋਂ ਉਹਨਾਂ ਕੋਲ ਅਗੇਤ ਹੈ ਤੇ ਉਹਨਾਂ ਦੇ ਉਮੀਦਵਾਰ ਇੱਕ ਇੱਕ ਪਿੰਡ ਗਾਉਂਦੇ ਪਏ। ਜਿਹੜੀਆਂ ਪਾਰਟੀਆਂ ਨੇ ਮਹੀਨਾ ਖੜੋ ਕੇ ਆਉਣਾ, ਉਹ ਪਾਰਟੀਆਂ ਬਾਅਦ ਵਿਚ ਉਹਨਾਂ ਪਿੰਡਾਂ ਜਾਣਗੀਆਂ ਜਿਨ੍ਹਾਂ ਪਿੰਡਾਂ ਵਿਚ ਪਹਿਲਾਂ ਜਾ ਚੁੱਕੇ ਹੋਣਗੇ। ਜੇ ਅੱਧਾ ਅੱਧਾ ਹਲਕਾ ਇਹਨਾਂ ਨੇ ਪਹਿਲਾਂ ਗਾ ਲਿਆ ਤੇ ਬਾਕੀਆਂ ਤੋਂ ਅੱਗੇ ਚੱਲਣਗੇ। ਹਾਲ ਦੀ ਘੜੀ ਆਮ ਆਦਮੀ ਪਾਰਟੀ ਅੱਗੇ ਚੱਲਦੀ ਪਈ ਹੈ, ਪਰ ਡਰ ਇਸ ਗੱਲ ਦਾ ਕਿ ਜਿਹੜੇ 21 MLA ਦਿੱਲੀ ਵਾਲੇ ਜਿਨ੍ਹਾਂ ਦਾ ਕੇਸ ਚੋਣ ਕਮਿਸ਼ਨ ਕੋਲ ਹੈ, ਜੇ ਭਲਕੇ ਪਰਸੋਂ ਤੱਕ ਚੋਣ ਕਮਿਸ਼ਨ ਨੂੰ ਕਹਿ ਕੇ ਉਹਦੇ ਕੇਸ ਦਾ ਨਿਪਟਾਰਾ ਐਨ ਵੇਲੇ ਸਿਰ ਕਰਵਾ ਦਿੱਤਾ ਜਾਵੇ, ਉਹਦੇ ਖਿਲਾਫ਼ ਕਰਵਾਇਆ ਜਾਵੇ, ਉਹਦਾ ਕੋਈ ਅਸਰ ਪੈ ਸਕਦਾ ਕਿ ਨਹੀਂ ਪੈ ਸਕਦਾ, ਜੇ ਪੈਂਦਾ ਤੇ ਕਿੰਨਾ ਪੈਂਦਾ, ਉਹ ਗੱਲ ਵੇਖੀ ਜਾ ਸਕਦੀ ਹੈ। ਉਦਾਂ ਆਮ ਆਦਮੀ ਪਾਰਟੀ ਇਸ ਵੇਲੇ ਹੁਲਾਰੇ ਚ ਚੱਲ ਰਹੀ ਹੈ। ਪੰਜਾਬ ਵਿਚ ਟੱਕਰ ਦੇ ਵਿਚ ਦੋਵੇਂ ਪਾਰਟੀਆਂ ਬਰਾਬਰ ਚੱਲਦੀਆਂ ਪਈਆਂ ਜਾਪਦੀਆਂ ਨੇ ਜੀ। ਤੇ ਜਿਹੜੀਆਂ ਹੋਰ ਨਿੱਕੀਆਂ ਮੋਟੀਆਂ ਚੁਣੌਤੀਆਂ ਆਈਆਂ ਸੀ ਛੋਟੇ ਭਰੋਰਾਂ ਦੇ, ਜਿਹੜਾ ਦੀਨਾ ਨਗਰ ਤੋਂ ਜਿਹੜੇ ਕਾਫੀ ਸਾਰੇ ਜਿਹੜੇ ਆਪ ਤੋਂ ਟੁੱਟ ਕੇ ਉਹਨਾਂ ਨਾਲ ਲੋਕ ਗਏ ਨੇ ਜਾਂ ਪ੍ਰੋਗਰੈਸਿਵ ਅਲਾਇੰਸ ਵਾਲੇ ਵੀ ਵੱਖਰੇ ਹੋ ਗਏ ਨੇ ਛੋਟੇ ਭਰ ਧੜੇ ਤੋਂ, ਇਹ ਜਿਹੜਾ ਇਸ ਦੇ ਵਿਚ ਕੀ ਚੱਲ ਰਿਹਾ ਜੀ? ਛੋਟੇ ਭਰ ਧੜਾ ਜਿਹੜਾ ਉਹ ਤਾਂ ਹੁਣ ਆਪਣੀ ਹੋਂਦ ਬਚਾਉਣ ਵਾਸਤੇ ਲੜ ਰਿਹਾ ਜੀ। ਲੋਕੀ ਕਹਿੰਦੇ ਜੀ ਪਹਿਲਾਂ ਬਾਦਲਾਂ ਦੇ ਖਿਲਾਫ਼ ਉਹਨੇ ਲੜਾਈ ਲੜੀ ਸੀ, ਹੁਣ ਬਾਦਲ ਉਹਦੀ ਲਹਿਰ ਨੂੰ ਸਪੋਰਟ ਕਰ ਰਿਹਾ, ਕਿਉਂਕਿ ਜੇ ਇਹ ਲਹਿਰ ਵਧੇਗੀ ਤੇ ਕੇਜਰੀਵਾਲ ਨੂੰ ਢਾਲ ਆਉਂਦੀ ਹੈ। ਇਹਦਾ ਕੋਈ ਪਤਾ ਨਹੀਂ ਹੁੰਦਾ। ਪਿਛਲੀ ਵਾਰੀ ਕਾਂਗਰਸ ਦੇ ਇੱਕ ਬਾਗੀ ਦੀ ਅਕਾਲੀ ਦਲ ਵਾਲਿਆਂ ਨੇ ਮਦਦ ਕੀਤੀ ਸੀ ਕਿ ਉਹਨੂੰ ਕਾਇਮ ਕਰੀਏ, ਬਾਅਦ ਵਿਚ ਜਿੱਤ ਗਿਆ ਤੇ ਫਿਰ ਅਕਾਲੀ ਪਛਤਾਉਂਦੇ ਸੀ। ਉਸ ਹਲਕੇ ਚੋਂ ਸੀਟ ਬੀਜੇਪੀ ਦੇ ਕੋਲ ਸੀ, ਬੀਜੇਪੀ ਵਾਲੇ ਵੀ ਤਰਸਦੇ ਸੀ ਕਿ ਸਾਡੇ ਨਾਲ ਧੱਕਾ ਹੋ ਗਿਆ, ਪਰ ਅਕਾਲੀਆਂ ਨੇ ਮਦਦ ਕੀਤੀ ਸੀ, ਕੀਤੀ ਇਸ ਕਰਕੇ ਅਸੀਂ ਕਾਂਗਰਸ ਨੂੰ ਟਿੱਬੀ ਲਾਉਣੀ ਹੈ। ਉਹ ਕੰਮ ਉਲਟਾ ਹੋ ਗਿਆ। ਏਦਾਂ ਦੀ ਗੱਲ ਹੁਣ ਵੀ ਹੋ ਸਕਦੀ ਹੈ, ਅਜੇ ਕੋਈ ਪਤਾ ਨਹੀਂ ਗਾ, ਪਰ ਜੇ ਹੋਈ ਤੇ ਫਿਰ ਬਾਦਲ ਸਾਹਿਬ ਦਾ ਬਹੁਤ ਚਹੇਤਾ ਉੱਥੇ ਸੁਚਾ ਸਿੰਘ ਲੰਗਾ, ਉਹਦੇ ਵਾਸਤੇ ਘਾਟੇਬੰਦੀ ਰਹਿ ਸਕਦੀ ਹੈ। ਕੇਜਰੀਵਾਲ ਦਾ ਪੰਜਾਬ ਚ ਬਹੁਤਾ ਨੁਕਸਾਨ ਹੁਣ ਸੁਚਾ ਸਿੰਘ ਛੋਟੇ ਪੁੱਤ ਨਹੀਂ ਕਰ ਸਕਦਾ ਜੀ। ਤੇ ਇਸ ਦੇ ਦੌਰਾਨ ਥੋੜਾ ਹੁਣ ਵੱਡੇ ਮੁਲਕ ਨੂੰ ਚੱਲੀਏ ਜੀ। ਅਮਰੀਕਾ ਦੇ ਵਿਚ ਹਾਲਾਤ ਆਪਣੇ ਵਾਲੇ ਹੀ ਹੋਈ ਜਾਂਦੇ ਨੇ ਜੀ। ਟਰੰਪ ਤੇ ਹਲੇਰੀ ਨੇ ਜਿਹੜੀ ਹਨੇਰੀ ਲਿਆਂਦੀ ਪਈ ਹੈ ਬਿਆਨਬਾਜ਼ੀ ਦੀ, ਕੀ ਦਿਲਚਸਪੀ ਰਹੇਗੀ ਲੋਕਾਂ ਦੀ ਉਸ ਚ? ਜਿਹੜੀ ਬੀਬੀ ਉਹਦੇ ਮੁਕਾਬਲੇ ਤੇ ਉਹਦੇ ਪਤੀ ਦੇ ਕਿਹੜੇ ਘੱਟ ਨੇ, ਬਿਲਕੁਲ ਬਰਾਬਰ ਦੀ ਟੱਕਰ ਆ, ਕੋਈ ਗੱਲ ਨੀ। ਇੱਕੋ ਜਿਹੀ ਬਿਲ ਕਲਿੰਟਨ ਦੇ ਕਿੰਨੇ ਕ ਕਿੱਸੇ ਆ ਜੀ, ਪਰ ਅਮਰੀਕੀ ਲੋਕ ਇਹਨਾਂ ਕਿੱਸਿਆਂ ਨੂੰ ਬਹੁਤਾ ਨੀ ਲੈਂਦੇ। ਬਿਲ ਕਲਿੰਟਨ ਜਦੋਂ ਪਹਿਲੀ ਵਾਰੀ ਰਾਸ਼ਟਰਪਤੀ ਬਣਿਆ ਤੇ ਮੋਨਿਕਾ ਲਿਵਿੰਸਕੀ ਦਾ ਕਿੱਸਾ ਆ ਗਿਆ ਸੀ ਜੀ। ਦੂਸਰੀ ਵਾਰੀ ਚੋਣ ਲੜਨ ਤੋਂ ਸਾਰਿਆਂ ਨੇ ਆਖਿਆ ਸੀ ਤੂੰ ਨਾ ਖਲੋ ਕਿਉਂਕਿ ਬਦਨਾਮੀ ਬਹੁਤ ਹੋ ਚੁੱਕੀ ਹੈ। ਉਹਨੇ ਰਿਸਕ ਲੈ ਲਿਆ, ਖਲੋ ਗਿਆ, ਲੋਕਾਂ ਫੇਰ ਜਿਤਾ ਦਿੱਤਾ, ਪਰ ਲੋਕ ਕਹਿੰਦੇ ਜੀ ਉਹਦਾ ਪਰਸਨਲ ਮੈਟਰ ਆ, ਸਾਡਾ ਉਹਦੇ ਨਾਲ ਵਾਸਤਾ ਕੋਈ ਨੀ। ਲੋਕਾਂ ਵੋਟਾਂ ਪਾਤੀਆਂ ਸੀ, ਪਤਾ ਨੀ ਹੁਣ ਡੋਨਲਡ ਟਰੰਪ ਦੇ ਕਿਸਿਆਂ ਨੂੰ ਲੋਕ ਕਿਹੜੇ ਐਂਗਲ ਤੋਂ ਲੈਂਦੇ ਆ, ਪਰ ਹਿਲੇਰੀ ਕਲਿੰਟਨ ਦੇ ਹੋਰ ਈ ਮੇਲ ਵਗੈਰਾ ਦੇ ਚੱਕਰ ਬਹੁਤ ਨੇ ਜਿਨ੍ਹਾਂ ਚ ਪ੍ਰਾਈਵੇਟ ਸਰਵਰ ਦੀ ਵਰਤੋਂ ਕੀਤੀ ਆ ਸਰਕਾਰੀ ਸਰਵਰ ਛੱਡ ਕੇ। ਜਿਹੜਾ ਡੋਨਲਡ ਟਰੰਪ ਨੇ ਕੱਲ ਇਹ ਕਹਿਤਾ ਕਿ ਮੈਨੂੰ ਇਸ ਚੋਣ ਦੇ ਵਿਚ ਧਾਂਦਲੀ ਹੋਣ ਦਾ ਡਰ ਹੈ ਤੇ ਮੈਂ ਅਜੇ ਕੋਈ ਭਰੋਸਾ ਨੀ ਦਿੰਦਾ ਕਿ ਮੈਂ ਚੋਣ ਨੂੰ ਪ੍ਰਵਾਨ ਕਰਾਂਗਾ ਕਿ ਨਹੀਂ। ਬਹੁਤ ਚਿਰ ਤੋਂ ਏਦਾਂ ਦੀ ਗੱਲ ਕਦੇ ਸੁਣੀ ਨੀ ਸੀ ਗਈ, ਜਦੋਂ ਇਥੋਂ ਤੱਕ ਆ ਗਿਆ। ਇਹਦੇ ਤੋਂ ਖਤਰਾ ਇਹ ਉੱਥੇ ਪੈਦਾ ਹੋ ਰਿਹਾ ਕਿ ਹਾਲਾਤ ਅਮਰੀਕਾ ਚ ਚੋਣ ਦੌਰਾਨ ਪੋਲੀਟੀਕਲ ਪੱਖ ਤੋਂ ਤਣਾਅ ਵਾਲੇ ਵੀ ਹੋ ਸਕਦੇ ਜੀ। ਜੀ, ਪੰਜਾਬੀ ਭਾਈਚਾਰੇ ਦਾ ਜਾਂ ਭਾਰਤੀ ਭਾਈਚਾਰੇ ਦਾ ਕੀ ਝੁਕਾਅ ਜਾਂ ਕੀ ਨੈਗੇਟਿਵ ਪੋਜ਼ਿਟਿਵ ਰਹੇਗਾ ਟਰੰਪ ਦੀ ਆਮਦ ਨਾਲ ਜਾਂ ਇਸ ਦੇ ਨਾਲ? ਭਾਰਤੀ ਭਾਈਚਾਰਾ ਆਮ ਤੌਰ ਤੇ ਹਿਲੇਰੀ ਕਲਿੰਟਨ ਦੇ ਨਾਲ, ਪਹਿਲਾਂ ਵੀ ਡੈਮੋਕਰੇਟਾਂ ਦੇ ਨਾਲ ਹੀ ਹੁੰਦਾ। ਇਸ ਵਾਰੀ ਥੋੜੇ ਜੇ ਲੋਕ ਡੋਨਲਡ ਟਰੰਪ ਦੇ ਨਾਲ ਵੱਧ ਗਏ ਆ, ਅੱਗੇ ਵੀ ਕੁਝ ਥੋੜੇ ਬਹੁਤ ਜਾਂਦੇ ਹੁੰਦੇ ਆ ਰਿਪਬਲਿਕਨ ਵੱਲ, ਪਰ ਘੱਟ ਜਾਂਦੇ ਆ। ਇੰਗਲੈਂਡ ਦੇ ਵਿਚ ਆਮ ਤੌਰ ਤੇ ਭਾਰਤੀ ਭਾਈਚਾਰਾ ਇਹ ਰਹਿੰਦਾ ਹੁੰਦਾ ਜਾਂ ਲੇਬਰ ਦੇ ਨਾਲ ਜਾਂ ਕੁਝ ਲਿਬਰਲ ਦੇ ਨਾਲ। ਕੰਜ਼ਰਵੇਟਿਵ ਪਾਰਟੀ ਵੱਲ ਕਦੇ ਨੀ ਸੀ ਗਿਆ, ਪਰ ਪਿਛਲੀਆਂ ਦੋ ਕੁ ਵਾਰੀਆਂ ਤੋਂ ਭਾਰਤੀ ਭਾਈਚਾਰਾ, ਭਾਰਤੀ ਪੰਜਾਬੀਆਂ ਦਾ ਭਾਈਚਾਰਾ, ਇਹ ਚੋਂ ਕੁਝ ਲੋਕ ਕੰਜ਼ਰਵੇਟਿਵ ਦੇ ਨਾਲ ਜਾ ਕੇ ਜੁੜ ਗਏ ਨੇ, ਸਿਰਫ ਇਸ ਲਈ ਕਿ ਉਥੋਂ ਟਿਕਟ ਮਿਲਣੀ ਸੌਖੀ ਹੋ ਜਾਂਦੀ ਹੈ ਤੇ ਉਨ੍ਹਾਂ ਚੋਂ ਕੁਝ ਲੋਕ ਜਿੱਤ ਵੀ ਗਏ ਨੇ,
ਉਹ ਵੇਖਦੇ ਜੀ ਸਾਨੂੰ ਰਾਜਨੀਤੀ ਨਾਲ ਕੀ ਹੈ, ਜੋ ਇਹ ਆਖਣਗੇ ਉਹ ਮੰਨੀ ਜਾਵਾਂਗੇ, ਆਪਣਾ ਫਿਊਚਰ ਤੇ ਸੈੱਟ ਹੁੰਦਾ ਨਾ ਵੀ ਆਪਾਂ ਐਮ ਪੀ ਤੱਕ ਬਣ ਸਕਦੇ ਹਾਂ। ਇਸੇ ਤਰ੍ਹਾਂ ਹੀ ਕੁਛ ਲੋਕ ਡੋਨਲਡ ਟਰੰਪ ਦੇ ਨਾਲ ਵੀ ਖੜੇ ਨੇ, ਜਿਨ੍ਹਾਂ ਦੀਆਂ ਆਪੋ ਆਪਣੀਆਂ ਲੋੜਾਂ, ਜੇ ਉਹ ਕਿਸੇ ਇਹੋ ਜਿਹੇ ਹਲਕੇ ਚ ਬੈਠੇ ਆ ਜਿੱਥੇ ਰਿਪਬਲਿਕਨ ਹੀ ਸੈਨੇਟਰ ਚੁਣਿਆ ਜਾਣਾ ਹਰ ਵਾਰੀ, ਉਹਨਾਂ ਦੀ ਉੱਥੇ ਚੰਗੀ ਪਕੜ ਹੈ, ਤੇ ਉੱਥੇ ਬੈਠੇ ਉਹ ਡੈਮੋਕਰੇਟ ਦੇ ਨਾਲ ਜੁੜਨ ਦੀ ਥਾਂ ਰਿਪਬਲਿਕਨ ਨਾਲ ਜੁੜਦੇ ਆ, ਪਰ ਮੋਟੇ ਤੌਰ ਦੇ ਉੱਤੇ ਭਾਰਤੀ ਭਾਈਚਾਰਾ ਤੇ ਭਾਰਤੀ ਪੰਜਾਬੀ ਭਾਈਚਾਰਾ ਡੈਮੋਕਰੇਟਸ ਨਾਲ ਰਹਿੰਦਾ। ਪੰਜਾਬੀ ਜ਼ੁਬਾਨ ਦੇ ਜਿਹੜੇ ਨੇ ਮਾੜੀ ਖਬਰ ਹੈ ਜੀ, ਪਾਕਿਸਤਾਨ ਦਾ ਇੱਕ ਹੁਕਮਰਾਨ ਆਪਣੇ ਸਕੂਲਾਂ ਦੇ ਵਿੱਚ ਹੀ ਬੈਨ ਕਰਾਈ ਜਾ ਰਿਹਾ, ਸਾਬਕ ਹੁਕਮਰਾਨ। ਉਹਨਾਂ ਦੀਆਂ ਇਹਨਾਂ ਗੱਲਾਂ ਨਹੀਂ ਅੱਗੇ ਬੰਗਲਾਦੇਸ਼ ਬਣਾਇਆ ਸੀ, ਕਿਉਂਕਿ ਉਹਨਾਂ ਦੇ ਸਿਰ ਦੇ ਉੱਤੇ ਸਵਾਰ ਹੈ ਕਿ ਜਿਹਨੂੰ ਉਰਦੂ ਨਹੀਂ ਆਉਂਦੀ ਉਹ ਪਤਾ ਨਹੀਂ ਅੱਲਾ ਮੀਆਂ ਦੇ ਘਰ ਪ੍ਰਵਾਨ ਹੋਣਾ ਕਿ ਨਹੀਂ ਹੋਣਾ, ਉਹ ਸਾਰਿਆਂ ਨੂੰ ਉਰਦੂ ਪੜ੍ਹਾਉਣਾ ਚਾਹੁੰਦੇ। ਇਹਨਾਂ ਨੇ ਬੰਗਲਾਦੇਸ਼ ਵਾਲੇ ਜਿਹੜੇ ਉਦੋਂ ਈਸਟ ਪਾਕਿਸਤਾਨ ਹੁੰਦਾ ਸੀ ਉੱਥੇ ਵੀ ਆਖਿਆ ਸੀ ਉਰਦੂ ਲਾਗੂ ਕਰਨੀ ਹੈ, ਉਹਨਾਂ ਕਿਹਾ ਜੀ ਇੱਥੇ ਨਹੀਂ ਹੋ ਸਕਦੀ, ਇੱਥੇ ਸਿਰਫ ਬੰਗਾਲੀ ਲੋਕ ਜਾਣਦੇ ਆ, ਤੁਹਾਡੀ ਉਰਦੂ ਨਹੀਂ ਕਿਸੇ ਨੇ ਪੜ੍ਹਨੀ। ਇਹਨਾਂ ਜ਼ਬਰਦਸਤੀ ਲਾਗੂ ਕਰਨ ਦੀ ਲੋਕ ਕੀਤੀ ਤੇ ਲੋਕ ਭੜਕ ਪਏ, ਕਾਲਜਾਂ ਤੋਂ ਸਟ੍ਰਾਈਕ ਸ਼ੁਰੂ ਹੋ ਗਈਆਂ ਸਨ। ਹੁਣ ਇਹ ਸਾਰੇ ਪਾਕਿਸਤਾਨ ਦੇ ਵਿੱਚ ਉਰਦੂ ਨੂੰ ਪੜ੍ਹੇ ਲਿਖਿਆ ਦੀ ਜ਼ਬਾਨ ਗਿਣਦੇ ਆ, ਤੇ ਜਿਹੜੀ ਪੰਜਾਬੀ ਹੈ ਉਹਨੂੰ ਅਨਪੜ੍ਹਾਂ ਦੀ ਗਿਣਦੇ ਆ। ਸੱਚਾਈ ਇਹ ਹੈ ਕਿ ਉਰਦੂ ਜ਼ਬਾਨ ਜਿਹੜੀ ਆ ਲਸ਼ਕਰਾਂ ਦੀ ਬੋਲੀ ਆ, ਤੁਰਦਿਆਂ ਫਿਰਦਿਆਂ ਜਿੱਥੇ ਜਿੱਥੇ ਫੌਜਾਂ ਟਿਕਦੀਆਂ ਸਨ ਦੋ ਲਫ਼ਜ਼ ਉੱਥੇ ਛੱਡ ਜਾਂਦੀਆਂ ਸਨ, ਦੋ ਉੱਥੋਂ ਲੈ ਲੈਂਦੀਆਂ ਸਨ। ਉਹ ਕਿੱਥੋਂ ਅਫਗਾਨਿਸਤਾਨ ਤੋਂ ਕੰਧਾਰ ਤੋਂ ਤੁਰੇ ਲਸ਼ਕਰ ਜਦੋਂ ਮੁਗਲ ਸਰਾਏ ਤੱਕ ਪੱਛਮੀ ਬੰਗਾਲ ਤੱਕ ਪਹੁੰਚੇ ਤੇ ਤੁਰਨ ਲੱਗਿਆ ਜਿਹੜੀ ਅਲਫ਼ਬੇ ਪੇ ਤੇ ਟ੍ਰੇਸ ਲਿਖਣ ਵਾਲੀ ਲਿਪੀ ਜਿਹੜੀ ਇਹਨਾਂ ਕੋਲ ਸੀ, ਸਕ੍ਰਿਪਟ ਜਿਹੜੀ ਸੀ ਉਹ ਰੱਖੀ, ਲਿਖਣ ਦਾ ਢੰਗ ਸੱਜੇ ਤੋਂ ਖੱਬੇ ਵਾਲੇ ਪਾਸੇ ਨੂੰ ਉਹ ਰੱਖਿਆ, ਪਰ ਬੰਗਾਲ ਤੱਕ ਜਾਂਦਿਆਂ ਜਾਂਦਿਆਂ ਗਰਾਮਰ ਪੂਰੀ ਹਿੰਦੀ ਵਾਲੀ ਅਪਣਾ ਲਈ। ਇਹ ਹੁਣ ਅਰਬੀ ਫਾਰਸੀ ਤੇ ਹਿੰਦੀ ਸੰਸਕ੍ਰਿਤ ਦਾ ਮਿਲਗੋਬਾ ਜਿਹਨੂੰ ਉਰਦੂ ਕਹਿੰਦੇ ਆ। ਉਹ ਕਹਿੰਦੇ ਪਾਕਿਸਤਾਨੀ ਪੰਜਾਬ ਦੇ ਸਕੂਲਾਂ ਚ ਇੱਕੋ ਖੁਰਸ਼ੀਦ ਅਹਿਮਦ ਕਸੂਰੀ ਮੰਤਰੀ ਹੁੰਦਾ ਸੀ ਜੀ ਪਾਕਿਸਤਾਨ ਦਾ, ਉਹਦਾ ਪਬਲਿਕ ਸਕੂਲਾਂ ਦਾ ਬਹੁਤ ਵੱਡਾ ਗਰੁੱਪ ਹੈ। ਇਹ ਦੱਸਿਆ ਜਾਂਦਾ ਜੀ ਉਹਦੇ ਉਸ ਪਬਲਿਕ ਸਕੂਲਾਂ ਵਾਲੇ ਗਰੁੱਪ ਚ ਕਿਸੇ ਵੀ ਸਕੂਲ ਚ ਬੱਚਿਆਂ ਨੂੰ ਪੰਜਾਬੀ ਨਹੀਂ ਬੋਲਣ ਦੇਣੀ, ਉਹਦਾ ਬਹੁਤ ਵੱਡੇ ਪੱਧਰ ਤੇ ਵਿਰੋਧ ਹੋਇਆ ਤੇ ਅਜੇ ਹੋਰ ਹੋਵੇਗਾ ਜੀ। ਤੇ ਆਖਰ ਦੇ ਵਿਚ ਐਸ ਪੀ ਸਲਵਿੰਦਰ ਸਿੰਘ ਫੇਰ ਇੱਕ ਹੋਰ ਕੇਸਾਂ ਦੇ ਵਿਚ ਉਲਝ ਗਏ ਨੇ ਜੀ। ਉਹ ਵੀ ਹਰ ਮਸਿਆ ਬਦਨਾਮੀ ਵਾਲਾ ਬੰਦਾ ਹੈ, ਤੇ ਉਹਦੇ ਪੁੱਤ ਨੇ ਕਦੇ ਕੋਈ ਚੱਜ ਦਾ ਕੰਮ ਤਾਂ ਕੀਤਾ ਹੈ ਨੀ, ਤੇ ਹੁਣ ਉਹ ਫੇਰ ਜਿਹੜਾ ਉਹਦੇ ਉੱਤੇ ਕੇਸ ਬਣਿਆ ਉਦੋਂ ਤਾਂ ਬਣਦਾ ਸੀ ਕਿ ਅੱਤਵਾਦੀਆਂ ਦੀ ਮਦਦ ਕੀਤੀ ਹੈ, ਉਸ ਮਦਦ ਦੇ ਚੱਕਰ ਵਿਚ ਮਤਲਬ ਇਹਦੇ ਤੇ ਕੇਸ ਬਣਦਾ ਪਿਆ ਸੀ। ਉਹ ਕੇਸ ਅਜੇ ਕਿਸੇ ਪਾਸੇ ਨਹੀਂ ਲੱਗਾ, ਸ਼ਾਇਦ ਉਹਦੇ ਵਿਚ ਵੀ ਇਹ ਫਸ ਜਾਵੇ, ਪਰ ਜਿਹੜਾ ਵੱਡਾ ਕੇਸ ਇੱਥੇ ਬਣ ਗਿਆ ਹੁਣ ਉਹ ਇਹ ਕਿ ਜਦੋਂ ਐਸ ਪੀ ਹੁੰਦਾ ਸੀ ਤੇ ਉੱਥੇ ਜਿਹੜੀਆਂ ਪੁਲਿਸ ਵਾਲੀਆਂ ਮੁਲਾਜ਼ਮ ਕੁੜੀਆਂ ਉਹਨਾਂ ਨਾਲ ਬਦਤਮੀਜ਼ੀ ਕਰਦਾ ਰਿਹਾ, ਉਹਨਾਂ ਦੀਆਂ ਸ਼ਿਕਾਇਤਾਂ ਵੀ ਸੀ ਕਦੇ ਕਿਸੇ ਨੇ ਸੁਣੀਆਂ ਨਹੀਂ ਸੀ, ਉਹਦੇ ਤੇ ਹੁਣ ਇਹਦੇ ਖਿਲਾਫ਼ ਬਕਾਇਦਾ ਕੇਸ ਦਰਜ ਹੋ ਗਿਆ। ਮੇਰਾ ਖਿਆਲ ਇਹਦੇ ਚ ਉਹਦੇ ਹਾਲਤ ਜ਼ਿਆਦਾ ਮਾੜੀ ਹੋ ਸਕਦੀ ਹੈ। ਇਹਦੇ ਚ ਜਿਸ ਤਰ੍ਹਾਂ ਹੁਣ ਆਈ ਜੀ ਗੁਰਪ੍ਰੀਤ ਕੌਰ ਦਿਓ ਹੋਰਾਂ ਦੀ ਜਾਂਚ ਤੋਂ ਬਾਅਦ ਸਿਫਾਰਿਸ਼ ਤੇ ਐਫ ਆਈ ਆਰ ਦਰਜ ਹੋਈ ਹੈ, ਕੋਈ ਬਚਾ ਮੈਨੂੰ ਲੱਗਦਾ ਨੀ ਜੁਡੀਸ਼ਰੀ ਚ ਜਾ ਕੇ। ਜਿਹੜੀ ਗੁਰਪ੍ਰੀਤ ਕੌਰ ਦਿਓ ਹੈ ਉਹ ਬਹੁਤ ਨੇਕ ਪੁਲਿਸ ਅਫਸਰ ਹੈ ਤੇ ਉਹਦੀ ਇਮਾਨਦਾਰੀ ਦੇ ਵਾਰੀ ਕੋਈ ਚੁਣੌਤੀ ਨਹੀਂ ਦੇ ਸਕਦਾ, ਉਹਦੀ ਬਣਾਈ ਰਿਪੋਰਟ ਨੂੰ ਵੀ ਕੋਈ ਚੈਲੰਜ ਨਹੀਂ ਕਰਨ ਲੱਗਾ। ਮੈਂ ਤਾਂ ਹੀ ਆਖਣਾ ਕਿ ਇਸ ਕੇਸ ਨੇ ਸਲਵਿੰਦਰ ਸਿੰਘ ਨੂੰ ਜ਼ਿਆਦਾ ਕਸੂਤਾ ਫਸਾ ਦੇਣਾ ਜੀ। ਜੀ ਐਨ ਆਰ ਆਈ ਦੇ ਕੰਮ ਤੋਂ ਤਾਂ ਲਾਂਭੇ ਕਰ ਦਿੱਤਾ ਜੀ ਉਹਨਾਂ ਨੂੰ ਸਰਕਾਰ ਨੇ, ਕਾਫੀ ਵਧੀਆ ਕੰਮ ਕਰ ਰਹੇ ਸੀ। ਖੈਰ ਤੇ ਪੰਨੂ ਸਾਹਿਬ ਆਖਰ ਦੇ ਵਿਚ ਅੱਜ ਨਾ ਮੈਂ ਸੁਣਨਾ ਜੀ ਤੁਹਾਡੇ ਕੋਲ ਕਿਹੜਾ ਸੁਣਾਓਗੇ? ਜਾਤੀ ਕਰ ਦਿੰਦੇ ਸੀ, ਮੈਂ ਥੋੜੀ ਜਿਹੀ ਜਜ਼ਬਾਤੀ ਹੋ ਕੇ ਜਿਆਦਾ ਟਾਈਮ ਲੈ ਜਾਂਦਾ, ਮਾਫ਼ੀ ਚਾਹੁੰਦਾ। ਕੋਈ ਨੀ ਸੁਣੋ, ਠੇਕੇਦਾਰ ਨੂੰ ਕਹਿਣ ਮੁਨੀਮ ਆਇਆ ਮਾੜੀ ਕਿਸੇ ਨੇ ਖਬਰ ਸੁਣਾਈ ਹੈ ਜੀ। ਜਗ੍ਹਾ ਬਾਦਲ ਦੀ ਮਾਲਕ ਕਪਤਾਨ ਸਕਦਾ ਉਹਦੀ ਸੁਣੀ ਦੀ ਬਹੁਤ ਚੜਾਈ ਹੈ ਜੀ। ਪੱਲੇਦਾਰ ਨੇ ਕੋਲੋਂ ਫਿਰ ਗੱਲ ਕੱਟੀ ਐਵੇਂ ਕੱਲ ਦੀ ਬਾਤ ਬਤਾਈ ਹੈ ਜੀ। ਕੇਜਰੀਵਾਲ ਦੇ ਮਗਰ ਹਨ ਲੋਕ ਜਾਂਦੇ ਜੀ, ਜਾਂਦਾ ਲੋਕ ਉਹ ਕਰੀ ਸਦਾਈ ਹੈ ਜੀ। ਇਹ ਦੋਵਾਂ ਨੇ ਆਪੋ ਆਪਣੀ ਗੱਲ ਕਹਿਤੀ। ਠੇਕੇਦਾਰ ਨੇ ਕਿਹਾ ਹੋਏ ਚੁੱਪ ਕਰ ਜਾਓ ਜੀ, ਕਾਹਤੋਂ ਖਾਪੇ ਤੁਸਾਂ ਨੇ ਪਾਈ ਹੈ ਜੀ। ਬਾਦਲ ਕੈਪਟਨ ਜਾਂ ਕੇਜਰੀਵਾਲ ਆਵੇ ਕੁੰਡੀ ਤਿੰਨਾਂ ਦੇ ਵੱਲ ਫਸਾਈ ਹੈ ਜੀ। ਜੀ ਅੱਛਾ ਪੰਨੂ ਸਾਹਿਬ, ਨਾ ਤਾਂ ਇਲੈਕਸ਼ਨ ਕਮਿਸ਼ਨ ਦਾ ਪੁਰਾਣਾ ਬ੍ਰਾਂਡ ਅੰਬੈਸਡਰ ਗੁਰਪ੍ਰੀਤ ਘੋਗੀ ਐਨ ਆਰ ਆਈ ਨੂੰ ਅਪੀਲ ਕਰਦਾ ਤੇ ਨਾ ਮੌਜੂਦਾ ਗੁਰਦਾਸ ਮਾਨ ਕਰਦਾ। ਮੈਂ ਚਾਹੁੰਦਾ ਕਿ ਤੁਸੀਂ ਜ਼ਰੂਰ ਅਪੀਲ ਕਰੋ
ਐਨਆਰਆਈ ਨੇ ਸਿਰਫ 97 ਵੋਟਾਂ ਬਣਾਈਆਂ ਨੇ ਅਜੇ ਤੱਕ, 178 ਪਹਿਲੀਆਂ ਨੇ ਕਿ ਆਪਣੇ ਹੱਕ ਦੀ ਵਰਤੋਂ ਕਰਨ। ਮੈਂ ਕੁਛ ਹੋਰ ਚੈਨਲਾਂ ਦੇ ਉੱਤੇ ਵੀ ਅਪੀਲ ਕੀਤੀ ਹੈ ਕਿ ਜੇ ਇੰਨੀ ਜ਼ਿਆਦਾ ਰੁਚੀ ਰੱਖਦੇ ਹੋ ਤੇ ਜਿਨ੍ਹਾਂ ਦੇ ਕੋਲ ਇੰਡੀਅਨ ਪਾਸਪੋਰਟ ਹੈ ਜੀ, ਉਹ ਮਿਹਰਬਾਨੀ ਕਰਕੇ ਆਪੋ ਆਪਣੇ ਵੋਟ ਜ਼ਰੂਰ ਬਣਾਓ ਜੀ, ਇਸ ਸਿਸਟਮ ਦੇ ਸ਼ਾਮਲ ਹੋਣ ਦਾ ਯਤਨ ਕਰੋ ਜਿੱਥੇ ਤੁਸੀਂ ਬੈਠੇ ਹੋ, ਤੁਹਾਡੇ ਦੇਸ਼ ਵਿਚ, ਤੁਹਾਡੇ ਰਾਜ ਵਿਚ, ਤੁਹਾਡੇ ਪੰਜਾਬ ਵਿਚ ਜਿਹੜੀਆਂ ਵੋਟਾਂ ਪੈਣ ਲੱਗੀਆਂ ਨੇ, ਇਹਦੇ ਵਿਚ ਆਪਣੀ ਸ਼ਮੂਲੀਅਤ ਜਿਹੜੀ ਆ ਉਹਦੀ ਕੋਸ਼ਿਸ਼ ਜ਼ਰੂਰ ਕਰਿਓ। ਪੰਨੂ ਸਾਹਿਬ, ਮੈਂ ਥੋੜੇ ਜਿਹੇ ਤੁਹਾਡੇ ਜਜ਼ਬਾਤ ਜਾਣਨਾ ਚਾਹਾਂਗਾ। ਇੱਕ ਦੋ ਸੱਜਣਾਂ ਸਾਡੇ ਆਏ ਸੀ ਇਸ ਟੌਕ ਨੂੰ ਲੈ ਕੇ, ਕਹਿੰਦੇ ਜੇ ਅਸੀਂ ਵੋਟਾਂ ਬਣਾ ਲਈਆਂ, ਜੇ ਬਣਾ ਕੇ ਪਾਤੀਆਂ, ਸਾਨੂੰ ਤਾਂ ਕਹਿੰਦੇ ਜਹਾਜ਼ ਨਹੀਂ ਉਤਰਨ ਦੇਣਾ ਇੰਡੀਆ ਚ, ਏਦਾਂ ਕਿਤੇ ਏਦਾਂ ਇੰਨਾ ਤੱਕ ਤਾਂ ਨਹੀਂ ਹੋ ਸਕਦਾ, ਕਿਉਂ ਡਰੀ ਜਾਂਦੇ ਲੋਕ ਜੀ ਇਹਨਾਂ ਦੀਆਂ ਵੋਟਾਂ ਜਿਹੜੀਆਂ ਨੇ, ਉਹਨਾਂ ਵੋਟਾਂ ਦਾ ਕਿਸੇ ਨੂੰ ਕੋਈ ਪਤਾ ਨਹੀਂ ਲੱਗਣਾ ਕਿਹਨੂੰ ਪਾਈਆਂ ਨੇ। ਇਹ ਵੋਟਿੰਗ ਗੁਪਤ ਹੈ, ਜਿਹੜੀ ਪਰਚੀ ਵੀ ਨਿਕਲੇਗੀ ਵੱਧ ਤੋਂ ਵੱਧ ਤੁਹਾਡੇ ਕੋਲ ਨਿਕਲ ਸਕਦੀ, ਉਹਦਾ ਪ੍ਰਿੰਟ ਨਿਕਲ ਸਕਦਾ। ਇਸ ਵੋਟਿੰਗ ਬਾਰੇ ਇੱਥੇ ਕਿਸੇ ਨੂੰ ਕੋਈ ਪਤਾ ਨਹੀਂ ਲੱਗਣਾ ਤੇ ਨਾ ਤੁਹਾਨੂੰ ਕਿਸੇ ਨੇ ਰੋਕਣਾ, ਆਰਾਮ ਨਾਲ ਆਪਣੇ ਇਸ ਵੋਟਿੰਗ ਰਾਈਟ ਦੀ ਜਿਹੜੀ ਮਤਲਬ ਜਿੰਨੀ ਕੁ ਵਰਤੋਂ ਕਰ ਸਕਦੇ ਹੋ ਕਰੋ, ਇਹ ਤੁਹਾਡੇ ਪੱਖ ਵਿਚ ਆ, ਇਹ ਦੇਸ਼ ਤੇ ਪੰਜਾਬ ਦੇ ਪੱਖ ਵਿਚ ਜੀ। ਸੋ ਬਹੁਤ ਬਹੁਤ ਧੰਨਵਾਦ ਪੰਨੂ ਸਾਹਿਬ, ਉਮੀਦ ਹੈ ਕਿ ਭਾਈਚਾਰਾ ਜ਼ਰੂਰ ਗੌਰ ਕਰੇਗਾ। ਮਿਹਰਬਾਨੀ ਸਰ, ਥੈਂਕ ਯੂ, ਸਤਿ ਸ਼੍ਰੀ ਅਕਾਲ। ਸੋ ਦੋਸਤੋ, ਇਹ ਸਨ ਹੋ ਗਏ ਬ੍ਰਾਡਕਾਸਟਰ ਸੀਨੀਅਰ ਪੱਤਰਕਾਰ ਜਨਾਬ ਜਤਿੰਦਰ ਪੰਨੂ ਜੀ। ਪ੍ਰੋਗਰਾਮ ਅੱਜ ਨਵਾਂ ਜਿਸ ਨੂੰ ਸਪੌਂਸਰ ਕੀਤਾ ਸਰ ਕੁਲਦੀਪ ਸਿੰਘ ਬਾਈ ਜੀ ਹੋਰਾਂ ਨੇ ਇੰਡੀਆਨਾ ਤੋਂ, ਕੁਲਦੀਪ ਸਿੰਘ ਬਾਠ ਹੋਰਾਂ ਨੇ ਇੰਡੀਆਨਾ ਤੋਂ, ਤੇ ਧੰਨਵਾਦ ਹੀ ਆ ਬਾਈ ਜੀ ਵਾਟ ਸਾਹਿਬ ਹੋਰਾਂ ਦੇ ਜਿਹੜੇ ਇਸ ਪ੍ਰੋਗਰਾਮ ਨੂੰ ਇੰਡੀਆਨਾ ਤੋਂ ਸਪੌਂਸਰ ਕਰਦੇ ਨੇ। ਤੇ ਅਗਲਾ ਪ੍ਰੋਗਰਾਮ ਲੈ ਕੇ ਆਪਣੇ ਟੀਮ ਮੈਂਬਰ ਪਰਮਵੀਰ ਸਿੰਘ ਬਾਠ ਹੋਰੀ ਜੁੜ ਚੁੱਕੇ ਨੇ ਇਸ ਵਕਫੇ ਤੋਂ ਬਾਅਦ। ਇੱਕ ਟਰੱਕ ਲਿਓ, ਟਰੱਕ ਸਰਵਿਸਿੰਗ ਲਈ ਉਗਾਨਾ, ਵਧੀਆ ਤੇਲ, ਚੰਗੇ ਫਿਲਟਰ ਪਵਾਓ, ਬੱਲੇ ਬੱਲੇ ਹੋ ਗੱਡੀ ਚਲਾਓ। ਤੁਸੀਂ ਇੱਕ ਟਰੱਕ ਚਲਾਉਂਦੇ ਜਾਂ ਮਿੱਤਰਾਂ ਦੀ ਫਲੀਟ ਹੋਵੇ, ਅਪਾਇੰਟਮੈਂਟ ਦੀ ਲੋੜ ਨਹੀਂ, ਡਰਾਈਵ ਥਰੂ ਕਰਾਓ, ਸੇਵ ਹੋਇਆ ਟਾਈਮ ਫੈਮਿਲੀ ਨਾਲ ਬਤਾਓ। ਕੁਇਕ ਟਰੱਕ ਲਿਓ, ਸਟੇਟ ਆਫ ਦੀ ਆਰਟ ਫੈਸਿਲਿਟੀ, ਟ੍ਰੇਨਡ ਟੈਕਨੀਸ਼ੀਅਨਸ, 2 ਲੋਕੇਸ਼ਨਸ, ਐਗਜ਼ਿਟ 268 ਹਾਈਵੇ 401 ਔਰ ਐਗਜ਼ਿਟ 5 QEW। ਉਤਸ਼ਾਹ ਸਾਡਾ, ਵਿਸ਼ਵਾਸ ਤੁਹਾਡਾ, ਅਜਿਹਾ ਆ ਆਪਣਾ ਰਿਸ਼ਤਾ। 519-622-0660 5196220660 QTL, because we can. ਪ੍ਰੋਗਰਾਮ ਵਿੱਚ ਕਾਲ ਕਰਨ ਲਈ ਡਾਇਲ ਕਰੋ USA ਤੋਂ 815-676-0004 ਤੇ, ਵੈਨਕੂਵਰ ਕੈਨੇਡਾ ਤੋਂ 778-724-0752 ਤੇ, ਕੈਲੀਫੋਰਨੀਆ ਤੋਂ 569-512-1128 ਤੇ। ਆਸਟ੍ਰੇਲੀਆ ਤੋਂ 6039-013-4419 ਤੇ। ਹਾਂਗਕਾਂਗ ਤੋਂ 8170-0136 ਤੇ। ਯੂਨਾਈਟਿਡ ਕਿੰਗਡਮ ਤੋਂ 020-3287-2145 ਤੇ, ਜਾਂ ਸਕਾਈਪ ID ਚੰਨ ਪਰਦੇਸੀ ਰੇਡੀਓ ਤੇ ਕਾਲ ਕਰ ਸਕਦੇ ਹੋ। ਟਰੱਕ ਲਿਓ, ਟਰੱਕ ਸਰਵਿਸਿੰਗ ਲਈ ਉਗਾਨਾ, ਵਧੀਆ ਤੇਲ, ਚੰਗੇ ਫਿਲਟਰ ਪਵਾਓ, ਬੱਲੇ ਬੱਲੇ ਹੋ ਗੱਡੀ ਚਲਾਓ। ਤੁਸੀਂ ਇੱਕ ਟਰੱਕ ਚਲਾਉਂਦੇ ਜਾਂ ਮਿੱਤਰਾਂ ਦੀ ਫਲੀਟ ਹੋਵੇ, ਅਪਾਇੰਟਮੈਂਟ ਦੀ ਲੋੜ ਨਹੀਂ, ਡਰਾਈਵ ਥਰੂ ਕਰਾਓ, ਸੇਵ ਹੋਇਆ ਟਾਈਮ ਫੈਮਿਲੀ ਨਾਲ ਬਤਾਓ। ਕੁਇਕ ਟਰੱਕ ਲਿਓ, ਸਟੇਟ ਆਫ ਦੀ ਆਰਟ ਫੈਸਿਲਿਟੀ, ਟ੍ਰੇਨਡ ਟੈਕਨੀਸ਼ੀਅਨਸ, 2 ਲੋਕੇਸ਼ਨਸ, ਐਗਜ਼ਿਟ 268 ਹਾਈਵੇ 401 ਔਰ ਐਗਜ਼ਿਟ 5 QEW। ਉਤਸ਼ਾਹ ਸਾਡਾ, ਵਿਸ਼ਵਾਸ ਤੁਹਾਡਾ, ਅਜਿਹਾ ਆ ਆਪਣਾ ਰਿਸ਼ਤਾ। 519-622-0660 519-622-0660 QTL, because we can. ਪ੍ਰੋਗਰਾਮ ਵਿੱਚ ਕਾਲ ਕਰਨ ਲਈ ਡਾਇਲ ਕਰੋ USA ਤੋਂ 815-676-0004 ਤੇ, ਵੈਨਕੂਵਰ ਕੈਨੇਡਾ ਤੋਂ 778-724। ਜ਼ਿੰਦਗੀ ਤਿਰੰਗਾ ਤੇ ਆਵਾਜ਼ਾਂ ਤਿਰੰਗਾ ਨੂੰ ਨਾਮ ਦੇ ਇਸ ਵਕਤ ਤੁਸੀਂ। ਕੈਲੀਫੋਰਨੀਆ ਤੋਂ 569-512-1128 ਤੇ। ਆਸਟ੍ਰੇਲੀਆ ਤੋਂ 6039-013-4419 ਤੇ। ਹਾਂਗਕਾਂਗ ਤੋਂ 8170
01 36 ਤੇ। ਯੂਨਾਈਟਿਡ ਕਿੰਗਡਮ ਤੋਂ 02 32 ਤੱਕ ਜ਼ਿੰਦਗੀ ਦੇ ਰੰਗਾਂ ਤੇ ਆਵਾਜ਼ ਦੀਆਂ ਤਰੰਗਾਂ ਨੂੰ ਮਾਣਦੇ ਹਾਂ। ਇਸ ਵਕਤ ਤੁਸੀਂ ਜੁੜੇ ਹੋ ਚੰਨ ਪ੍ਰਦੇਸੀ ਰੇਡੀਓ ਦੇ ਪਟਿਆਲਾ ਸਟੂਡੀਓ ਦੇ ਨਾਲ। ਮੈਂ ਤੁਹਾਡਾ ਦੋਸਤ ਤੇ ਹੋਸਟ ਪਰਮਿੰਦਰ ਸਿੰਘ ਟਿਵਾਣਾ ਨਿਊਜ਼ ਤੇ ਵਿਊਜ਼ ਦਾ ਸੈਗਮੈਂਟ ਲੈ ਕੇ ਆਪਣੇ ਟੀਮ ਮੈਂਬਰ ਪਰਮਵੀਰ ਸਿੰਘ ਬਾਠ ਜੁੜ ਚੁੱਕੇ ਨੇ। ਬਾਠ ਸਾਹਿਬ ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਮਿਹਰਬਾਨੀ ਟਿਵਾਣਾ ਜੀ। ਰੇਡੀਓ ਚੰਨ ਪ੍ਰਦੇਸੀ ਦੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਜੀ ਇੰਡੀਅਨ ਐਪਲਸ ਇੰਡੀਆਨਾ ਤੋਂ ਸਰਦਾਰ ਕਮਲਜੀਤ ਸਿੰਘ ਜੀ ਜੱਠਾ ਜੀ। ਮਿਹਰਬਾਨੀ ਜੀ, ਜੱਠਾ ਸਾਹਿਬ ਹੋਰਾਂ ਦਾ ਵੀ ਧੰਨਵਾਦ ਤੇ ਸਾਕਲਦੀਪ ਸਿੰਘ ਅੜਿਆਨਾ ਤੋਂ ਉਹਨਾਂ ਦਾ ਵੀ ਧੰਨਵਾਦ ਜਿਹੜੇ ਅੱਜ ਨਾਵਾਂ ਦੇ ਸਪਾਂਸਰ ਨੇ, ਤੇ ਨਾਲ ਨਾਲ ਕੁਇਕ ਟਰੈਕ ਲੂਪ ਦਾ ਵਾਲਿਆਂ ਦਾ ਵੀ ਧੰਨਵਾਦ। ਬਾਠ ਸਾਹਿਬ ਤੁਹਾਡਾ ਵੀ ਧੰਨਵਾਦ, ਇੰਨੀ ਕਰੀਮ ਇਕੱਠੀ ਕਰਕੇ ਲਿਆਉਂਦੇ ਹੋ। ਤੇ ਮਾਂ ਬੋਲੀ ਦੇ ਸੰਬੰਧੀ ਜਿਹੜਾ ਐਜੀਟੇਸ਼ਨ ਚੱਲ ਰਹੀ ਹੈ ਚੰਡੀਗੜ੍ਹ ਦੇ ਵਿੱਚ, ਕੀ ਹਾਲਾਤ ਨੇ ਉਸਦੇ? ਟਿਵਾਣਾ ਸਾਹਿਬ, ਬਹੁਤ ਲੰਬਾ ਸਮਾਂ ਹੋ ਗਿਆ, ਬਹੁਤ ਸਾਰੀਆਂ ਧਿਰਾਂ ਆਪੋ ਆਪਣੇ ਤੌਰ ਤੇ ਲੱਗੀਆਂ ਹੋਈਆਂ ਨੇ ਕਿ ਪੰਜਾਬ ਤੇ ਹਰਿਆਣੇ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਉਹਨਾਂ ਉਹਦਾ ਬਣਦਾ ਰੁਤਬਾ ਜਿਹੜਾ ਉਹ ਦਵਾਇਆ ਜਾ ਸਕੇ, ਇਹਨੂੰ ਪ੍ਰਸ਼ਾਸਨ ਦੀ ਭਾਸ਼ਾ ਬਣਾਇਆ ਜਾ ਸਕੇ, ਇਹਨੂੰ ਪੱਤਰ ਵਿਹਾਰ ਦੀ ਭਾਸ਼ਾ ਬਣਾਇਆ ਜਾ ਸਕੇ, ਪ੍ਰੈਸ ਨੋਟ ਪੰਜਾਬੀ ਭਾਸ਼ਾ ਦੇ ਵਿੱਚ ਵੀ ਜਾਰੀ ਹੋਣ, ਸਰਕਾਰੀ ਤੌਰ ਤੇ ਦਫ਼ਤਰਾਂ ਦੇ ਵਿੱਚ ਜਿਹੜਾ ਕਰਮਚਾਰੀਆਂ ਦੇ ਨਾਲ ਆਦੇਸ਼ਾਂ ਦਾ ਆਦਾਨ ਪ੍ਰਦਾਨ ਹੁੰਦਾ, ਜਿਹੜੇ ਹੁਕਮ ਜਾਰੀ ਕੀਤੇ ਜਾਂਦੇ ਆ ਉਹਨਾਂ ਦੇ ਵਿੱਚ ਵੀ ਪੰਜਾਬੀ ਭਾਸ਼ਾ ਦੀ ਬਹੁਤੀ ਨਹੀਂ ਤਾਂ ਥੋੜੀ ਬਹੁਤ ਵਰਤੋਂ ਜਿਹੜੀ ਉਹ ਜ਼ਰੂਰ ਹੋਵੇ। ਪਰ ਬਹੁਤ ਸਾਰੀਆਂ ਸੰਸਥਾਵਾਂ ਨੇ ਚੰਡੀਗੜ੍ਹ ਦੇ ਖੇਤਰ ਦੇ ਵਿੱਚ ਜਾਂ ਪੰਜਾਬ ਤੋਂ ਵੀ ਜਾ ਕੇ ਚੰਡੀਗੜ੍ਹ 'ਚ ਸੰਘਰਸ਼ ਕਰਦੀਆਂ, ਪਰ ਅੱਜ ਤੱਕ ਕਦੇ ਵੀ ਉਹਨਾਂ ਦਾ ਸੰਘਰਸ਼ ਬਾਝਵਾਂ ਨਹੀਂ ਸੀ ਹੋਇਆ। ਇਸੇ ਕਰਕੇ ਪ੍ਰਸ਼ਾਸਨ ਦੀ ਨੀਤੀ ਟਾਲਮ ਟੋਲ ਵਾਲੀ ਵੀ ਰਹੀ ਤੇ ਮਤਰੇਈ ਵਿਵਹਾਰ ਵਾਲੀ ਵੀ ਰਹੀ। ਪਰ ਪਹਿਲੀ ਵਾਰ ਲੱਗ ਰਿਹਾ ਕਿ ਹੁਣ ਚੰਡੀਗੜ੍ਹ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਲਾਗੂ ਕਰਵਾਉਣ ਸੰਬੰਧੀ ਇੱਕ ਬਾਝਵਾਂ ਯਤਨ ਜਿਹੜਾ ਕੀਤਾ ਜਾਊਗਾ, ਯਤਨ ਦੇ ਨਤੀਜੇ ਕੀ ਨਿਕਲਦੇ ਆ, ਹਾਂ ਪੱਖੀ ਨਿਕਲਦੇ ਆ, ਨਾ ਪੱਖੀ ਨਿਕਲਦੇ ਆ, ਉਹ ਬਾਅਦ ਦੀਆਂ ਗੱਲਾਂ। ਪਰ ਪੰਜਾਬ ਦੇ ਲੇਖਕ, ਚੰਡੀਗੜ੍ਹ ਦੇ ਜਿਹੜੇ ਗੁਰੂ ਘਰ ਨੇ, ਗੁਰਦੁਆਰੇ ਨੇ, ਉਹਨਾਂ ਦੀਆਂ ਕਮੇਟੀਆਂ, ਚੰਡੀਗੜ੍ਹ ਦੇ ਆਸ ਪਾਸ ਦੇ ਜਿਹੜੇ ਪੰਜਾਬ ਵਾਲੇ ਪਾਸੇ ਪਿੰਡ ਲੱਗਦੇ ਨੇ, ਉਹਨਾਂ ਪਿੰਡਾਂ ਦੀ ਸਾਂਝੀ ਬਣੀ ਹੋਈ ਸੰਘਰਸ਼ ਕਮੇਟੀ, ਇਹ ਸਾਰੀਆਂ ਧਿਰਾਂ ਇੱਕ ਪਲੇਟਫਾਰਮ ਤੇ ਆਈਆਂ। ਇਹਨਾਂ ਨੇ ਨਵਾਂ ਇੱਕ ਸਾਂਝਾ ਮੰਚ ਬਣਾ ਲਿਆ, ਨਾਮ ਰੱਖਿਆ ਚੰਡੀਗੜ੍ਹ ਪੰਜਾਬੀ ਮੰਚ। ਆਉਣ ਵਾਲੇ ਕੱਲ ਤੋਂ ਹੁਣ ਉਸ ਸੰਘਰਸ਼ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ, ਜਿਹੜਾ ਸੰਘਰਸ਼ ਪਿਛਲੇ ਕਈ ਦਹਾਕਿਆਂ ਤੋਂ ਲਗਾਤਾਰ ਗਾਹੇ ਬਗਾਹੇ ਚੱਲ ਰਿਹਾ। ਕੱਲ ਨੂੰ ਚੰਡੀਗੜ੍ਹ ਦੇ ਸੈਕਟਰ 20 ਦੀ ਮਸਜਿਦ ਗਰਾਊਂਡ ਦੇ ਵਿੱਚ ਸਮੂਹਿਕ ਤੌਰ ਤੇ ਭੁੱਖ ਹੜਤਾਲ ਕੀਤੀ ਜਾ ਰਹੀ ਹੈ, ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ। ਇਹ ਸਾਰੀਆਂ ਸੰਸਥਾਵਾਂ ਜਿਹੜੀਆਂ ਉਹ ਪੰਜਾਬੀ ਭਾਸ਼ਾ ਦੇ ਮੁੱਦੇ ਤੇ ਇਕੱਠੀਆਂ ਹੋਣਗੀਆਂ। ਉਹਦੇ ਤੋਂ ਬਾਅਦ ਵੀ ਜੇ ਗੱਲ ਨਾ ਬਣੀ ਤਾਂ ਫਰਵਰੀ 2017 ਦੇ ਵਿੱਚ ਜਿਹੜਾ ਮਾਂ ਬੋਲੀ ਦਿਵਸ ਮਨਾਇਆ ਜਾਣਾ, ਉਸ ਮਾਂ ਬੋਲੀ ਦਿਵਸ ਦੇ ਮੌਕੇ ਤੇ ਫਿਰ ਗ੍ਰਿਫਤਾਰੀਆਂ ਦਿੱਤੀਆਂ ਜਾਣੀਆਂ। ਸੈਕਟਰ 17 ਤੋਂ ਪੰਜਾਬ ਰਾਜ ਭਵਨ ਜਿਹੜਾ ਉਧਰਲੇ ਪਾਸੇ ਨੂੰ ਮਾਰਚ ਸ਼ੁਰੂ ਕਰਨਾ, ਤੇ ਕਹਿੰਦੇ ਗ੍ਰਿਫਤਾਰੀਆਂ ਉਨੇ ਦਿਨ ਲਗਾਤਾਰ ਜਾਰੀ ਰਹਿਣਗੀਆਂ ਜਿੰਨੀ ਦੇਰ ਪੰਜਾਬੀ ਭਾਸ਼ਾ ਨੂੰ ਉਹਦਾ ਬਣਦਾ ਮਾਣ ਸਤਿਕਾਰ ਨਹੀਂ ਮਿਲਦਾ। ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਨੇ ਡਾਕਟਰ ਸੁਖਦੇਵ ਸਿੰਘ ਸਿਰਸਾ, ਰਹਿੰਦੇ ਚੰਡੀਗੜ੍ਹ ਦੇ ਵਿੱਚ ਹੀ ਨੇ, ਪ੍ਰੋਫੈਸਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ, ਉਹਨਾਂ ਨੇ ਵੀ ਦੱਸਿਆ ਤੇ ਨਾਲ ਦੀ ਨਾਲ ਇਸ ਨਵੇਂ ਚੰਡੀਗੜ੍ਹ ਪੰਜਾਬੀ ਮੰਚ ਦੇ ਜਨਰਲ ਸਕੱਤਰ ਨੇ ਦੇਵੀ ਦਿਆਲ ਸ਼ਰਮਾ, ਦੋਵਾਂ ਨੇ ਸਾਂਝੇ ਤੌਰ ਤੇ ਦੱਸਿਆ, ਕਹਿੰਦੇ ਅਸੀਂ ਕੱਲ ਨੂੰ ਸਮੂਹਿਕ ਤੌਰ ਤੇ ਭੁੱਖ ਹੜਤਾਲ ਕਰਕੇ ਨਾਲ ਦੀ ਨਾਲ ਮੈਮੋਰੈਂਡਮ ਦੇਣੇ ਆ ਕਿ ਭਾਈ ਤੁਸੀਂ ਅੰਗਰੇਜ਼ੀ ਭਾਸ਼ਾ ਦੀ ਜਗ੍ਹਾ ਜਾਂ ਅੰਗਰੇਜ਼ੀ ਭਾਸ਼ਾ ਦੇ ਨਾਲ ਨਾਲ ਪੰਜਾਬੀ ਭਾਸ਼ਾ ਨੂੰ ਪ੍ਰਸ਼ਾਸਨਿਕ ਵਰਤੋਂ ਦੀ ਜਿਹੜੀ ਉਹ ਭਾਸ਼ਾ ਬਣਾਓ, ਇਹਨੂੰ ਦਫ਼ਤਰਾਂ ਦੇ ਵਿੱਚ ਕਾਰਵਿਹਾਰ ਦੀ ਜਿਹੜੀ ਉਹ ਭਾਸ਼ਾ ਬਣਾ ਲਓ। ਪਰ ਉਹਨਾਂ ਨੇ ਇੱਕ ਬਹੁਤ ਵੱਡਾ ਗਿਲਾ ਜਿਹੜਾ ਉਹ ਜ਼ਾਹਿਰ ਕੀਤਾ, ਉਹ ਕਹਿੰਦੇ ਕਿ ਕੋਈ ਵੀ ਸਿਆਸੀ ਪਾਰਟੀ, ਭਾਵੇਂ ਬਹੁਜਨ ਸਮਾਜ ਪਾਰਟੀ ਹੈ, ਬੀਜੇਪੀ ਹੈ, ਕਾਂਗਰਸ ਹੈ, ਕਿਸੇ ਨੇ ਵੀ ਅੱਜ ਤੱਕ ਆਪਣੀ ਤਰਜੀਹੀ ਸੂਚੀ ਦੇ ਵਿੱਚ ਇਹ ਮੱਦ ਨਹੀਂ ਰੱਖੀ ਕਿ ਭਾਈ ਤੁਸੀਂ ਪੰਜਾਬੀ ਭਾਸ਼ਾ ਜਿਹੜੀ ਹੈ ਉਹਨੂੰ ਲਾਗੂ ਕਰਾਓਗੇ। ਹਰ ਇੱਕ ਪਾਰਟੀ ਵੋਟਾਂ ਲੈਂਦੀ ਹੈ ਪੰਜਾਬੀ ਭਾਸ਼ਾ ਦੇ ਨਾਂ ਤੇ, ਕੋਈ ਹਿੰਦੀ ਦੇ ਨਾਂ ਤੇ, ਕੋਈ ਹਰਿਆਣਵੀ ਦੇ ਨਾਂ ਤੇ, ਤੇ ਉਹਦੇ ਤੋਂ ਬਾਅਦ ਸਭ ਕੁਝ ਭੁੱਲ ਭੁਲਾ ਜਾਂਦਾ। ਕਰ ਕਦੇ ਵੀ ਕਿਸੇ ਨੇ ਪੰਜਾਬੀ ਭਾਸ਼ਾ ਨੂੰ ਗੰਭੀਰਤਾ ਦੇ ਨਾਲ ਲਿਆ ਹੀ ਨਹੀਂ। ਜੇ ਭੋਰਾ ਚ ਪਿੱਛੇ ਚਲੀਏ ਟਿਵਾਣਾ ਸਾਹਿਬ, ਤਾਂ ਜਦੋਂ ਸ਼ਿਵਰਾਜ ਪਾਟਿਲ ਹੋਰੀ ਪ੍ਰਸ਼ਾਸਕ ਹੁੰਦੇ ਸੀ ਚੰਡੀਗੜ੍ਹ ਦੇ, ਕਰਤਾ ਧਰਤਾ ਸੀ ਸਰਕਾਰ ਵੱਲੋਂ, ਤਾਂ ਉਦੋਂ ਵੀ ਸੰਘਰਸ਼ ਚੱਲਿਆ ਸੀ, ਤਾਂ ਉਹਨਾਂ ਨੇ 3 ਭਾਸ਼ਾਈ ਫਾਰਮੂਲਾ ਮੰਨ ਲਿਆ ਸੀ ਕਿ ਲਾਗੂ ਕਰ ਲਾਂਗੇ, ਇੰਗਲਿਸ਼, ਹਿੰਦੀ ਤੇ ਪੰਜਾਬੀ ਤਿੰਨਾਂ ਭਾਸ਼ਾਵਾਂ ਦੇ ਵਿੱਚ ਕਹਿੰਦੇ ਸੀ ਕੰਮਕਾਰ ਹੋਊ। ਪਰ ਇਹਦੇ ਤੋਂ ਪਹਿਲਾਂ ਕਿ ਉਹ 3 ਭਾਸ਼ਾਈ ਫਾਰਮੂਲਾ ਲਾਗੂ ਹੁੰਦਾ, ਉਹ ਜਿਹੜੇ ਸਾਡੇ ਚੰਡੀਗੜ੍ਹ ਦੇ ਪ੍ਰਸ਼ਾਸਕ ਸੀ ਸ਼ਿਵਰਾਜ ਪਾਟਿਲ, ਉਹਨਾਂ ਦੀ ਆਪਣੀ ਸਿਆਸੀ ਤੌਰ ਤੇ ਹਵਾ ਕੱਢ ਦਿੱਤੀ ਗਈ, ਉਹਨਾਂ ਨੂੰ ਬਦਲ ਦਿੱਤਾ ਗਿਆ, ਉਹਨਾਂ ਦੀ ਜਗ੍ਹਾ ਨਵੇਂ ਪ੍ਰਸ਼ਾਸਕ ਆ ਗਏ ਆ, ਤੇ ਉਹ ਫਿਰ ਪ੍ਰਸ਼ਾਸਨ ਨੇ 3 ਭਾਸ਼ਾਈ ਫਾਰਮੂਲੇ ਵਾਲਾ ਜਿਹੜਾ ਆਦੇਸ਼ ਸੀ ਉਹ ਪਾੜ ਕੇ ਰੱਦੀ ਦੀ ਟੋਕਰੀ 'ਚ ਸੁੱਟਤਾ। ਇਹਦੇ ਤੋਂ ਬਾਅਦ ਗੱਲ ਕਰੀਏ ਪੰਜਾਬ ਵਿਧਾਨ ਸਭਾ ਦੀ, ਤਾਂ 10 ਮਾਰਚ 2010 ਨੂੰ, ਜਾਣੀ ਕਿ 6:30 ਵਜੇ ਪਹਿਲਾਂ,
ਪੰਜਾਬ ਦੀ ਵਿਧਾਨ ਸਭਾ ਨੇ ਸਰਬਸੰਮਤੀ ਦੇ ਨਾਲ ਮਤਾ ਪਾਸ ਕਰਕੇ ਭੇਜਿਆ ਸੀ ਯੂਪੀ ਪ੍ਰਸ਼ਾਸਨ ਨੂੰ ਕਿ ਅੰਗਰੇਜ਼ੀ ਦੀ ਜਗ੍ਹਾ ਪੰਜਾਬੀ ਭਾਸ਼ਾ ਨੂੰ ਦਫ਼ਤਰੀ ਵਰਤੋਂ ਦੀ ਭਾਸ਼ਾ ਜਿਹੜੀ ਉਹ ਬਣਾਇਆ ਜਾਵੇ। ਪਰ ਅੱਜ ਤੱਕ ਉਹ ਹੁਕਮ ਕਿੱਥੇ ਚਲਾ ਗਿਆ, ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਹੜੀ ਰੱਦੀ ਦੀ ਟੋਕਰੀ ਵਿੱਚ ਸੁੱਟਿਆ, ਕੱਖ ਨਹੀਂ ਪਤਾ ਲੱਗਾ। ਅੱਜ ਵੀ ਲੋਕ ਸੰਪਰਕ ਵਿਭਾਗ ਹੈ ਜਿਹੜਾ ਚੰਡੀਗੜ੍ਹ ਦਾ ਸਾਰੇ ਪ੍ਰੈਸ ਨੋਟ ਇੰਗਲਿਸ਼ ਚ ਭੇਜਦਾ, ਪੰਜਾਬੀ, ਹਿੰਦੀ, ਹਰਿਆਣਵੀ ਦੀ ਵਰਤੋਂ ਬਿਲਕੁਲ ਨਹੀਂ ਹੁੰਦੀ। ਇਹਦੇ ਨਾਲ ਨਾਲ ਜੇ ਗੱਲ ਕਰੀਏ ਸਿਆਸੀ ਲੀਡਰਾਂ ਦੀ, ਪਵਨ ਕੁਮਾਰ ਬੰਸਲ ਕਾਂਗਰਸ ਪਾਰਟੀ ਦੀ ਟਿਕਟ ਤੇ ਚੰਡੀਗੜ੍ਹ ਤੋਂ ਕਈ ਵਾਰ ਲੋਕ ਸਭਾ ਦੇ ਮੈਂਬਰ ਚੁਣੇ ਜਾਂਦੇ ਰਹੇ, ਬੜੀ ਚੰਗੀ ਪੰਜਾਬੀ ਬੋਲਦੇ ਆ, ਪੰਜਾਬੀ ਪਰਿਵਾਰ ਦੇ ਵਿੱਚ ਪੈਦਾ ਹੋਏ ਆ, ਪੰਜਾਬੀ ਉਹਨਾਂ ਦਾ ਅੱਜ ਵੀ ਪਰਿਵਾਰ ਬੋਲਦਾ, ਲਿਖਦਾ, ਸੁਣਦਾ, ਸਮਝਦਾ। ਪਰ ਜਿੰਨੀ ਦੇਰ ਦੀ ਉਹ ਮੈਂਬਰ ਪਾਰਲੀਮੈਂਟ ਰਹੇ ਨੇ, ਕੁਝ ਇੱਕ ਰਸਮੀ ਜਿਹਾ ਬਿਆਨਾਂ ਤੋਂ ਬਿਨਾਂ ਉਹਨਾਂ ਨੇ ਪੰਜਾਬੀ ਭਾਸ਼ਾ ਨੂੰ ਇਸ ਸਿਟੀ ਬਿਊਟੀ ਸੁਲ ਦੇ ਵਿੱਚ ਲਾਗੂ ਕਰਾਉਣ ਦੇ ਲਈ ਕੋਈ ਸਿਹਰ ਦੇ ਯਤਨ ਨਹੀਂ ਕੀਤਾ। ਤੇ ਹੁਣ ਬੀਜੇਪੀ ਦੀ ਮੈਂਬਰ ਪਾਰਲੀਮੈਂਟ ਆ ਚੰਡੀਗੜ੍ਹ ਤੋਂ ਬੀਬੀ ਕਿਰਨ ਖੇਰ, ਉਹ ਵੀ ਪੰਜਾਬਣ ਹੈ ਸੁੱਖ ਨਾਲ, ਟੱਬਰ ਉਹਨਾਂ ਦਾ ਵੀ ਪੰਜਾਬੀ ਸਮਝ ਸਮਝ ਲੈਂਦਾ, ਆਪ ਤਾਂ ਬੜੀ ਵਧੀਆ ਬੋਲਦੇ ਵੀ ਆ, ਲਿਖਦੇ ਵੀ ਆ। ਪਰ ਉਹਨਾਂ ਨੇ ਵੀ ਹੁਣ ਤੱਕ ਦੇ ਆਪਣੇ ਅੱਧੇ ਇੱਕ ਕਾਰਜਕਾਲ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਲਾਗੂ ਚੰਡੀਗੜ੍ਹ ਦੇ ਵਿੱਚ ਕਰਵਾਉਣ ਦੇ ਲਈ ਕੋਈ ਵੀ ਯਤਨ, ਕੋਈ ਵੀ ਆਪਣੀ ਤਾਕਤ ਜਿਹੜੀ ਹੈ ਉਹਦਾ ਇਸਤੇਮਾਲ ਕੀਤਾ ਨਜ਼ਰ ਨਹੀਂ ਆਉਂਦਾ। ਹਾਲਾਂਕਿ ਬੀਬੀ ਕਿਰਨ ਖੇਰ ਦੇ ਕੋਲ ਬਹੁਤ ਵਧੀਆ ਮੌਕਾ ਚੰਡੀਗੜ੍ਹ ਦੇ ਵਿੱਚ, ਉਹ ਮੈਂਬਰ ਪਾਰਲੀਮੈਂਟ, ਪੰਜਾਬ ਦੇ ਵਿੱਚ ਸਰਕਾਰ ਭਾਜਪਾ ਦੀ, ਹਰਿਆਣੇ ਦੇ ਵਿੱਚ ਸਰਕਾਰ ਭਾਜਪਾ ਦੀ, ਕੇਂਦਰ ਦੇ ਵਿੱਚ ਸਰਕਾਰ ਭਾਜਪਾ ਦੀ, ਸਮੱਸਿਆ ਕਿਸੇ ਪਾਸਿਓਂ ਹੈ ਨਹੀਂ। ਸਮੱਸਿਆ ਹੈਗੀ ਹੈ ਤਾਂ ਸਿਰਫ ਸੁਹਿਰਦਤਾ ਦੀ ਜਾਂ ਪਰਦੇ ਦੇ ਪਿੱਛੇ ਪੰਜਾਬੀ ਭਾਸ਼ਾ ਦੇ ਵਿਰੁੱਧ ਜਿਹੜੀਆਂ ਸਾਜ਼ਿਸ਼ਾਂ ਚੱਲ ਰਹੀਆਂ ਉਹਨਾਂ ਦੀ। ਹੁਣ ਬੀਬੀ ਕਿਰਨ ਖੇਰ ਨੂੰ ਇਹ ਤਾਂ ਪਤਾ ਲੱਗ ਜਾਂਦਾ ਕਿ ਕਿਹੜੇ ਨੀਂਹ ਪੱਥਰ ਦੇ ਵਿੱਚ ਮੇਰਾ ਨਾਮ ਜਿਹੜਾ ਉਹ ਨਹੀਂ ਲਿਖਿਆ। ਬੀਬੀ ਕਿਰਨ ਖੇਰ ਨੂੰ ਇਹ ਤਾਂ ਸਮਝ ਆ ਜਾਂਦੀ ਕਿਸੇ ਸਮਾਗਮ 'ਚ ਜਾ ਕੇ ਕਿ ਉਸ ਪਲੈਕਸ ਦੇ ਵਿੱਚ ਮੇਰੀ ਫੋਟੋ ਬਾਕੀ ਲੀਡਰਾਂ ਤੋਂ ਛੋਟੀ ਕਿਉਂ ਲੱਗੀ ਹੈ। ਪਰ ਬੀਬੀ ਕਿਰਨ ਖੇਰ ਨੂੰ ਇਹ ਸਮਝ ਨਹੀਂ ਆਉਂਦੀ ਕਿ ਇੱਡੇ ਵੱਡੇ ਚੰਡੀਗੜ੍ਹ ਦੇ ਵਿੱਚ ਪੰਜਾਬੀ ਭਾਸ਼ਾ ਦੇ ਨਾਲ ਮਕਰਿਆ ਸਲੂਕ ਕਿਉਂ ਹੁੰਦਾ। ਹੁਣ ਬਹੁਜਨ ਸਮਾਜ ਪਾਰਟੀ ਦੀ ਗੱਲ ਕਰ ਲਈਏ, ਕੌਂਸਲਰ ਪੰਚਰ ਉਹਨਾਂ ਦੇ ਵੀ ਜਿੱਤ ਜਾਂਦੇ ਆ, ਲੋਕ ਸਭਾ ਦੀ ਚੋਣ ਹੁੰਦੀ ਹੈ ਤਾਂ 22,000 ਵੋਟਾਂ ਉਹਨਾਂ ਦਾ ਉਮੀਦਵਾਰ ਵੀ ਲੈ ਜਾਂਦਾ। ਪਰ ਬਹੁਜਨ ਸਮਾਜ ਪਾਰਟੀ ਵੀ ਪੰਜਾਬੀ ਪ੍ਰਤੀ ਇੰਨੀ ਬੇਧਿਆਨੀ ਹੈ ਕਿ ਜਿੰਨੇ ਪ੍ਰੈਸ ਨੋਟ ਬਸਪਾ ਦੇ ਵੀ ਚੰਡੀਗੜ੍ਹ ਦੇ ਵਿੱਚੋਂ ਪ੍ਰੈਸ ਦੇ ਲਈ ਜਾਰੀ ਕੀਤੇ ਜਾਂਦੇ ਆ ਉਹ ਵੀ ਇੰਗਲਿਸ਼ ਦੇ ਵਿੱਚ ਹੁੰਦੇ ਆ, ਪੰਜਾਬੀ ਭਾਸ਼ਾ ਦਾ ਸ਼ਬਦ ਕੋਈ ਉਹ ਵੀ ਨਹੀਂ ਵਰਤਦੇ। ਸੋ ਵੇਖਦੇ ਹਾਂ ਜੀ ਕਿ ਚੰਡੀਗੜ੍ਹ ਪੰਜਾਬੀ ਮੰਚ ਦੇ ਬੈਨਰ ਹੇਠ ਗੁਰੂ ਘਰਾਂ ਦੀਆਂ ਕਮੇਟੀਆਂ, ਲੇਖਕ ਤੇ ਬੁੱਧੀਜੀਵੀ ਤੇ ਆਸ ਪਾਸ ਦੇ ਪਿੰਡਾਂ ਦੀ ਸੰਘਰਸ਼ ਕਮੇਟੀ ਦੇ ਮੈਂਬਰਾਂ ਜਿਹੜੇ ਨੇ ਉਹ ਕੱਲ੍ਹ ਨੂੰ ਕਿੰਨੀ ਕੁ ਵੱਡੀ ਗਿਣਤੀ ਦੇ ਵਿੱਚ ਜਾ ਕੇ ਸਮੂਹਿਕ ਭੁੱਖ ਹੜਤਾਲ ਕਰਦੇ ਆ ਤੇ ਉਹਦੇ ਤੋਂ ਬਾਅਦ ਜੇ ਗ੍ਰਿਫਤਾਰੀਆਂ ਦੇਣ ਤੱਕ ਦੀ ਨੌਬਤ ਆਉਂਦੀ ਹੈ ਤਾਂ ਇਸ ਸੰਘਰਸ਼ ਨੂੰ ਕਿੰਨੇ ਕੁ ਯੋਜਨਾਬੱਧ ਢੰਗ ਦੇ ਨਾਲ ਅੱਗੇ ਵਧਾਇਆ ਜਾਂਦਾ। ਬਾਠ ਸਾਹਿਬ, ਸੁਖਬੀਰ ਬਾਦਲ ਕਹਿੰਦੇ ਕੈਪਟਨ ਅਮਰਿੰਦਰ ਦਾ ਮਹਿਲ ਵਿਖਾਉਣ ਨੂੰ ਫਿਰਦੇ ਆ। ਟਿਵਾਣਾ ਸਾਹਿਬ, ਇੰਨੇ ਕੁ ਬਿਆਨ ਆ ਰਹੇ ਨੇ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿ ਕਿਹੜੇ ਲੀਡਰ ਦਾ ਬਿਆਨ ਕਿਹੜੀ ਜੇਬ ਚ ਪਾ ਕੇ ਰੱਖੀ, ਕੀ ਪਤਾ ਕਦੋਂ ਪੜ੍ਹਨਾ ਪੈ ਜਾਏ, ਕਿਉਂਕਿ ਚੇਤਾ ਵੀ ਭੁੱਲ ਜਾਂਦਾ। ਸਵੇਰੇ ਲੀਡਰ ਸੁੱਤਾ ਉੱਠਦਾ, 9 ਵਜੇ ਪ੍ਰੈਸ ਨੋਟ ਜਾਰੀ ਕਰਦਾ, ਹੋਰ ਹੁੰਦਾ, 12 ਵਜੇ ਹੋਰ ਹੁੰਦਾ। ਹੁਣ ਤਾਂ ਕਦੇ ਕਦੇ ਇਹ ਵੀ ਲੱਗਦਾ ਹੁੰਦਾ ਕਿ ਝੂਠ ਵੀ ਮੁੱਕ ਜਾਣਾ ਤੇ ਨਾਲ ਦੀ ਨਾਲ ਲਾਰੇ ਵੀ ਮੁੱਕ ਜਾਣੇ ਆ, ਅਸਮਾਨ ਪਾੜਦੇ ਜਿਹੜੇ ਵਾਅਦੇ ਕੀਤੇ ਜਾਂਦੇ ਆ ਉਹ ਵੀ ਮੁੱਕ ਜਾਣੇ ਆ, ਫਿਰ ਪਤਾ ਨੀ ਇਹਨਾਂ ਨੇ ਕਿਹੜੀ ਆਪਣੀ ਜਿਹੜੀ ਆ ਝੋਲੀ ਦੇ ਵਿੱਚੋਂ ਨਵੀਂ ਚੀਜ਼ ਕੱਢ ਕੇ ਬਾਹਰ ਲਿਆਉਣੀ ਆ। ਕਿਸਾਨਾਂ ਦੀਆਂ ਵੋਟਾਂ ਦਾ ਮਸਲਾ ਜੀ ਲੈ ਦੇ ਕੇ ਗੱਲ ਤਾਂ ਉੱਥੇ ਮੁੱਕਦੀ ਆ ਕਿ ਕਿਸਾਨਾਂ ਨੂੰ ਕਿਸਾਨ ਨੀ ਸਮਝਿਆ ਜਾਂਦਾ, ਬੰਦੇ ਨੀ ਸਮਝਿਆ ਜਾਂਦਾ, ਵੋਟਰ ਸਮਝਿਆ ਜਾਂਦਾ। ਉਹ ਵੋਟਰ ਜਿਹਨੂੰ ਆਪਣੇ ਝੋਲੇ ਦੇ ਵਿੱਚ ਪਾ ਕੇ ਗੰਢ ਮਾਰਨ ਦੀ ਕੋਸ਼ਿਸ਼ ਹਰ ਇੱਕ ਸਿਆਸੀ ਪਾਰਟੀ ਕਰਦੀ ਹੈ। ਪਰ ਕੈਪਟਨ ਅਮਰਿੰਦਰ ਸਿੰਘ ਇਸ ਵੇਲੇ ਬਹੁਤ ਹੀ ਤੇਜ਼ ਰਫ਼ਤਾਰ ਨੇ ਇਸ ਮੁੱਦੇ ਤੇ। ਹੁਣ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪਿਛਲੇ ਦਿਨਾਂ ਦੇ ਵਿੱਚ ਬਹੁਤ ਕੁਝ ਜਿਹੜਾ ਐਸਾ ਕਰ ਦਿੱਤਾ ਸੀ, ਐਸਾ ਕਹਿ ਦਿੱਤਾ ਸੀ, ਐਸੀ ਸਰਗਰਮੀ ਕੀਤੀ ਸੀ ਜਿਹਦੇ ਕਰਕੇ ਲੱਗ ਰਿਹਾ ਸੀ ਕਿ ਉਹਨਾਂ ਨੂੰ ਕਿਸਾਨਾਂ ਦੀਆਂ ਵੋਟਾਂ ਬਹੁਤ ਜ਼ਰੂਰੀ ਚਾਹੀਦੀਆਂ। ਕਿਸਾਨਾਂ ਦੀ ਬੱਸ ਲੈ ਕੇ ਤੁਰ ਪੈ, ਮੁਹਿੰਮ ਚਲਾਤੀ, ਕਰਜ਼ਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ, ਕਿ ਭਾਈ ਨਾ ਕਰਜ਼ਾ ਤੁਹਾਨੂੰ ਦੇਣਾ ਪਊਗਾ, ਨਾ ਕੋਈ ਕੁਰਕੀ ਕਰ ਸਕੂਗਾ, ਫਸਲ ਮੰਡੀ ਚ ਲੈ ਕੇ ਆਉਂਗੇ ਤਾਂ ਭਾਅ ਪੂਰਾ ਮਿਲੂ। ਪਹਿਲਾਂ ਤਾਂ ਵਿਰੋਧੀ ਪਾਰਟੀਆਂ ਨੇ ਕੋਈ ਖਾਸ ਧਿਆਨ ਨਹੀਂ ਸੀ ਦਿੱਤਾ, ਪਰ ਜਦੋਂ ਕਾਂਗਰਸੀ ਜਾ ਕੇ ਰਸੀਦਾਂ ਕੱਟਣ ਲੱਗ ਪਏ ਲੋਕਾਂ ਦੇ ਘਰਾਂ ਦੇ ਵਿੱਚ ਕਿ ਭਾਈ ਆ ਦੱਸੋ ਤੁਹਾਡਾ ਆਰਤੀ ਦਾ ਕਿੰਨਾ ਦੇਣਾ, ਸ਼ਾਹੂਕਾਰ ਦਾ ਕਿੰਨਾ ਦੇਣਾ, ਤੁਸੀਂ ਬੈਂਕ ਦਾ ਕਿੰਨਾ ਦੇਣਾ, ਸਹਿਕਾਰੀ ਸੁਸਾਇਟੀ ਦਾ ਕਿੰਨਾ ਦੇਣਾ, ਸਾਰੇ ਨੂੰ ਜੋੜ ਕਰਕੇ ਇੱਕ ਰਸੀਦ ਤੇ ਭਰ ਦੇਣਾ ਕਿ ਹਾਲ ਹੈ ਭਾਈ ਤੇਰੀ 8 ਲੱਖ ਦੀ ਰਸੀਦ, ਤੇਰੀ 9.5 ਲੱਖ ਦੀ, ਤੇਰੀ 4 ਲੱਖ ਦੀ। ਤੇ ਇਹ ਵੀ ਕਹਿੰਦੇ ਸੀ ਕਿ ਤੁਸੀਂ ਵੋਟਾਂ ਪਾ ਕੇ ਕਾਂਗਰਸ ਨੂੰ ਸਰਕਾਰ ਬਣਾ ਦਿਓ, ਕਪਤਾਨ ਨੂੰ ਬਣਾ ਦਿਓ ਮੁੱਖ ਮੰਤਰੀ, ਜਿੱਦਣ ਸਰਕਾਰ ਬਣ ਗਈ ਦੂਜੇ ਦਿਨ ਭਾਵੇਂ ਰਸੀਦ ਲੈ ਕੇ ਆ ਜਾਓ, ਤੁਹਾਡਾ ਕਰਜ਼ਾ ਮਾਫ਼ ਕਰ ਦਿਆਂਗੇ। ਉਧਰ ਕੈਪਟਨ ਅਮਰਿੰਦਰ ਸਿੰਘ ਜਿੱਥੇ ਵੀ ਜਾਂਦੇ ਸੀ ਕਹਿੰਦੇ ਸੀ ਮਹੀਨਾ ਮੈਨੂੰ ਇੱਕ ਚਾਹੀਦਾ ਸਰਕਾਰ ਬਣਾਉਣ ਤੋਂ ਬਾਅਦ ਸਾਰੇ ਕਰਜ਼ੇ ਦੇ ਉੱਤੇ ਲਕੀਰ ਫੇਰ ਦਊਂਗਾ। ਤੇ ਜਦੋਂ ਇਹ ਸਾਰੀਆਂ ਗੱਲਾਂ ਬਾਤਾਂ ਹੋਣ ਲੱਗ ਪਈਆਂ, ਲੋਕਾਂ 'ਚ ਗੱਲਾਂ ਮਾੜੀਆਂ ਮੋਟੀਆਂ ਚੱਲੀਆਂ, ਤਾਂ ਵਿਰੋਧੀ ਧਿਰਾਂ ਨੂੰ ਚਿੰਤਾ ਹੋਣ ਲੱਗੀ। ਸਭ ਤੋਂ ਵੱਧ ਚਿੰਤਾ ਹੋਈ ਸ਼੍ਰੋਮਣੀ ਅਕਾਲੀ ਦਲ ਨੂੰ। ਉਹਦਾ ਕਾਰਨ ਇਹ ਸੀ ਕਿ ਆਮ ਆਦਮੀ ਪਾਰਟੀ ਨੇ ਵੀ ਕਰਜ਼ਾ ਮਾਫ਼ ਕਰਨ ਦਾ ਵਾਅਦਾ ਕੀਤਾ ਆਪਣੇ ਕਿਸਾਨ ਤੇ ਮਜ਼ਦੂਰ ਮੈਨੀਫੈਸਟੋ ਦੇ ਵਿੱਚ, ਪਰ ਉਹਨਾਂ ਨੇ ਇਹ ਵਾਅਦਾ ਏਡੀ ਵੱਡੀ ਪੱਧਰ ਤੇ ਮੁੱਦਾ ਨਹੀਂ ਬਣਾਇਆ। ਆਮ
ਜਿੰਨੀ ਤਾਕਤ ਕਾਂਗਰਸ ਪਾਰਟੀ ਇਸ ਮੁੱਦੇ ਨੂੰ ਲੈ ਕੇ ਲਾ ਰਹੀ ਹੈ, ਕਦੇ ਕਦੇ ਤਾਂ ਲੱਗਦਾ ਹੁੰਦਾ ਕਿ ਕੈਪਟਨ ਅਮਰਿੰਦਰ ਸਿੰਘ ਇਹ ਸੋਚਦੇ ਆ ਕਿ ਕਿਸੇ ਮੁੱਦੇ ਨੂੰ ਲੈ ਕੇ ਜੇ ਮੈਂ ਪੰਜਾਬ ਦੇ ਵਿੱਚ ਸਰਗਰਮੀ ਕਰਨ ਚ ਕਾਮਯਾਬ ਹੋ ਗਿਆ, ਲੋਕਾਂ ਦਾ ਭਰੋਸਾ ਜਿੱਤ ਲਿਆ ਤਾਂ ਸਰਕਾਰ ਮੇਰੀ ਵੱਟ ਤੇ ਪਈ ਹੈ। ਹੁਣ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇੱਕੋ ਇੱਕ ਐਸੀ ਸਿਆਸੀ ਧਿਰ ਹੈ ਜਿਹੜੀ ਦੁਬਾਰਾ ਤੀਸਰੀ ਵਾਰੀ ਸਰਕਾਰ ਤਾਂ ਬਣਾਉਣਾ ਚਾਹੁੰਦੀ ਹੈ, ਪਰ ਇੱਕ ਗੱਲ ਸਾਫ਼ ਤੇ ਸਪਸ਼ਟ ਤੌਰ ਤੇ ਕਹਿੰਦੇ ਆ ਕਿ ਸਾਡੇ ਤੋਂ ਕਰਜ਼ਾ ਮਾਫ਼ ਨਹੀਂ ਹੋਣਾ। ਇੱਥੋਂ ਤੱਕ ਕਿ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇੱਕ ਬਿਆਨ ਇਹ ਦੇ ਦਿੱਤਾ ਸੀ, ਕਹਿੰਦੇ ਤੁਸੀਂ ਕਿਸਾਨੋ ਜਿਹੜੇ ਬਠਿੰਡੇ ਦੇ ਵਿੱਚ ਧਰਨਾ ਲਾ ਕੇ ਬੈਠੇ, ਜਦੋਂ ਗ੍ਰਾਹਾਂ ਵਾਲੇ ਲਾ ਕੇ ਬੈਠੇ ਸੀ ਪੰਥਕ ਜਥੇਬੰਦੀਆਂ ਨੂੰ ਨਾਲ ਲੈ ਕੇ, ਕਹਿੰਦੇ ਕੋਈ ਫਾਇਦਾ ਨਹੀਂ ਟਾਈਮ ਖਰਾਬ ਕਰ ਰਹੇ ਹੋ, ਜੇ ਧਰਨਾ ਲਾਉਣਾ ਤਾਂ ਦਿੱਲੀ ਜਾ ਕੇ ਲਾਓ, ਕਿਉਂਕਿ ਕਰਜ਼ਾ ਮਾਫ਼ ਕਰਨਾ ਸਾਡੇ ਅਧਿਕਾਰ ਖੇਤਰ ਚ ਨਹੀਂ ਆਉਂਦਾ, ਇਹ ਕਰਜ਼ਾ ਮਾਫ਼ ਕਰਨਾ ਕੇਂਦਰ ਸਰਕਾਰ ਨੇ। ਹਾਲਾਂਕਿ ਬਹੁਤ ਸਾਰੇ ਕਿਸਾਨਾਂ ਨੇ ਮੀਡੀਆ ਦੇ ਰਾਹੀਂ ਸਵਾਲ ਉਹਨਾਂ ਨੇ ਪੁੱਛਿਆ ਸੀ ਕਿ ਕੇਂਦਰ ਸਰਕਾਰ ਦੇ ਵਿੱਚ ਕਿਹੜਾ ਬੰਦੇ ਪਾਕਿਸਤਾਨ ਤੋਂ ਲਿਆ ਕੇ ਬਹਾਏ ਆ, ਤੁਹਾਡੇ ਆਪਣੇ ਪਰਿਵਾਰ ਦੇ ਮੈਂਬਰ, ਤੁਹਾਡੀ ਆਪਣੀ ਪਾਰਟੀ ਦੇ ਮੈਂਬਰ ਵੀ ਕੇਂਦਰ ਦੇ ਵਿੱਚ ਵਜ਼ੀਰ ਨੇ, ਤੁਸੀਂ ਆਪੇ ਗੱਲ ਕਰ ਲਓ, ਸਾਨੂੰ ਜ਼ਰੂਰ ਉੱਥੇ ਤੇ ਕਿਰਾਇਆ ਭਾੜਾ ਖਰਚ ਕੇ ਪਹੁੰਚਾਉਣਾ। ਉਹਨਾਂ ਨੇ ਆਪਣਾ ਧਰਨਾ ਜਾਰੀ ਰੱਖਿਆ ਸੀ ਤੇ ਅਕਾਲੀ ਦਲ ਨੇ ਆਪਣੀ ਸਿਆਸਤ। ਹੁਣ ਸ਼੍ਰੋਮਣੀ ਅਕਾਲੀ ਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੋਹਰਿਓ ਹੋ ਕੇ ਘੇਰਨਾ ਸ਼ੁਰੂ ਕਰਤਾ, ਕਿਉਂਕਿ ਇੱਕ ਗੱਲ ਅਕਾਲੀ ਦਲ ਵਾਲੇ ਵੀ ਜਾਣਦੇ ਆ ਕਿ ਜਿਹਨਾਂ ਕਿਸਾਨਾਂ ਦੇ ਸਿਰ ਤੇ ਕਰਜ਼ਾ ਹੈਗਾ, ਜਿਹਨਾਂ ਦੀ ਬਾਂਹ ਕੁਲਾੜੀ ਦੇ ਵਿੱਚ ਆਈ ਹੋਈ ਹੈ ਕਿ ਭਾਈ ਕਰਜ਼ਾ ਲਿਖਣਾ ਨੀ, ਜ਼ਮੀਨ ਵੇਚੀ ਤੋਂ ਬਿਨਾਂ ਕਿਤੇ ਕੁਰਕੀ ਨਾ ਹੋ ਜਾਏ, ਉਹਨਾਂ ਕਿਸਾਨਾਂ ਨੇ ਫਿਰ ਜਦੋਂ ਮੈਨੀਫੈਸਟੋ ਤੋੜ ਕੇ ਦੇਖਣੇ ਆ, ਭਾਸ਼ਣ ਤੋੜ ਕੇ ਦੇਖਣੇ ਆ, ਤਾਂ ਅਕਾਲੀ ਦਲ ਦਾ ਭਾਸ਼ਣ ਥੋੜਾ ਹਲਕਾ ਨਿਕਲਣਾ, ਭਾਵੇਂ ਜ਼ਮੀਨ ਦੀ ਸਤਰ ਦੇ ਨਾਲ ਉਹ ਵੱਧ ਜਿਹੜਾ ਜੁੜਦਾ ਹੋਵੇ। ਉਹਨਾਂ ਨੇ ਇਹ ਦੇਖਣਾ ਕਿ ਆਮ ਆਦਮੀ ਪਾਰਟੀ ਕਹਿੰਦੀ ਕਰਜ਼ਾ ਮਾਫ਼ ਕਰ ਦਿਆਂਗੇ, ਕਪਤਾਨ ਵੀ ਰਸੀਦਾਂ ਦੇਈ ਜਾਂਦਾ, ਪਰ ਅਕਾਲੀ ਕਹਿੰਦੇ ਕਰਜ਼ਾ ਮਾਫ਼ ਨਹੀਂ ਕਰ ਸਕਦੇ। ਸੋ ਬਹੁਤ ਸਾਰੇ ਕਿਸਾਨ ਜਿਹੜੇ ਕਰਜ਼ੇ ਦੇ ਕਰਕੇ ਪਰੇਸ਼ਾਨ ਆ, ਹੋ ਸਕਦਾ ਉਹ ਅਕਾਲੀਆਂ ਦੇ ਪੱਕੇ ਸਪੋਰਟਰ ਵੋਟਰ ਹੋਣ ਵੀ, ਪਰ ਇਸ ਮੁੱਦੇ ਤੇ ਆ ਕੇ ਉਹ ਸਿਆਸੀ ਤੌਰ ਤੇ ਵੋਟਾਂ ਕਿਹਨੂੰ ਪਾਈਏ ਸੋਚਣ ਵਿਚਾਰਨ ਲਈ ਮਜਬੂਰ ਹੋ ਵੀ ਸਕਦੇ ਆ। ਹੁਣ ਕੈਪਟਨ ਅਮਰਿੰਦਰ ਸਿੰਘ ਦੀ ਇਸ ਤਿੱਖੀ ਮੁਹਿੰਮ ਦੀ ਕਾਟ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਨੇ ਸਿੱਧਾ ਹਮਲਾ ਅੱਗੇ ਹੋ ਕੇ ਕੀਤਾ ਕੈਪਟਨ ਅਮਰਿੰਦਰ ਤੇ, ਖਾਸ ਤੌਰ ਤੇ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ। ਭਾਵੇਂ ਅੱਡ ਅੱਡ ਥਾਵਾਂ ਤੇ ਪ੍ਰੈਸ ਕਾਨਫਰੰਸਾਂ ਕੀਤੀਆਂ ਪਰ ਬਿਆਨ ਇੱਕੋ ਹੀ ਸੀ, ਉਹ ਕਹਿੰਦੇ ਰਸੀਦਾਂ ਕਾਂਗਰਸੀ ਦੇ ਰਹੇ ਆ ਜਾ ਕੇ ਕਿਸਾਨਾਂ ਨੂੰ ਕਿ ਅਸੀਂ ਤੁਹਾਡਾ ਕਰਜ਼ਾ ਮਾਫ਼ ਕਰਨਾ ਚੰਗੀ ਗੱਲ ਹੈ, ਦੇਈ ਜਾਣ, ਪਰ ਨਾਲ ਦੀ ਨਾਲ ਅਕਾਲੀਆਂ ਨੇ ਕਹਿਤਾ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਿ ਇੱਕ ਐਫੀਡੈਵਿਟ ਵੀ ਕੈਪਟਨ ਅਮਰਿੰਦਰ ਸਿੰਘ ਲਿਖ ਕੇ ਦੇਣ, ਦਸਤਖਤ ਕਰਕੇ ਦੇਣ ਕਿ ਸਰਕਾਰ ਬਣੀ ਤੇ ਉਹ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨਗੇ। ਇੱਥੇ ਤਾਂ ਗੱਲ ਠੀਕ ਹੈ, ਕਪਤਾਨ ਸਾਹਿਬ ਲਿਖ ਕੇ ਦੇ ਨਹੀਂ ਸਕਦੇ ਆ, ਪਰ ਨਾਲ ਦੂਸਰੀ ਮੱਦ ਜਿਹਦੀ ਮੰਗ ਅਕਾਲੀ ਦਲ ਨੇ ਕਰ ਲਈ, ਉਹ ਕਹਿੰਦੇ ਕਪਤਾਨ ਨਾਲ ਇਹ ਲਿਖ ਕੇ ਵੀ ਦਸਤਖਤ ਕਰਨ ਕਿ ਜੇ ਮੇਰੇ ਤੋਂ ਕਰਜ਼ਾ ਕਿਸਾਨਾਂ ਦਾ ਮਾਫ਼ ਨਾ ਹੋਇਆ, ਸਰਕਾਰ ਕੋਲੋਂ ਪੈਸੇ ਨਾ ਚੁਕਾਏ ਗਏ, ਤਾਂ ਫਿਰ ਕੈਪਟਨ ਦਾ ਮੋਤੀ ਮਹਿਲ ਤੇ ਹੋਰ ਜਿਹੜੀਆਂ ਜਾਇਦਾਦਾਂ ਹੈਗੀਆਂ ਉਹ ਸਾਰੀਆਂ ਵੇਚ ਕੇ ਕਿਸਾਨਾਂ ਦਾ ਕਰਜ਼ਾ ਲਾਉਣਾ। ਤੇ ਨਾਲ ਦੀ ਨਾਲ ਮਸਲਾ ਇੱਥੇ ਤੱਕ ਨਹੀਂ ਰਿਹਾ, ਮਜੀਠੀਆ ਸਾਹਿਬ ਨੇ ਤਾਂ ਇਹ ਵੀ ਕਹਿ ਦਿੱਤਾ, ਕਹਿੰਦੇ ਜੇ ਕੈਪਟਨ ਅਮਰਿੰਦਰ ਸਿੰਘ ਨੇ ਇੰਨਾ ਲਿਖ ਕੇ ਐਫੀਡੈਵਿਟ ਦੇ ਤਾ, ਮੈਂ ਵੀ ਆਪਣੀ ਵੋਟ ਉਹਨਾਂ ਨੂੰ ਪਾ ਦੇ, ਕਿਉਂਕਿ ਫਿਰ ਤਾਂ ਕਿਸਾਨਾਂ ਦੀ ਸਮੱਸਿਆ ਖਤਮ ਹੋ ਜਾਣੀ ਹੈ। ਇਹਦੇ ਤੋਂ ਬਾਅਦ ਇਹਦੀ ਚੁਣੌਤੀ ਦੇ ਦਿੱਤੀ ਗਈ ਕਿ ਜੇ ਕੈਪਟਨ ਅਮਰਿੰਦਰ ਸਿੰਘ ਐਫੀਡੈਵਿਟ ਦੇਣ ਦੇ ਮਾਮਲੇ ਤੇ ਚੁੱਪ ਰਹਿੰਦੇ ਆ ਜਾਂ ਕੁਸਕਦੇ ਨਹੀਂ, ਪ੍ਰਤੀਕਿਰਿਆ ਹੀ ਨਹੀਂ ਦਿੰਦੇ ਜਾਂ ਆਨਾਕਾਨੀ ਕਰਦੇ ਆ, ਤਾਂ ਕਹਿੰਦੇ ਫਿਰ ਪੰਜਾਬ ਦੇ ਕਿਸਾਨਾਂ ਨੂੰ, ਪੰਜਾਬ ਦੇ ਆਮ ਲੋਕਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਰਜ਼ਾ ਮਾਫ਼ੀ ਦੇ ਮੁੱਦੇ ਤੇ ਪੰਜਾਬ ਦੇ ਲੋਕਾਂ ਨਾਲ ਕੁਫਰ ਤੋਲ ਰਹੇ ਆ, ਪੰਜਾਬ ਦੇ ਲੋਕਾਂ ਨਾਲ ਝੂਠ ਬੋਲ ਰਹੇ ਆ। ਤੇ ਅਗਲੀ ਗੱਲ ਜਿਹੜੀ ਹੈ ਉਹ ਮਜੀਠੀਆ ਸਾਹਿਬ ਨੇ ਹੋਰ ਵੀ ਸਿਰੇ ਦੀ ਕਰਤੀ, ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਹਿੰਦੇ ਕਾਂਗਰਸ ਪਾਰਟੀ ਦੇ ਜਿੰਨੇ ਵਿਧਾਇਕ ਆ ਉਹ ਵੀ ਕੈਪਟਨ ਅਮਰਿੰਦਰ ਸਿੰਘ ਦੇ ਐਫੀਡੈਵਿਟ ਦੇ ਉੱਤੇ ਦਸਤਖਤ ਕਰਨ, ਦਸਤਖਤ ਕਰਕੇ ਗਵਾਹੀ ਇਸ ਕਰਕੇ ਪਾਉਣ ਕੇ ਜੇ ਕੱਲ੍ਹ ਨੂੰ ਕੈਪਟਨ ਅਮਰਿੰਦਰ ਸਿੰਘ ਮੁੱਕਰ ਜਾਂਦੇ ਆ, ਉਹਨਾਂ ਦਾ ਮੋਤੀ ਮਹਿਲ ਵੇਚ ਵੱਟ ਕੇ ਵੀ ਕਿਸਾਨਾਂ ਦਾ ਕਰਜ਼ਾ ਨਹੀਂ ਉਤਰਦਾ, ਤਾਂ ਫਿਰ ਪੰਜਾਬ ਕਾਂਗਰਸ ਦੇ ਸਾਰੇ ਵਿਧਾਇਕਾਂ ਦੀ ਪ੍ਰਾਪਰਟੀ ਵੇਚ ਕੇ ਕਿਸਾਨਾਂ ਦਾ ਕਰਜ਼ਾ ਜਿਹੜਾ ਉਹ ਚੁਕਾਇਆ ਜਾ ਸਕੇ। ਹੁਣ ਸਿੱਧੇ ਤੌਰ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਦੀ ਕਿਸਾਨਾਂ ਦੇ ਲਈ ਚਲਾਈ ਗਈ ਇਸ ਮੁਹਿੰਮ ਨੂੰ ਖੁੰਡਾ ਕਰਨ ਦਾ ਯਤਨ ਜਿਹੜਾ ਹੈ ਅਕਾਲੀ ਦਲ ਨੇ ਕੀਤਾ, ਕੀਤਾ ਵੀ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਹੈ। ਨਾ ਤਾਂ ਕੈਪਟਨ ਅਮਰਿੰਦਰ ਸਿੰਘ ਤੋਂ ਚੁੱਪ ਬੈਠਿਆ ਜਾਣਾ, ਇਹ ਵੀ ਹੋ ਸਕਦਾ ਕਿ ਜਿਹੜੇ ਜਾਗਰੂਕ ਜਿਹਾ ਕਿਸਾਨ ਨੇ ਜਾਂ ਕੁਝ ਇੱਕ ਵਿਰੋਧੀ ਪਾਰਟੀਆਂ ਦੇ ਨਾਲ ਸੰਬੰਧਿਤ ਕਿਸਾਨ ਨੇ, ਕੱਲ੍ਹ ਨੂੰ ਜੇ ਕਾਂਗਰਸ ਪਾਰਟੀ ਦੇ ਲੀਡਰ, ਕਾਂਗਰਸ ਪਾਰਟੀ ਦੇ ਵਰਕਰ ਉਹਨਾਂ ਦੇ ਕੋਲ ਰਸੀਦ ਦੇਣ ਲਈ ਜਾਂਦੇ ਆ ਜਾਂ ਫਾਰਮ ਭਰਵਾਉਣ ਲਈ ਜਾਂਦੇ ਆ, ਤਾਂ ਅੱਗੋਂ ਕਹਿ ਸਕਦੇ ਕਿ ਭਾਈ ਕੈਪਟਨ ਦੀ ਐਫੀਡੈਵਿਟ ਦੀ ਪਹਿਲਾਂ ਫੋਟੋ ਸਟੇਟ ਸਾਨੂੰ ਦਿਓ, ਬਾਕੀ ਗੱਲਾਂ ਬਾਅਦ ਦੀਆਂ ਨੇ। ਕਿਆ ਬਾਤ ਹੈ, ਪਰ ਸੁਖਬੀਰ ਹੋਰਾਂ ਨੂੰ ਪੁੱਛੇ ਵੀ ਤੁਸੀਂ ਆਪਣੇ ਕਿਹੜੇ ਬਾਲਾਸਰ ਮਹਿਲ ਦੇ ਕਾਗਜ਼ ਦਿੱਤੇ ਸੀਗੇ ਜਦੋਂ ਤੁਸੀਂ ਇਲੈਕਸ਼ਨ ਲੜੇ ਸੀ ਵੀ ਕੈਪਟਨ ਮੋਤੀ ਮਹਿਲ ਦੇ ਦੇਊਗਾ, ਹੈਨਾ। ਚੋਣਾ ਸਾਹਿਬ ਮੈਨੂੰ ਤਾਂ ਇਹ ਵੀ ਲੱਗਦਾ ਸੀ ਕਿ ਹੁਣ ਘੱਟੋ ਘੱਟ ਵਿਦਿਆਰਥੀਆਂ ਨੂੰ ਉਹ ਐਫੀਡੈਵਿਟ ਤਾਂ ਦੇ ਦੇਣੇ ਚਾਹੀਦੇ ਕਿ ਭਾਈ ਲੈਪਟਾਪ ਪਿਛਲੇ ਸਾਲ ਨਹੀਂ ਦਿੱਤੇ ਗਏ, ਆਉਣ ਵਾਲੇ 5 ਸਾਲਾਂ 'ਚ ਦੇ ਦੇਣਗੇ, ਤੁਹਾਡੇ ਕਿੰਨੇ ਬਕਾਏ ਨੇ, ਹੈਨਾ। ਇਹ ਤਾਂ ਸਾਰੇ ਹੀ ਕਰਦੇ ਨੇ। ਹੁਣ ਦਿੱਲੀ 'ਚ ਤੁਸੀਂ ਵੇਖੋ ਆ, ਪਿੱਛੇ ਜੇ ਅਰਵਿੰਦ ਕੇਜਰੀਵਾਲ ਦਾ ਬਿਆਨ ਸੀ ਕਿ ਜੇ ਕਹਿੰਦੇ ਅਸੀਂ 50%
ਤੇ ਉਸ ਮੀਟਿੰਗ ਦੇ ਵਿੱਚ ਦੋਵੇਂ ਬਹਿਸ ਭਰਾ ਵੀ ਪਹੁੰਚੇ ਹੋਏ ਨੇ ਜਲੰਧਰ, ਉਹ ਪ੍ਰਗਟ ਸਿੰਘ ਹੋਰੀ ਵੀ ਗਏ ਆ ਵਿਸ਼ੇਸ਼ ਤੌਰ ਤੇ ਸੋਹਣੀ ਪੱਗ ਬੰਨ ਕੇ, ਕਿਉਂਕਿ ਸਿਆਸੀ ਤੌਰ ਤੇ ਫੈਸਲਾ ਹੋਣ ਦੀ ਵੀ ਸੰਭਾਵਨਾ। ਵਿੱਚ ਵਿਚਾਲੇ ਖ਼ਬਰਾਂ ਇਹ ਵੀ ਨੇ ਕਿ ਅੱਜ ਜਦੋਂ ਆਵਾਜ਼ੇ ਪੰਜਾਬ ਫਰੰਟ ਦੀ ਮੀਟਿੰਗ ਹੋ ਜਾਣੀ ਹੈ, ਛਾਣਾ ਧਿਰਾਂ ਨੇ ਵੱਖੋ ਵੱਖ ਨਿਕਲ ਜਾਣਾ। ਉਹਦੇ ਤੋਂ ਬਾਅਦ ਹੋ ਸਕਦਾ ਪ੍ਰਗਟ ਸਿੰਘ ਹੋਰੀ ਕਾਂਗਰਸ ਪਾਰਟੀ ਦੇ ਕਿਸੇ ਵੱਡੇ ਲੀਡਰ ਦੇ ਨਾਲ ਵੀ ਦਿੱਲੀ ਦੇ ਵਿੱਚ ਮੁਲਾਕਾਤਾਂ ਕਰਨ, ਪਰ ਉਹ ਕਿਆ ਫਿਰ ਆਈਆਂ ਨੇ। ਪਰ ਜਦੋਂ ਮੀਟਿੰਗ ਸ਼ੁਰੂ ਹੋਈ ਹੈ ਤਾਂ ਇਹਦੇ ਵਿੱਚ ਹੀ ਉਹਨਾਂ ਨੇ ਇੰਨਾ ਕੁ ਜ਼ਰੂਰ ਸੰਕੇਤ ਜਿਹੜਾ ਉਹ ਮੀਡੀਆ ਨੂੰ ਭੇਜਿਆ ਕਿ ਅਸੀਂ ਸਾਰੇ ਜਾਣੇ ਇਕੱਠੇ ਹਾਂ, ਸਾਡੇ ਤੇ ਜਿਹੜੀਆਂ ਤੁਹਮਤਾਂ ਲੱਗਦੀਆਂ ਕਿ ਇਹਨਾਂ ਨੇ ਬਹੁਤ ਜਲਦੀ ਖੱਖੜੀਆਂ ਕਿੱਲੇ ਹੋ ਜਾਣਾ। ਕਹਿੰਦੀ ਐਸੀ ਗੱਲ ਨਹੀਂ, ਜਿੱਧਰ ਵੀ ਜਾਵਾਂਗੇ ਭਾਵੇਂ ਇਕੱਲੇ ਰਹਿ ਜਾਈਏ, ਭਾਵੇਂ ਕਾਂਗਰਸ ਨਾਲ ਜਾਈਏ, ਆਮ ਆਦਮੀ ਪਾਰਟੀ ਨਾਲ ਜਾਈਏ, ਜਾਵਾਂਗੇ ਚਾਰੇ ਇਕੱਠੇ। ਤੇ ਜਿੱਧਰ ਇਹ ਚਾਰੇ ਜਾਣਗੇ ਉੱਧਰ ਬੀਬੀ ਨਵਜੋਤ ਕੌਰ ਸਿੱਧੂ ਨੇ ਵੀ ਚਲੇ ਜਾਣਾ, ਕਿਉਂਕਿ ਉਹ ਤਾਂ ਨਵਜੋਤ ਸਿੰਘ ਸਿੱਧੂ ਦੇ ਨਾਲ ਹੀ ਆ। ਹੁਣ ਇਹ ਇਕੱਠੇ ਰਹਿੰਦੇ ਆ, ਫਟਦੇ ਆ, ਕਿਹਦੇ ਨਾਲ ਜਾਂਦੇ ਕਿਹਦੇ ਨਾਲ ਨਹੀਂ ਜਾਂਦੇ, ਇੱਕ ਦੋ ਦਿਨਾਂ ਦੇ ਵਿੱਚ ਪਤਾ ਲੱਗੂਗਾ, ਜਾਂ ਮੀਟਿੰਗ ਤੋਂ ਬਾਅਦ ਜੇ ਕਿਤੇ ਇਹਨਾਂ ਨੇ ਪ੍ਰੈਸ ਦੇ ਨਾਲ ਕੋਈ ਗੱਲਬਾਤ ਕੀਤੀ ਉੱਥੋਂ ਪਤਾ ਲੱਗੂ। ਪਰ ਦੂਸਰੇ ਪਾਸੇ ਕਾਂਗਰਸ ਪਾਰਟੀ ਇਸ ਮੁੱਦੇ ਦੇ ਉੱਤੇ ਕਿ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦੇ ਸਾਥੀਆਂ ਨੂੰ ਆਪਾਂ ਨਾਲ ਕਿਵੇਂ ਜੋੜਨਾ ਪੂਰੀ ਤਰ੍ਹਾਂ ਇਸ ਵੇਲੇ ਪਾਟੋ ਧਾੜ ਹੈ। ਪ੍ਰਤਾਪ ਸਿੰਘ ਬਾਜਵਾ ਹੋਰਾਂ ਦਾ ਤਾਂ ਸਾਰਾ ਜ਼ੋਰ ਲੱਗਾ ਹੋਇਆ ਕਿ ਜਿਵੇਂ ਕਿਵੇਂ ਵੀ ਹੋ ਜਾਏ ਇਸ ਵਾਰ ਨਵਜੋਤ ਸਿੰਘ ਸਿੱਧੂ ਦੇ ਆਵਾਜ਼ੇ ਪੰਜਾਬ ਫਰੰਟ ਦੇ ਨਾਲ ਗੱਠਜੋੜ ਜ਼ਰੂਰ ਕਰੀਏ, ਕਾਮਰੇਡਾਂ ਨੂੰ ਵੀ ਨਾਲ ਲਈਏ। ਪਰ ਕੈਪਟਨ ਅਮਰਿੰਦਰ ਸਿੰਘ ਕਈ ਵਾਰ ਕਹਿ ਚੁੱਕਿਆ ਕਿ ਸਾਡੀ ਕੋਈ ਗੱਲ ਨਹੀਂ ਚੱਲ ਰਹੀ, ਨਾ ਸਾਨੂੰ ਨਵਜੋਤ ਸਿੰਘ ਸਿੱਧੂ ਦੇ ਨਾਲ ਗੱਠਜੋੜ ਕਰਨ ਦੀ ਲੋੜ ਹੈ, ਨਾ ਸਾਨੂੰ ਉਹਨੂੰ ਪਾਰਟੀ ਸ਼ਾਮਿਲ ਕਰਨ ਦੀ ਲੋੜ ਹੈ। ਹਾਲਾਂਕਿ ਤੀਜੇ ਤੇ ਉੱਥੇ ਦਿਨ ਕੈਪਟਨ ਅਮਰਿੰਦਰ ਸਿੰਘ ਆਪਣਾ ਬਿਆਨ ਬਦਲ ਦਿੰਦੇ ਆ, ਫਿਰ ਕਹਿ ਦਿੰਦੇ ਹੁੰਦੇ ਮੈਂ ਬਾਦਲਾਂ ਨੂੰ ਹਰਾਉਣਾ ਚਾਹੁੰਦਾ, ਇਸ ਕਰਕੇ ਨਵਜੋਤ ਸਿੰਘ ਸਿੱਧੂ ਆ ਵੀ ਜਾਵੇ ਤਾਂ ਕੋਈ ਗੱਲ ਨਹੀਂ। ਹੁਣ ਬੀਬੀ ਆਸ਼ਾ ਕੁਮਾਰੀ ਦਾ ਇੱਕ ਨਵਾਂ ਬਿਆਨ ਜਿਹੜਾ ਹੈ। ਆਸ਼ਾ ਕੁਮਾਰੀ ਜਿਹੜੀ ਡਲਹੌਜ਼ੀ ਦੀ MLA ਹੈ ਤੇ ਪੰਜਾਬ ਕਾਂਗਰਸ ਦੀ ਇੰਚਾਰਜ ਵੀ ਹੈ, ਉਹ ਕਹਿੰਦੇ ਕਿ ਸਾਡੀ ਨਵਜੋਤ ਸਿੰਘ ਸਿੱਧੂ ਦੇ ਨਾਲ ਗੱਲ ਕੋਈ ਚੱਲਦੀ ਨਹੀਂ। CPI ਦੇ ਨਾਲ ਕਹਿੰਦੇ ਸੀਟਾਂ ਦੀ ਵੰਡ ਸੰਬੰਧੀ ਗੱਲ ਚੱਲ ਰਹੀ ਹੈ, ਪਰ ਮੁੱਢਲੇ ਪੱਧਰ ਤੇ ਆ, ਅਜੇ ਤੱਕ ਅਸੀਂ ਇਹ ਸਪਸ਼ਟ ਨਹੀਂ ਕੀਤਾ ਕਿ ਕਿੰਨੀਆਂ ਸੀਟਾਂ ਉਹਨਾਂ ਨੂੰ ਦੇਣੀਆਂ ਜਾਂ ਨਹੀਂ ਦੇਣੀਆਂ। ਤੇ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਪਿਛਲੇ ਸਮੇਂ ਜਿਹੜਾ ਰੌਲਾ ਪਿਆ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੇ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਗਈ, ਕਹਿੰਦੇ ਬਿਲਕੁਲ ਨਿਰਮੂਲ ਖ਼ਬਰਾਂ, ਅਸੀਂ ਕਿਸੇ ਨੂੰ ਅਹੁਦੇ ਦੀ ਪੇਸ਼ਕਸ਼ ਨਹੀਂ ਕੀਤੀ। ਤੇ ਕੈਪਟਨ ਅਮਰਿੰਦਰ ਸਿੰਘ ਨੇ ਇੱਥੇ ਤੱਕ ਕਹਿ ਦਿੱਤਾ, ਕਹਿੰਦੇ ਕਾਂਗਰਸ ਪਾਰਟੀ ਦੀ ਇੱਕੋ ਪਾਲਿਸੀ ਹੈ ਕਿ ਜਿਹੜਾ ਬੰਦਾ ਸਾਡੀ ਪਾਰਟੀ ਸ਼ਾਮਿਲ ਹੋਣਾ ਚਾਹੁੰਦਾ ਹੈ ਅਸੀਂ ਪਹਿਲਾਂ ਉਹਦੀ ਘੋਖ ਪੜਤਾਲ ਕਰਦੇ ਹਾਂ। ਘੋਖ ਪੜਤਾਲ ਕਰਨ ਤੋਂ ਬਾਅਦ ਉਸ ਬੰਦੇ ਨੂੰ ਕਿਹਾ ਜਾਂਦਾ ਕਿ ਜੇ ਬਿਨਾਂ ਸ਼ਰਤ ਕਾਂਗਰਸ ਪਾਰਟੀ ਦੇ ਵਿੱਚ ਆਉਣਾ ਤਾਂ ਆ ਜਾ, ਅਸੀਂ ਤੇਰੀ ਸ਼ਰਤ ਕੋਈ ਪ੍ਰਵਾਨ ਨਹੀਂ ਕਰਨੀ। ਇਹੀ ਕਹਿੰਦੇ ਫਾਰਮੂਲਾ ਅਸੀਂ ਨਵਜੋਤ ਸਿੰਘ ਸਿੱਧੂ ਤੇ ਉਹਦੇ ਸਾਥੀਆਂ ਤੇ ਅਪਲਾਈ ਕਰਨਾ। ਤੇ ਜਦੋਂ ਫਿਰ ਕਾਮਰੇਡਾਂ ਦੇ ਨਾਲ ਗੱਠਜੋੜ ਬਾਰੇ ਪੁੱਛਿਆ ਗਿਆ ਤਾਂ ਬੀਬੀ ਆਸ਼ਾ ਕੁਮਾਰੀ ਤੇ ਕੈਪਟਨ ਅਮਰਿੰਦਰ ਸਿੰਘ ਦੋਵਾਂ ਨੇ ਆਖ ਦਿੱਤਾ, ਉਹ ਕਹਿੰਦੇ CPI ਨਾਲ ਗੱਲ ਚੱਲਦੀ ਹੈ ਤੇ ਜ਼ਿੰਮੇਵਾਰੀ ਦਿੱਤੀ ਗਈ ਹੈ ਬੀਬੀ ਰਜਿੰਦਰ ਕੌਰ ਭੱਠਲ ਤੇ ਸਾਬਕਾ ਖਜ਼ਾਨਾ ਮੰਤਰੀ ਲਾਲ ਸਿੰਘ ਹੋਰਾਂ ਨੂੰ ਕਿ ਤੁਸੀਂ ਗੱਲਬਾਤ ਕਰਨੀ ਹੈ ਕਾਮਰੇਡਾਂ ਦੇ ਨਾਲ, ਗੱਲਬਾਤ ਕਰਕੇ ਤੇ ਫਿਰ ਸੀਟਾਂ ਤੇ ਜਿਹੜਾ ਯੱਬ ਜਿਹਾ ਮੁਕਾ ਦੇਣਾ। ਹੁਣ ਪਤਾ ਲੱਗੇ ਕਿ CPI ਆਪਣੇ ਲਈ ਘੱਟੋ ਘੱਟ 6 ਵਿਧਾਨ ਸਭਾ ਦੀਆਂ ਸੀਟਾਂ ਮੰਗਦੀ ਹੈ ਤੇ ਕਾਂਗਰਸ ਪਾਰਟੀ ਚਾਹੁੰਦੀ ਹੈ ਕਿ ਤੁਹਾਨੂੰ 2 ਸੀਟਾਂ ਦੇਣੀਆਂ, ਵੱਧ ਤੋਂ ਵੱਧ ਦੇਣੀਆਂ, 3 ਤੋਂ ਵੱਧ ਮੰਗਿਓ ਨਾ ਸਾਡੇ ਨਾ ਸਾਡੇ ਕੋਲ ਛੱਡੀਆਂ ਜਾਣੀਆਂ। ਤੇ ਜੇ CPI ਦੇ ਨਾਲ ਕਾਂਗਰਸ ਪਾਰਟੀ ਦੀ ਗੱਠਜੋੜ ਦੀ ਗੱਲ ਬਣਦੀ ਹੈ ਤਾਂ ਫਿਰ ਕਾਮਰੇਡਾਂ ਦੀਆਂ 3 ਹੋਰ ਪਾਰਟੀਆਂ ਉਹ CPI ਨੂੰ ਛੱਡ ਸਕਦੀਆਂ, ਪੱਟ ਧੜ ਪੈ ਜਾਣੀਆਂ। ਤੇ ਤਿਵਾਨਾ ਸਾਹਿਬ, CPI ਉਹੀ ਪਾਰਟੀ ਹੈ ਜਿਨ੍ਹਾਂ ਦੇ ਨਾਲ ਇੱਕ ਵਾਰੀ ਕਪਤਾਨ ਸਾਹਿਬ ਨੇ ਕਾਂਗਰਸ ਪਾਰਟੀ ਦਾ ਗੱਠਜੋੜ ਪਹਿਲਾਂ ਵੀ ਕਰਾਇਆ ਸੀ, 2 ਬੰਦੇ ਵੀ ਉਹਨਾਂ ਦੇ MLA ਬਣ ਗਏ ਸੀ ਜੀ, ਪਰ ਮਹੀਨੇ ਥੋੜੇ ਚੱਲਣ ਦਿੱਤੇ ਸੀ। ਕਪਤਾਨ ਸਾਹਿਬ ਨੇ ਕਹਿਤਾ ਤੁਸੀਂ ਇੱਥੇ ਕੀ ਕਰਨਾ, ਕਾਮਰੇਡਾਂ ਦਾ ਲਾਲ ਝੰਡਾ ਫੜ ਕੇ ਕਾਂਗਰਸ ਪਾਰਟੀ ਦੇ ਵਿੱਚ ਆਓ, ਸਾਡਾ ਹੱਥ ਫੜ ਕੇ ਚੱਲੋ। ਤੇ ਮਿੰਟ 5-7 ਹੀ ਲੱਗੇ ਸੀ ਤੇ ਦੋਵੇਂ ਕਾਮਰੇਡਾਂ ਦੇ MLA ਜਿਹੜੇ ਹੈ ਉਹ ਕੈਪਟਨ ਅਮਰਿੰਦਰ ਸਿੰਘ ਦੇ ਸੱਜੇ ਖੱਬੇ ਪਾਸੇ ਕੁਰਸੀਆਂ ਤੇ ਬਹਿਣ ਲੱਗ ਪਿਆ ਸੀ, ਅੱਜ ਤੱਕ ਵੀ ਸਿਆਸਤ ਕਰੀ ਜਾਂਦੇ ਆ। ਸੋ ਵੇਖਦੇ ਹਾਂ ਜੀ ਕਿ ਆਵਾਜ਼ੇ ਪੰਜਾਬ ਫਰੰਟ ਵਾਲੇ ਜਿਹੜੇ ਹੈ ਹੁਣ ਤੋਂ ਥੋੜੀ ਦੇਰ ਬਾਅਦ ਜਦੋਂ ਮੀਟਿੰਗ ਖਤਮ ਹੁੰਦੀ ਹੈ ਤਾਂ ਆਪਣਾ ਨਵਾਂ ਜਿਹੜਾ ਸਿਆਸੀ ਖੁਲਾਸਾ ਕੀ ਕਰਦੇ ਆ। ਤੇ ਕੈਪਟਨ ਅਮਰਿੰਦਰ ਸਿੰਘ ਦੀ ਵਿਰੋਧਤਾ ਦੇ ਬਾਵਜੂਦ ਵੀ ਜੇ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦਾ ਹਿੱਸਾ ਬਣ ਕੇ ਕਾਮਯਾਬ ਰਹਿੰਦੇ ਆ ਤਾਂ ਫਿਰ ਅੰਦਰੂਨੀ ਲੜਾਈ ਕਾਂਗਰਸ ਪਾਰਟੀ ਦੀ ਕਿੱਧਰ ਨੂੰ ਜਾਏਗੀ, ਇਹ ਵੀ ਗੱਲ ਜਿਹੜੀ ਆ ਕਾਫੀ ਦਿਲਚਸਪੀ ਦੇ ਨਾਲ ਉੜੀਕੀ ਜਾ ਰਹੀ ਹੈ। ਦੇ ਪ੍ਰਬੰਧਾਂ ਬਾਰੇ ਦੁਚਿੱਤੀ ਜਿਹੜੀ ਬਰਕਰਾਰ ਹੈ ਕਿ ਸਰਬੱਤ ਖਾਲਸਾ ਹੋ ਸਕੇਗਾ ਕਿ ਨਹੀਂ, ਪਰ ਉਹ ਪਹਿਲਾਂ ਵਾਲੀ ਜਿਹੜੀ ਹੈ ਖਿੱਚ ਤਾਂ ਨਹੀਂ ਰਹੀ ਵਾਟ ਸਾਹਿਬ ਜਾਂ ਰਸੂਖ ਪਹਿਲਾਂ ਵਾਲਾ ਦਿਲਚਸਪੀ ਤਾਂ ਨਹੀਂ ਰਹੀ ਲੋਕਾਂ ਦੀ, ਮਾਫ਼ ਕਰਨਾ। ਪਰ ਇਸ ਦੌਰਾਨ ਜਿਹੜਾ ਸਰਬਜੀਤ ਸਿੰਘ ਸੰਗਰਾਮੈਂਟ ਹੋਰਾਂ ਦਾ ਸਵਾਲ ਵੀ ਹੈ ਕਿ ਉਹਨਾਂ ਨੇ ਗੁਰਬਖਸ਼ ਸਿੰਘ ਨੇ ਸਰਬੱਤ ਖਾਲਸਾ ਤੇ ਜਥੇਦਾਰਾਂ ਤੋਂ ਮਾਫ਼ੀ ਵੀ ਮੰਗ ਲਈ ਹੈ, ਉਹ ਕਾਹਦੀ ਮੰਗ ਲਈ ਹੈ ਜੀ, ਹੁਣ ਕੋਈ ਫੇਰ ਵਰਤ ਕਰਨਾ। ਤੁਹਾਡਾ ਸਭ ਗੱਲ ਇਹ ਹੈ ਕਿ ਜਿਹੜਾ ਤੁਸੀਂ ਪਹਿਲਾਂ ਸੰਕੇਤ ਦਿੱਤਾ ਕਿ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ, ਪਰ ਉਹਦੇ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ। ਉਹਦੇ ਵਿੱਚ ਕਸੂਰ ਹੈਗਾ ਸਰਬੱਤ ਖਾਲਸਾ ਦੇ ਪ੍ਰਬੰਧਕੀ ਧਿਰਾਂ ਦਾ, ਉਹਦੇ ਵਿੱਚ ਕਸੂਰ ਹੈਗਾ ਲੀਡਰਸ਼ਿਪ ਦਾ। ਕਿਉਂਕਿ ਆਪਾਂ ਪਹਿਲਾਂ ਵੀ ਕਈ ਵਾਰ ਰੇਡੀਓ ਚੰਨ ਪ੍ਰਦੇਸ਼ੀ ਦੇ ਸਰੋਤਿਆਂ ਦੇ ਨਾਲ ਇਹ ਗੱਲ ਸਾਂਝੀ ਕੀਤੀ ਹੈ ਕਿ ਲੀਡਰਸ਼ਿਪ ਦਾ ਸੰਕਟ ਜਿਹੜਾ
ਕਈ ਵਾਰ ਵੇਖਣ ਦੇ ਵਿੱਚ ਆਇਆ ਕਿ ਵਿਚਾਰਧਾਰਕ ਵੱਖਰੇ ਨੇ ਹੋਰ ਚੀਜ਼ ਹੁੰਦੀ ਆ, ਪਰ ਜਦੋਂ ਮੈਂ ਆ ਜਾਂਦੀ ਹੈ ਕੁਝ ਇੱਕ ਲੀਡਰਾਂ ਦੇ ਵਿੱਚ ਫਿਰ ਕੰਮ ਖਰਾਬ ਹੋ ਜਾਂਦਾ। ਇਹੀ ਕਾਰਨ ਹੈ ਕਿ ਪਿਛਲੇ ਇੱਕ ਸਾਲ ਦੇ ਵਿੱਚ ਜਿਨ੍ਹਾਂ ਘਟਨਾਵਾਂ ਦੇ ਕਰਕੇ ਚੱਬਾ ਵਾਲਾ ਸਰਬੱਤ ਖਾਲਸਾ ਸਕਸੈਸ ਹੋਇਆ ਸੀ, ਸਫਲ ਹੋਇਆ ਸੀ, ਉਹ ਘਟਨਾਵਾਂ ਅੱਜ ਤੱਕ ਪ੍ਰਸੰਗਿਕ ਨਹੀਂ ਆ, ਪ੍ਰਸੰਗਿਕ ਨੇ, ਸਗੋਂ ਗਿਣਤੀ ਵਧੀਆ, ਢੇਰ ਲੱਗਾ ਪਿਆ। ਪਰ ਇਹਦੇ ਬਾਵਜੂਦ ਵੀ ਜੇ ਸਿੱਖ ਸੰਗਤਾਂ ਦਾ ਝੁਕਾਅ ਜਾਂ ਸਿੱਖ ਸੰਗਤਾਂ ਦਾ ਵਿਸ਼ਵਾਸ, ਯਕੀਨ ਤੇ ਦ੍ਰਿੜਤਾ ਦੇ ਵਿੱਚ ਕੋਈ ਘਾਟ ਆਈ ਹੈ, ਇਹਦਾ ਮਤਲਬ ਹੈ ਕਿ ਲੀਡਰਸ਼ਿਪ ਦੀ ਘਾਟ ਰਹੀ ਹੈ। ਸਿੱਖ ਸੰਗਤਾਂ ਨੇ ਆਪਣੇ ਵੱਲੋਂ ਐਸਾ ਕੋਈ ਕੰਮ ਨਹੀਂ ਕੀਤਾ ਜਿਹਦੇ ਕਰਕੇ ਇਹਨਾਂ ਪ੍ਰਬੰਧਕਾਂ ਨੂੰ ਜਿਹੜਾ ਉਹ ਕਿਤੇ ਨਿੰਮੋ ਝੋਣੇ ਹੋਣਾ ਪਿਆ ਹੋਵੇ, ਪਰ ਇਹਨਾਂ ਦੇ ਕਰਕੇ ਸੰਗਤ ਨੂੰ ਨਿੰਮੋ ਝੋਣੇ ਬਹੁਤ ਵਾਰੀ ਹੋਣਾ ਪਿਆ। ਹੁਣ ਜਿਸ ਤਰੀਕੇ ਦੇ ਨਾਲ ਕੋਸ਼ਿਸ਼ ਤਾਂ ਕਰ ਰਹੇ ਨੇ ਪ੍ਰਬੰਧਕ ਉਪਰੋਂ ਉਪਰੋਂ ਠੀਕ ਠਾਕ ਦੱਸਣ ਤੇ ਵਿਖਾਉਣ ਦੀ ਕਿ ਅਸੀਂ ਬਿਲਕੁਲ ਇੱਕ ਹਾਂ, ਪਰ ਸਰਬੱਤ ਖਾਲਸਾ ਦੀ ਪ੍ਰਬੰਧਕੀ ਧਿਰ ਬਰਾਬਰ ਦੇ ਦੋ ਧੜਿਆਂ ਦੇ ਵਿੱਚ ਵੰਡੀ ਗਈ ਹੈ। ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਨਾਈਟਿਡ ਅਕਾਲੀ ਦਲ ਤੇ ਥਾਪੇ ਗਏ ਜਥੇਦਾਰ ਨੇ, ਦੂਜੇ ਪਾਸੇ ਹਵਾਰਾ ਸਾਹਿਬ ਦੀ ਚਿੱਠੀ ਦੇ ਨਾਲ ਜਿਹੜੇ ਪੰਜ ਪਿਆਰਿਆਂ ਨੂੰ ਅਧਿਕਾਰ ਮਿਲੇ ਸੀ ਕਿ ਭਾਈ ਤੁਸੀਂ ਕਰੋ ਅਗਵਾਈ ਇਸ ਸਰਬੱਤ ਖਾਲਸਾ ਦੀ, ਉਹ ਪੰਜ ਪਿਆਰੇ ਨੇ SCPC ਵਾਲੇ ਸਸਪੈਂਡ ਕੀਤੇ ਹੋਏ ਤੇ ਉਹਨਾਂ ਦੇ ਨਾਲ ਕਈ ਸਿੱਖਾਂ ਦੀਆਂ ਸੰਸਥਾਵਾਂ ਜਿਹੜੀਆਂ ਜੁੜੀਆਂ ਹੋਈਆਂ ਨੇ। ਇਹਨਾਂ ਪੰਜ ਪਿਆਰਿਆਂ ਨੇ ਚੰਡੀਗੜ੍ਹ ਦੇ ਵਿੱਚ ਮੀਟਿੰਗ ਕਰਕੇ ਇੱਕ ਕਮੇਟੀ ਬਣਾਤੀ ਸੀ ਕਿ ਭਾਈ ਤੁਸੀਂ ਵਿਧੀ ਵਿਧਾਨ ਜਿਹੜਾ ਉਹ ਬਣਾਓ, ਤੇ ਨਾਲ ਦੀ ਨਾਲ ਕਹਿਤਾ ਸੀ ਕਿ ਅਸੀਂ ਭਾਈ ਜਗਤਾਰ ਸਿੰਘ ਅਵਾਰਾ ਨੂੰ ਜੇਲ੍ਹ ਦੇ ਵਿੱਚ ਚੰਡੀਗੜ੍ਹ ਵਾਲੀ ਮੀਟਿੰਗ ਦੀ ਰਿਪੋਰਟ ਦੇ ਕੇ ਆਵਾਂਗੇ। ਇਹਦੇ ਨਾਲ ਨਾਲ ਜਿਹੜੇ ਦੂਸਰੇ ਪਾਸੇ ਥਾਪੇ ਗਏ ਜਥੇਦਾਰ ਹੈ, ਇੱਕ ਤਾਂ ਉਹ ਜਿਹੜਾ ਮਸਲਾ ਖੜਾ ਹੋ ਗਿਆ, ਉਹ ਮਸਲੇ ਦੇ ਵਿੱਚ ਇਹ ਵੀ ਗੱਲ ਆਉਂਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੇ ਥਾਪੇ ਗਏ ਜਥੇਦਾਰ ਨੇ ਉਹ ਭਾਈ ਜਗਤਾਰ ਸਿੰਘ ਹਵਾਰਾ ਨੂੰ ਮਿਲਣਗੇ, ਨਾਲ ਕੁਝ ਇੱਕ ਅਕਾਲੀ ਦਲ ਦੀਆਂ ਜਿਹੜੀਆਂ ਧਿਰਾਂ ਨੇ ਉਹਨਾਂ ਦੇ ਨੁਮਾਇੰਦੇ ਵੀ ਹੋ ਸਕਦੇ ਆ। ਦੂਸਰੇ ਪਾਸੇ ਟਿਵਾਣਾ ਸਾਹਿਬ ਗੱਲ ਇਹ ਵੀ ਆਉਂਦੀ ਹੈ ਕਿ ਜਿਸ ਤਰੀਕੇ ਥਾਪੇ ਗਏ ਜਥੇਦਾਰਾਂ ਨੇ ਇੱਕ ਕਦਮ ਹੋਰ ਅੱਗੇ ਵਧਾਉਂਦਿਆਂ ਇੱਕ 7 ਮੈਂਬਰੀ ਵਿੱਤ ਕਮੇਟੀ ਦਾ ਗਠਨ ਕਰਤਾ ਕਿ ਭਾਈ ਆਪਾਂ ਪੈਸੇ ਧੇਲੇ ਦਾ ਪ੍ਰਬੰਧ ਵੀ ਕਰਨਾ, ਉਹ ਪੈਸੇ ਧੇਲੇ ਦਾ ਪ੍ਰਬੰਧ ਕਰਨਾ ਜਿਹਦੇ ਨਾਲ ਸਰਬੱਤ ਖਾਲਸਾ ਦਾ ਕੰਮ ਕਾਰ ਜਿਹੜਾ ਉਹ 10 ਨਵੰਬਰ ਨੂੰ ਤਲਵੰਡੀ ਸਾਬੋ ਦੀ ਧਰਤੀ ਤੇ ਚਲਾਇਆ ਜਾ ਸਕੇ। ਬੈਂਕ ਖਾਤਾ ਵੀ ਜਾਰੀ ਕਰ ਦਿੱਤਾ, ਸਿੱਖ ਸੰਗਤਾਂ ਨੂੰ ਅਪੀਲ ਵੀ ਕਰ ਦਿੱਤੀ ਕਿ ਤੁਸੀਂ ਯੋਗਦਾਨ ਦਿਓ, ਇਹ ਵੀ ਕਹਿ ਦਿੱਤਾ ਕਿ ਜੇ ਤੁਸੀਂ ਪੈਸਾ ਧੇਲਾ ਸਾਨੂੰ ਭੇਜੋਗੇ, ਯੋਗਦਾਨ ਭੇਜੋਗੇ, ਤਾਂ ਅਸੀਂ ਸਰਬੱਤ ਖਾਲਸਾ ਮੁਕੰਮਲ ਕਰਕੇ ਸਾਰਾ ਹਿਸਾਬ ਕਿਤਾਬ ਬਿਲਕੁਲ ਪਾਰਦਰਸ਼ੀ ਢੰਗ ਦੇ ਨਾਲ ਤੁਹਾਡੇ ਸਾਹਮਣੇ ਵੀ ਰੱਖਾਂਗੇ। ਹੁਣ ਇਹਦੇ ਤੋਂ ਪਤਾ ਲੱਗਦਾ ਕਿ ਪੰਜ ਪਿਆਰੇ ਆਪਣੀ ਜਗ੍ਹਾ ਜੋ ਮਰਜ਼ੀ ਕਰੀ ਜਾਂਦੇ ਆ, ਕਮੇਟੀ ਉਹਨਾਂ ਨੇ ਬਣਾਤੀ ਹੈ ਵਿਧੀ ਵਿਧਾਨ ਲਈ, ਪਰ ਦੂਜੇ ਪਾਸੇ ਥਾਪੇ ਗਏ ਜਥੇਦਾਰਾਂ ਨੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਯੂਨਾਈਟਿਡ ਅਕਾਲੀ ਦਲ ਦੇ ਜਿਹੜੇ ਅਹੁਦੇਦਾਰ ਨੇ ਉਹ ਆਪਣੇ ਤੋਰੇ ਤੇ ਤੁਰੀ ਜਾਂਦੇ ਆ, ਉਹਨਾਂ ਨੇ ਆਪਣਾ ਕੰਮਕਾਰ ਸ਼ੁਰੂ ਕਰ ਦਿੱਤਾ, ਦੋਵਾਂ ਧਿਰਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਸਹਿਮਤੀ ਵਾਲਾ ਤੱਤ ਬਾਕੀ ਨਹੀਂ ਬਚਿਆ। ਹੁਣ ਥਾਪੇ ਗਏ ਜਥੇਦਾਰਾਂ ਨੇ ਤੇ ਹੋਰ ਪ੍ਰਬੰਧਕੀ ਧਿਰਾਂ ਨੇ 150 ਮੈਂਬਰੀ ਇੱਕ ਹੋਰ ਕਮੇਟੀ ਬਣਾਤੀ। ਇਸ ਕਮੇਟੀ ਨੇ ਸਾਰੇ ਪ੍ਰਬੰਧ ਵੇਖਣੇ ਆ, ਦਰੀਆਂ ਕੌਣ ਵਿਛਾਊਗਾ, ਟੈਂਟ ਦੀ ਡਿਊਟੀ ਕਿਹੜੀ ਹੈ, ਪਾਰਕਿੰਗ ਕਿੱਥੇ ਲੱਗਣੀ ਹੈ, ਲੰਗਰ ਦਾ ਪ੍ਰਬੰਧ ਕਿਹੜਾ ਹੈ, ਟ੍ਰੈਫਿਕ ਦੀ ਜਿਹੜੀ ਵਿਵਸਥਾ ਉਹਨੂੰ ਦਰੁਸਤ ਕਿਹਨੇ ਕਰਨਾ। ਜੇ ਕੋਈ ਦੇਸ਼ ਵਿਦੇਸ਼ ਦੇ ਵਿੱਚੋਂ ਕੋਈ ਇਨਕੁਆਇਰੀ ਆਉਂਦੀ ਹੈ ਕਿ ਭਾਈ ਅਸੀਂ ਕਿੱਧਰ ਦੀ ਆਈਏ, ਕਦੋਂ ਆਈਏ, ਕਿੰਨੇ ਵਜੇ ਸ਼ੁਰੂ ਹੋਣਾ, ਕਿੰਨੇ ਵਜੇ ਖਤਮ ਹੋਣਾ, ਉਹਦੇ ਲਈ ਵੀ ਡਿਊਟੀਆਂ ਜਿਹੜੀਆਂ ਇਹਨਾਂ 150 ਮੈਂਬਰੀ ਕਮੇਟੀ ਦੇ ਵਿੱਚ ਵੰਡ ਦਿੱਤੀਆਂ ਗਈਆਂ। ਹੁਣ ਇੱਕ ਗੱਲ ਦਾ ਦਾਅਵਾ ਥਾਪੇ ਗਏ ਜਥੇਦਾਰਾਂ ਨੇ ਕਰ ਦਿੱਤਾ, ਉਹ ਕਹਿੰਦੇ ਨਾ ਤਾਂ ਤਰੀਕ ਦੇ ਵਿੱਚ ਵਾਧਾ ਹੋਏਗਾ, 10 ਨਵੰਬਰ ਨੂੰ ਸਰਬੱਤ ਖਾਲਸਾ ਮਿੱਥਿਆ, ਅਸੀਂ 10 ਨਵੰਬਰ ਨੂੰ ਕਰਾ ਕੇ ਰਹਿਣਾ। ਦੂਜੀ ਗੱਲ ਉਹ ਕਹਿੰਦੇ ਨਾ ਹੀ ਥਾਂ ਦੇ ਵਿੱਚ ਤਬਦੀਲੀ ਹੋਣੀ ਆ, ਤਲਵੰਡੀ ਸਾਬੋ ਦਾ ਥਾਂ ਆਖਿਆ ਗਿਆ ਸੀ, ਤਲਵੰਡੀ ਸਾਬੋ ਦੇ ਵਿੱਚ ਹੀ ਕਰਾਵਾਂਗੇ, ਪ੍ਰਬੰਧ ਸਾਡੇ ਮੁਕੰਮਲ ਨੇ, ਪਰ ਸੰਗਤ ਪੂਰੀ ਤਰ੍ਹਾਂ ਦਚਿੱਤੀ ਦੇ ਵਿੱਚ ਹੈ ਕਿ ਉਹ ਸਸਪੈਂਡ ਕੀਤੇ ਗਏ ਪੰਜ ਪਿਆਰਿਆਂ ਦੀ ਗੱਲ ਨੂੰ ਮੰਨਣ, ਵਿਧੀ ਵਿਧਾਨ ਦੇ ਉੱਤੇ ਜ਼ੋਰ ਵੱਧ ਦੇਣ, ਜਾਂ ਫਿਰ ਉਹ ਥਾਪੇ ਗਏ ਜਥੇਦਾਰਾਂ ਦੇ ਹੁਕਮਾਂ ਦੇ ਉੱਤੇ ਚੱਲ ਕੇ 10 ਨਵੰਬਰ ਦੇ ਸਰਬੱਤ ਖਾਲਸਾ ਦੇ ਵਿੱਚ ਜਿਵੇਂ ਉਹ ਕਹਿੰਦੇ ਆ ਉਸ ਤਰੀਕੇ ਨਾਲ ਪਹੁੰਚਣ। ਪਰ ਜੇ ਇਹ ਦਚਿੱਤੀ ਬਹੁਤ ਲੰਬਾ ਸਮਾਂ ਜਾਰੀ ਰਹੀ ਤਾਂ ਫਿਰ ਟਿਵਾਣਾ ਸਾਹਿਬ ਤੁਹਾਡੇ ਪਹਿਲਾਂ ਕਹੇ ਗਏ ਗੱਲ ਦੇ ਮੁਤਾਬਕ ਉਹ ਜਿਹੜੀ ਦੁਚਿੱਤੀ ਹੈ ਉਹ ਸਿੱਖ ਸੰਗਤਾਂ ਦੀ ਗਿਣਤੀ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਘਾਟ ਲਿਆਉਣ ਦੇ ਵਿੱਚ ਕਾਮਯਾਬ ਹੋ ਵੀ ਸਕਦੀ ਹੈ। ਜੀ ਬਿਲਕੁਲ ਬਿਲਕੁਲ, ਇਹ ਤਾਂ ਹੈ ਬਾਟ ਸਾਹਿਬ, ਤੇ ਲੋਹਾ ਉਦੋਂ ਗਰਮ ਸੀ ਪਰ ਸੱਟ ਮਾਰਨ ਵਾਲੇ ਹੀ ਆਪਣੀ ਗਰਜ ਦੇ ਵਿੱਚ ਫਸ ਗਏ ਤੇ ਹੁਣ ਸੱਟਾਂ ਮਾਰੀ ਜਾਣਗੇ ਪੰਜਾਬ ਦੇ ਨਾਲੇ ਆਪਣੇ ਆਪ ਦੇ। ਤੇ ਮਾਨਸਾ ਕਾਂਡ, SCPC ਮੈਂਬਰ ਦਾ ਬਾਬਾ ਸੁਖਚੈਨ ਸਿੰਘ ਦਾ ਪੁੱਤਰ, ਅਕਾਲੀਆਂ ਦਾ ਵੀ ਸੁਖਚੈਨ ਖਰਾਬ ਕਰ ਗਿਆ ਤੇ ਪਿਓ ਦਾ ਤਾਂ ਕਰਨਾ ਹੀ ਸੀਗਾ, ਉਹ ਤਾਂ ਕੁਛ ਬੋਲਿਆ ਹੀ ਨਹੀਂ, ਪਰ ਪ੍ਰੀਚਰ ਵੀ ਨੇ ਉਹ, ਤੇ ਕੀ ਬਣ ਰਿਹਾ ਜੀ ਇਸ ਧਰਮਪੁਰਾ ਵਾਲਿਆਂ ਦਾ? ਤਵਾਨਾ ਸਾਹਿਬ ਖਬਰ ਬਹੁਤੀ ਸਰੋਤਿਆਂ ਨੂੰ ਪਤਾ ਲੱਗ ਗਈ ਹੋਣੀ ਆ, ਪੰਨੂ ਸਾਹਿਬ ਨੇ ਜਿਹੜੀ ਉਹ ਸਾਂਝੀ ਕੀਤੀ ਵੀ ਹੈ, ਪਰ ਇਹਦੇ ਵਿੱਚੋਂ 3-4 ਵੱਡੇ ਵੱਡੇ ਸਵਾਲ ਉੱਠਦੇ ਨੇ। ਹੁਣ ਵੱਡੇ ਵੱਡੇ ਸਵਾਲ ਕੀ ਉੱਠਦੇ ਨੇ? ਪਹਿਲੀ ਗੱਲ ਇਹ ਹੈ ਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਭਾਵੇਂ ਕੋਈ ਹੋਣ, ਆਪਾਂ ਕਿਸੇ ਇੱਕ ਦੀ ਗੱਲ ਨਹੀਂ ਕਰਦੇ, ਉਹ ਪੰਜਾਬ ਦੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਕੀ ਸੋਚ ਕੇ ਅਹੁਦੇਦਾਰਾਂ ਦੀ ਚੋਣ ਕਰਦੀਆਂ, ਉਹ ਕੀ ਸੋਚਦੀਆਂ ਨੇ
ਕਿ ਭਾਈ ਆਪਾਂ ਜਿਹੜੇ ਬੰਦਿਆਂ ਨੂੰ ਅਹੁਦੇਦਾਰ ਬਣਾ ਰਹੇ ਹਾਂ ਉਹ ਇਹਨਾਂ ਦੇ ਲਈ ਜਿਹੜੇ ਉਹ ਠੀਕ ਸਾਬਿਤ ਹੋਣ, ਲੋਕ ਪੱਖੀ ਹੋਣ, ਜਾਂ ਉਹਨਾਂ ਦਾ ਫਾਰਮੂਲਾ ਕੀ ਹੈ, ਇੱਕ ਢਾਂਚਾ ਕੀ ਹੈ, ਇੱਕ ਸੱਚਾ ਕੀ ਹੈ, ਇੱਕ ਮਿਆਰ ਕਿਹੜਾ ਸੈੱਟ ਕੀਤਾ ਹੋਇਆ। ਹੁਣ ਜਿਹੜਾ ਬੰਦਾ ਕਲਿਆਣ ਸਿੰਘ SCPC ਦੇ ਮੈਂਬਰ ਦਾ ਪੁੱਤਰ ਫੜਿਆ ਗਿਆ ਕਿ ਉਹਨੇ ਬੰਦੇ ਨੂੰ ਅਗਵਾਹ ਕੀਤਾ, ਫਿਰੌਤੀ ਮੰਗੀ, ਉਹਦੇ ਕੋਲੋਂ ਹਥਿਆਰਾਂ ਦਾ ਵੀ ਪਤਾ ਲੱਗਾ, ਉਹਦੇ ਕੋਲੋਂ ਚੋਰੀ ਹੋਈਆਂ ਕਾਰਾਂ ਦਾ ਵੀ ਪਤਾ ਲੱਗਾ। ਉਹ ਜਿਹੜਾ ਬੰਦਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦਾ ਮਾਲਵਾ ਜ਼ੋਨ ਨੰਬਰ 1 ਦਾ ਜਿਹੜਾ ਅਹੁਦੇਦਾਰ ਸੀ, ਜਨਰਲ ਸਕੱਤਰ ਸੀ। ਉਹਦੇ ਉੱਤੇ 6 ਪਰਚੇ ਦਰਜ ਨੇ, ਕੁੱਝ ਇੱਕ ਡਕੈਤੀ ਦੇ ਆ, ਕੁੱਝ ਇੱਕ ਚੋਰੀ ਦੇ ਆ, ਕਿ ਸਿਆਸੀ ਪਾਰਟੀਆਂ ਨੂੰ ਆਪਣੇ ਬੰਦਿਆਂ ਨੂੰ ਇੱਦਾਂ ਦੀਆਂ ਅਹੁਦੇਦਾਰੀਆਂ ਦੇ ਨਿਯੁਕਤੀ ਪੱਤਰ ਦੇਣ ਲੱਗੀਆਂ। ਇਹ ਗੱਲਾਂ ਬਾਤਾਂ ਜਿਹੜੀਆਂ ਪੁੱਛਣੀਆਂ ਨਹੀਂ ਚਾਹੀਦੀਆਂ, ਸਪਸ਼ਟ ਨਹੀਂ ਕਰਨੀਆਂ ਚਾਹੀਦੀਆਂ ਕਿ ਭਾਈ ਤੇਰੇ ਤੇ ਕਿੰਨੇ ਕੇਸ ਦਰਜ ਹੋਏ ਆ, ਕਾਹਦੇ ਆ, ਕਿਉਂਕਿ ਕਈ ਵਾਰ ਸਿਆਸੀ ਕੇਸ ਵੀ ਹੁੰਦੇ ਆ ਕਿ ਤੁਸੀਂ ਕੋਈ ਰਸਤਾ ਰੋਕ ਲਿਆ, ਤੁਸੀਂ ਕਿਸੇ ਸਰਕਾਰੀ ਦਫ਼ਤਰ ਦਾ ਘਿਰਾਓ ਕਰ ਲਿਆ, ਉਹਨਾਂ ਚੀਜ਼ਾਂ ਦੇ ਵਿੱਚ ਗੱਲ ਵੱਖਰੀ ਹੈ। ਪਰ ਜਦੋਂ ਤੁਹਾਡੇ ਉੱਤੇ ਚੋਰੀ ਤੇ ਡਕੈਤੀ ਦੇ ਮਾਮਲੇ ਦਰਜ ਹੋਣ ਤੇ ਤੁਹਾਨੂੰ ਕਿਸੇ ਨਾ ਕਿਸੇ ਸਿਆਸੀ ਪਾਰਟੀ 'ਚ ਅਹੁਦਾ ਮਿਲ ਗਿਆ, ਇਹ ਆਪਣੇ ਆਪ 'ਚ ਬਹੁਤ ਹੈਰਾਨੀ ਦੀ ਗੱਲ ਹੈ ਕਿ ਸਿਆਸੀ ਪਾਰਟੀਆਂ ਇਸ ਵੇਲੇ ਕਿਹੋ ਜਿਹੀ ਲੀਡਰਸ਼ਿਪ ਜਿਹੜੀਆਂ ਉਹ ਚਾਹੁੰਦੀਆਂ। ਹੁਣ ਦੂਸਰੇ ਪਾਸੇ ਇੱਕ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਪੁਲਿਸ ਕੇਸ ਨੂੰ ਟਰੇਸ ਕਰਨ ਦੇ ਵਿੱਚ ਪਹਿਲਾਂ ਨਾਕਾਮ ਕਿਉਂ ਰਹੀ। ਇੱਕ ਬੰਦਾ ਧਨਾੜ ਬੰਦਾ, ਖਾਂਦੇ ਪੀਂਦੇ ਪਰਿਵਾਰ ਦਾ ਬੰਦਾ, ਸਰਦੇ ਕੁਝ ਦੇ ਘਰ ਦਾ ਬੰਦਾ, ਉਹਨੂੰ ਬੁਢਲਾਡੇ ਦੀ ਮੰਡੀ ਤੋਂ ਵਾਪਸ ਆਉਂਦਿਆਂ ਅਗਵਾਹ ਕੀਤਾ ਜਾਂਦਾ, ਫਿਰੌਤੀ ਮੰਗੀ ਜਾਂਦੀ ਹੈ, ਪਰ ਪੁਲਿਸ ਨੂੰ ਲੱਭਦਾ ਨਹੀਂ, ਫਿਰ ਫਿਰੌਤੀ ਅਗਲੇ ਦੇ ਕੇ 18ਵੇਂ ਦਿਨ ਮੰਦਾ ਚੜਾਉਂਦੇ ਆ। ਇਹਦੇ ਤੋਂ ਆਪਾਂ ਕੀ ਸਿੱਧ ਕਰੀਏ, ਆਪਾਂ ਕੀ ਨਿਚੋੜ ਕੱਢੀਏ ਕਿ ਪੰਜਾਬ ਦੇ ਵਿੱਚ ਮਾਹੌਲ ਕੀ ਹੈ। ਹੁਣ 4 ਅਗਸਤ ਨੂੰ ਵਪਾਰੀ ਚਿਮਨ ਲਾਲ ਅਗਵਾਹ ਕੀਤਾ ਗਿਆ, ਬੁਢਲਾਡੇ ਦੀ ਮੰਡੀ ਤੋਂ ਵਾਪਸ ਆਉਂਦਾ ਸੀ ਘਰੇ, 18 ਦਿਨ ਉਹਨੂੰ ਅਗਵਾਹ ਕਰਕੇ ਰੱਖਿਆ ਗਿਆ। ਦੱਸਿਆ ਜਾਂਦਾ ਕਿ 1 ਕਰੋੜ ਰੁਪਏ ਦੀ ਫਿਰੌਤੀ ਲਈ ਟੱਬਰ ਤੋਂ। ਟੱਬਰ ਨੇ ਪਹਿਲਾਂ ਪੁਲਿਸ ਨੂੰ ਵੀ ਦੱਸਿਆ, ਜਦੋਂ ਉਹਨੇ ਹੱਥ ਖੜੇ ਕਰਤੇ ਫਿਰ ਪੈਸੇ ਦੇ ਕੇ ਆਪਣਾ ਬੰਦਾ ਜਿਉਂਦਾ ਜਿਹੜਾ ਛੁਡਵਾ ਲਿਆ। ਹੁਣ ਇਸ ਮਾਮਲੇ ਦੇ ਵਿੱਚ ਕਈ ਮਹੀਨਿਆਂ ਦੇ ਬਾਅਦ ਪੁਲਿਸ ਨੇ ਵੱਡੀ ਕਾਰਵਾਈ ਕਰਕੇ ਸਫਲਤਾ ਪ੍ਰਾਪਤੀ ਦਾ ਦਾਅਵਾ ਕੀਤਾ ਤੇ ਜਿਹੜਾ ਬੰਦਾ ਮੁੱਖ ਦੋਸ਼ੀ ਦੇ ਤੌਰ ਤੇ ਫੜਿਆ ਉਹ ਹੈ ਕੌਣ। ਸੰਤ ਸਮਾਜ ਦੇ ਜਨਰਲ ਸਕੱਤਰ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ, ਨਾਮ ਹੈ ਬਾਬਾ ਸੁਖਚੈਨ ਸਿੰਘ ਧਰਮੂਪਰਾ। ਉਹਨਾਂ ਦਾ ਬੇਟਾ ਕਲਿਆਣ ਸਿੰਘ ਤੇ ਭਾਣਜਾ ਗੁਰਪ੍ਰੀਤ ਚਹਿਲ ਉਹ ਦੋਵੇਂ ਅੜਕੇ ਆਏ। ਹੁਣ 22 ਲੱਖ ਰੁਪਏ ਦੀ ਭਾਰਤੀ ਕਰੰਸੀ ਬਰਾਮਦ ਹੁੰਦੀ ਹੈ, 5.5 ਲੱਖ ਦੀ ਵਿਦੇਸ਼ੀ ਕਰੰਸੀ ਬਰਾਮਦ ਹੁੰਦੀ ਹੈ। ਤੇ ਪਤਾ ਇਹ ਵੀ ਲੱਗਦਾ ਕਿ ਜਿਹੜੀ ਗੱਡੀ ਦੇ ਵਿੱਚ, ਜਿਹੜੀ ਕਾਰ ਦੇ ਵਿੱਚ ਉਹਨਾਂ ਨੇ ਇਸ ਵਪਾਰੀ ਚਿਮਨ ਲਾਲ ਨੂੰ ਅਗਵਾਹ ਕੀਤਾ ਸੀ, ਉਹ ਗੱਡੀ ਵੀ ਉਹਨਾਂ ਨੇ ਹਰਿਆਣੇ ਤੋਂ ਪਹਿਲਾਂ ਚੋਰੀ ਕੀਤੀ ਸੀ। ਹੁਣ 2-3 ਚੀਜ਼ਾਂ ਸਪਸ਼ਟ ਹੋ ਕੇ ਸਾਹਮਣੇ ਜ਼ਰੂਰ ਆਉਣੀਆਂ ਚਾਹੀਦੀਆਂ ਕਿ ਕੀ ਇਹਨਾਂ ਦੀ ਪਹਿਲੀ ਵਾਰਦਾਤ ਸੀ। ਜੇ ਪਹਿਲੀ ਵਾਰਦਾਤ ਸੀ ਤਾਂ ਕੀ ਦੋਵਾਂ ਨੇ ਕਰ ਦਿੱਤੀ, ਤੀਜੇ ਕਿਸੇ ਬੰਦੇ ਨੂੰ ਪਤਾ ਹੀ ਨਹੀਂ ਸੀ? ਤੇ ਜੇ ਇਹਨਾਂ ਦੀ ਇਹ ਵਾਰਦਾਤ ਪਹਿਲੀ ਨਹੀਂ ਸੀ ਤਾਂ ਇਹਨਾਂ ਨੇ ਅੱਜ ਤੱਕ ਕਿੰਨੇ ਕੁ ਬੰਦੇ ਅਗਵਾਹ ਕੀਤੇ, ਕਿੰਨੀਆਂ ਕੁ ਗੱਡੀਆਂ ਚੋਰੀ ਕੀਤੀਆਂ, ਕਿਹੜੇ ਹਥਿਆਰ ਵਰਤੇ, ਤੇ ਇਹਨਾਂ ਸਾਰੀਆਂ ਫਰੌਤੀ ਤੇ ਅਗਵਾਹ ਦੀਆਂ ਘਟਨਾਵਾਂ ਦੇ ਵਿੱਚ ਉਹਨਾਂ ਨੇ ਕਿੰਨਾ ਕੁ ਪੈਸਾ ਕਮਾਇਆ, ਕਿਹੜੇ ਕਿਹੜੇ ਬੰਦਿਆਂ ਨੂੰ ਅਗਵਾਹ ਕੀਤਾ ਸੀ, ਜਿਹੜੇ ਬੰਦਿਆਂ ਨੂੰ ਅਗਵਾਹ ਕੀਤਾ ਸੀ ਕੀ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਰਿਪੋਰਟਾਂ ਲਿਖਾਈਆਂ ਸੀ, ਜੇ ਰਿਪੋਰਟਾਂ ਲਿਖਵਾਈਆਂ ਸੀ ਤਾਂ ਪੁਲਿਸ ਉਹਨਾਂ ਮਸਲਿਆਂ ਦੇ ਵਿੱਚ ਕਾਰਵਾਈ ਕਰਨ ਦੇ ਵਿੱਚ ਸਫਲ ਕਿਉਂ ਨਹੀਂ ਰਹੀ? ਇਹਨਾਂ ਸਾਰੇ ਸਵਾਲਾਂ ਦਾ ਹੱਲ ਹੋਣਾ ਚਾਹੀਦਾ, ਜਵਾਬ ਜਿਹੜਾ ਉਹ ਪੰਜਾਬ ਦੇ ਲੋਕਾਂ ਤੱਕ ਪਹੁੰਚਣਾ ਚਾਹੀਦਾ, ਅੰਕੜੇ ਉਹਨਾਂ ਨੂੰ ਪਤਾ ਲੱਗਣੇ ਚਾਹੀਦੇ ਆ। ਹੁਣ 2 ਕਾਰਨਾਂ ਦੇ ਕਰਕੇ ਦੱਸਿਆ ਜਾ ਰਿਹਾ ਕਿ ਇਹ ਜਿਹੜੀ ਅਗਵਾਹ ਦੀ ਘਟਨਾ ਟਰੇਸ ਹੋ ਗਈ। ਇੱਕ ਤਾਂ ਟੱਬਰ ਨੇ ਜਦੋਂ ਪੈਸਾ ਦਿੱਤਾ ਫਰੌਤੀ ਦਾ, ਉਹਨਾਂ ਦੇ ਜਿਹੜੇ ਸੀਰੀਅਲ ਨੰਬਰ ਸੀ ਨੋਟਾਂ ਦੇ ਉਹ ਨੋਟ ਕਰ ਲਏ। ਉਹਦੇ ਨਾਲ ਵੀ ਪਤਾ ਲੱਗਾ ਕਿ ਇਹਨਾਂ ਨੇ ਦਿੱਲੀਓਂ ਜਾ ਕੇ ਜਿਹੜੀ ਭਾਰਤੀ ਕਰੰਸੀ ਹੈ ਉਹਦੇ ਬੱਟੇ ਵਿਦੇਸ਼ੀ ਕਰੰਸੀ ਥੋੜੀ ਜਿਹੀ ਲਈ ਹੈ। ਇਹਦੇ ਤੋਂ ਬਾਅਦ ਜਿਹੜਾ ਬੰਦਾ ਅਗਵਾਹ ਕੀਤਾ ਸੀ ਚਿਮਨ ਲਾਲ, ਉਹਨੇ ਇਹ ਵੀ ਦੱਸਿਆ, ਕਹਿੰਦੇ ਅੱਖਾਂ ਮੂੰਹ ਬੰਨ ਕੇ ਜਦੋਂ ਮੈਨੂੰ ਇੱਕ ਬੇਸਮੈਂਟ ਦੇ ਵਿੱਚ ਰੱਖਿਆ ਗਿਆ ਲੰਬਾ ਸਮਾਂ, ਤਾਂ ਬਾਰ ਬਾਰ ਉੱਥੋਂ ਦੀ ਇੱਕ ਟ੍ਰੇਨ ਲੰਘਦੀ ਸੀ। ਹੁਣ ਟ੍ਰੇਨ ਲੰਘਦੀ ਸੀ, ਪੁਲਿਸ ਨੇ ਆਸ ਪਾਸ ਮਾੜਾ ਮੋਟਾ ਹੱਥ ਪੱਲਾ ਮਾਰਿਆ ਤੇ ਪਤਾ ਲੱਗਾ ਕਿ ਬਾਬਾ ਸੁਖਚੈਨ ਸਿੰਘ ਧਰਮੂਪੁਰਾ ਹੋਰਾਂ ਦਾ ਇੱਕ ਬੀਐਡ ਕਾਲਜ ਹੈ, ਉਹ ਜਿਹੜੇ ਉੱਥੇ ਬੇਸਮੈਂਟਾਂ ਵੀ ਬਣੀਆਂ ਹੋਈਆਂ ਤੇ ਟ੍ਰੇਨ ਦੀ ਜਿਹੜੀ ਲਾਈਨ ਵੀ ਕੋਲੇ ਹੈ। ਸ਼ੱਕ ਮਾੜਾ ਮੋਟਾ ਉਦੋਂ ਵੀ ਗਿਆ ਸੀ, ਪਰ ਹੁਣ ਸਾਰਾ ਕੁਝ ਜਿਹੜਾ ਸਪਸ਼ਟ ਹੋ ਗਿਆ ਕਿ ਕੰਮ ਇਸ SCPC ਮੈਂਬਰ ਦੇ ਪੁੱਤਰ ਨੇ ਤੇ ਭਾਣਜੇ ਨੇ ਕੀਤਾ, ਦੋਵੇਂ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਤੇ ਹੋਰ ਆਲੇ ਦੁਆਲਿਓਂ ਵੀ ਉਗ ਸੁਗ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਬੰਦਿਆਂ ਨੇ ਪਹਿਲਾਂ ਕਿਹੜਾ ਕਿਹੜਾ ਕੰਮ ਕੀਤਾ। ਹੁਣ ਬਾਬਾ ਸੁਖਚੈਨ ਸਿੰਘ ਧਰਮੂਪੁਰਾ ਹੋਰੀ, ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਸਟੇਜਾਂ ਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਬੈਠ ਕੇ ਆਰਾਮ ਦੇ ਨਾਲ ਨਜ਼ਰ ਆਏ, ਵੱਡੇ ਵੱਡੇ ਲੀਡਰਾਂ ਦੇ ਨਾਲ ਇਹਦੀਆਂ ਤਸਵੀਰਾਂ ਛਾਪਦੀਆਂ ਰਹੀਆਂ। ਆਪਾਂ ਇਹ ਨਹੀਂ ਕਹਿੰਦੇ ਕਿ ਬਾਬਾ ਸੁਖਚੈਨ ਸਿੰਘ ਧਰਮੂਪੁਰਾ ਹੋਰਾਂ ਦਾ ਕੋਈ ਬਹੁਤ ਵੱਡਾ ਕਸੂਰ ਹੈ ਇਹਦੇ ਵਿੱਚ, ਪਰ ਫਿਰ ਵੀ ਜਿਸ ਸੰਸਥਾ ਦੇ ਉਹ ਮੈਂਬਰ ਨੇ, ਪਰ ਫਿਰ ਵੀ ਜਿਸ ਪਾਰਟੀ ਦੇ ਉਹ ਸਟੇਜਾਂ ਦੇ ਉੱਤੇ ਜਾ ਕੇ ਬਹਿੰਦੇ ਨੇ, ਉੱਥੇ ਇਕਲਾਕੀ ਤੌਰ ਤੇ ਕੁਝ ਨਾ ਕੁਝ ਫਰਜ਼ ਉਹਨਾਂ ਦੇ ਵੀ ਬਣਦੇ ਆ ਤੇ ਉਹਨਾਂ ਪਾਰਟੀਆਂ ਤੇ ਉਹਨਾਂ ਜਥੇਬੰਦੀਆਂ ਤੇ ਉਹਨਾਂ ਸੰਸਥਾਵਾਂ ਦੇ ਵੀ ਫਰਜ਼ ਬਣਦੇ ਆ ਕਿ ਜਦੋਂ ਏਡਾ ਵੱਡਾ ਕਲੰਕ ਲੱਗਾ ਤਾਂ ਕਿਸੇ ਨਾ ਕਿਸੇ ਤਰੀਕੇ ਦਾ ਕਦਮ ਆਪਣੇ ਵੱਲੋਂ ਉਹ ਚੁੱਕਣ ਜ਼ਰੂਰ। ਜੀ ਚਲੋ, ਵੈਸੇ ਤਾਂ ਬਾਟ ਸਾਹਿਬ ਇਹ ਬੜੀ ਅੱਛੀ ਗੱਲ ਇਹ ਰਹੀ ਹੈ ਕਿ ਪੁਲਿਸ ਨੇ ਆਪਣਾ ਕੰਮ ਕੀਤਾ, ਉਹ ਜਿਹੜੇ ਨੰਬਰ ਨੋਟ ਸੀਗੇ ਸਾਰਾ ਕੁਝ ਟਰੇਸ ਹੋ ਗਿਆ, ਸੰਬੰਧਿਤ ਵਿਅਕਤੀ ਦੀ ਜਾਨ ਵੀ ਬਚ ਗਈ।
ਇਸ ਮਾਮਲੇ ਦੇ ਵਿੱਚ ਪੁਲਿਸ ਦੀ ਜ਼ਰੂਰ ਦਾਦ ਦੇਣੀ ਪਵੇਗੀ। ਪੋਲੀਟੀਕਲ ਪਾਰਟੀਆਂ ਨੇ ਆਪਣਾ ਰੋਲ ਇਹਦੇ ਵਿੱਚ ਨਹੀਂ ਨਿਭਾਇਆ, ਕਿਉਂਕਿ ਅਕਾਲੀ ਦਲ ਜੇ ਚਾਹੁੰਦਾ ਇਸ ਕੇਸ ਨੂੰ ਰੋਲ ਵੀ ਸਕਦਾ ਸੀਗਾ, ਪਰ ਇੱਥੇ ਉਹਨਾਂ ਨੂੰ ਵੀ ਐਪਰੀਸ਼ੀਏਟ ਕਰਨਾ ਬਣਦਾ ਕਿ ਸਰਕਾਰ ਨੇ ਕੋਈ ਰੋਲ ਨਹੀਂ ਨਿਭਾਇਆ ਇਸ ਵਿਅਕਤੀ ਨੂੰ ਬਚਾਉਣ ਦਾ। ਜੋ ਪੁਲਿਸ ਨੂੰ ਸੂਹ ਮਿਲੀ ਉਸ ਦੇ ਨਾਲ ਬਾਕਾਇਦਗੀ ਦੇ ਨਾਲ ਕੰਮ ਕੀਤਾ ਗਿਆ, ਨਹੀਂ ਤਾਂ ਜਿਸ ਤਰ੍ਹਾਂ ਇਹ ਕਲਿਆਣ ਸਿਉਂ, ਹਰਸਿਮਰਤ ਤੇ ਸੁਖਬੀਰ ਬਾਦਲ ਦੀਆਂ ਸਟੇਜਾਂ ਤੇ ਅਕਸਰ ਵੇਖਿਆ ਜਾਂਦਾ ਸੀ। ਵੈਸੇ ਵੀ ਆਹ ਫੋਟੋਆਂ ਘੁੰਮ ਰਹੀਆਂ ਨੇ, 315 ਬੋਰ ਮੋਢੇ ਤੇ ਰੱਖ ਕੇ ਫੋਟੋਆਂ ਕਾਫੀ ਘੁਮਾ ਰਹੇ ਆ, ਤੇ ਮੈਂ ਰਾਤੀ ਇਹ ਪਾਈ ਵੀ ਸੀ ਪੋਸਟ ਤੇ, ਕੁਛ ਕਮੈਂਟ ਵੀ ਇਹਦੇ ਬਾਰੇ ਪਰਸਨਲ ਆਏ ਨੇ, ਤੇ ਇਹ ਚੀਜ਼ਾਂ ਇਸ ਦੇ ਵਿਚ ਚੰਗੀਆਂ ਰਹੀਆਂ ਨੇ। ਜੇ ਉਨ੍ਹਾਂ ਨੇ ਇਹ ਕੁਛ ਕੀਤਾ ਤੇ ਹੁਣ ਅਦਾਲਤ ਉਨ੍ਹਾਂ ਨੂੰ ਜਿਹੜੀ ਸਜ਼ਾ ਦਵੇਗੀ, ਪਰ ਜਿਹੜਾ ਪੁਲਿਸ ਨੇ ਇਨ੍ਹਾਂ ਨੂੰ ਫੜਿਆ ਉਹ ਵੀ ਬਾਕਮਾਲ ਕੰਮ ਹੈ, ਐਪਰੀਸ਼ੀਏਟ ਉਨ੍ਹਾਂ ਨੂੰ ਵੀ ਕਰਨਾ ਬਣਦਾ ਜੀ। ਬਿਲਕੁਲ ਟਵਾਨ ਸਾਹਿਬ, ਗੱਲ ਤੁਹਾਡੀ ਠੀਕ ਹੈ, ਕਿਉਂਕਿ ਜੇ ਇਹ ਮਾਮਲਾ ਦੱਬਿਆ ਕੋ ਪਿਆ ਜਾਂਦਾ ਤਾਂ ਫਿਰ ਕਿਹੜਾ ਕਿਸੇ ਦੀ ਲੱਤ ਭੰਨ ਲੈਣੀ ਸੀ। ਇੱਥੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਮਾਮਲੇ ਦਾ ਕੁਝ ਪਤਾ ਨੀ ਲੱਗਾ, ਇੱਥੇ ਮਾਤਾ ਚੰਦ ਕੌਰ ਦਾ ਕਤਲ ਹੋ ਗਿਆ ਉਹਦਾ ਕੁਝ ਪਤਾ ਨਾ ਲੱਗਾ, ਤੇ ਇਹ ਵੀ ਕੇਸ ਜੇ ਰੁਲ ਜਾਂਦਾ ਤਾਂ ਕੀ ਕਰ ਲੈਂਦੇ। ਬਿਲਕੁਲ, ਪਰ ਸੱਚੀ ਜਿਹੜੇ ਅਧਿਕਾਰੀਆਂ ਨੇ ਇਹ ਮਾਮਲਾ ਜਿਹੜਾ ਸਾਹਮਣੇ ਲਿਆਂਦਾ ਉਹਨਾਂ ਦੀ ਪਿੱਠ ਜਿਹੜੀ ਥਾਪੜ ਨੀ ਬਣਦੀ ਆ, ਤੇ ਉਮੀਦ ਇਹ ਵੀ ਕਰਨੀ ਚਾਹੀਦੀ ਹੈ ਕਿ ਭਾਈ ਉਹਨਾਂ ਤੋਂ ਦੇਖ ਕੇ ਬਾਕੀ ਪੁਲਿਸ ਦੇ ਕਰਮਚਾਰੀ ਵੀ ਸਿੱਖਣ ਜੀ, ਕਿਉਂਕਿ ਜੇ ਤਾਂ ਪੰਜਾਬ ਦੇ ਵਿੱਚ ਆਪਾਂ ਚਾਹੁੰਦੇ ਹਾਂ ਕਿ ਅਮਨ ਕਾਨੂੰਨ ਦਾ ਰਾਜ ਹੋਵੇ, ਤੇ ਮੈਨੂੰ ਤਾਂ ਇਹ ਵੀ ਲੱਗਦਾ ਹੁੰਦਾ ਕਿ ਅੱਜ ਜਿਹੜੇ ਬੰਦੇ ਪਾਵਰ ਦੇ ਵਿੱਚ ਨੇ ਜ਼ਰੂਰੀ ਨੇ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਵੀ ਪਾਵਰ 'ਚ ਹੋਣ। ਅੱਜ ਜਿਹੜਾ ਬੰਦਾ ਪੁਲਿਸ 'ਚ ਜ਼ਰੂਰੀ ਨੇ, ਅਗਲੀ ਵਾਰੀ ਉਹਦੀ ਜਿਹੜੀ ਸੰਤਾਨ ਹੈ ਉਹ ਵੀ ਪੁਲਿਸ ਦੇ ਵਿੱਚ ਹੋਵੇ। ਇੱਥੇ ਬਾਰੀ ਬਿਟਾ ਕੇ ਪਤਾ ਨੀ ਕਿਹੜੇ ਟੱਬਰ ਨੇ ਅਗਲੀ ਵਾਰੀ ਕਿੱਥੇ ਹੋਣਾ, 20 ਸਾਲਾਂ ਬਾਅਦ ਤੇ ਜਿਹੜਾ ਟੱਬਰ ਅੱਜ ਥੱਲੇ ਜਾ ਬੈਠਾ ਉਹਨੇ ਕਿੱਥੇ ਹੋਣਾ। ਇਸ ਕਰਕੇ ਰਲ ਮਿਲ ਕੇ ਜੇ ਪੰਜਾਬ ਨੂੰ ਪੰਜਾਬ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਆਉਣ ਵਾਲਾ ਸਮਾਂ ਜਿਹੜਾ ਉਹ ਠੀਕ ਹੋਏਗਾ, ਨਹੀਂ ਤਾਂ ਫਿਰ ਖਾਈ ਤੇ ਜਾਂਦੇ ਆ ਇੱਥੇ ਜੋ ਕੁਝ ਬਣਦਾ ਹੈ ਤੇ ਆਉਣ ਵਾਲੇ ਸਮੇਂ 'ਚ ਵੀ ਖਾਂਦੇ ਰਹਾਂਗੇ। ਦੇਖੋ ਬਾਟ ਸਾਹਿਬ, ਜਿਸ ਤਰ੍ਹਾਂ ਦਾ ਟ੍ਰੈਂਡ ਹੈ ਨਾ ਕਿ ਸੰਜੀਦਾ ਲੋਕ ਪੋਲੀਟੀਕਲ ਪਾਰਟੀਆਂ 'ਚ ਬਹੁਤ ਘੱਟ ਆਉਂਦੇ ਨੇ, ਆਮ ਆਦਮੀ ਪਾਰਟੀ ਤੋਂ ਬਾਅਦ ਥੋੜਾ ਰੁਝਾਨ ਵਧਿਆ ਕਿ ਪੜ੍ਹੇ ਲਿਖੇ ਡਾਕਟਰ ਵਰਗ ਜਾਂ ਪੜ੍ਹੇ ਲਿਖੇ ਸਿਆਣੇ ਲੋਕ ਹੈ ਜਿਹੜੇ ਆਉਣ ਲੱਗੇ ਨੇ, ਅਦਰਵਾਈਜ਼ ਛੁੱਟੜ ਹੀ ਆਉਂਦੇ ਨੇ ਜ਼ਿਆਦਾ ਪੋਲੀਟੀਕਲ ਪਾਰਟੀਆਂ 'ਚ, ਟੂ ਬੀ ਵੈਰੀ ਫਰੈਂਕ। ਇਹ ਕਹਿੰਦੇ ਆ ਸੰਕੋਚ ਨਹੀਂ ਹੈ, ਕਿਉਂਕਿ ਜਿਹੜਾ ਡੌਲਿਆਂ ਦੀ ਅਜਮਾਇਸ਼ ਕਰ ਸਕਦਾ, ਡਾਂਗਾਂ ਚਲਾ ਸਕਦਾ, ਪੈਸਾ ਵਹਾ ਸਕਦਾ, ਬੂਥ ਕੈਪਚਰਿੰਗ ਕਰ ਸਕਦਾ, ਉਸ ਨੂੰ ਹੀ ਸਾਡੇ ਦੇਸ਼ ਦਾ, ਪੰਜਾਬ ਦਾ ਪੋਲੀਟੀਕਲ ਸਿਸਟਮ ਸੂਟ ਕਰਦਾ। ਅਦਰਵਾਈਜ਼ ਆਮ ਸਿਆਣਾ ਬੰਦਾ ਕੋਈ ਨਹੀਂ ਆਉਂਦਾ। ਆਮ ਆਦਮੀ ਪਾਰਟੀ ਵੇਲੇ ਸਟਾਰਟਿੰਗ 'ਚ ਕਾਫੀ ਲੋਕ ਆਏ ਸੀ, ਹੁਣ ਉਹ ਵੀ ਕੰਨੀ ਕਤਰਾਉਣ ਲੱਗ ਗਏ ਨੇ, ਡਾਕਟਰ ਦਲਜੀਤ ਸਿੰਘ ਵਰਗੇ ਲੋਕ ਜਾਂ ਹੋਰ ਜਿਸ ਤਰ੍ਹਾਂ ਕੱਢੇ ਗਏ ਨੇ। ਤੇ ਹੁਣ ਮਾਫ਼ ਕਰਨਾ, ਆਮ ਆਦਮੀ ਪਾਰਟੀ 'ਚ ਵੀ ਸੰਜੀਦਾ ਬੰਦੇ ਜਿਨ੍ਹਾਂ ਦੀ ਛਵੀ ਸਾਫ਼ ਹੈ ਉਹ ਹਾਲ ਦੀ ਘੜੀ ਸਾਇਲੈਂਟ ਹੋ ਗਏ ਨੇ, ਦੜ ਵੱਟ ਗਏ ਨੇ ਕਿ ਇੱਥੇ ਵੀ ਕੁਛ ਇਸ ਤਰ੍ਹਾਂ ਦੇ ਹੀ ਲੋਕ ਆ ਰਹੇ ਨੇ, ਦੂਸਰੀਆਂ ਪਾਰਟੀਆਂ 'ਚੋਂ ਕੱਢੇ ਹੋਏ ਜਾਂ ਨਕਾਰੇ ਹੋਏ। ਸੋ ਇਹ ਵੀ ਉਮੀਦ ਲੋਕਾਂ ਨੂੰ ਟੁੱਟ ਗਈ ਹੈ। ਕੰਧ 'ਤੇ ਲਿਖਿਆ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੂੰ ਸਮਝ ਲੈਣਾ ਚਾਹੀਦਾ, ਇਹ ਹੋਣਾ ਨਹੀਂ ਸੀ ਚਾਹੀਦਾ। ਅੱਛੇ ਲੋਕ ਆਉਂਦੇ, ਸਿਸਟਮ ਉਸ ਦੇ ਨਾਲ ਸੁਧਰੇਗਾ। ਪੰਜਾਬੀ ਸੂਬੇ ਦੇ 50 ਵਰੇ ਪੂਰੇ ਹੋ ਗਏ ਜੀ, ਬੱਚੇ ਬੜੇ ਤਾੜੇ ਕਹਿੰਦੇ ਲੁਧਿਆਣਾ 'ਚ। ਚੋਣਾਂ ਸਾਹਿਬ, ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬ ਸਰਕਾਰ ਨੇ ਵੱਡੀ ਪੱਧਰ ਤੇ ਐਤਕੀ ਹੈ ਸਾਰਾ ਕੁਝ ਜਿਹੜਾ ਉਹ ਮਨਾਉਣਾ ਹੈ। ਹੁਣ ਜਦੋਂ ਮਨਾਉਣਾ ਹੈ ਸਾਰਾ ਕੁਝ ਕਿ ਪੰਜਾਬੀ ਸੂਬੇ ਨੇ 50 ਵਰੇ ਪੂਰੇ ਕਰ ਲਏ ਆ, ਪਤਾ ਨਹੀਂ ਅਸੀਂ ਕਿੱਡੀ ਕੁ ਵੱਡੀ ਪ੍ਰਾਪਤੀ ਕੀਤੀ ਹੈ ਤੇ ਪੰਜਾਬੀਆਂ ਨੇ ਪਤਾ ਨੀ ਕਿਹੜੇ ਮੰਜੇ ਦੀ ਦੌਣ ਕੱਸ ਲਈ ਹੈ, ਜਿਹੜਾ ਹੁਣ ਉਹਨਾਂ ਨੂੰ ਬੜੀ ਵਧੀਆ ਨੀਂਦ ਆਊਗੀ। ਪਰ ਇਹਦੇ ਮਸਲੇ ਦੇ ਵਿੱਚ ਪੰਜਾਬ ਨੂੰ ਕਿੰਨਾ ਘਾਟਾ ਪਿਆ, ਪੰਜਾਬੀ ਭਾਸ਼ਾ ਨੂੰ ਕਿੰਨਾ ਘਾਟਾ ਪਿਆ, ਅਸੀਂ ਪੰਜਾਬ ਨੂੰ ਕਿੰਨਾ ਕਥੌੜਾ ਜਿਹਾ ਕਰ ਲਿਆ, ਛੋਟਾ ਜਿਹਾ ਕਰ ਲਿਆ, ਕਸਮਾ ਜਿਹਾ ਕਰ ਲਿਆ, ਇਹ ਸਾਰਾ ਕੁਝ ਆਪਣੇ ਸਾਹਮਣੇ ਹੈ। ਹੁਣ ਚਲੋ ਉਸ ਪੰਜਾਬੀ ਸੂਬੇ ਦੇ 50ਵੀਂ ਵਰੇਗੰਢ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਨੇ ਮਨਾਉਣੀ ਹੈ, ਕਈ ਸਮਾਗਮ ਕਰਨੇ, ਸਾਹਿਤਕ ਸਮਾਗਮ, ਸੱਭਿਆਚਾਰਕ ਸਮਾਗਮ, ਭਾਸ਼ਣ ਮੁਕਾਬਲੇ, ਕਵੀ ਦਰਬਾਰ। ਸਰਕਾਰ ਨੇ ਪੈਸਾ ਧੇਲਾ ਚੰਗਾ ਖਰਚਣਾ, ਉੱਪਰੋਂ ਚੋਣਾਂ ਦਾ ਵਾਰਾ ਖਰਚਣਾ ਵੀ ਚਾਹੀਦਾ। ਹੁਣ ਲੁਧਿਆਣੇ ਦੇ ਵਿੱਚ ਸ਼ੁਰੂਆਤ ਕੀਤੀ ਗਈ ਆ, ਉਦਘਾਟਨੀ ਸਮਾਗਮ ਹੋਇਆ ਗੁਰੂ ਨਾਨਕ ਸਟੇਡੀਅਮ ਦੇ ਵਿੱਚ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪਹੁੰਚੇ, ਲੰਬਾ ਭਾਸ਼ਣ ਦਿੱਤਾ, ਸਰਕਾਰ ਵੱਲੋਂ ਕੀਤੇ ਗਏ ਵਿਕਾਸ ਦੇ ਬਾਰੇ ਵਿਸਥਾਰ ਚ ਜਾਣਕਾਰੀ ਵੀ ਦਿੱਤੀ ਤੇ ਇਹ ਵੀ ਦੱਸ ਦਿੱਤਾ ਕਿ ਭਾਈ ਪੰਜਾਬੀ ਸੂਬੇ ਦੇ ਸੰਘਰਸ਼ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਯੋਗਦਾਨ ਕਿੰਨਾ ਵੱਡਾ। ਬਹੁਤੀਆਂ ਗੱਲਾਂ ਠੀਕ ਦੱਸੀਆਂ, ਪਰ ਨਾਲ ਦੀ ਨਾਲ ਕੁਝ ਇੱਕ ਸਵਾਲ ਵੀ ਇੱਥੇ ਖੜੇ ਹੁੰਦੇ ਆ ਕਿ ਉੱਥੇ ਜੇ ਬਹੁਤ ਸਾਰੇ ਹੁੰਦੇ ਲੀਡਰਾਂ ਦੀਆਂ ਤਸਵੀਰਾਂ ਗੁਰੂ ਨਾਨਕ ਸਟੇਡੀਅਮ ਲੁਧਿਆਣੇ ਦੇ ਵਿੱਚ ਲੱਗ ਸਕਦੀਆਂ ਸੀ, ਤੇ ਨਾਲ ਦੀ ਨਾਲ ਫਿਰ ਬਹੁਤ ਸਾਰੀਆਂ ਤਸਵੀਰਾਂ ਜਿਹੜੀਆਂ ਉਹ ਅਜੇ ਤੱਕ ਜਿਉਂਦੇ ਨੇ ਕਈ ਬੰਦੇ ਜਿਨ੍ਹਾਂ ਨੇ ਪੰਜਾਬੀ ਸੂਬੇ ਦੇ ਮੋਰਚੇ 'ਚ ਹਿੱਸਾ ਲਿਆ ਸੀ, ਚਾਰ ਕੁ ਤਸਵੀਰਾਂ ਉਹਨਾਂ ਦੀਆਂ ਵੀ ਲੱਗ ਜਾਂਦੀਆਂ ਚੰਗਾ ਹੁੰਦਾ। ਉਹਨਾਂ ਦੇ ਵਿੱਚੋਂ ਕੁਝ ਇੱਕ ਲੋਕ ਵੀ ਜੇ ਲਿਆ ਕੇ ਸਟੇਜ ਦੇ ਉੱਤੇ ਬਿਠਾਏ ਜਾਂਦੇ ਜਿਨ੍ਹਾਂ ਨੇ ਇਮਾਨਦਾਰੀ ਦੇ ਨਾਲ ਸੰਘਰਸ਼ ਕੀਤਾ ਸੀ ਤਾਂ ਚੰਗਾ ਹੁੰਦਾ, ਪਰ ਉਹ ਕਿਤੇ ਨਾ ਕਿਤੇ ਅਨਡਿਕਟ ਕੀਤੇ ਗਏ ਆ। ਇਹਦੇ ਨਾਲ ਨਾਲ ਸਟੇਡੀਅਮ ਦੀ ਕਪੈਸਿਟੀ 15,000 ਸੀ ਤੇ 25,000 ਬੱਚੇ ਸੱਦ ਲਏ। ਸਿੱਖਿਆ ਵਿਭਾਗ ਨੇ ਨਿਰਦੇਸ਼ ਦਿੱਤੇ ਸੀ ਅਧਿਆਪਕਾਂ ਨੂੰ ਕਿ ਭਾਈ ਸਕੂਲ ਦੇ ਘੱਟੋ ਘੱਟ 70% ਅਧਿਆਪਕ ਆਉਣ ਤੇ ਸਾਰੇ ਬੱਚੇ ਆਉਣ। ਹੁਣ 15,000 ਦੀ ਕਪੈਸਿਟੀ ਆ, 25,000 ਬੱਚੇ ਆ ਗਿਆ, 10,000 ਬੱਚਿਆਂ ਨੂੰ ਸਟੇਡੀਅਮ ਦੇ ਅੰਦਰ ਵੜਨ ਨਹੀਂ ਦਿੱਤਾ, ਉਹ ਸੜਕਾਂ ਤੇ ਘੁੰਮਦੇ ਫਿਰਦੇ ਰਹੇ। ਚੋਣਾਂ ਸਾਹਿਬ, ਕੋਈ ਹਾਦਸਾ
ਤੇ ਬੱਚਾ ਗੁੰਮ ਹੋ ਜਾਂਦਾ, ਜ਼ਿੰਮੇਵਾਰ ਕੌਣ ਸੀ? ਫਿਰ ਸਾਰੀ ਗੱਲ ਜਿਹੜੀ ਇਹਦੇ ਅਧਿਆਪਕਾਂ ਤੇ ਡਿੱਗਣੀ ਸੀ, ਤੁਸੀਂ ਬੱਚੇ ਸਾਂਭੇ ਨਹੀਂ, ਜੇ ਸਾਂਭ ਨਹੀਂ ਸਕਦੇ ਸਕੂਲੋਂ ਲੈ ਕੇ ਗਿਆ, ਮਾਪਿਆਂ ਨੇ ਅੱਡ ਗੱਲ ਪੈਣਾ ਸੀ, ਸਰਕਾਰ ਨੇ ਕਾਰਵਾਈਆਂ ਅੱਡ ਕਰਨੀਆਂ ਸੀ। ਚਲੋ ਜਿਹੜੇ ਬੱਚੇ ਤਾਂ ਬਾਹਰ ਰਹਿ ਗਏ ਉਹ ਬਾਹਰ ਰਹਿ ਗਏ, ਜਿਹੜੇ ਬੱਚੇ ਅੰਦਰ ਚਲੇ ਗਏ ਉਹਨਾਂ ਦੇ ਹਾਲ ਸੁਣ ਲਓ। 6 ਘੰਟੇ ਉਹਨਾਂ ਨੂੰ ਸਟੇਡੀਅਮ ਦੇ ਵਿੱਚ ਬੈਠਣਾ ਪਿਆ, ਧੁੱਪੇ ਸ਼ਮਿਆਨਾ ਲਾਇਆ ਨਹੀਂ ਸੀ। ਜਦੋਂ ਧੁੱਪੇ ਬੈਠਣਾ ਪਿਆ ਤਾਂ ਪਾਣੀ ਬਹੁਤ ਜ਼ਰੂਰੀ ਹੁੰਦਾ ਬੱਚੇ ਨੇ, ਬੱਚਿਆਂ ਨੂੰ ਤਾਂ ਪਾਣੀ ਵੈਸੇ ਵੀ ਚਾਹੀਦਾ, ਟਿੱਕ ਕੇ ਤਾਂ ਨਹੀਂ ਬੈਠਣਾ ਹੁੰਦਾ, ਮਾੜੀ ਮੋਟੀ ਕੋਈ ਹੀਲ ਹੋ ਜਾਵੇ ਤਾਂ ਸ਼ਰਾਰਤ ਵੀ ਕਰਨੀ ਹੁੰਦੀ ਹੈ, ਤੇ ਜਦੋਂ ਬੱਚੇ ਭੱਜ ਦੌੜ ਮਾੜੀ ਮੋਟੀ ਕਰਦੇ ਆ ਤਾਂ ਪਿਆਸ ਲੱਗਦੀ ਹੈ। ਪਾਣੀ ਦਾ ਪ੍ਰਬੰਧ ਸਟੇਡੀਅਮ ਦੇ ਅੰਦਰ ਹੈ ਨਹੀਂ ਸੀ, ਟੈਂਕਰ ਪਾਣੀ ਵਾਲੇ ਲਿਆਂਦੇ ਸਰਕਾਰ ਨੇ, ਜ਼ਰੂਰ ਸੀ ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਪਰ ਸਟੇਡੀਅਮ ਤੋਂ ਬਾਹਰ ਖੜਾਏ ਗਏ ਸੀ। ਹੁਣ ਬੱਚੇ ਜਿਹੜੇ ਸਟੇਡੀਅਮ ਦੇ ਅੰਦਰ ਆ ਗਏ, ਇੱਕ ਵਾਰੀ ਜਿਹੜਾ ਅੰਦਰ ਆ ਗਿਆ ਬਾਹਰ ਨਹੀਂ ਸੀ ਜਾਣ ਦਿੱਤਾ ਜਾਂਦਾ ਕਿ ਭਾਈ ਇੰਨੇ ਫਿਰ ਮੁੜ ਕੇ ਆਉਣਾ ਨਹੀਂ, ਤੇ ਜੇ ਇਹ ਵਾਪਸ ਨਾ ਆਏ ਸਟੇਡੀਅਮ ਖਾਲੀ ਹੋ ਗਿਆ ਤਾਂ ਫਿਰ ਉਪ ਮੁੱਖ ਮੰਤਰੀ ਸਾਹਿਬ ਦੇ ਸਾਹਮਣੇ ਅਸੀਂ ਖਾਲੀ ਸਟੇਡੀਅਮ ਵਾਲਾ ਮੂੰਹ ਲੈ ਕੇ ਕਿਵੇਂ ਦਿਖਾਵਾਂਗੇ। ਹੁਣ ਬੱਚੇ ਅੰਦਰ ਆ ਗਏ, 6 ਘੰਟੇ ਤੱਕ ਉਹਨਾਂ ਨੂੰ ਦੁਬਾਰਾ ਕਿਸੇ ਨੇ ਪਾਣੀ ਨਹੀਂ ਪੁੱਛਿਆ, ਹਾਲਾਂਕਿ ਬਿਸਕੁਟ ਜਿਹੜਾ ਕੇਕ ਤੇ ਮੱਠੀ ਉਹਨਾਂ ਨੂੰ ਹਰ ਇੱਕ ਬੱਚੇ ਨੂੰ ਇੱਕ ਪੈਕਟ ਦੇ ਵਿੱਚ ਬੰਦ ਕਰਕੇ ਸਰਕਾਰ ਨੇ ਜ਼ਰੂਰ ਦਿੱਤੀ। ਇਹਦੇ ਨਾਲ ਨਾਲ 109 ਸਕੂਲਾਂ ਦੇ 25,000 ਬੱਚੇ ਜਿਹੜੇ ਆ ਉੱਥੇ ਪਹੁੰਚੇ ਹੋਏ ਸੀ, LED ਸਕਰੀਨ ਵੀ ਲੱਗੀ ਹੋਈ ਸੀ, ਪਰ ਜਿੰਨੀ ਧੁੱਪ ਸੀ ਉਹਦੇ ਵਿੱਚ ਦਿਖਿਆ ਕੁਛ ਨਹੀਂ, ਬੰਦ ਸੀ ਕਿ ਚੱਲਦੀ ਸੀ, ਇੱਕ ਵੀ ਬੱਚੇ ਨੂੰ ਪਤਾ ਨਹੀਂ ਲੱਗਾ। ਤੇ ਜਦੋਂ ਇਹਨਾਂ ਸਾਰੀਆਂ ਗੱਲਾਂ ਬਾਤਾਂ ਦੇ ਬਾਰੇ ਪੁੱਛਿਆ ਗਿਆ ਸਿੱਖਿਆ ਮੰਤਰੀ ਪੰਜਾਬ ਡਾਕਟਰ ਦਲਜੀਤ ਸਿੰਘ ਚੀਮਾ ਹੋਰਾਂ ਨੂੰ, ਤਾਂ ਡਾਕਟਰ ਦਲਜੀਤ ਸਿੰਘ ਚੀਮਾ ਹੋਰਾਂ ਨੇ ਇਹਦੇ ਬਾਰੇ 2-3 ਚੀਜ਼ਾਂ ਸਪਸ਼ਟ ਕਹੀਆਂ। ਕਹਿੰਦੇ ਕਿ ਪਹਿਲੀ ਗੱਲ ਤਾਂ ਇਹ ਆ ਕਿ ਅਸੀਂ ਬੱਚਿਆਂ ਦੀ ਸ਼ਮੂਲੀਅਤ ਕਰਾਉਣਾ ਚਾਹੁੰਦੇ ਸੀ, ਅਸੀਂ ਸਟੇਡੀਅਮ ਭਰਨ ਦੇ ਬੱਚੇ ਨਹੀਂ ਸੱਦੇ। ਦੂਜੀ ਗੱਲ ਕਹਿੰਦੇ ਅਸੀਂ ਬੱਚਿਆਂ ਨੂੰ ਪਹਿਲੀ ਕਹਿ ਤਾ ਅਸੀਂ ਪਾਣੀ ਦੀ ਇੱਕ ਬੋਤਲ ਆਪਣੇ ਘਰੋਂ ਲੈ ਕੇ ਆਇਓ, ਤੁਹਾਨੂੰ ਉੱਥੇ ਪਾਣੀ ਸ਼ਾਇਦ ਨਾ ਮਿਲੇ, ਉਹ ਵੀ ਗੱਲ ਆਈ ਗਈ ਹੋਗੀ। ਤੀਜੀ ਗੱਲ ਉਹਨਾਂ ਨੂੰ ਪੁੱਛਿਆ ਕਿ ਬੱਚੇ ਧੁੱਪੇ ਰਹੇ, ਸ਼ਮਿਆਨਾ ਕਿਉਂ ਨਹੀਂ ਲਾਇਆ? ਉਹ ਕਹਿੰਦੇ ਅਸੀਂ ਸ਼ਮਿਆਨਾ ਇਸ ਕਰਕੇ ਨਹੀਂ ਸੀ ਲਾਇਆ ਕਿਉਂਕਿ ਅਸੀਂ ਚਾਹੁੰਦੇ ਸੀ ਕਿ ਬੱਚੇ ਸਾਰੇ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਦੇਖਣ, ਕਿਸੇ ਵੀ ਚੀਜ਼ ਦੀ ਦਿੱਕਤ ਉਹਨਾਂ ਦੇ ਵਿੱਚ ਨਾ ਆਵੇ। ਪਰ ਨਾਲ ਦੀ ਨਾਲ ਉਹ ਕਹਿੰਦੇ ਕਿ ਚਲੋ ਫਿਰ ਵੀ ਜੇ ਤੁਸੀਂ ਕਹਿੰਦੇ ਤਾਂ ਮੰਨ ਲੈਂਦੇ ਕਿ ਕੁਝ ਕਮੀਆਂ ਰਹਿ ਗਈਆਂ ਹੋਣਗੀਆਂ ਤੇ ਆਉਂਦੇ ਸਮੇਂ ਦੇ ਵਿੱਚ ਇਹ ਕਮੀਆਂ ਕਰ ਦੇਵਾਂਗੇ ਦੂਰ। ਤੋਂ ਵੇਖਦੇ ਹਾਂ ਟਵਾਣਾ ਸਾਹਿਬ ਕਿ ਇਸ ਤਰੀਕੇ ਦੇ ਨਾਲ ਬੱਚਿਆਂ ਦੀ ਆਮਦ ਕਰਕੇ ਸਟੇਡੀਅਮ ਨੂੰ ਹਾਊਸਫੁੱਲ ਦਿਖਾਉਣ ਦਾ ਜਿਹੜਾ ਵਤੀਰਾ ਜਾਂ ਜਿਹੜੀ ਪ੍ਰਕਿਰਿਆ ਜਾਂ ਜਿਹੜੇ ਪ੍ਰੋਗਰਾਮ ਨੇ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਸਿਆਸੀ ਤੌਰ ਦੇ ਉੱਤੇ ਵਿਧਾਨ ਸਭਾ ਚੋਣਾਂ ਚ ਕਿੰਨਾ ਕੁ ਲਾਹਾ ਦਿੰਦੇ ਨੇ। ਬਾਟ ਸਾਹਿਬ ਇਹ ਤਾਂ ਚਲੋ ਸਰਕਾਰੀ ਫੰਕਸ਼ਨ ਸੀਗਾ, ਹੁੰਦਾ ਹੀ ਹੈ ਜੇ ਇਕੱਠ ਦਿਖਾਇਆ ਜਾਵੇ, ਗੇਟ ਬੰਦ ਕਰ ਦਿੱਤੇ ਜਾਣ। ਆ ਪਿਛਲੇ ਦਿਨੀ ਬੱਚਿਆਂ ਦੇ ਨਾਲ ਨਾ ਮੈਂ ਮਾਲ ਚੱਲ ਗਿਆ, ਇੱਥੇ ਓਮੈਕਸ ਮਾਲ ਹੈ ਸਾਡੇ ਜੀ, ਤੇ ਜਦੋਂ ਵਾਪਸ ਜਾਣ ਲੱਗੇ ਮੈਂ ਚਲੋ ਚੱਲਦੇ ਆ ਵਾਪਸ, ਕੰਮ ਜੋ ਕੁਛ ਖਰੀਦਣਾ ਸੀ ਖਰੀਦ ਲਿਆ। ਸਕਿਉਰਿਟੀ ਵਾਲਾ ਬਾਈ ਜੀ ਨੇੜੇ ਆਇਆ, ਕਹਿੰਦਾ ਬਾਈ ਜੀ ਇੱਕ ਬੇਨਤੀ ਹੈ। ਮੈਂ ਬਾਹਰ ਜਾਣਾ, ਕਹਿੰਦਾ ਜੀ ਮੈਨੂੰ ਸਾਈਡ ਤੇ ਹੋ ਕੇ ਕਹਿੰਦਾ ਬਾਈ ਜੀ ਬਸ 3 ਮਿੰਟ ਰੁਕ ਜਾਓ। ਮੈਂ ਕੀ ਹੋ ਗਿਆ? ਕਹਿੰਦਾ ਅਸੀਂ ਬਾਹਰ ਜਾਣ ਦੇ ਸਾਰੇ ਗੇਟ ਬੰਦ ਕੀਤੇ ਹੋਏ ਨੇ। ਮੈਂ ਗੱਲ ਕੀ ਹੈ, ਕੋਈ ਚੈੱਕ ਕਰਨਾ, ਕੋਈ ਮਿਸ ਹੈਪਨਿੰਗ ਹੋ ਗਈ? ਕਹਿੰਦਾ ਨਹੀਂ ਜੀ। ਕਹਿੰਦਾ ਅਸਲ ਦੇ ਵਿੱਚ ਆ ਨਾ ਇੱਕ ਬ੍ਰਾਂਡ ਹੈ, ਪੈਟਲੂਨ ਹੈ ਮੇਰਾ ਖਿਆਲ, ਮੈਂ ਤਾਂ ਪੈਂਟ ਲਾਉਣ ਹੀ ਕਹਿਤਾ ਉਹਦਾ ਨਾਮ ਹੈ। ਕਹਿੰਦਾ ਜੀ ਉਹਨਾਂ ਦੇ ਜਿਹੜਾ ਸ਼ੋਰੂਮ ਹੈ ਨਾ ਪੈਟਲੂਨ ਵਾਲਿਆਂ ਦਾ, ਉਹਨਾਂ ਦੇ ਕਹਿੰਦਾ ਉਹਨਾਂ ਨੇ ਇਹ ਬੰਦ ਕਰਵਾਇਆ, ਅੱਛਾ ਉਹਨਾਂ ਦੀ ਸੇਲ ਬਹੁਤ ਘੱਟ ਹੋ ਰਹੀ ਹੈ, ਤਾਂ ਜੋ ਕਸਟਮਰ ਹੈ ਨਾ ਮਾਲ ਚੋਂ ਬਾਹਰ ਨਾ ਜਾਣ, ਪੈਟਲੂਨ ਵਾਲਿਆਂ ਤੋਂ ਜਾ ਕੇ ਪੈਂਟਾਂ ਜ਼ਰੂਰ ਲਹਾਉਣ, ਇਹ ਹਾਲਾਤ ਨੇ। ਮੈਂ ਕਿਹਾ ਵੀ ਜੇ ਉਹ ਕਹਿੰਦਾ ਜੀ ਹੁਣ ਅਸੀਂ ਵੀ ਪਤਾ ਵੀ ਜਿਹਨੇ ਖਰੀਦਣਾ ਉਹਨੇ ਖਰੀਦ ਹੀ ਲੈਣਾ, ਮਤਲਬ ਸਾਡਾ ਜਿਹੜਾ ਵਪਾਰੀ ਵਰਗ ਹੈ ਜਾਂ ਕਾਰਪੋਰੇਟ ਨੇ ਜਾਂ ਸਰਕਾਰਾਂ ਨੇ, ਉਹਨਾਂ ਦੀ ਸੋਚ ਇਹ ਹੈ ਕਿ ਮਾਲ ਦੇ ਗੇਟ ਬੰਦ ਕਰਾ ਦਿਓ ਤਾਂ ਸ਼ਾਇਦ ਸਾਡਾ ਪੈਟਲੂਨ ਵਾਲੇ ਦਾ ਸਮਾਨ ਵਿਕ ਜੂਗਾ। ਇੱਥੇ ਕਹਾਣੀ ਖੜੀ ਹੈ, ਤੁਸੀਂ ਤਾਂ ਸਰਕਾਰਾਂ ਦੀ ਗੱਲ ਕਰਦੇ ਹੋ, ਵਪਾਰੀ ਵੀ ਬਾਣੀਆਂ ਵੀ ਇੱਡਾ ਛਾਤਰ ਹੋ ਗਿਆ, ਇੰਨਾ ਸੰਕੀਰਨ ਹੋ ਗਿਆ ਕਿ ਮਾਲ ਦੇ ਗੇਟ ਵੀ ਬੰਦ ਕਰਵਾ ਦਿੱਤੇ, ਦੱਸੋ। ਬਿਲਕੁਲ ਟਵਾਣਾ ਸਾਹਿਬ, ਅਸਲ ਦੇ ਵਿੱਚ ਇਹ ਜਿਹੜਾ ਵਪਾਰੀ ਬਣ ਗਿਆ ਵੱਧ ਗਿਆ, ਚਾਹੇ ਸਿਆਸਤ ਦੇ ਵਿੱਚ ਹੈ, ਚਾਹੇ ਪਰਿਵਾਰਾਂ ਦੇ ਵਿੱਚ ਹੈ, ਤੇ ਚਾਹੇ ਕਾਰੋਬਾਰਾਂ ਦੇ ਵਿੱਚ ਹੈ, ਉਹਨੇ ਬਹੁਤ ਵੱਡੀ ਢਾਲ ਆਈ ਹੈ। ਹੁਣ ਤਾਂ ਕਿਸੇ ਵੀ ਤਰੀਕੇ ਇਹ ਹੁੰਦਾ ਕਿ ਭਾਈ ਤੁਹਾਡੀ ਜੇਬ ਦੇ ਵਿੱਚ ਉਹਨਾਂ ਨੂੰ ਇਹ ਲੱਗਦਾ ਕਿ ਜਿਹੜੇ 4 ਨੋਟ ਹੈਗੇ ਆ ਉਹ ਅਸੀਂ ਕਢਾਉਣੇ ਆ, ਕਿਰਾਇਆ ਲਾ ਕੇ ਤੁਹਾਨੂੰ ਘਰ ਜਾਣ ਲਈ, ਕੋਈ ਬਾਕੀ ਆਟੋ ਰਿਕਸ਼ਾ ਤੇ ਜਾਣ ਲਈ ਪੈਸੇ ਬਚਣ ਨਾ ਬਚਣ। ਬਿਲਕੁਲ, ਤਜਾਰਤ ਵਜਾਰਤ ਵਾਲਿਆਂ ਦਾ ਇਹ ਪੈਟਰਨ ਹੋ ਗਿਆ ਬਾਟ ਸਾਹਿਬ, ਦੋਨੇ ਹੀ ਕੁਛ ਕਰਦੇ ਨੇ, ਗੇਟ ਬੰਦ ਕਰਕੇ ਆਪਣਾ ਸੌਦਾ ਵੇਚਦੇ ਨੇ। ਖੈਰ, ਤੇ ਉਧਰ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੂੰ ਮੈਨੀਫੈਸਟੋ ਕਮੇਟੀ ਦੀ ਜ਼ਿੰਮੇਵਾਰੀ ਦੇ ਦਿੱਤੀ ਹੈ ਜੀ, ਅਕਸਰ ਇਹੀ ਹੁੰਦੇ ਨੇ ਵੈਸੇ ਜੀ। ਤੁਮਾਨਾ ਸਾਹਿਬ ਚਲੋ ਠੀਕ ਹੈ, ਸੁਖਦੇਵ ਸਿੰਘ ਢੀਂਡਸਾ ਹੋਰਾਂ ਨੂੰ ਜ਼ਿੰਮੇਵਾਰੀ ਦੇ ਦਿੱਤੀ ਆ, ਪਰ ਉਹਨਾਂ ਨੂੰ ਵੀ ਹੁਣ ਕਿਤੇ ਨਾ ਕਿਤੇ ਸੋਚਣਾ ਚਾਹੀਦਾ ਕਿ ਭਾਈ ਜ਼ਿੰਮੇਵਾਰੀਆਂ ਉਹੀ ਕਿਉਂ ਦਿੰਦੇ ਆ ਜਿਹਨਾਂ ਦੇ ਵਿੱਚ ਮੁਸ਼ਕਲਾਂ ਆ ਰਹੀਆਂ ਹੋਣ। ਐਸਕੀ ਟਵਾਣਾ ਸਾਹਿਬ ਇਲੈਕਸ਼ਨ ਮੈਨੀਫੈਸਟੋ ਪਹਿਲਾਂ ਅੱਗੇ ਨਹੀਂ ਬਣਨੇ, ਐਸਕੀ ਇਲੈਕਸ਼ਨ ਮੈਨੀਫੈਸਟੋ ਜਿਹੜੇ ਆ ਉਹ ਬਹੁਤ ਅਜੀਬੋ ਗਰੀਬ ਬਣਨੇ ਨੇ, ਕਿਉਂਕਿ ਆਮ ਆਦਮੀ ਪਾਰਟੀ ਨੇ ਜਿਹੜਾ ਨਵਾਂ ਟ੍ਰੈਂਡ ਸ਼ੁਰੂ ਕਰ ਦਿੱਤਾ ਪੰਜਾਬ ਦੇ ਵਿੱਚ ਕਿ ਅਸੀਂ ਹਰ ਇੱਕ ਵਰਗ ਦੇ ਲਈ, ਹਰ ਇੱਕ ਕਿੱਤੇ ਦੇ ਲਈ ਅੱਡ ਅੱਡ ਚੀਜ਼ਾਂ ਬਣਾਉਣੀਆਂ।
ਕਿਸਾਨਾਂ ਦਾ ਅੱਧ ਬਣਾਤਾ, ਯੂਥ ਦਾ ਅੱਧ ਬਣਾਤਾ, ਕਿ ਜਿਹੜੇ ਸਨਅਤਕਾਰ ਵਪਾਰੀ ਨੇ ਉਹਨਾਂ ਲਈ ਵੱਖਰਾ ਬਣਾਤਾ, ਐਸੀ ਭਾਈਚਾਰੇ ਲਈ ਵੱਖਰਾ ਬਣਾਉਣ ਨੂੰ ਫਿਰਦੇ ਆ। ਇਹਦੇ ਤੋਂ ਇਲਾਵਾ ਨੌਕਰੀ ਪੇਸ਼ੇ ਵਾਲਿਆਂ ਲਈ ਵੱਖਰਾ ਬਣਾਉਣਗੇ, ਹੋ ਸਕਦਾ ਕਿ ਉਹ ਸਰਪੰਚਾਂ ਦਾ ਵੱਖਰਾ ਤੇ ਪੰਚਾਂ ਦਾ ਵੱਖਰਾ ਬਣਾ ਦੇਣ। ਹੁਣ ਇਹਦੇ ਕਰਕੇ ਉਹ ਬਹੁਤ ਵਿਸਥਾਰ ਚ ਚਲੇ ਗਏ, ਵਿਸਥਾਰ ਚ ਚਲੇ ਗਏ। ਵਿੱਚ ਵਿਚਾਲੇ ਇਹ ਵੀ ਦੱਸਣ ਦੀ ਕੋਸ਼ਿਸ਼ ਆਉਣ ਵਾਲੇ ਮੈਨੀਫੈਸਟੋ ਦੇ ਵਿੱਚ ਕਰਨਗੇ ਕਿ ਅਸੀਂ ਕਿਵੇਂ ਪੰਜਾਬ ਦੇ ਵਿੱਚ ਰੈਵਨਿਊ ਕ੍ਰੀਏਟ ਕਰਨਾ, ਅਸੀਂ ਕਿਵੇਂ ਆਮਦਨ ਕਮਾਉਣੀ ਹੈ, ਅਸੀਂ ਕਿਵੇਂ ਜਿਹੜੇ ਵਾਅਦੇ ਕੀਤੇ ਉਹਨਾਂ ਨੂੰ ਪੂਰੇ ਕਰਨਾ। ਪਰ ਚਲੋ ਉਧਰ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਹੁਣ ਇਸ ਮੁੱਦੇ ਤੇ ਕੰਮ ਕਰਨਾ, ਤੇ ਮੁਕਾਬਲਾ ਉਹਨਾਂ ਦਾ ਕਿਹਨਾਂ ਨਾਲ ਹੈ? ਪਹਿਲਾਂ ਤਾਂ ਪਤਾ ਨੀ ਪਾਰਟੀਆਂ ਦੇ ਕਿਹੜੇ ਬੰਦੇ ਮੈਨੀਫੈਸਟੋ ਬਣਾਉਂਦੇ ਸੀ, ਪਿਛਲੇ ਮੈਨੀਫੈਸਟੋ ਚੱਕ ਲੈਣੇ, ਸਾਰੀਆਂ ਪਾਰਟੀਆਂ ਦੇ ਉਹਨਾਂ ਦੇ ਵਿੱਚੋਂ ਦੇਖ ਦੂਖ ਕੇ ਕੰਮ ਚੱਲ ਜਾਂਦਾ ਸੀ। ਪਰ ਐਸੀ ਇੱਕ ਪਾਸੇ ਕੰਵਰ ਸੰਧੂ ਨੇ, ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਸੰਜੀਦਾ ਲੋਕ ਲੱਗੇ ਹੋਏ ਨੇ ਜਿਨ੍ਹਾਂ ਨੇ ਉਹ ਸਾਰੇ ਇਲੈਕਸ਼ਨ ਮੈਨੀਫੈਸਟੋ ਤਿਆਰ ਕੀਤੇ, ਤੇ ਤਿਆਰ ਵੀ ਘਰ ਬੈਠ ਕੇ ਨਹੀਂ ਕੀਤੇ, ਟੀਵੀ ਦੀਆਂ ਡਿਬੇਟਸ ਬੈਠ ਕੇ ਨਹੀਂ ਕੀਤੇ, ਕੁਝ ਇੱਕ ਸਰਵੇਖਣ ਕਰਾ ਕੇ ਨਹੀਂ ਕੀਤੇ, ਲੋਕਾਂ ਦੇ ਵਿੱਚ ਗਏ ਨੇ, ਹਰ ਇੱਕ ਵਰਗ ਦੇ ਨਾਲ ਉਹਨਾਂ ਨੇ ਵੱਖਰੀਆਂ ਮੁਲਾਕਾਤਾਂ ਕੀਤੀਆਂ, ਇਸ ਕਰਕੇ ਵਿਸਥਾਰ ਚ ਕੰਮ ਕੀਤਾ। ਦੂਸਰੇ ਪਾਸੇ ਕਾਂਗਰਸ ਪਾਰਟੀ ਨੇ ਮੈਨੀਫੈਸਟੋ ਬਣਾਉਣ ਦੀ ਬਾਗਡੋਰ ਦਿੱਤੀ ਹੈ ਮਨਪ੍ਰੀਤ ਸਿੰਘ ਬਾਦਲ ਨੂੰ, ਉਹਨਾਂ ਦੇ ਨਾਲ ਵੀ ਕਈ ਸਿਆਣੇ ਬੰਦੇ ਲਾਏ ਹੋਏ ਨੇ ਕਾਂਗਰਸ ਪਾਰਟੀ ਵਾਲਿਆਂ ਨੇ। ਮਨਪ੍ਰੀਤ ਸਿੰਘ ਬਾਦਲ ਨੇ ਵੀ ਉਦੋਂ ਅੱਗੇ ਸਿਆਣਪੇ ਕਰ ਲਈ, ਉਹ ਕਹਿੰਦੇ ਕਿ ਠੀਕ ਹੈ ਮੈਂ ਨਹੀਂ ਜਾਊਂਗਾ ਕਦੇ। ਉਹ ਬਰਾਲਟਨ ਪਾਰਕ ਜਲੰਧਰ ਦੇ ਵਿੱਚ ਜੋਗਿੰਗ ਕਰਦੇ, ਲੋਕਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਕਿ ਤੁਸੀਂ ਜਲੰਧਰ ਕੀ ਚਾਹੁੰਦੇ ਹੋ, ਕਦੇ ਉਹ ਬਠਿੰਡੇ ਦੇ ਵਿੱਚ ਜਾ ਕੇ ਸ਼ਾਮ ਨੂੰ ਟਹਿਲ ਦੇ ਜਿਹੜੇ ਬਜ਼ੁਰਗ ਨੇ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਆ, ਤੇ ਕਦੇ ਲੁਧਿਆਣੇ ਦੇ ਵਿੱਚ ਜਾ ਕੇ ਉਦਯੋਗਪਤੀਆਂ ਨੂੰ ਫੈਕਟਰੀਆਂ 'ਚ ਮਿਲਦੇ ਆ ਕਿ ਭਾਈ ਤੁਸੀਂ ਕੀ ਚਾਹੀ ਜਾਂਦੇ ਹੋ। ਹੁਣ ਮਨਪ੍ਰੀਤ ਸਿੰਘ ਬਾਦਲ ਨੇ ਇਹ ਵੀ ਆਖਿਆ ਸੀ ਕਿ ਅਸੀਂ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਵੀ ਮਿਲਾਂਗੇ, ਆਪਣੇ ਵੱਲੋਂ ਬਣਾ ਕੇ ਜਿਹੜੀਆਂ ਸੋਧਾਂ ਉਹ ਮੈਨੀਫੈਸਟੋ ਦੇ ਵਿੱਚ ਕਰਨ ਨੂੰ ਕਹਿਣਗੇ ਅਸੀਂ ਕਰਾਂਗੇ। ਇਹਦਾ ਮਤਲਬ ਹੈ ਕਿ ਕਾਂਗਰਸ ਪਾਰਟੀ ਦਾ ਇਲੈਕਸ਼ਨ ਮੈਨੀਫੈਸਟੋ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਉਣਾ, ਉਹ ਮੈਨੀਫੈਸਟੋ ਵੀ ਕਾਫੀ ਐਤਕੀ ਪ੍ਰਭਾਵਸ਼ਾਲੀ ਹੋਏਗਾ, ਜ਼ਮੀਨੀ ਪੱਧਰ ਦੇ ਉੱਤੇ ਕੋਈ ਹਕੀਕਤ ਦੇ ਨਾਲ ਮੇਲਜੋਲ ਹੋਏ ਨਾ ਹੋਏ। ਇਸੇ ਕਰਕੇ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੂੰ ਪਹਿਲਾਂ ਨਾਲੋਂ ਮਿਹਨਤ ਜਿਹੜੀ ਉਹ ਵੱਧ ਕਰਨੀ ਪੈਣੀ ਹੈ। ਹੁਣ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੂੰ ਮੁਖੀ ਬਣਾਤਾ, ਉਹਨਾਂ ਦੇ ਨਾਲ ਕਈ ਬੰਦੇ ਹੋਰ ਲਾਤੇ ਨੇ, ਹਰਚਰਨ ਸਿੰਘ ਬੈਂਸ ਅਧਿਕਾਰੀ ਰਹੇ ਨੇ ਵੱਡੇ, ਰਣਜੀਤ ਸਿੰਘ ਬ੍ਰਹਮਪੁਰਾ, ਜਥੇਦਾਰ ਤੋਤਾ ਸਿੰਘ ਭੂੰਦੜ ਸਾਹਿਬ, ਬੀਬੀ ਜਗੀਰ ਕੌਰ, ਪ੍ਰੋਫੈਸਰ ਚੰਦੂ ਮਾਜਰਾ, ਮਹੇਸ਼ਇੰਦਰ ਗਰੇਵਾਲ, ਨਰੇਸ਼ ਗੁਜਰਾਲ, ਸੇਵਾ ਸਿੰਘ ਸੇਖਵਾ ਤੇ ਗਾਬੜੀਆ ਸਾਹਿਬ। ਹੁਣ ਲਾਈਨ ਤਾਂ ਲੰਬੀ ਚੌੜੀ ਹੈ, ਪਰ ਇਹਨਾਂ ਦੇ ਵਿੱਚੋਂ ਜੇ ਮੈਂ ਵੇਖਾਂ ਤਾਂ ਮੈਨੂੰ ਲੱਗਦਾ ਕਿ ਹਰਚਰਨ ਸਿੰਘ ਬੈਂਸ, ਮਹੇਸ਼ਇੰਦਰ ਗਰੇਵਾਲ ਤੇ ਥੋੜਾ ਜਿਹਾ ਜੇ ਇਸ ਪਾਸੇ ਕੰਮ ਕਰ ਸਕਣਗੇ ਤਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ, ਕਿਉਂਕਿ ਬਾਕੀਆਂ ਨੇ ਰਵਾਇਤੀ ਢੰਗ ਦੇ ਨਾਲ ਮੈਨੀਫੈਸਟੋ ਬਣਾਉਣ ਦੀ ਕੋਸ਼ਿਸ਼ ਕਰਨੀ ਹੈ। ਪਰ ਜੇ ਇਹਨਾਂ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਮੈਨੀਫੈਸਟੋ ਦਾ ਮੁਕਾਬਲਾ ਕਰਨਾ ਹੋਇਆ ਤਾਂ ਫਿਰ ਇਹਨਾਂ ਨੂੰ ਹੱਦੋਂ ਵੱਧ ਮਿਹਨਤ ਕਰਨੀ ਪੈਣੀ ਹੈ, ਤੇ ਉਸ ਮਿਹਨਤ ਦੇ ਲਈ ਆਪਣੇ ਤਜਰਬੇ ਨੂੰ ਤੇ ਨਵੀਆਂ ਤਕਨੀਕਾਂ ਦੇ ਵਿੱਚ ਤਾਲਮੇਲ ਤੇ ਬੈਲੈਂਸ ਬਿਠਾਉਣ ਦੇ ਵਿੱਚ ਢੀਂਡਸਾ ਸਾਹਿਬ ਕਿੰਨੇ ਕੁ ਸਫਲ ਹੁੰਦੇ ਆ, ਇਹ ਅਕਾਲੀ ਦਲ ਦਾ ਮੈਨੀਫੈਸਟੋ ਜਿਹੜਾ ਉਹੀ ਸਪਸ਼ਟ ਤੌਰ ਤੇ ਦੱਸ ਸਕੇਗਾ ਜੀ। ਤੇ ਪਾਕਿਸਤਾਨ ਭਾਰਤ ਨੂੰ ਚੇਤਾਵਨੀਆਂ ਦੇਈ ਜਾਂਦਾ ਬਾਟ ਸਾਹਿਬ, ਤਿਵਾਨਾ ਸਾਹਿਬ, ਸੱਤ ਜਿਹੜੇ ਰੇਂਜਰ ਨੇ ਪਾਕਿਸਤਾਨ ਦੇ ਉਹ ਪਿਛਲੇ ਥੋੜੇ ਜਿਹੇ ਘੰਟਿਆਂ ਦੇ ਵਿੱਚ ਦਮ ਤੋੜ ਚੁੱਕੇ ਆ, ਕਿਉਂਕਿ ਦੋਵਾਂ ਦੇਸ਼ਾਂ ਦੇ ਵਿਚਾਲੇ ਜਿਹੜੀ ਕਸ਼ਮੀਰ ਦੇ ਨਾਲ ਲੱਗਦੀ ਸਰਹੱਦ ਹੈ, LOC ਹੈ, ਉੱਥੇ ਲੜਾਈ ਜਿਹੜੀ ਉਹ ਤਕਰੀਬਨ ਰੋਜ਼ ਦੀ ਸਵੇਰ ਸ਼ਾਮ ਹੋ ਜਾਂਦੀ, ਘੰਟਾ ਦੋ ਘੰਟੇ ਇੱਕ ਪਾਸਿਓਂ ਗੋਲੀ ਚੱਲਦੀ ਆ, ਦੂਜੇ ਪਾਸੇ ਵਾਲੇ ਵੀ ਚਲਾ ਦਿੰਦੇ ਆ। ਹੁਣ ਰੇਂਜਰਾਂ ਦਾ ਤਾਂ ਕੋਈ ਨੀ, ਉਹ ਬੰਦੇ ਆਮ ਬੰਦੇ ਸੀ, ਉਹਨਾਂ ਦੀ ਮੌਤ ਹੋ ਗਈ ਹੈ, 2-4-5-10 ਲੱਖ ਰੁਪਈਏ ਪਾਕਿਸਤਾਨ ਵਾਲੇ ਦੇ ਦੇਣਗੇ, ਇੱਧਰਲੇ ਕਿਸੇ ਨੂੰ ਹੋ ਜਾਂਦਾ ਇੱਧਰ ਵੀ ਲੱਖ ਰੁਪਈਏ ਮਿਲ ਜਾਣਗੇ। ਪਰ ਮਸਲਾ ਤੇ ਹੈ ਨਾ ਕਿ ਜਿੰਨੀ ਦੇਰ ਸਿੱਖ ਸਾਡੇ ਸਿਆਸਤਦਾਨਾਂ ਨੂੰ ਲੱਗਦਾ ਚਾਹੇ ਇੱਧਰਲੇ ਹੋਣ ਚਾਹੇ ਉੱਧਰਲੇ ਨੂੰ, ਉਨੀ ਦੇਰ ਗੱਲ ਕੋਈ ਬਣਦੀ ਨਹੀਂ। ਆਮ ਘਰਾਂ ਦੇ ਆਮ ਪਰਿਵਾਰਾਂ ਦੇ ਰੁਜ਼ਗਾਰ ਚਾਹੁੰਦੇ ਉਹ ਰੇਂਜਰ ਹੁੰਦੇ ਆ, ਫੌਜ ਦੇ ਵਿੱਚ ਦੋਵੇਂ ਪਾਸੇ ਭਰਤੀਆਂ ਹੁੰਦੀਆਂ ਤੇ ਉਹਨਾਂ ਦੀਆਂ ਹੀ ਮੌਤਾਂ ਹੁੰਦੀਆਂ, ਉਹਨਾਂ ਦੀਆਂ ਸ਼ਹਾਦਤਾਂ ਹੁੰਦੀਆਂ, ਉੱਪਰ ਵਾਲਿਆਂ ਨੂੰ ਕੋਈ ਫਰਕ ਨਹੀਂ ਪੈਂਦਾ। ਅੱਜ ਇੱਕ ਦੂਜੇ ਨੂੰ ਅੱਖਾਂ ਕੱਢ ਕੱਢ ਵੇਖਦੇ ਆ, ਅਗਲਾ ਸੰਮੇਲਨ ਹੋਣਾ ਇੱਕ ਦੂਜੇ ਨੂੰ ਜੱਥੀਆਂ ਪਾਈ ਜਾਣਗੇ ਜਿਵੇਂ ਬਹੁਤ ਚਿਰਾਂ ਦੇ ਵਿਛੜੇ ਹੋਏ ਭਰਾ ਮਿਲੇ ਨੇ। ਪਰ ਇਹ ਸਾਰਾ ਕੁਝ ਜਿਹੜਾ ਸਿਆਸਤ ਤੋਂ ਪ੍ਰੇਰਿਤ ਹੁੰਦਾ, ਪਰ ਉਹਦੇ ਵਿੱਚ ਨੁਕਸਾਨ ਰੇਂਜਰਾਂ ਦਾ ਵੀ ਹੋ ਰਿਹਾ, ਫੌਜੀਆਂ ਦਾ ਵੀ ਹੋ ਰਿਹਾ ਤੇ ਸਰਹੱਦ ਦੇ ਦੋਵੇਂ ਪਾਸੇ ਵਸਦੇ ਲੋਕਾਂ ਦਾ ਵੀ ਹੋ ਰਿਹਾ। ਹੁਣ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਚੱਲਦਾ, ਇਹਦੇ ਦੌਰਾਨ ਸਿੰਧੂ ਨਦੀ ਦਾ ਜਿਹੜਾ ਪਾਣੀ ਵਾਲਾ ਸਮਝੌਤਾ ਉਹਦਾ ਬਹੁਤ ਜ਼ਿਕਰ ਹੋਇਆ, ਬੜੀ ਚਰਚਾ ਹੋਈ। ਭਾਰਤ ਸਿੰਧੂ ਨਦੀ ਦਾ ਪਾਕਿਸਤਾਨ ਨੂੰ ਜਾਂਦਾ ਪਾਣੀ ਬੰਦ ਵੀ ਕਰ ਸਕਦਾ, ਰੌਲਾ ਰੱਪਾ ਇਹਦਾ ਵੀ ਪਿਆ। ਤੇ ਹੁਣ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨਫੀਸ ਜ਼ਕਾਰੀਆ ਹੋਰਾਂ ਨੇ ਕਹਿ ਦਿੱਤਾ ਸਪਸ਼ਟ ਰੂਪ ਚ, ਕਹਿੰਦੇ ਜੇ ਭਾਰਤ ਨੇ ਸਿੰਧੂ ਜਲ ਸਮਝੌਤਾ ਤੋੜਿਆ, ਜੇ ਭਾਰਤ ਨੇ ਪਾਕਿਸਤਾਨ ਨੂੰ ਜਿਹੜਾ ਸਿੰਧੂ ਦਾ ਜਲ ਜਾਂਦਾ ਹੈ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪਾਕਿਸਤਾਨ ਦੀ ਸਰਕਾਰ ਹੱਥ ਤੇ ਹੱਥ ਧਰ ਕੇ ਨਹੀਂ ਬੈਠੂ, ਸਖ਼ਤ ਐਕਸ਼ਨ ਲਊ। ਇਹ ਵੀ ਕਹਿ ਦਿੱਤਾ ਉਹਨਾਂ ਨੇ, ਕਹਿੰਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਸਾਹਿਬ ਜਿਹੜੇ ਨੇ ਉਹ ਇਸ ਸੰਬੰਧੀ ਭਾਰਤ ਦੀ ਹਰ ਇੱਕ ਗਤੀਵਿਧੀ ਦੇ ਉੱਤੇ ਨਜ਼ਰ ਰੱਖ ਰਹੇ ਕਿ ਭਾਰਤ ਇਸ ਮੁੱਦੇ ਤੇ ਚੱਲਦਾ ਕਿੱਧਰ ਨੂੰ ਹੈ। ਤੇ ਨਾਲ ਦੀ ਨਾਲ ਇਹ ਵੀ ਦੱਸਦੀ ਹੈ ਕਿ ਸਿੰਧੂ ਨਦੀ ਦਾ ਰੌਲਾ ਪਾ ਕੇ ਉਹ
ਕਿ ਜੰਮੂ ਕਸ਼ਮੀਰ ਦੇ ਵਿੱਚ ਮਨੁੱਖੀ ਅਧਿਕਾਰਾਂ ਦਾ ਜਿਹੜਾ ਘਾਣ ਹੋ ਰਿਹਾ ਉਹਦੇ ਤੋਂ ਦੁਨੀਆਂ ਦਾ ਧਿਆਨ ਲਾਂਭੇ ਕੀਤਾ ਜਾ ਸਕੇ, ਪਾਸੇ ਕੀਤਾ ਜਾ ਸਕੇ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਦਾਅਵਾ ਕਰ ਦਿੱਤਾ, ਕਹਿੰਦੇ ਕਸ਼ਮੀਰ ਦਾ ਮੁੱਦਾ ਪਾਕਿਸਤਾਨ ਦੇ ਲਈ ਬਹੁਤ ਮਹੱਤਵਪੂਰਨ ਮੁੱਦਾ, ਅਸੀਂ ਪਹਿਲਾਂ ਵੀ ਅੰਤਰਰਾਸ਼ਟਰੀ ਪੱਧਰ ਤੇ ਚੁੱਕਦੇ ਰਹੇ ਹਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਅੰਤਰਰਾਸ਼ਟਰੀ ਪੱਧਰ ਤੱਕ ਇਸ ਮੁੱਦੇ ਨੂੰ ਅੱਗੇ ਲਿਜਾਂਦੇ ਰਹਾਂਗੇ। ਹੁਣ ਇੱਥੇ ਥੋੜੀ ਜਿਹੀ ਗੱਲ ਚੇਤੇ ਰੱਖਣ ਵਾਲੀ ਇਹ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਵਧਿਆ ਸੀ, ਉਹਦੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਅਚਾਨਕ ਸਿੰਧੂ ਜਲ ਸਮਝੌਤੇ ਤੇ ਇੱਕ ਮਾਹਿਰਾਂ ਦੀ ਰਿਵਿਊ ਮੀਟਿੰਗ ਕੀਤੀ ਸੀ ਤੇ ਰਿਵਿਊ ਮੀਟਿੰਗ ਤੋਂ ਬਾਅਦ ਇਹ ਗੱਲਾਂ ਬਾਤਾਂ ਵੀ ਚੱਲੀਆਂ ਸੀ ਕਿ ਜੇ ਕਿਤੇ ਭਾਰਤ ਨੇ ਸਖ਼ਤ ਕਦਮ ਲੈਂਦਿਆਂ ਸਿੰਧੂ ਨਦੀ ਦਾ ਪਾਣੀ ਪਾਕਿਸਤਾਨ ਵੱਲ ਨੂੰ ਜਾਣ ਨੂੰ ਰੋਕ ਦਿੱਤਾ ਤਾਂ ਪਾਕਿਸਤਾਨ ਦੀਆਂ 6 ਨਦੀਆਂ ਸੁੱਕ ਜਾਣਗੀਆਂ, ਪਾਕਿਸਤਾਨ ਦਾ ਇੱਕ ਹਿੱਸਾ ਹੌਲੀ ਹੌਲੀ ਰੇਗਿਸਤਾਨ ਚ ਤਬਦੀਲ ਹੋ ਸਕਦਾ ਹੈ। ਭਾਵੇਂ ਕਿ ਇਹ ਸਮਝੌਤਾ ਤੋੜਨਾ ਬਹੁਤ ਔਖਾ, ਅੰਤਰਰਾਸ਼ਟਰੀ ਪੱਧਰ ਦੇ ਉੱਤੇ ਭਾਰਤ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜ਼ਮੀਨੀ ਪੱਧਰ ਦੇ ਉੱਤੇ ਵੀ ਇੱਕਦਮ ਇਹ ਸੰਭਵ ਨਹੀਂ ਕਿ ਇੱਕ ਨਦੀ ਦਾ ਕਿਸੇ ਪਾਸੇ ਨੂੰ ਜਾਂਦਾ ਪਾਣੀ ਦਾ ਬਹਾਅ ਰੁਕਦੀ ਹੈ, ਬਹੁਤ ਲੰਬਾ ਸਮਾਂ ਲੱਗਦਾ ਹੈ। ਪਰ ਹਾਲ ਦੀ ਘੜੀ ਪਾਕਿਸਤਾਨ ਵਾਲੇ ਇਸ ਤਰ੍ਹਾਂ ਦੇ ਕਈ ਮਸਲਿਆਂ ਨੂੰ ਉਭਾਰ ਕੇ ਜਿਹੜੇ ਉੱਥੋਂ ਦੇ ਸ਼ਾਸਕ ਨੇ, ਹੁਕਮਰਾਨ ਨੇ, ਸੱਤਾਧਾਰੀ ਨੇ, ਉਹ ਆਪੋ ਆਪਣੀਆਂ ਗੱਡੀਆਂ ਜਿਹੜੀਆਂ ਬਚਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕਰ ਰਹੇ ਨੇ। ਜੀ ਬਾਟ ਸਾਹਿਬ, ਹੋਰ ਕੀ ਖਬਰ ਸਰ? ਟਿਵਾਣਾ ਸਾਹਿਬ, ਇੱਕ ਬੜੀ ਖਬਰ ਜਿਹੜੀ ਅਹਿਮ ਆ ਰਹੀ ਹੈ, ਇੰਦਰਬੀਰ ਸਿੰਘ ਬੁਲਾਰੀਆ ਹੋਰਾਂ ਦੀ ਸਮੱਸਿਆ ਥੋੜੀ ਜਿਹੀ ਵੱਧ ਹੀ ਪ੍ਰਤੀਤ ਹੁੰਦੀ ਹੈ। ਕਈ ਵਾਰੀ ਦੋਸ਼ ਜਿਹੜੇ ਹੁੰਦੇ ਆ ਦੋਸ਼ ਬਹੁਤੇ ਸਹੀ ਵੀ ਨਹੀਂ ਹੁੰਦੇ, ਪਰ ਬਿਨਾਂ ਦੋਸ਼ਾਂ ਦੇ ਉੱਤੇ ਗੱਲਬਾਤ ਕੀਤਿਆਂ, ਚੀਰਫਾੜ ਕੀਤਿਆਂ ਉਹ ਮਸਲਾ ਜਿਹੜਾ ਹੱਲ ਵੀ ਨਹੀਂ ਹੁੰਦਾ। ਹੁਣ ਇੰਦਰਬੀਰ ਸਿੰਘ ਬੁਲਾਰੀਆ ਹੁਣੇ ਹੁਣੇ ਅਕਾਲੀ ਦਲ ਛੱਡ ਕੇ ਕਾਂਗਰਸ ਪਾਰਟੀ ਚ ਆਏ ਆ, ਅਸਤੀਫਾ ਉਹਨਾਂ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਭੇਜਿਆ ਹੋਇਆ, ਅਜੇ ਤੱਕ ਪ੍ਰਵਾਨ ਨਹੀਂ ਹੋਇਆ। ਪਰ ਇਹਦੇ ਦੌਰਾਨ ਬਟਾਲੇ ਦਾ ਇੱਕ NRI ਜਿਹੜਾ ਕਿ ਸਿਆਟਲ ਅਮਰੀਕਾ ਦੇ ਵਿੱਚ ਰਹਿੰਦਾ, ਉਹਨੇ ਦੋਸ਼ ਲਾਇਆ, ਉਹ ਕਹਿੰਦਾ ਸਾਡਾ ਭਰਾਵਾਂ ਦਾ ਆਪਸ ਦੇ ਵਿੱਚ ਝਗੜਾ ਸੀ ਬਟਾਲੇ, ਸਾਡੀ ਕੋਠੀ ਆ ਅਰਬਨ ਸਟੇਟ ਦੇ ਵਿੱਚ ਬੜੀ ਤਕੜੀ, ਤੇ ਉੱਥੇ ਇੰਦਰਬੀਰ ਸਿੰਘ ਬੁਲਾਰੀਆ ਨੇ ਸ਼ਹਿ ਦੇ ਕੇ ਦਬਾਅ ਪਾ ਕੇ ਮੇਰੀ ਕੋਠੀ ਤੇ ਕਬਜ਼ਾ ਕਰਾਤਾ। ਕਹਿੰਦੇ ਜਦੋਂ ਮੈਂ 2014 ਦੇ ਵਿੱਚ ਆਇਆ ਤੇ ਮੇਰੀ ਕੋਠੀ ਤੇ ਕਿਸੇ ਨੇ ਕਬਜ਼ਾ ਕੀਤਾ ਹੋਇਆ ਸੀ, ਮੈਂ ਆ ਕੇ ਫਿਰ ਅਦਾਲਤ ਦੇ ਵਿੱਚ ਦਾਅਵਾ ਕੀਤਾ ਤੇ ਉਸ ਤੋਂ ਬਾਅਦ ਕੋਠੀ ਨੂੰ ਤਾਲਾ ਲੱਗ ਗਿਆ। ਪਰ ਹੁਣ ਜਦੋਂ ਮੈਂ ਅਗਸਤ ਮਹੀਨੇ ਕਹਿੰਦੇ ਫੇਰ ਆਇਆ ਆ 2016 ਚ ਹੁਣੇ ਹੁਣੇ, ਤਾਂ ਮੈਂ ਆ ਕੇ ਵੇਖਿਆ ਕਿ ਤਾਲਾ ਤੋੜਿਆ ਹੋਇਆ, ਕੋਠੀ ਦੇ ਵਿੱਚ ਬੰਦਾ ਉਹ ਫਿਰ ਹੀ ਜਾਂਦਾ। ਤੇ ਨਾਲ ਦੀ ਨਾਲ ਉਹਨਾਂ ਨੇ ਦੋਸ਼ ਲਾ ਦਿੱਤਾ ਕਿ ਉਸ ਬੰਦੇ ਦਾ ਰਿਸ਼ਤੇਦਾਰ ਹੈ MLA ਇੰਦਰਬੀਰ ਸਿੰਘ ਬੁਲਾਰੀਆ, ਤੇ ਬੁਲਾਰੀਆ ਪ੍ਰਸ਼ਾਸਨ ਤੇ ਦਬਾਅ ਪਾ ਕੇ ਮੇਰੀ ਉਸ ਕੋਠੀ ਦੇ ਉੱਤੇ ਨਜਾਇਜ਼ ਕਬਜ਼ਾ ਕਰਵਾ ਚੁੱਕਿਆ। ਉਹ ਵੱਖਰੀ ਗੱਲ ਹੈ ਕਿ ਜਦੋਂ ਇੰਦਰਬੀਰ ਸਿੰਘ ਬੁਲਾਰੀਆ ਨੂੰ ਪੁੱਛਿਆ, ਉਹ ਕਹਿੰਦੇ ਨਾ ਤਾਂ ਮੈਂ ਕੋਠੀ ਤੇ ਕਬਜ਼ਾ ਕਰਨ ਵਾਲੇ ਨੂੰ ਜਾਣਦਾ, ਨਾ ਮੈਨੂੰ ਇਹ ਪਤਾ ਕਿ ਬਟਾਲੇ ਦੇ ਵਿੱਚ SSP ਕਿਹੜਾ, ਤੇ ਨਾ ਮੈਂ ਅੱਜ ਤੱਕ ਕਿਸੇ ਵੀ ਕੋਠੀ ਦੇ ਉੱਤੇ ਨਜਾਇਜ਼ ਕਬਜ਼ਾ ਕਿਸੇ ਤਰ੍ਹਾਂ ਦਾ ਕਰਾਇਆ। ਕਹਿੰਦੇ ਮੈਨੂੰ ਸਿਆਸੀ ਤੌਰ ਤੇ ਬਦਨਾਮ ਕਰਨ ਦੀ ਜਿਹੜੀ ਉਹ ਸਾਜ਼ਿਸ਼ ਹੈ। ਉੱਧਰ ਜਦੋਂ SSP ਬਟਾਲੇ ਨਾਲ ਗੱਲਬਾਤ ਕੀਤੀ ਗਈ, ਉਹ ਕਹਿੰਦੇ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ, ਇਹਨਾਂ ਦਾ ਘਰੇਲੂ ਝਗੜਾ ਹੈ। ਤੇ ਘਰੇਲੂ ਝਗੜੇ ਦੇ ਵਿੱਚ ਇਹ ਐਵੇਂ ਕਹੀ ਜਾਂਦੇ ਨੇ ਕਿ ਪ੍ਰਸ਼ਾਸਨ ਦੇ ਉੱਤੇ ਦਬਾਅ, ਕਹਿੰਦੇ ਅਸੀਂ ਕਿਸੇ ਦਾ ਦਬਾਅ ਨਹੀਂ ਮੰਨਦੇ, ਜਿਹੜੇ ਦਸਤਾਵੇਜ਼ ਨੇ ਕਿਸੇ ਦੀ ਰਜਿਸਟਰੀ ਜਾਂ ਕਿਸੇ ਦੇ ਕੁਝ ਵੀ ਉਹ ਅਸੀਂ ਲੈਬੋਰਟਰੀ ਚ ਭੇਜੇ ਹੋਏ ਆ, ਜਾਂਚ ਹੋ ਕੇ ਆ ਜਾਣਗੇ, ਅਸੀਂ ਫੈਸਲਾ ਕਰ ਦੇਣਾ। ਪਰ ਨਾਲ ਦੀ ਨਾਲ ਇੱਕ ਗੱਲ ਬੜੀ ਸਾਫ਼ ਤੇ ਸਪਸ਼ਟ ਹੈ, ਇੰਦਰਬੀਰ ਸਿੰਘ ਬੁਲਾਰੀਆ ਜਦੋਂ ਦੇ ਕਾਂਗਰਸ ਪਾਰਟੀ ਚ ਆਏ ਆ, ਹਰਜਿੰਦਰ ਸਿੰਘ ਠੇਕੇਦਾਰ ਤੇ ਕਈ ਹੋਰ ਕਾਂਗਰਸ ਦੇ ਆਗੂ ਜਿਹੜੇ ਕਿ ਅੰਮ੍ਰਿਤਸਰ ਦੱਖਣੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੀ ਟਿਕਟ ਦੇ ਅੱਜ ਵੀ ਦਾਅਵੇਦਾਰ ਨੇ, ਉਹਨਾਂ ਨੇ ਠੋਕ ਕੇ ਬੁਲਾਰੀਆ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਹੋਇਆ ਕਿ ਇਹਨੇ ਕਾਂਗਰਸ ਪਾਰਟੀ ਦੇ ਵਰਕਰਾਂ ਤੇ ਅਕਾਲੀ ਦਲ ਚ ਹੁੰਦਿਆਂ ਪਰਚੇ ਬਹੁਤ ਕਰਾਏ ਸੀ। ਇਸ ਬੰਦੇ ਨੇ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਖੂੰਜੇ ਲਾਉਣ ਦੀ ਕੋਸ਼ਿਸ਼ ਬਹੁਤ ਕੀਤੀ ਸੀ, ਇਹਨੂੰ ਟਿਕਟ ਨਾ ਦੇ ਦਿਓ। ਹੁਣ ਇੱਕ ਪਾਸੇ ਕਾਂਗਰਸ ਪਾਰਟੀ ਦੇ ਅੰਦਰੋਂ ਬੁਲਾਰੀਆ ਦਾ ਵਿਰੋਧ ਬਹੁਤ ਹੋ ਰਿਹਾ, ਤੇ ਦੂਜੇ ਪਾਸੇ ਜਦੋਂ ਇਸ ਤਰੀਕੇ ਦੇ ਦੋਸ਼ ਲੱਗਦੇ ਆ, ਫਿਰ ਸੰਕਟ ਜਿਹੜਾ ਸਿਆਸੀ ਤੌਰ ਤੇ ਵਧਣਾ ਹੀ ਸੀ, ਉਹ ਵੀ ਉਸ ਵੇਲੇ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਬਿਲਕੁਲ ਸਿਰ ਤੇ ਖੜੀਆਂ ਨੇ। ਜੀ ਬਾਟ ਸਾਹਿਬ, ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਸ਼ੁਕਰੀਆ ਜੀ, ਧੰਨਵਾਦ। ਧੰਨਵਾਦ ਜੀ। ਸੋ ਦੋਸਤੋ, ਇਹ ਸਨ ਆਪਣੇ ਟੀਮ ਮੈਂਬਰ ਪਰਮਵੀਰ ਸਿੰਘ ਬਾਠ ਆਪਣੇ ਨਾਲ ਜੁੜੇ ਸੀ। ਸਰਦੀਆਂ ਦੀ ਸੋਹਣੀ ਰੁੱਤ ਆ ਗਈ ਹੈ, ਵਿਆਹਾਂ ਦੇ ਵਿੱਚ ਲੋਕੀ ਕਹਿਣਗੇ ਹੋਰ ਛੱਡੋ ਜੀ, ਪੌਸ਼ਟਿਕ ਭੋਜਨ ਖਾਓ, ਮੱਛੀ ਦੇ ਪਕੌੜੇ ਖਾਓ, ਹੈ ਨਾ, ਤੇ ਫਿਸ਼ ਕਰੀ ਖਾਓ, ਹੈ ਨਾ। ਪਰ ਫਿਸ਼ ਦਾ ਪੰਜਾਬ ਦੇ ਵਿੱਚ ਕੀ ਹਾਲ ਹੈ? ਪਟਿਆਲਾ ਦੇ ਵਿੱਚ ਅਸੀਂ ਕੁਝ ਮਿੱਤਰਾਂ ਨੇ ਬੜੇ ਸਾਲ ਪਹਿਲਾਂ ਇਹ ਰਿਪੋਰਟ ਕਵਰ ਕੀਤੀ ਸੀ ਕਿ ਜਿਹੜੀ ਇੰਡੀਆ ਦੇ ਵਿੱਚ ਫਿਸ਼ ਵਿਕਦੀ ਹੈ, ਉਸਨੂੰ ਮੁਰਦਿਆਂ ਤੇ ਲਾਉਣ ਵਾਲਾ ਜਿਹੜਾ ਕੈਮੀਕਲ ਹੁੰਦਾ ਨਾ, ਫਾਰਮਲਿਨ, ਉਹ ਲਾਇਆ ਜਾਂਦਾ। ਮੁਰਦੇ ਦੀ ਡੈੱਡ ਬਾਡੀ ਦੇ ਵਿੱਚ ਬੈਕਟੀਰੀਆ ਜਾਂ ਹੋਰ ਇਸ ਤਰ੍ਹਾਂ ਦੇ ਵਿਸ਼ਾਣੂ ਨਾ ਬਣਨ, ਕੀਟਾਣੂ, ਉਹ ਸਮੈਲ ਨਾ ਕਰੇ, ਇਸ ਕਰਕੇ ਉਹ ਜਿਹੜਾ ਫਾਰਮਲਿਨ ਹੈ ਉਹ ਮੋਰਚਰੀ ਦੇ ਵਿੱਚ ਆਮ ਇਜ਼ੀਲੀ ਚੋਰੀ ਹੋ ਜਾਂਦਾ, ਨਿਕਲ ਜਾਂਦਾ ਉੱਥੋਂ ਸਰਕਾਰੀ ਹਸਪਤਾਲਾਂ ਦੇ ਵਿੱਚੋਂ। ਉਹ ਜਿਹੜਾ ਫਾਰਮਲਿਨ ਹੈਗਾ ਉਹਦੇ ਚ ਕੀ ਕਰਦੇ ਨੇ ਇਹ ਮੱਛੀਆਂ ਦੇ ਪਕੌੜੇ ਬਣਾਉਣ ਵਾਲੇ, ਕਿਉਂਕਿ ਮੱਛੀ ਨੂੰ ਇੱਕ ਸਿਸਟਮ ਤੋਂ ਸਮੇਂ ਤੋਂ ਜ਼ਿਆਦਾ ਜੇ ਤੁਸੀਂ ਰੱਖੋ
ਤਾਂ ਉਹ ਸੜ ਜਾਂਦੀ ਹੈ, ਬੜੀ ਭੈੜੀ ਬੋ ਮਾਰਨ ਲੱਗ ਜਾਂਦੀ ਹੈ। ਤੇ ਇਹ ਕੀ ਕਰਦੇ ਨੇ, ਇੱਕ ਬਾਲਟੀ ਦੇ ਵਿੱਚ ਇੱਕ ਦੋ ਤੁਪਕਾ ਉਹ ਫਾਮਲਨ ਦਾ ਪਾ ਕੇ ਤੇ ਉਸ ਦੇ ਵਿੱਚੋਂ ਮੱਛੀ ਨੂੰ ਭਿਉਂ ਭਿਉਂ ਕੱਢੀ ਜਾਂਦੇ ਨੇ ਤੇ ਮੱਛੀ ਭਾਵੇਂ ਦੱਸਦੇ ਰੱਖ ਲਓ ਤਾਜ਼ੀ ਦੀ ਤਾਜ਼ੀ ਦਿਸੇਗੀ, ਜਿਸ ਤਰ੍ਹਾਂ ਮੁਰਦਾ ਪਿਆ ਹੁੰਦਾ ਡੈਡ ਬਾਡੀ, ਕੋਈ ਸਮੈਲ ਨਹੀਂ। ਆ ਪਿਛਲੇ ਸਾਲ ਆਪਾਂ ਰਿਪੋਰਟਿੰਗ ਵੀ ਕੀਤੀ ਸੀ, ਅੰਮ੍ਰਿਤਸਰ ਦੇ ਵਿੱਚ ਤਿੰਨ ਵੱਡੇ ਮੱਛੀ ਵਿਕਰੇਤਾ ਤੇ ਰੇਡ ਹੋਈ ਸੀ ਤੇ ਉਸ ਦੌਰਾਨ ਜਿਹੜੇ ਉਥੋਂ ਦੇ ਸਿਹਤ ਅਧਿਕਾਰੀ ਸੀ ਕਾਹਲੋਂ, ਮੇਰੇ ਖਿਆਲ ਨਿਰਮਲ ਸਿੰਘ ਕਾਹਲੋਂ ਹੋਰਾਂ ਦੇ ਬੇਟੇ ਨੇ ਸ਼ਾਇਦ ਉਹ ਮੇਰੇ ਖਿਆਲ ਚ, ਤਾਂ ਉਹਨਾਂ ਨੇ ਰੇਡ ਕੀਤੀ ਸੀ ਤਾਂ ਉਸ ਦੌਰਾਨ ਜਿਹੜੀ ਗੱਲ ਸਾਹਮਣੇ ਆਈ ਸੀ ਕਿ ਉਹ ਲੋਕਾਂ ਦੇ ਦੋਸ਼ ਲੱਗਿਆ ਸੀ ਕਿ ਉਹ ਫਾਰਮੂਲੇ ਲਾਉਂਦੇ ਨੇ। ਇਸੇ ਤਰ੍ਹਾਂ ਦੀ ਕਾਰਵਾਈ ਫੇਰ ਹੋਈ ਹੈ ਪਟਿਆਲਾ ਦੀ ਫੈਕਟਰੀ ਦੇ ਵਿੱਚ, ਜਿਹੜੇ ਪ੍ਰਵਾਸੀ ਮਜ਼ਦੂਰ ਜਾਂ ਕਾਫੀ ਉਥੋਂ ਮੱਛੀ ਖਰੀਦਦੇ ਨੇ, ਉਹ ਮੱਛੀ ਵੀ ਇਸ ਤਰ੍ਹਾਂ ਖੁੱਲੀ ਹੁੰਦੀ ਹੈ। ਉਸ ਮੱਛੀ ਦੇ ਬਾਰੇ ਵੀ ਜਿਹੜੀ ਸ਼ਿਕਾਇਤ ਕੀਤੀ ਹੈ ਇੱਕ ਸਥਾਨਕ MC ਨੇ, ਹਾਲਾਂਕਿ ਇਸ ਮੱਛੀ ਮਾਰਕੀਟ ਨੂੰ ਲੈ ਕੇ ਲੋਕਾਂ ਦਾ ਤੇ ਇਨ੍ਹਾਂ ਮੱਛੀ ਮਾਰਕੀਟ ਵਾਲਿਆਂ ਦਾ ਰੌਲਾ ਪੈ ਰਿਹਾ। ਸਰੋਤਿਆਂ ਨੂੰ ਬੇਨਤੀ ਹੈ ਹੋਲਡ ਤੇ ਰਹਿਣ ਪਲੀਜ਼। ਤੇ ਇਸ ਦੌਰਾਨ ਇੱਥੇ ਰੇਡ ਕੀਤਾ ਗਿਆ ਕਿਉਂਕਿ ਇਹ ਇਕੱਲੇ ਪੰਜਾਬ ਚ ਨਹੀਂ, ਪੂਰੇ ਭਾਰਤ ਦੇ ਵਿੱਚ ਇਹ ਕੁਝ ਚੱਲਦਾ ਕਿ ਜਿਹੜਾ ਫਾਰਮੂਲਨ ਹੈ ਕੈਮੀਕਲ ਬਹੁਤ ਘਾਤਕ ਹੈ, ਕਿਡਨੀਆਂ ਨੂੰ ਫੇਲ ਕਰ ਦਿੰਦਾ, ਹੋਰ ਬਿਮਾਰੀਆਂ ਲਾਉਂਦਾ, ਉਹ ਮੱਛੀ ਦੇ ਉੱਤੇ ਲਾਇਆ ਹੋਣ ਕਰਕੇ ਮੱਛੀ ਭਾਵੇਂ ਤੁਸੀਂ ਫਰਿੱਜ ਤੋਂ ਬਾਹਰ ਰੱਖੋ ਖਰਾਬ ਨਹੀਂ ਹੁੰਦੀ, ਪਰ ਉਹ ਸਿਹਤ ਲਈ ਬਹੁਤ ਘਾਤਕ ਹੈ। ਉਸਦੀ ਕੋਈ ਵੀ ਪਹਿਚਾਣ ਨਹੀਂ, ਉਹਦੀ ਪਹਿਚਾਣ ਉਹ ਆਪਣਾ ਜਿਹੜੇ ਸਿਹਤ ਅਧਿਕਾਰੀ ਸੀ ਅੰਮ੍ਰਿਤਸਰ ਵਾਲੇ ਕਾਹਲੋਂ ਸਾਹਿਬ ਹੋਰਾਂ ਨੇ ਦੱਸੀ ਸੀ ਕਿ ਉਸ ਮੱਛੀ ਦੇ ਟੁਕੜੇ ਨੂੰ ਤੁਸੀਂ ਓਪਨ ਜਗ੍ਹਾ ਤੇ ਰੱਖ ਦਿਓ ਜਿੱਥੇ ਮੱਖੀਆਂ ਹੋਣ, ਜੇ ਮੱਖੀਆਂ ਉਸ ਤੇ ਆ ਕੇ ਬੈਠ ਗਈਆਂ ਇਹਦਾ ਮਤਲਬ ਹੈ ਕਿ ਉਸ ਮੱਛੀ ਤੇ ਫਾਰਮੂਲਨ ਨਹੀਂ ਲੱਗਾ, ਜੇ ਮੱਖੀਆਂ ਆ ਕੇ ਨਹੀਂ ਬੈਠਦੀਆਂ ਇਹਦਾ ਮਤਲਬ ਉਸ ਮੱਛੀ ਨੂੰ ਫਾਰਮੂਲਨ ਦਾ ਕੋਟ ਕੀਤਾ ਹੋਇਆ ਤੇ ਕਿਸੇ ਵੀ ਤਰੀਕੇ ਨਾਲ ਤਾੜ ਲਓ ਉਹ ਉਸ ਦੇ ਅੰਦਰੋਂ ਨਹੀਂ ਜਾਂਦਾ। ਬਹੁਤ ਘਾਤਕ ਕੈਮੀਕਲ ਹੈ ਜਿਹੜਾ ਸ਼ਰੇਆਮ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਮੱਛੀ ਨੂੰ ਲਗਾ ਕੇ ਵੇਚਿਆ ਜਾਂਦਾ ਹੈ। ਸਵਾਗਤ ਜੀ, ਸਤਿ ਸ੍ਰੀ ਅਕਾਲ। ਹਾਂਜੀ ਬਾਈ, ਸਤਿ ਸ੍ਰੀ ਅਕਾਲ, ਸੁਖਿੰਦਰ ਬੋਲਦਾ। ਮੈਂ ਕਿਹਾ ਬਾਈ ਜੀ, ਮਜੀਠੀਆ ਨੂੰ ਤਾਂ ਮੈਂ ਸੁਖਬੀਰ ਨੂੰ ਇਹ ਗੱਲ ਪੁੱਛਣੀ ਚਾਹੁੰਦਾ, ਇਹਨਾਂ ਦੇ ਤਾਰੂ ਨੇ ਲਾਰਾ ਲਾਇਆ ਸੀਗਾ ਜਾਂ ਆਪਣੀ ਕੋਠੀ ਦਾ ਇੰਤਕਾਲ ਕਰਾਇਆ ਸੀ, ਬੜੇ ਜਿਹੜੇ ਇੰਡਸਟਰੀਅਲ ਆ ਵੀ ਤੁਹਾਡਾ ਮੈਂ ਕਰਜ਼ਾ ਮਾਫ਼ ਕਰੂੰ ਨਾ ਕਰੂੰਗਾ ਤਾਂ ਮੇਰੀ ਕੋਠੀ ਤੇ ਪਾ ਦਿਓ। ਜੇ ਕੈਪਟਨ ਤੋਂ ਮੰਗਦੇ ਆ ਤੇ ਹੁਣ ਅਡਵਾਨੀਆਂ ਦਾ ਜਾਂ ਬੜੇ ਬੜਿਆਂ ਲੋਕਾਂ ਦਾ ਕਰਜ਼ਾ ਉਹ ਮੋਦੀ ਸਾਹਿਬ ਕਰੀ ਜਾਂਦੇ ਆ, ਉਹ ਵੀ ਤਾਂ ਹੋ ਹੀ ਰਿਹਾ, ਗਰੀਬਾਂ ਨਾਲ ਕਿਉਂ ਨਹੀਂ ਹੋ ਸਕਦਾ? ਬਿਲਕੁਲ ਸਾਰੀ ਕੰਟਰੀ ਦੇ ਵਿੱਚ ਲਾ ਇੱਕ ਹੋਣਾ ਚਾਹੀਦਾ ਜਿੱਥੇ ਵੀ ਹੈਗਾ, ਜੇ ਉਹਨਾਂ ਦਾ ਮਾਫ਼ ਹੋ ਸਕਦਾ ਤੇ ਜ਼ਿੰਮੇਵਾਰੀ ਦਾ ਵੀ ਹੋ ਸਕਦਾ। ਜੀ ਜੀ ਜੀ, ਥੈਂਕ ਯੂ ਮਿਲਵਾਕੀ ਸਾਹਿਬ, ਬਿਲਕੁਲ ਓਕੇ ਬਾਈ ਜੀ, ਥੈਂਕ ਯੂ ਜੀ, ਥੈਂਕ ਯੂ ਸੁਖਵਿੰਦਰ ਜੀ, ਮਿਹਰਬਾਨੀ, ਥੈਂਕ ਯੂ। ਸੋ ਬਿਲਕੁਲ ਗੱਲ ਤੇ ਵਾਜਬ ਹੈ ਨਾ, ਪਰ ਉਹ ਵੱਡੇ ਲੋਕ ਪਾਲਿਸੀ ਮੇਕਰ ਨੇ ਨਾ ਅੰਬਾਨੀ ਅਡਾਨੀ, ਉਹ ਲੋਕ ਪਾਲਿਸੀ ਉਹ ਛੱਡੋ, ਤੁਸੀਂ ਆਮ ਜਿਹੜੇ ਵਪਾਰੀ ਨੇ ਉਹ ਸਾਰੇ ਆਪਣੇ ਆਪਣੇ ਹਲਕੇ ਦੇ ਲੀਡਰਾਂ ਨੂੰ MLA ਨੂੰ ਪੈਸੇ ਦਿੰਦੇ ਨੇ ਤੇ ਫਿਰ ਉਹਨਾਂ ਤੋਂ ਕੰਮ ਕਰਾਉਂਦੇ ਨੇ, ਸਾਰਾ ਇਹੀ ਕੁਝ ਹੋ ਰਿਹਾ। ਕੁਇਕ ਟਰੱਕ ਲਿਊਬ, ਟਰੱਕ ਸਰਵਿਸਿੰਗ ਲਈ ਉਗਾਨਾ, ਵਧੀਆ ਤੇਲ, ਚੰਗੇ ਫਿਲਟਰ ਪਵਾਓ, ਬੱਲੇ ਬੱਲੇ ਹੋ ਗੱਡੀ ਚਲਾਓ। ਤੁਸੀਂ ਇੱਕ ਟਰੱਕ ਚਲਾਉਂਦੇ ਜਾਂ ਮਿੱਤਰਾਂ ਦੀ ਫਲੀਟ ਹੋਵੇ, ਅਪਾਇੰਟਮੈਂਟ ਦੀ ਲੋੜ ਨਹੀਂ, ਡਰਾਈਵ ਥਰੂ ਕਰਾਓ, ਸੇਵ ਹੋਇਆ ਟਾਈਮ ਫੈਮਿਲੀ ਨਾਲ ਬਤਾਓ। ਕੁਇਕ ਟਰੱਕ ਲਿਊਬ, ਸਟੇਟ ਆਫ ਦੀ ਆਰਟ ਫੈਸਿਲਿਟੀ, ਟ੍ਰੇਨਡ ਟੈਕਨੀਸ਼ੀਅਨਸ, 2 ਲੋਕੇਸ਼ਨਸ, ਐਗਜ਼ਿਟ 268 ਹਾਈਵੇ 401 ਫੋਰ ਐਗਜ਼ਿਟ 5 QEW। ਉਤਸ਼ਾਹ ਸਾਡਾ, ਵਿਸ਼ਵਾਸ ਤੁਹਾਡਾ, ਅਜਿਹਾ ਆ ਆਪਣਾ ਰਿਸ਼ਤਾ। 519-622-0660, 519-622-0660, QTL, because we can. ਹਾਂਜੀ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ, ਕੌਣ ਬੋਲ ਰਹੇ ਹੋ? ਹਾਂਜੀ ਸਤਿ ਸ੍ਰੀ ਅਕਾਲ, ਥੋੜਾ ਸਾਹਿਬ ਅਮਨਦੀਪ ਬੋਲ ਰਿਹਾ ਜੀ, ਹੈਦਰਾਬਾਦ ਤੋਂ। ਜੀ ਅਮਨਦੀਪ ਜੀ ਸਵਾਗਤ ਹੈ, ਕੀ ਕਹਿਣਾ ਚਾਹੁੰਦੇ ਹੋ? ਮੈਂ ਜੀ ਮਤਲਬ ਸੋਰੀ, ਅੱਜ ਦਾ ਪ੍ਰੋਗਰਾਮ ਤਾਂ ਸੁਣ ਨੀ ਸਕਿਆ, ਮੈਂ ਹੁਣੇ ਆਇਆ ਸੀ ਡਿਊਟੀ ਤੋਂ। ਕੱਲ ਦੀ ਜਿਹੜੀ ਗੱਲ ਸੀ ਮੇਰੀ, ਮੇਰੇ ਕੱਲ ਦੀ ਗੱਲਾਂ ਨੇ ਜੀ ਅਮਰਿੰਦਰ ਸਿੰਘ, ਉਹਦੇ ਪ੍ਰਤੀ ਮੈਂ ਥੋੜੀ ਜੀ ਗੱਲ ਕਰਨਾ ਚਾਹੁੰਦਾ ਸੀ ਜੀ। ਜੀ ਮਤਲਬ ਜਿਹੜੀ ਆਪਾਂ ਕਹਿੰਦੇ ਪਾਰਟੀਆਂ ਦੀ ਗੱਲ, ਜਾਂ ਅਕਾਲੀ ਪਾਰਟੀ, ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ, ਉਹਦੇ ਵਿੱਚ ਮਤਲਬ ਸਾਰੇ ਬੰਦੇ ਗੱਲ ਕਰਦੇ ਆ ਵੀ ਠੀਕ ਹੈ ਇਹ ਪਾਰਟੀ ਨਵੀਂ ਆ ਜੀ। ਇਹਦੇ ਵਿੱਚ ਮੇਰੇ ਹਿਸਾਬ ਨਾਲ ਜਿਹੜੀ ਇੱਕ ਸੋਚ ਹੈ ਬੰਦੇ ਦੀ, ਜਿਵੇਂ ਮੈਂ ਆਪਣੀ ਸੋਚ ਤੋਂ ਦੱਸਦਾ ਵੀ ਥੋੜਾ ਜਿਹਾ ਟਾਈਮ ਲਊਗਾ, ਮੇਰਾ ਜਿਹੜਾ ਖਾਨਦਾਨ, ਮੈਂ ਦੱਸਾਂ ਕਿ ਸਾਡੇ ਦਾਦਾ ਜੀ ਗਦਰ ਨਹਿਰ ਦੇ ਵਿੱਚ ਸੀਗੇ, ਅਕਾਲੀ ਮਤਲਬ ਉਹ ਅਕਾਲੀ ਲਹਿਰ ਹੀ ਸੀਗੀ। ਗਦਰ ਨਹਿਰ ਦੇ ਵਿੱਚ ਅਮੈਰੀਕਾ ਤੋਂ ਸਾਡੇ ਦਾਦਾ ਜੀ ਸਰਦਾਰ ਸੁਮਨ ਸਿੰਘ ਜੀ ਅਮੈਰੀਕਾ ਤੋਂ ਵਾਪਸ ਆ ਗਏ ਸੀ। ਕਿਹੜਾ ਪਿੰਡ ਸੀ ਉਹਨਾਂ ਦਾ? ਜਿਉਣ ਵਾਲਾ ਪਿੰਡ ਹੈ ਜੀ ਸਾਡਾ। ਜਿਉਣ ਵਾਲਾ, ਅੱਛਾ ਹਾਂ, ਮੈਂ ਕੀਤਾ ਸੀ ਇਸ ਤੇ ਗਦਰੀ ਬਾਬਿਆਂ ਦੇ ਵਿੱਚ ਜ਼ਿਕਰ ਆਉਂਦਾ ਉਹਨਾਂ ਦਾ, ਫੁਮਨ ਸਿੰਘ ਜਿਉਣ ਵਾਲਾ। ਹਾਂਜੀ ਸਰਦਾਰ ਫੁਮਨ ਸਿੰਘ ਜੀ ਮੇਰੇ ਦਾਦਾ ਜੀ ਸੀ, ਸਾਡੇ ਪਿੰਡ ਦੇ ਇੱਕ ਹੋਰ ਸੀ ਸਰਦਾਰ ਕਿਸ਼ਨ ਸਿੰਘ ਜੀ।
ਉਹ ਵੀ ਸਾਡੇ ਪਿੰਡ ਦੇ ਸੀ ਜਾਣ ਵਾਲੇ ਦੇ ਮਤਲਬ ਠੀਕ ਹੈ ਉਸ ਤੋਂ ਬਾਅਦ ਸਾਡੇ ਡੈਡੀ ਜੀ ਹੋਣੀ ਸਾਡੇ ਡੈਡੀ ਡਾਕਟਰ ਸੀਗੇ ਸਾਡੇ ਤਾਇਆ ਜੀ ਸੀ ਉਹ ਵੀ ਇੱਕ ਟੀਚਰ ਵੀ ਸੀਗੇ ਔਰ ਹੋਮਿਓਪੈਥੀ ਦੇ ਡਾਕਟਰ ਵੀ ਸੀਗੇ ਮਤਲਬ ਉਹ ਹਿਸਾਬ ਨਾਲ ਸਾਡੇ ਖਾਨਦਾਨ ਦੇ ਹਿਸਾਬ ਨਾਲ ਉਹ ਸਾਡੇ ਦਾਦਾ ਜੀ ਗਦਰੀ ਬਾਬੇ ਸੀ ਉਹ ਉਸ ਤੋਂ ਬਾਅਦ ਡੈਡੀ ਹੋਣੀ ਅਕਾਲੀ ਪਾਰਟੀ ਜੋ ਸੀ ਮਤਲਬ ਸ਼ੁਰੂ ਤੋਂ ਹੀ ਤੱਕੜੀ ਹਾਂਜੀ ਠੀਕ ਹੈ ਹਾਂਜੀ ਪੰਥਕ ਪਾਰਟੀ ਹੈ ਜੀ ਅਕਾਲੀਆਂ ਨੂੰ ਵੋਟ ਪਾਉਣੀ ਉਦੋਂ ਬਾਅਦ ਅਸੀਂ ਸੋਚਦੇ ਨੀ ਹੁੰਦੇ ਸੀ ਛੋਟੇ ਸੀ ਚਲੋ ਵੱਡੇ ਹੋ ਗਏ ਅਸੀਂ ਬਾਹਰ ਆ ਕੇ ਕੰਮ ਕਰਨ ਲੱਗ ਗਏ ਉਸ ਤੋਂ ਬਾਅਦ ਮਤਲਬ ਲਾਸਟ ਤੱਕ ਸਾਡੇ ਡੈਡੀ ਜੀ ਐਕਸਪਾਇਰ ਹੋਏ ਜੀ ਪੰਜ ਛੇ ਸਾਲ ਹੋ ਗਏ ਤੇ ਉਦੋਂ ਉਹਨਾਂ ਦੇ 80 ਸਾਲ ਦੇ ਨੇੜ ਉਮਰ ਸੀ ਤੇ ਉਦੋਂ ਸਾਨੂੰ ਉਹ ਆਪ ਕਹਿਣ ਲੱਗ ਗਈ ਸੀਗੀ ਵੀ ਦੇਖੋ ਵੀ ਅਸੀਂ ਤਾਂ ਇੰਨਾ ਚਿਰ ਹੁਣ ਅਸੀਂ ਇੱਕ ਪਾਰਟੀ ਨਾਲ ਰਹਿ ਗਏ ਅਸੀਂ ਤਾਂ ਹੁਣ ਚੰਗੇ ਨੀ ਲੱਗਦੇ ਕੋਈ ਕੰਮ ਕਰਦੇ ਪਰ ਇਹ ਤੁਸੀਂ ਸੋਚ ਲੋ ਜਿਹੜਾ ਜੋ ਕੰਮ ਕਾਰ ਹੋ ਰਹੇ ਆ ਵੀ ਅਸੀਂ ਤਾਂ ਹੁਣ ਲਾਸਟ ਟਾਈਮ ਅੱਗੇ ਕੁਛ ਨੀ ਕਰ ਸਕਦੇ ਅਸੀਂ ਹੁਣ ਜੇ ਮਤਲਬ ਪਹਿਚਾਣਾ ਜਿਹਦੇ ਕੋਲੇ ਕਾਂਗਰਸ ਦਾ ਜੀ ਮੈਂ ਤੈਨੂੰ ਇੱਕ ਇਤਿਹਾਸ ਦੱਸਾਂ ਵੀ ਜਿਹਦੇ ਕਰਕੇ ਮੈਂ ਅੱਜ ਹੈਦਰਾਬਾਦ ਚ ਬੈਠਾ ਮੈਂ ਆਪਦੀ ਗੱਲ ਦੱਸਦਾ ਮੈਂ ਜੀ ਹਾਂ ਕਿ ਮੈਂ ਮਤਲਬ ਜਿਹੜੀ ਕਾਰਨ ਮੈਂ ਅੱਜ ਹੈਦਰਾਬਾਦ ਚ ਬੈਠਾ ਨਹੀਂ ਅੱਜ ਮੈਂ ਪੰਜਾਬ ਚ ਨੌਕਰੀ ਕਰਦਾ ਸੀ ਕਾਲਜ ਪੜ੍ਹਦੇ ਸੀ 90-92 ਚ ਉਦੋਂ ਹਾਲਾਤ ਇੰਨੇ ਖਰਾਬ ਹੋ ਗਏ ਤੇ ਘਰਦੇ ਕਹਿੰਦੇ ਵੀ ਮਿਲੀ ਜੀ ਇੱਥੇ ਰਹਿਣਾ ਚੰਗਾ ਨੀ ਤੇ ਤੁਸੀਂ ਚਲੋ ਵੇਖ ਲੋ ਅਸੀਂ ਉਹ ਕਰਕੇ ਬੰਬੇ ਸੀ ਵੱਡਾ ਭਾਜੀ ਬੰਬੇ ਸੀ ਉਹਨੂੰ ਡੈਡੀ ਨੇ ਮਤਲਬ ਕੰਪਰੈਸ ਕੀਤਾ ਵੀ ਨਹੀਂ ਤੂੰ ਉਹਨੂੰ ਲੈ ਜਾ ਇੱਥੇ ਦਾ ਕੋਈ ਪਤਾ ਨੀ ਕਾਲਜ ਪੜ੍ਹਨ ਜਾਂਦੇ ਆ ਸਾਨੂੰ ਨੀ ਪਤਾ ਸ਼ਾਮ ਨੂੰ ਆ ਜਾਣਗੇ ਕਿ ਨਹੀਂ ਆਉਣਗੇ ਉਹਦੇ ਕਰਕੇ ਅਸੀਂ ਬੰਬੇ ਆ ਗਏ ਹੁਣ ਬੰਬੇ ਤੋਂ ਬਾਅਦ ਹੈਦਰਾਬਾਦ ਆ ਗਏ ਭਾਜੀ ਹਜੇ ਵੀ ਉੱਥੇ ਰਹਿੰਦੇ ਤੇ ਮਤਲਬ ਇਹ ਮਤਲਬ ਬੰਦੇ ਦੀ ਇੱਕ ਕਿਸੇ ਕੋਈ ਵੀ ਬੰਦਾ ਗੱਲ ਕਰਦਾ ਉਹ ਵੀ ਸੋਚ ਹੁੰਦੀ ਆ ਵੀ ਯਾਰ ਇਹਨਾਂ ਨੇ ਕੀ ਕੀਤਾ ਮਤਲਬ ਮੈਂ ਇਹ ਨੀ ਕਹਿੰਦਾ ਮੈਂ ਜੇ ਤੁਸੀਂ ਜੋ ਕਹੋ ਵੀ ਕਿਸੇ ਪਾਰਟੀ ਦੇ ਹੱਕ ਚ ਪਰ ਜੇ ਹੁਣ ਉਧਰੋਂ ਵੀ ਮੇਰਾ ਦੇਖ ਲਿਆ ਉਹ ਕਹਿੰਦੇ ਵੀ ਸਾਡੇ ਅੱਜ ਤੱਕ ਅਸੀਂ ਸਾਡੇ ਇੱਕ ਚਾਚਾ ਜੀ 25 ਸਾਲ ਲਗਾਤਾਰ ਸਰਪੰਚੀ ਕੀਤੀ ਉਹਨਾਂ ਨੇ ਸਾਡੇ ਪਿੰਡ ਚਾਲੀ ਡਾਲ ਦੀ ਸਾਡੇ ਪਿੰਡ ਦਾ ਮੇਰੇ ਹਿਸਾਬ ਨਾਲ ਕੁਝ ਨਹੀਂ ਸੂਰ ਰਿਹਾ ਸੰਨ 1900 ਦੇ ਵਿੱਚ ਮੇਰੇ ਪਿੰਡ ਦੇ ਵਿੱਚ ਪ੍ਰਾਇਮਰੀ ਸਕੂਲ ਬਣਿਆ ਸੀ ਸੰਨ 1900 ਦੇ ਵਿੱਚ ਅਜੇ ਵੀ ਬੋਰਡ ਲੱਗਿਆ ਮੈਂ ਬੋਰਡ ਤੋਂ ਪੜ੍ਹਿਆ ਤੇ ਪ੍ਰਾਇਮਰੀ ਸਕੂਲ ਹਾਈ ਤਾਂ ਬਣ ਗਿਆ ਹੁਣ ਹਾਇਰ ਸੈਕੰਡਰੀ ਹੁਣ ਬਣਿਆ ਮੇਰੇ ਮਤਲਬ ਵਿਆਹ ਚ ਇਸ ਸਾਲ ਚ ਤੇ ਮਤਲਬ ਉਹ ਅਕਾਲੀ ਪਾਰਟੀ ਨੇ ਇੱਦਾਂ ਦੇ ਵੀ ਕੰਮ ਨੀ ਕੀਤੇ ਵੀ ਜਿਹਨੇ ਪੁਰਾਣੇ ਸਕੂਲ ਨੂੰ ਕੋਈ ਮਤਲਬ ਅਪਗ੍ਰੇਡ ਕੀਤਾ ਜਾਵੇ ਕਿ ਸਾਡੇ ਪਿੰਡ ਦੀਆਂ ਲੜਕੀਆਂ ਜਾਂਦੀਆਂ ਸੀ ਬਾਹਰ ਵਿਚਾਰੀਆਂ ਸਾਈਕਲਾਂ ਤੇ ਬੱਸਾਂ ਤੇ ਮਤਲਬ ਲਾਸਟ ਇਹ ਗੱਲ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀ ਇਹ ਬੰਦੇ ਦੀ ਕੋਈ ਵੀ ਬੰਦਾ ਜਿਹੜਾ ਵੀ ਗੱਲ ਕਰਦਾ ਫੋਨ ਤੇ ਕੋਈ ਵੀ ਬੋਲਦਾ ਉਹਦੇ ਆ ਜਿਹੜਾ ਦਿਮਾਗ ਹੁੰਦਾ ਉਹਦੇ ਵਿੱਚ ਇਹ ਸੋਚ ਜਾਂ ਇਹ ਗੱਲਾਂ ਇਹ ਘਟਨਾਵਾਂ ਜਦੋਂ ਉਹ ਸਾਰੀਆਂ ਘੁਮਾਉਂਦਾ ਉਦੋਂ ਉਹ ਫਿਰ ਬੰਦਾ ਬੋਲਦਾ ਰੁਝਾਨ ਰੱਖਦੇ ਨੇ ਜਿਸ ਤਰ੍ਹਾਂ ਤੁਹਾਡਾ ਪਰਿਵਾਰਕ ਪਿਛੋਕੜ ਤੁਸੀਂ ਦੱਸਿਆ ਬਹੁਤ ਬਹੁਤ ਧੰਨਵਾਦ ਹੈਦਰਾਬਾਦ ਵਾਲੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੋ ਬਾਈ ਜੀ ਉਹਨਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਸਾਫ਼ ਮੋਹਮਣ ਸਿੰਘ ਹੋਰੀ ਜੋਨਵਾਲਾ ਤੋਂ ਜਿਹੜੇ ਬਾਬਿਆਂ ਦੇ ਨਾਲ ਸੰਘਰਸ਼ ਉਹਨਾਂ ਨੇ ਕੀਤਾ ਗਦਰ ਮੂਵਮੈਂਟ ਦੇ ਦੌਰਾਨ ਉਸ ਤੋਂ ਬਾਅਦ ਅਕਾਲੀ ਲਹਿਰ ਦੇ ਵਿਚ ਵੀ ਮਤਲਬ ਕਿਤੇ ਨਾ ਕਿਤੇ ਆ ਕੇ ਲੋਕ ਜਿਹੜੇ ਨੇ ਪੁਰਾਣੇ ਟਕਸਾਲੀ ਅਕਾਲੀ ਨੇ ਹੁਣ ਤੁਸੀਂ ਮੈਂ ਨਾਂ ਨੀ ਲਵਾਂਗਾ ਕੈਨੇਡਾ ਦੇ ਵਿਚੋਂ ਜਿੰਨੇ ਮੁੰਡੇ ਕੰਮ ਕਰਦੇ ਨੇ ਆਪ ਪਾਰਟੀ ਲਈ ਪਿਛੋਕੜ ਤਾਂ ਉਹਨਾਂ ਦਾ ਅਕਾਲੀ ਹੈ ਨਾ ਗੱਲ ਉਹੀ ਹੈ ਨਾ ਕਿ ਪੋਲੀਟੀਕਲ ਜੀ ਜੀ ਸਵਾਗਤ ਜੀ ਬਲਵਿੰਦਰ ਖੱਕ ਬੋਲਦਾ ਭਾਜੀ ਗੱਲ ਜੀ ਖੱਕ ਸਾਹਿਬ ਕੀ ਹਾਲ ਹੈ ਜੀ ਬਸ ਠੀਕ ਹੈ ਜੀ ਸਾਹਿਬ ਕਿੱਦਾਂ ਬਸ ਵਧੀਆ ਪੱਤਰਕਾਰੀ ਦੀਆਂ ਗੱਲਾਂ ਹੋ ਰਹੀਆਂ ਪੰਨੂ ਸਾਹਿਬ ਸੁਣਾ ਗਏ ਨੇ ਪੱਤਰਕਾਰੀ ਦੇ ਜਿਸ ਤਰ੍ਹਾਂ ਧੂਰੀ ਦੇ ਵਿਚ ਮਰਡਰ ਹੋਇਆ ਤੇ ਬਾਕੀ ਤੁਸੀਂ ਦੱਸੋ ਸਾਰਾ ਤੁਸੀਂ ਪੱਤਰਕਾਰ ਵੀ ਹੋ ਬੈਲਜੀਅਮ ਤੋਂ ਸ਼ੀਸ਼ੇ ਬੜੇ ਮਸ਼ਹੂਰ ਨੇ ਤੁਹਾਡੇ ਮੁਤਾਬਕ ਤੁਹਾਡੀ ਜਰਨਲਿਜ਼ਮ ਦਾ ਸ਼ੀਸ਼ਾ ਕੀ ਕਹਿੰਦਾ ਹੈ ਕਿ ਜਿਹੜਾ ਪੰਜਾਬ ਦਾ ਸਿਆਸੀ ਭਵਿੱਖ ਹੈ NRI ਕੀ ਸੋਚਦੇ ਨੇ ਖੱਕ ਸਾਹਿਬ ਇਸ ਮੁਤਲਕ ਅੱਜ ਜੋ ਪਾਰਟੀਆਂ ਦੇ ਵਿਚ ਵੱਖਰੇਵੇਂ ਹੋਏ ਨੇ ਜੀ ਖਾਸ ਕਰਕੇ ਆਪ ਪਾਰਟੀ ਨਹੀਂ ਟਵਾਣਾ ਸਾਹਿਬ ਉਸ ਤੋਂ ਪਹਿਲਾਂ ਮੈਂ ਇੱਕ ਗੱਲ ਕਰਦਾ ਇੱਕ ਸਾਡੇ ਨਾ ਇੱਥੇ ਜਿਹੜਾ ਪਹਿਲੇ ਬਾਰਡਰ ਪੈਂਦਾ ਜਿਹੜਾ ਇੰਗਲੈਂਡ ਦੇ ਜੋਰਜ ਦੇ ਵਿੱਚ ਉਹਦੇ ਉੱਤੇ ਜਿਵੇਂ ਮਤਲਬ
ਜਿਆਦਾ ਜਿਵੇਂ ਅਨਲੀਗਲ ਬੰਦੇ ਉਧਰ ਜਾਂਦੇ ਆ, ਜਿੱਦਾਂ ਪਹਿਲਾਂ ਇੰਗਲੈਂਡ ਦੇ ਵਿੱਚ ਹੋਇਆ ਬ੍ਰਿਕਸ ਦਾ, ਬ੍ਰਿਕਸ ਦਾ ਉਹਦੇ ਵੀ ਮਤਲਬ ਹੁਣ ਜਿਹੜਾ ਨਾ ਇੱਕ ਯੂਰੋਪੀਅਨ ਯੂਨੀਅਨ ਉਹਦਾ ਇੰਗਲੈਂਡ ਵਿੱਚ ਥੋੜਾ ਸਮਝੌਤਾ ਹੋ ਰਿਹਾ ਵੀ ਉੱਥੇ 10,000 ਬੰਦਾ ਜੰਗਲਾਂ ਚ ਰਹਿ ਰਿਹਾ ਉੱਥੇ ਨਾ, ਫਰਾਂਸ ਦੇ ਵਿੱਚ, ਫਰਾਂਸ ਦੇ ਨਾਲ ਪੈਂਦਾ ਬੈਲਜੀਅਮ ਦੇ ਨਾਲ ਪੈਂਦਾ, ਤੇ ਉਹਨਾਂ ਨੂੰ ਉਹਨੇ ਟਾਈਟ ਕਰ ਦਿੱਤਾ ਵੀ ਉੱਥੋਂ ਅਸੀਂ ਉਹ ਜੰਗਲ ਹਟਾ ਦੇਣੇ, ਜੰਗਲ ਖਤਮ ਕਰ ਦੇਣੇ, ਮਤਲਬ ਬੂਟੇ ਵੀ ਖਤਮ ਕਰ ਦੇਣੇ, ਤੇ ਉੱਥੋਂ ਜਿਹੜਾ ਬੈਲਜੀਅਮ ਨੇ ਵੀ ਆਪਣੇ ਬਾਰਡਰ ਸਟ੍ਰਿਕਟ ਕੀਤੇ ਆ ਜਿਹੜੇ ਬੰਦੇ ਸਾਡੇ ਨਾਲ ਜ਼ਿਆਦਾ ਆ ਜਾਣ, ਤੇ ਇਹ ਜਿਹੜਾ ਮੇਨ ਹੈਗਾ ਜਿਹੜਾ ਕਾਫੀ ਉਹਨਾਂ ਵਿੱਚ ਅਫਗਾਨੀ ਮੇਨ ਤੇ ਹੈਗਾ। ਹੈਲੋ, ਹਾਂਜੀ ਹਾਂਜੀ ਮੈਂ ਸੁਣ ਰਿਹਾ। ਹਾਂਜੀ ਹਾਂਜੀ, ਬਾਕੀ ਇਹ ਤਾਂ ਤੁਹਾਨੂੰ ਮੈਂ ਦੱਸਦਾ ਜਿਹੜਾ ਯੂਰਪ ਦੀ ਗੱਲ ਹੈ। ਦੂਸਰੀ ਗੱਲ ਤਵਾਣਾ ਸਾਹਿਬ, ਮੈਂ ਇੱਕ ਨਾ ਜਿੱਦਾਂ ਇੱਕ ਪੱਤਰਕਾਰੀ ਦੇ ਤੌਰ ਤੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਵੀ ਕਈ ਵਾਰੀ ਮੈਂ ਤੁਹਾਨੂੰ ਬੜਾ ਬਾਤ ਕਰਦਾ, ਥੋੜਾ ਜਿਹਾ ਤੁਸੀਂ ਮੇਰਾ ਹੰਗਾਰਾ ਭਰੀ ਜਾਓ ਫਿਰ ਗੱਲ ਵਧੀਆ। ਮੈਂ ਸੁਣ ਰਿਹਾ ਤੁਹਾਡੀ ਗੱਲ, ਮੈਨੂੰ ਆਇਆ ਫਿਰ ਉਹ ਜਿਆਦਾ ਇੰਟਰਫੇਰੈਂਸ ਨਾਲ ਮੈਂ ਸੁਣ ਰਿਹਾ ਤੁਸੀਂ। ਮੈਨੂੰ ਇੰਟਰਫੇਰੈਂਸ ਵਧੀਆ ਲੱਗਦੀ ਥੋੜੀ ਜਿਹੀ, ਹੋ ਸਕਦਾ ਉੱਥੇ ਗਲਤ ਦੇ ਵਿੱਚ ਥੋੜਾ ਜਿਹਾ ਤੁਸੀਂ ਕਹਿ ਸਕਦੇ। ਤੇ ਉਹਦੇ ਵਿੱਚ ਇਹ ਆ ਜੀ, ਕਈ ਵਾਰੀ ਤੁਸੀਂ ਜਿੱਦਾਂ ਆਮ ਆਦਮੀ ਪਾਰਟੀ ਨੂੰ ਕਰਦੇ ਹੋ, ਬਹੁਤ ਮੈਨੂੰ ਕਈ ਵਾਰੀ ਬੁਰਾ ਵੀ ਲੱਗਦਾ ਵੀ ਯਾਰ ਆਹ ਕਾਹਤੋਂ ਹੱਥ ਟੈਮ ਏਦਾਂ ਕਰਦੇ। ਬੜਾ ਚਿਰ ਅਸੀਂ ਪੱਤਰਕਾਰੀ ਵਿੱਚ ਕਰਦੇ ਅਸੀਂ ਕਹਿੰਦੇ ਯਾਰ ਸਿਸਟਮ ਸੁਧਰਨਾ ਚਾਹੀਦਾ, ਆਹ ਚਾਹੀਦਾ, ਆਹ ਚਾਹੀਦਾ, ਪਰ ਬਹੁਤ ਸਾਰੇ ਮੈਂ ਇੱਕ ਦੋ ਰੇਡੀਓ ਜਿਹੜੇ ਇੱਥੇ ਦੇ ਸੁਣਦਾ ਸੀ ਬੜੇ ਸੁਣਦਾ, ਉਹਨਾਂ ਵਿੱਚ ਜਦੋਂ ਹੁਣ ਮੈਂ ਦੇਖਦਾ ਨਾ ਜੀ ਵੀ ਇੱਕ ਜਿਹੜਾ ਜਿੱਦਾਂ ਇੱਕ ਪੰਜਾਬ ਟੂਡੇ ਟੈਲੀਵਿਜ਼ਨ ਹੁੰਦਾ ਸੀ ਨਾ, ਉਹਦੇ ਅੰਗਾਂ ਜੀ ਮਤਲਬ ਤੁਸੀਂ ਕਦੇ ਕਿਸੇ ਵੀ ਮੀਡੀਆ, ਮੈਨੂੰ ਦੱਸ ਤਵਾਣਾ ਸਾਹਿਬ, ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਵੀ ਕਿਹੜਾ ਮੀਡੀਆ ਆ ਜਿੱਥੇ ਅੱਜ ਤੱਕ ਇਹ ਗੱਲਾਂ ਕੀਤੀਆਂ ਗਈਆਂ ਵੀ ਉਹ ਜਿਹੜੇ ਮੁਹੱਲਾ ਕਲੀਨਿਕ ਬੜੇ ਵਧੀਆ ਖੁੱਲੇ ਗਏ ਆ, ਜਾਂ ਜਾਂ ਜਿਹੜੇ ਫਲਾਈਓਵਰ ਵਿੱਚ ਜਿਹੜਾ ਪੈਸੇ ਬਚਾਉਣ ਡੇ ਆ, ਜਾਂ ਹੋਰ ਜਿਹੜਾ ਮੈਡੀਕਲ ਸਹੂਲਤਾਂ, ਜਾਂ ਜਿੱਦਾਂ ਹੁਣ ਮਤਲਬ ਉੱਥੇ ਤੇ ਜਿਹੜੀ ਕੰਮ ਕਰਨ ਨੂੰ ਰਿਸਟ੍ਰਿਕਸ਼ਨ ਲਾਈਆਂ ਜਾ ਰਹੀਆਂ ਨਾ, ਆਪਾਂ ਪੱਤਰਕਾਰੀ ਵਿੱਚ ਜਿਹੜੀ ਆਪਾਂ ਕਹਿ ਸਕਦੇ ਆਪਾਂ ਕ੍ਰਿਟੀਸਿਜ਼ਮ ਕਰਨਾ ਜ਼ਰੂਰੀ, ਜਿਹੜੀ ਉਹਨਾਂ ਦੀਆਂ ਗਲਤੀਆਂ ਉਹ ਕਰਨੀਆਂ ਜ਼ਰੂਰੀ ਆ, ਪਰ ਮੈਂ ਜਿਹੜਾ ਨਾ ਨੋਰਮਲੀ ਦੇਖਦਾ, ਤੁਹਾਡੀ ਗੱਲ ਨੀ ਕਰਦਾ, ਤੁਸੀਂ ਕਈ ਵਾਰੀ ਮੈਨੂੰ ਕਰਦਾ, ਪਰ ਮੈਂ ਬਹੁਤ ਟੀਵੀ ਰੇਡੀਓ ਚੈਨਲ ਜਿਹੜੇ ਦੇਖਦਾ ਮੈਂ ਉਹਨਾਂ ਵਿੱਚ, ਮੈਂ ਇੱਕ ਰੇਡੀਓ ਤੇ ਏਦਾਂ ਦੇਖਿਆ ਵੀ ਉਹ ਜੀ ਮੁੰਡਾ ਸਾਹਮਣੇ ਬੈਠਾ ਹੁੰਦਾ, ਮੈਂ ਘੱਟੋ ਘੱਟ 200 ਸੁਣ ਸਕਾਂ ਵੀ ਉਹਨੇ ਜੀ ਉਹ ਨਹਿਰ ਦਾ ਨੀਂਹ ਪੱਥਰ ਰੱਖਿਆ ਸੀ, ਉਹਨੇ ਆਹ ਕੀਤਾ ਜੀ, ਉਹਨੇ ਪਾਣੀ ਦੇ ਸਮਝੌਤੇ ਕੀਤੇ ਜੀ, ਆਹ ਸੀ ਆਹ ਸੀ ਆਹ ਸੀ, ਉਹ ਯਾਰ ਬਾਦਲ ਵੀ ਬਣ ਗਿਆ ਇੰਨੀ ਵਾਰੀ, ਕਾਂਗਰਸ ਵੀ ਇੰਨੀ ਵਾਰੀ ਬਣ ਗਈ, ਕੋਈ ਬੰਦਾ ਇੱਕ ਵਾਰੀ ਸਾਨੂੰ ਸਿਸਟਮ ਸੁਧਰਨ ਯੋਗਾ ਕੋਈ ਮੌਕਾ ਤਾਂ ਚਾਹੀਦਾ ਨਾ ਕਿਧਰੇ ਕਿਤੇ ਜੀ। ਜੇ ਆਪਾਂ ਠੀਕ ਹੈ ਜਿਹੜੀ ਚੀਜ਼ ਆ ਵੀ ਆਪਾਂ ਉਹ ਸਕਦੇ, ਮੰਨ ਲਓ ਤੁਸੀਂ, ਮੈਂ ਕਹਿੰਦਾ ਜੀ ਆਮ ਆਦਮੀ ਪਾਰਟੀ ਨੂੰ ਵੋਟਾਂ ਨਾ ਪਾਓ, ਕਾਂਗਰਸ ਨੂੰ ਅੱਗੇ ਵੀ 70 ਬਣਾਉਣੇ ਆ ਇਹਨਾਂ ਨੂੰ ਜੀ, ਅੱਗੇ ਵੀ 70 ਹੋ ਗਏ ਬਣਾਉਂਦੇ ਨੂੰ, ਇਹਨਾਂ ਨੂੰ ਬਣਾਉਂਦੇ ਹੀ ਆਏ ਆ, ਪਰ ਉਹਨਾਂ ਦੀ ਜਿਹੜੀ ਜਿਹੜੀ ਜਿਹੜੇ ਉਹਨਾਂ ਦੇ ਪੋਜ਼ਿਟਿਵ ਪੁਆਇੰਟ ਆ ਨਾ ਜੀ, ਜਿਹੜੇ ਜਿਹੜੇ ਉਹਨਾਂ ਦੇ ਜਿੱਦਾਂ ਤੁਸੀਂ ਕਹਿ ਸਕਦੇ ਹੋ ਇਲਾਜ ਦਾ ਫ੍ਰੀ ਕਹਿ ਸਕਦੇ, ਮੈਡੀਕਲ ਸਹੂਲਤਾਂ ਦੀ ਗੱਲ ਕਰ ਸਕਦੇ ਹੋ, ਜਿਹੜੀ ਤੁਸੀਂ ਉਹ ਜਿਹੜੀਆਂ ਪੁਆਇੰਟਸ ਹੈਗੇ ਨਾ ਜੀ, ਉਹ ਬਹੁਤ ਜ਼ਰੂਰੀ ਹੈ। ਜਿਹੜੇ ਮੈਂ ਚਾਹੁੰਦਾ ਇੱਕ ਐਜ ਏ ਪੱਤਰਕਾਰ ਦੇ ਤੌਰ ਤੇ ਚਾਹੁੰਦਾ ਵੀ ਜਿਹੜੇ ਪੁਆਇੰਟ ਨੈਗੇਟਿਵ ਪੁਆਇੰਟ ਵੀ ਚਾਹੀਦੇ, ਜਿੱਦਾਂ ਤੁਸੀਂ ਕਹਿੰਦੇ ਬਿਮਾਰੀਆਂ ਬਣ ਜਦੋਂ ਬੰਦੇ ਆ ਰਹੇ ਉਹ ਇੱਕ ਹੈਗਾ ਹੈ ਜਿੱਦਾਂ ਚਾਹੀਦਾ ਜ਼ਰੂਰੀ, ਪਰ ਮੈਂ ਤੁਹਾਨੂੰ ਦੱਸਦਾ ਕਈ ਵਾਰੀ ਜਿਵੇਂ ਵੈਲਟੀ ਛੱਟ ਰਿਹਾ ਤਵਾਣਾ ਸਾਹਿਬ, ਸਾਡੇ ਟਾਂਡਾ, ਮੈਂ ਤੁਹਾਨੂੰ ਟਾਂਡਾ ਏਰੀਆ ਦੀ ਗੱਲ ਦੱਸਦਾ, ਅੱਜ ਦੀ ਡੇਟ ਚ 2 ਕੈਂਡੀਡੇਟ ਹੈਗੇ ਆਮ ਆਦਮੀ ਪਾਰਟੀ ਦੇ ਜੀ, ਇੱਕ ਨਵਾਂ ਆ ਇੱਕ ਪੁਰਾਣਾ ਆ ਜੀ, ਔਰ ਜਿਹੜੇ ਜਿਹੜੀ ਯੂਥ ਬ੍ਰਿਗੇਡ ਆ ਜਿਹੜੀ, ਉਹ ਪੁਰਾਣਾ ਜਿਹੜਾ ਅਕਾਲੀ ਦਲ ਵਿੱਚ ਪੁਰਾਣਾ ਉੱਥੇ ਪ੍ਰਧਾਨ ਨੀ ਰਿਹਾ, ਮੈਂ ਕਿਹਾ ਉਹਨੂੰ ਚਾਹੁੰਦੀ ਆ ਜੀ, ਤਾਂ ਨਵੇਂ ਕੈਂਡੀਡੇਟ ਨੂੰ ਉੱਥੇ ਲੋਕ ਨਹੀਂ ਪਸੰਦ ਕਰਦੇ ਜਿਹੜਾ ਨਵਾਂ ਨਹੀਂ ਗਏ, ਹੁਣ ਉੱਥੇ ਕੀ ਕੀਤਾ ਜਾਊਗਾ ਜੀ। ਉਹ ਤਾਂ ਫਿਰ ਜੁਗਾੜਬਾਜ਼ੀ ਹੈ ਨਾ ਉੱਪਰ ਹਾਈ ਕਮਾਂਡ ਨਾਲ ਜਿਹੜਾ ਸੈੱਟ ਹੋ ਗਿਆ, ਜੇ ਤਾਂ ਇਹਨਾਂ ਨੇ ਇਮਾਨਦਾਰੀ ਨਾਲ ਚੋਣ ਜਿੱਤਣੀ ਹੈ ਫਿਰ ਤਾਂ ਨਵੇਂ ਨੂੰ ਦਰਕਿਨਾਰ ਕਰਕੇ ਜਿਹੜਾ ਰੂਟਸ ਨਾਲ ਜੁੜਿਆ ਹੋਇਆ ਵਿਅਕਤੀ ਉਸ ਨੂੰ ਟਿਕਟ ਦੇਣ। ਹੁਣ ਇਸੇ ਤਰ੍ਹਾਂ ਦਾ ਸਾਰਾ ਸਿਲਸਿਲਾ ਫਤਿਹਗੜ੍ਹ ਆਪਣਾ ਅਮਲੋਹ ਹਲਕੇ ਤੋਂ ਚੱਲ ਰਿਹਾ। ਅਮਲੋਹ ਤੋਂ ਜਿਹੜੇ ਵਿਧਾਇਕ ਨੇ ਕਾਕਾ ਰਣਦੀਪ ਸਿੰਘ ਨਾਭੇ ਵਾਲੇ, ਉਹ ਸਿਟਿੰਗ MLA ਨੇ ਕਾਂਗਰਸ ਦੇ, ਉੱਥੇ ਗੁਰਪ੍ਰੀਤ ਭੱਟੀ ਆਪ ਤੋਂ ਹੈ ਤੇ ਅਕਾਲੀ ਦਲ ਵੱਲੋਂ ਰਾਜੂ ਖੰਨਾ ਹੈ। ਤੇ ਜਿਹੜਾ ਪ੍ਰਸ਼ਾਂਤ ਕਿਸ਼ੋਰ ਦੀ ਰਿਪੋਰਟ ਨੇ ਸਰਵੇ ਕੀਤਾ ਜਾਂ ਜਿਹੜਾ ਆਮ ਜਰਨਲਿਸਟ ਸਰਵੇ ਕਰਦੇ ਆ, ਉਹ ਜਗਮੀਤ ਸੋਤਾ ਹੈ ਜਿਹੜਾ ਮੁੰਡਾ ਬਾਬਾ ਜਿਹੜਾ ਪਹਿਲਾਂ ਪੀਪਲਸ ਪਾਰਟੀ ਨਾਲ ਸੀ ਹੁਣ ਕਾਂਗਰਸ ਚ ਆ ਗਏ ਨੇ, ਉਹ ਸਭ ਤੋਂ ਮਤਲਬ ਸਟਰੋਂਗ ਕੈਂਡੀਡੇਟ ਹੈ। ਪਰ ਹੁਣ ਕਾਰਨ ਇਹੀ ਹੈ ਕਿ ਜੇ ਤਾਂ ਕਾਂਗਰਸ ਨੇ ਉਹ ਸੀਟ ਕੱਢਣੀ ਹੈ ਜਾਂ ਕੰਪੀਟੀਸ਼ਨ ਇਹਨਾਂ ਦੋਨਾਂ ਨੂੰ ਦੇਣਾ, ਫਿਰ ਤੇ ਉਹ ਜਗਮੀਤ ਬਾਵੇ ਨੂੰ ਦੇਵੇ ਸੋਤੇ ਨੂੰ। ਜੇ ਦੇਖ ਲਾ ਵੀ ਉੱਪਰ ਕਾਕੇ ਰਣਦੀਪ ਦੀ ਜਿਵੇਂ ਦਿੱਲੀ ਤੱਕ ਸੋਨੀਆ ਦਰਬਾਰ ਤੱਕ ਪਹੁੰਚਿਆ, ਜੇ ਉਹ ਲੈ ਗਿਆ ਗੱਲ ਉਹੀ ਹੈ ਨਾ ਜੀ।
ਨਹੀਂ ਤਿਵਾੜਾ ਸਾਹਿਬ ਦੋ ਚੀਜ਼ਾਂ ਮੈਂ ਦੇਖਦਾ, ਇੱਕ ਤੇ ਪ੍ਰਸ਼ਾਂਤ ਕਿਸ਼ੋਰ ਜਿਹੜਾ ਕੀ ਕਹਿੰਦੇ ਆ ਆਮ ਆਦਮੀ ਪਾਰਟੀ ਦਾ ਹੈਗਾ ਦਰਵੇਸ਼ ਪਾਠਕ ਔਰ ਕੇਜਰੀਵਾਲ, ਜਿਹੜੀ ਪਲੈਨਿੰਗ ਜਿਹੜੀ ਉਹਨੇ ਕੇਜਰੀਵਾਲ ਨੇ ਦਰਵੇਸ਼ ਨੇ ਕੀਤੀ ਨਾ ਦਿੱਲੀ ਚ, ਉਹਦੇ ਨਾਲ ਉਹਦੀਆਂ 60 ਸੀਟਾਂ ਆਈਆਂ। ਬੀਜੇਪੀ ਦੇ ਬੰਦਿਆਂ ਨੂੰ ਵੀ ਟਿਕਟਾਂ ਦਿੱਤੀਆਂ, ਜਿਹੜੇ ਐਮਸੀ ਸੀ ਬੀਜੇਪੀ ਦੇ ਬੰਦਿਆਂ ਨੂੰ ਲਿਆ ਕੇ ਥੋੜੇ ਦਿਨ ਪਹਿਲਾਂ ਟਿਕਟਾਂ ਦਿੱਤੀਆਂ ਉਹਨੇ। ਹਾਂ ਉਹ ਠੀਕ ਹੈ, ਉਹਨੇ ਅਬਜ਼ਰਵ ਕੀਤਾ, ਪਰ ਸਾਰਾ ਕ੍ਰੈਡਿਟ ਕਿ ਕੱਲਾ ਦੁਰਗੇਸ਼ ਪਾਠਕ ਕਰਾਮਾਤ ਨਹੀਂ ਕਰ ਸਕਦਾ, ਕਿਉਂਕਿ ਦੁਰਗੇਸ਼ ਪਾਠਕ ਜਿਹੜਾ ਦਾਵਾ ਕਰਦਾ ਨਾ ਕਿ ਮੈਂ IAS ਜੋੜ ਕੇ ਆਇਆ ਹਾਂ, ਕਰੋੜ ਲੱਖਾਂ ਲੋਕ IAS ਚਾਹੁੰਦੇ ਨੇ, ਇਹ ਕੋਈ ਕ੍ਰੈਡੀਬਿਲਟੀ ਨਹੀਂ ਹੈ ਕਿ ਦੁਰਗੇਸ਼ ਨੇ ਕਰਾਮਾਤ ਕਰਤੀ ਹੈ। ਠੀਕ ਹੈ, ਆਬਜ਼ਰਵਰ ਹੈਗਾ ਵਧੀਆ, ਨਹੀਂ ਇੱਕ ਬਿਨੇਬਿਲਟੀ ਫੈਕਟਰ, ਇਹ ਵੀ ਚਲੋ ਆਪਾਂ ਦੂਜੇ ਪਾਸੇ ਚੱਲ ਗਏ, ਜਿਹੜੀ ਬਿਨੇਬਿਲਟੀ ਫੈਕਟਰ ਦੀ ਗੱਲ ਕਰਦੇ, ਪਰ ਜਿਹੜੀ ਮੈਂ ਤੁਹਾਨੂੰ ਜਿਹੜੀ ਸੰਖੇਪ ਚ ਤੁਸੀਂ ਮੇਰੇ ਤੋਂ ਕੀ ਪੁੱਛਣਾ ਚਾਹੁੰਦੇ ਹੋ, ਤੁਸੀਂ ਆਪਣੇ ਵਧੀਆ ਸਾਰੇ ਵਿਚਾਰ ਰੱਖੇ ਨੇ, ਮੈਂ ਕੀ ਜਵਾਬ ਦੇਵਾਂ ਤੁਸੀਂ ਮੇਰੇ ਤੋਂ ਪੁੱਛ ਸਕਦੇ ਹੋ ਜੀ। ਮੈਂ ਤੇ ਦੇਖੋ ਜੀ ਰੇਡੀਓ ਪੰਜਾਬ ਦੀ ਦੇ ਔਰ ਤੁਹਾਡਾ ਰੇਡੀਓ ਸੁਣਦਾ, ਤੁਹਾਡਾ ਕ੍ਰਿਟਿਸਿਜ਼ਮ ਵੀ ਹੁੰਦਾ ਔਰ ਮੈਨੂੰ ਬੁਰਾ ਵੀ ਲੱਗਦਾ ਕਈ ਵਾਰੀ, ਪਰ ਤੁਸੀਂ ਉਹਦੇ ਵਿੱਚ ਤੁਹਾਡਾ ਪੋਜ਼ਿਟਿਵ ਹੁੰਦਾ, ਪਰ ਮੈਂ ਜਿਹੜਾ ਨਾ ਜੀ ਪਿਛਲੇ 8-9 ਮਹੀਨੇ ਤੋਂ ਸਾਲ ਤੋਂ 2 ਸਾਲ ਤੋਂ ਮੈਂ ਉਹਦੇ ਵਿੱਚ ਦੇਖਿਆ ਹੈ ਵੀ ਕਾਂਗਰਸ ਨੂੰ ਇੰਨਾ ਪਤਾ ਨੀ ਕੀ ਹਾਈਲਾਈਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਤਾ ਨੀ ਉਹ ਕਿਹਦੇ ਵੱਲੋਂ, ਸਾਡੇ ਵੱਲੋਂ, ਮੇਰੇ ਵੱਲੋਂ, ਮਤਲਬ ਤੋਂ ਮੇਰੇ ਵੱਲੋਂ, ਸਾਡੇ ਵੱਲੋਂ, ਨਹੀਂ 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 ਦੂਸਰਾ ਇੱਕ ਰੇਡੀਓ ਚੈਨਲ ਗੱਲ ਕਰਦਾ, ਉਹਦੇ ਵਿੱਚ ਚੱਕਰ ਕਰਦਾ ਵੀ ਜਿਹੜੇ ਸਾਡੇ ਪੱਤਰਕਾਰ ਹੈ ਤੇ ਆਪਾਂ ਚਾਹੁੰਦੇ ਰਹੇ ਹਾਂ, 60 ਸਾਲ ਮੇਰੀ ਉਮਰ 50 ਸਾਲ ਹੋ ਗਈ, ਅਸੀਂ ਚਾਹੁੰਦੇ ਯਾਰ ਸਿਸਟਮ ਸੁਧਰਨਾ ਚਾਹੀਦਾ, ਸਿਸਟਮ ਸੁਧਰੇ ਨੇ ਜੇ ਉਹਨੇ ਦਿੱਲੀ ਵਿੱਚ 1 ਸਾਲ ਚਾਹ ਕੁਛ ਕਰਕੇ ਦਿਖਾ ਰਿਹਾ ਹੈ, 1 ਸਾਲ ਹੋਇਆ, ਮੈਂ 1 ਸਾਲ ਲੱਗੀ ਨਾ, 5 ਸਾਲ ਨੀ ਹੋਏ, 1 ਸਾਲ ਹੋਇਆ ਉਹਨੇ ਕਰਕੇ ਕੁਛ ਦਿਖਾ ਲਿਆ, ਆਪਾਂ ਉਹਦੇ ਪੋਜ਼ਿਟਿਵ ਪੁਆਇੰਟ ਵੀ ਮੂਹਰੇ ਰੱਖੀ ਗਿਆ, ਉਹਨੇ ਕੀਤਾ ਬਿਲਕੁਲ ਰੱਖਣੇ ਚਾਹੀਦੇ ਆ। ਦੇਖੋ ਉਹਨਾਂ ਨੇ ਜਿਹੜੀਆਂ ਟਿਕਟਾਂ ਅਗਾਊਂ ਅਨਾਊਂਸ ਕੀਤੀਆਂ, ਮੈਂ ਕਿੰਨੀ ਵਾਰੀ ਐਪਰੀਸ਼ੀਏਟ ਕੀਤਾ, ਮੇਰਾ ਅੱਜ ਫੋਨ ਕਰਨ ਦਾ ਇਹ ਮਤਲਬ ਸੀ ਵੀ ਕਿੱਥੇ ਉਹਨੇ 150 ਕਰੋੜ ਬਚਾਇਆ, ਕਿਹੜੇ ਮੀਡੀਆ ਚੈਨਲ ਨੇ ਗੱਲ ਕੀਤੀ ਹੈ, ਚਾਹੇ ਨਹੀਂ, ਮੇਰੀ ਗੱਲ ਸੁਣੋ ਖੱਖ ਸਾਹਿਬ, ਜਿਹੜਾ 150 ਕਰੋੜ ਬਚਾਇਆ ਉਹ ਲੋਕਾਂ ਨੂੰ ਤਾਂ ਹੀ ਪੂਰੀ ਦੁਨੀਆਂ ਚ ਪਤਾ ਜੇ ਮੀਡੀਆ ਨੇ ਹਾਈਲਾਈਟ ਕੀਤਾ, ਇਹ ਗੱਲ ਨਾ ਕਹੋ ਤੁਸੀਂ, ਇਨਫੋਰਮੇਸ਼ਨ ਤਾਂ ਹੀ ਉੱਥੇ ਤੱਕ ਆਈ ਹੈ। ਨਹੀਂ ਤਵਾਣਾ ਸਰ, ਮੈਂ ਤੁਹਾਨੂੰ ਟੈਲੀਵਿਜ਼ਨ ਦੀ ਗੱਲ ਕਰਦਾ ਨਾ, ਪੋਸਟ ਦਾ ਟੈਲੀਵਿਜ਼ਨ ਦੇ ਪੁਰਾਣੇ ਬਰੋਡਕਾਸਟ ਦੇਖਣਾ ਚਾਹੁੰਦਾ ਕਿੱਥੇ ਬਚੇ ਆ, ਕਿਸੇ ਨੇ ਵੀ ਨਹੀਂ, ਮੈਂ ਤੁਹਾਨੂੰ ਟੈਲੀਵਿਜ਼ਨ ਸੋਸ਼ਲ ਮੀਡੀਆ ਕਰਦੇ ਤੇ ਉਹ ਕਹਿ ਸਕਦੇ ਮੈਂ ਸੁਣ ਲਿਆ ਆਹ ਚੀਜ਼ਾਂ ਹੋਈਆਂ, ਪਰ ਜਿਹੜੇ ਟੈਲੀਵਿਜ਼ਨ ਚੱਲਦੇ ਨੇ ਸਾਡੇ ਨੈਸ਼ਨਲ ਟੀਵੀ ਚੈਨਲ, ਉਹਨਾਂ ਪੇਡ ਸਿਸਟਮ ਹੈ ਜੀ, ਉਹਨਾਂ ਚ ਪੇਡ ਸਿਸਟਮ ਹੈ ਖੱਖ ਸਾਹਿਬ, ਤੁਸੀਂ ਬਿਹਤਰ ਜਾਣਦੇ ਹੋ, ਹੁਣ ਦੀਵਾਲੀ ਦੁਸਹਿਰਾ ਕਿਵੇਂ ਇਸ਼ਤਿਹਾਰ ਚੱਲਦੇ ਨੇ ਤੁਸੀਂ ਬਿਹਤਰ ਜਾਣਦੇ ਹੋ ਨਾ, ਉਹ ਤੇ ਹੈ ਹੀ ਹੈ, ਉਹ ਤੋਂ ਉਮੀਦ ਨਹੀਂ ਕੀਤੀ ਜਾ ਸਕਦੀ। ਸਾਡੇ ਮੀਡੀਆ ਚੈਨਲ ਨੇ ਜਿਹੜਾ ਜਿਹੜਾ ਹੁਣ ਮਹੱਲਾ ਕ੍ਰੀਏਟ ਕੀਤੇ ਜਾਂ ਹੁਣ ਰੋਡ ਡਿਜ਼ਾਇਨਿੰਗ ਜਿਹੜੇ ਕਰ ਰਿਹਾ, ਜਿੱਦਾਂ ਬਾਹਰ ਚੱਲਦੇ ਨਾ ਜੀ, ਕਿਤੇ ਖੱਬੇ ਮੋਨਾ ਸਾਈਕਲ ਦੀ ਲੇਨ ਵੱਖਰੀ, 8 ਮਹੀਨੇ ਹੋ ਗਿਆ ਉਹਨੇ ਰਾਜਪਾਲ ਨੇ ਫਾਈਲਾਂ ਡੱਕੀਆਂ ਪਈਆਂ, ਉਹ ਤੇ ਟੰਗ ਅੜਾਉਂਦੇ ਨੇ, ਉਹ ਤੇ ਟੰਗ ਅੜਾ ਰਹੇ ਨੇ, ਸ਼ਰਿਆਮ ਅੜਾ ਰਹੇ ਨੇ, ਉਹ ਤੇ ਰੋਜ਼ ਚਰਚਾ ਹੁੰਦੀ। ਸਾਨੂੰ ਐਜ ਏ ਪੱਤਰਕਾਰ ਜਿਹੜੀ ਚੀਜ਼ ਉਹਨਾਂ ਦੀ ਪੋਜ਼ਿਟਿਵ ਵੀ ਨਾਲ ਮੋਹਰੇ ਰੱਖਣੀ ਬਹੁਤ ਜ਼ਰੂਰੀ ਹੈ। ਬਿਲਕੁਲ ਬਿਲਕੁਲ, ਥੈਂਕ ਯੂ, ਬਿਲਕੁਲ ਹੋਣਾ ਚਾਹੀਦਾ। ਦੇਖੋ ਜਿਹੜੇ ਖੱਖ ਸਾਹਿਬ 2-3 ਸਵਾਲ ਉਠਾ ਕੇ ਗਏ ਨੇ, ਜਿੱਥੇ ਮੈਂ ਸਮਝਣਾ ਕਿ ਮੇਰਾ ਜਵਾਬ ਦੇਣਾ ਬਹੁਤ ਜ਼ਰੂਰੀ ਹੈ। ਹੁਣ ਤੱਕ ਦਾ ਜੋ ਸਾਡੇ ਸਿਸਟਮ ਰਿਹਾ ਉਹਦੇ ਵਿੱਚ ਬਹੁਤੇ ਪੱਤਰਕਾਰ ਹਮੇਸ਼ਾ ਲੋਕਾਂ ਦੀ ਜਿਹੜੀ ਵਾਹ ਹੈ ਨਾ ਉਸ ਪਾਸੇ ਨੂੰ ਵੀ ਕਈ ਵਾਰੀ ਝੁਕਾ ਰੱਖ ਜਾਂਦੇ ਨੇ, ਕੁਛ ਉਹਨਾਂ ਦੇ ਨਿੱਜੀ ਮਫਾਦ ਹੁੰਦੇ ਨੇ, ਅਦਾਰਿਆਂ ਦੇ ਮਫਾਦ ਹੁੰਦੇ ਨੇ, ਉਹ ਉਧਰ ਝੁਕਾ ਰੱਖ ਜਾਂਦੇ ਨੇ। ਪਰ ਮੈਂ ਸਮਝਦਾ ਕਿ ਜਿਹੜਾ ਪੱਤਰਕਾਰ ਦਾ ਪੇਸ਼ਾ ਹੈ ਉਸ ਦੇ ਪੇਸ਼ੇ ਤੇ ਕਿਸੇ ਤਰ੍ਹਾਂ ਦੇ ਜਿਹੜੇ ਪਿਆਰ ਹੈ ਪਾਰਟੀ ਪ੍ਰਤੀ, ਐਜ਼ ਏ ਵੋਟਰ ਕਿ ਮੈਂ ਕਿਸ ਪਾਰਟੀ ਨੂੰ ਚਾਹੁੰਦਾ, ਮੈਂ ਦੇਖੋ ਵੋਟ ਮੈਂ ਵੀ ਪਾਉਣੀ ਹੈ, ਪਹਿਲਾਂ ਵੀ ਪਾਈ ਹੈ, ਬਹੁਤ ਘੱਟ ਵਾਰੀ ਪਾਈ ਹੈ ਕਿਉਂਕਿ ਮੈਨੂੰ ਲੱਗਦਾ 2-3 ਵਾਰੀ ਮਸਾਂ ਵੋਟ ਪਾ ਸਕਿਆ ਹੂੰ, ਹਰ ਵਾਰੀ ਕਿਉਂਕਿ ਜਦੋਂ ਦੇ ਇਸ ਪੇਸ਼ੇ 'ਚ ਆਇਆ ਨਾ ਅਤੇ ਬਹੁਤ ਹੀ ਜਿਹੜਾ ਸਮਾਂ ਮਤਲਬ ਨਹੀਂ ਹੁੰਦਾ, ਕਈ ਵਾਰੀ ਫੀਲਡ 'ਚ ਰਿਪੋਰਟਿੰਗ ਕਿਤੇ, ਕਈ ਵਾਰ ਜੋਬ 'ਤੇ, ਪਿਛਲੀ ਵਾਰੀ ਵੀ ਜਦੋਂ ਇਲੈਕਸ਼ਨ ਹੋਏ ਨੇ ਲੋਕ ਸਭਾ ਦੇ ਵੀ ਅਤੇ ਉਸ ਤੋਂ ਪਹਿਲਾਂ ਵੀ ਜਿਹੜੀ ਬਾਦਲ ਸਰਕਾਰ ਜਦੋਂ ਜਿੱਤੀ ਹੈ ਉਦੋਂ ਵੀ ਮੈਂ ਬਹੁਤ ਭੱਜ ਕੇ ਵੋਟ ਪਾ ਕੇ ਆਇਆ ਸੀਗਾ ਕੁਛ ਦੇਰ ਰੇਡੀਓ ਪ੍ਰੋਗਰਾਮ ਰੋਕ ਕੇ। ਸੋ ਪਰ ਉਸ ਦੌਰਾਨ ਵੋਟ ਮੈਂ ਵੀ ਪਾਉਣਾ, ਪਰ ਕਿਤੇ ਨਾ ਕਿਤੇ ਮੇਰੀ ਵੀ ਨਿੱਜ ਹੁੰਦੀ ਹੈ ਕਿ ਕਿਹੜੀ ਪਾਰਟੀ ਨੂੰ ਵੋਟ ਪਾਈ ਜਾਵੇ, ਕਿਹੜਾ ਕੈਂਡੀਡੇਟ ਜਿੱਤੇ, ਪਰ ਮੈਂ ਸਮਝਦਾ ਕਿ ਉਹ ਮੇਰਾ ਨਿੱਜ ਮੇਰੀ ਜਰਨਲਿਜ਼ਮ ਤੇ ਭਾਰੂ ਨਹੀਂ ਹੋਣਾ ਚਾਹੀਦਾ। ਪੱਤਰਕਾਰੀ ਇਹ ਮੰਗ ਕਰਦੀ ਹੈ, ਅੱਜ ਜਿਸ ਤਰ੍ਹਾਂ ਵੇਵ ਹੈ, ਮੈਂ ਆਪਣੇ ਅਧਿਆਪਕ ਸਾਹਿਬਾਨ ਨੇ ਜਿਹੜੇ ਉਹਨਾਂ ਨੂੰ ਵੀ ਪੁੱਛਿਆ, ਜਤਿੰਦਰ ਪੰਨੂ ਜੀ ਵਰਗੇ ਲੋਕਾਂ ਨੂੰ ਵੀ ਪੁੱਛਿਆ ਤੇ ਉਹਨਾਂ ਸਾਰਿਆਂ ਤੋਂ ਗੱਲ ਪੁੱਛੀ ਕਿ ਅੱਜ ਦੀ ਡੇਟ 'ਚ ਪੱਤਰਕਾਰ ਨੂੰ ਕੀ ਕਰਨਾ ਚਾਹੀਦਾ। ਹੈਲੋ ਹੈਲੋ, ਹਾਂਜੀ ਵੀਰ, ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ ਜੀ, ਤੁਸੀਂ ਆਨ ਏਅਰ ਹੋ ਜੀ, ਚਮਕੌਰ ਸਿੰਘ ਜੀ।
ਹਾਂਜੀ ਵੀਰ ਜੀ, ਮੈਂ ਆਪਣਾ ਸੋਚਦਾ ਮਾਫ਼ੀ ਮੰਗ ਰਿਹਾ, ਮੈਂ ਕੋਈ ਕਾਂਗਰਸ ਦਾ ਸਪੋਰਟਰ ਨਹੀਂ, ਨਾ ਮੈਂ ਅਕਾਲੀ ਦਲ ਦਾ, ਨਾ ਮੈਂ ਆਮ ਆਦਮੀ ਦਾ। ਇੱਕ ਮੈਂ ਸੋਚਾਂ ਤੇ ਕਚਹਿਰੀ ਸਵਾਲ ਰੱਖਣਾ ਚਾਹੁੰਦਾ ਵੀ ਅਸੀਂ ਕਾਂਗਰਸ ਨੂੰ ਇਸ ਕਰਕੇ ਬੜਾ ਮਿਲਦੇ ਹਾਂ ਵੀ ਉਹਨੇ ਸਿੱਖਾਂ ਦਾ ਸ਼ਿਕਾਰ ਕੀਤਾ ਤੇ ਏਟੀ ਫੁੱਲ ਦਾ ਅਟੈਕ ਕੀਤਾ। ਕੀ ਵੀ ਜੀ ਇਕੱਲੀ ਕਾਂਗਰਸ ਹੀ ਜ਼ਿੰਮੇਵਾਰ ਹੈ ਇਸ ਅਟੈਕ ਵਾਸਤੇ? ਅਡਵਾਨੀ ਖੁਦ ਮੰਨਦਾ ਔਰ ਇੰਟਰਨੈਟ ਚਿੱਠੀਆਂ ਪਈਆਂ ਨੇ ਬਾਦਲ ਦੀਆਂ, ਬਰਨਾਲੇ ਦੀਆਂ ਤੇ ਲੌਂਗੋਵਾਲ ਸਾਹਿਬ ਦੀਆਂ ਲਿਖੀਆਂ ਹੋਈਆਂ ਗ੍ਰਹਿ ਮੰਤਰੀ ਉਸ ਵੇਲੇ ਨੂੰ ਉਹਦੇ ਚ ਸਾਰੀਆਂ ਉਹਦੇ ਚ ਮਾਫ਼ ਕਰਨਾ ਉਹਦੇ ਚ ਧਿਰਾਂ ਸਾਰੀਆਂ ਕਿਤੇ ਨਾ ਕਿਤੇ ਜ਼ਿੰਮੇਵਾਰ ਨੇ। ਉਹਦੇ ਚ ਕਿਤੇ ਨਾ ਕਿਤੇ ਜ਼ਿੰਮੇਵਾਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਵੀ ਨੇ, ਕਿਉਂਕਿ ਹੁਣ ਤੱਕ ਦਾ ਜਿਹੜਾ ਸਾਡਾ ਇਤਿਹਾਸ ਰਿਹਾ, ਭਾਵੇਂ ਗੁਰੂ ਸਾਹਿਬ ਨੇ ਮੁਗਲਾਂ ਦੀ ਸਹੁੰ ਜਾਂ ਪੰਡਤਾਂ ਰਾਜਿਆਂ ਦੀ ਸਹੁੰ ਚੁੱਕਣ ਤੇ ਕਿਲ੍ਹਾ ਆਨੰਦਪੁਰ ਖਾਲੀ ਕੀਤਾ, ਹਾਲਾਂਕਿ ਉਹਨਾਂ ਨੂੰ ਪਤਾ ਸੀ, ਜੋ ਸਟੱਡਰ ਜੀ ਸੀ ਜਾਂ ਉਹਨਾਂ ਨੂੰ ਪਤਾ ਸੀ, ਪਰ ਗੁਰੂ ਘਰ ਕਦੇ ਵੀ ਯੁੱਧ ਦਾ ਮੈਦਾਨ ਨਹੀਂ ਅਸੀਂ ਬਣਾਏ, ਅਕਾਲ ਤਖ਼ਤ ਕਦੇ ਰਿਹਾਇਸ਼ ਨਹੀਂ ਬਣਿਆ। ਇਸ ਕਰਕੇ ਅਸੀਂ ਉਸ ਪੱਖ ਨੂੰ ਨਾ ਮਾਫ਼ ਕਰਨਾ, ਸਾਡੇ ਬਹੁਤੇ ਸਿੱਖ ਉਸ ਪੱਖ ਨੂੰ ਨਾ, ਹੁਣ ਅਕਾਲ ਤਖ਼ਤ ਇੱਕ ਸਿੱਖਾਂ ਦੀ ਅਦਾਲਤ ਹੈ, ਜਦੋਂ ਉੱਥੇ ਸੰਤ ਰਹਿੰਦੇ ਰਹੇ ਤਾਂ ਮੇਰੇ ਖਿਆਲ ਆ ਤੁਸੀਂ ਤਾਂ ਸ਼ਾਇਦ ਵੇਖਿਆ ਹੋਣਾ ਉੱਥੇ ਟੋਇਲਟ ਵਾਸ਼ਰੂਮ ਵੀ ਬਣੇ ਹੋਣੇ ਆ ਫਿਰ। ਸਿਧਾਂਤ ਕਿੱਥੇ ਹੈ? ਉਹ ਸਿਧਾਂਤ ਕਿੱਥੇ ਹੈ ਕਿ ਉਹ ਇੱਕ ਸਰਵਉੱਚ ਸੀਗਾ ਅਦਾਲਤ, ਉੱਥੇ ਇਸ ਤਰ੍ਹਾਂ ਦੀਆਂ ਫੈਸਿਲਿਟੀਜ਼ ਮਾਫ਼ ਕਰਨਾ ਬਣਾਉਣੀ ਆ ਜਾਂ ਉਸਨੂੰ ਇੱਕ ਯੁੱਧ ਦਾ ਮੈਦਾਨ ਬਣਾਉਣਾ? ਕਿਉਂਕਿ ਜੇ ਤੁਸੀਂ ਇੱਕ ਦੇਸ਼ ਦੀ ਫੌਜ ਦੇ ਨਾਲ ਲੜਾਈ ਲੜ ਰਹੇ ਹੋ, ਇਹ ਪਤਾ ਹੈ ਕਿ ਨੁਕਸਾਨ ਹੋਣਾ, ਉਹਦੇ ਚ ਸਾਡੇ ਜਿਹੜਾ ਹਰਿਮੰਦਰ ਦਾ ਵੀ ਨੁਕਸਾਨ ਹੋਏਗਾ, ਇਹ ਤਾਂ ਸਾਨੂੰ ਕੰਧ ਤੇ ਲਿਖਿਆ ਸੀਗਾ। ਹਾਂ, ਉਸ ਕਰਕੇ ਕਿਤੇ ਨਾ ਕਿਤੇ ਸੰਤਾਂ ਦੀ ਸਟਰੈਟਜੀ ਸੀ ਜੀ ਜਿਹੜੀ, ਜਾਂ ਕੁਛ ਲੋਕ ਸੀਗੇ ਉਹ ਵੀ ਮਿਸਗਾਈਡ ਹੋਏ ਨੇ, ਇਹ ਗੱਲ ਮੰਨਣੀ ਪਵੇਗੀ। ਕਿਵੇਂ ਇੱਕ ਮੱਥਾ ਟੇਕਣ ਆਇਆ ਇੱਕ ਉੱਚ ਅਧਿਕਾਰੀ ਦਰਬਾਰ ਸਾਹਿਬ ਚ ਕਤਲ ਹੁੰਦਾ, ਕਿਤੇ ਏਦਾਂ ਹੁੰਦਾ ਹੋਇਆ ਕਦੇ ਦੁਸ਼ਮਣ ਵੀ ਮੱਥਾ ਟੇਕਣ ਆ ਜੇ ਕਿ ਅਸੀਂ ਉਹਨੂੰ ਗੋਲੀ ਮਾਰ ਲਈਏ, ਉੱਥੇ ਤੁਸੀਂ ਕੀ ਕਹੋਗੇ? ਨਾ ਤੁਸੀਂ ਇੱਕ ਤਰਫ ਨਾ ਵੇਖੋ ਕਿਸੇ ਚੀਜ਼ ਦਾ। ਤੁਸੀਂ ਬਹੁਤ ਵਧੀਆ ਗੱਲਬਾਤ ਕਰੀ ਹੈ, ਦੇਖੋ ਸਾਨੂੰ ਫਰਾਖ ਜਲੀ ਨਾ ਖੁਦ ਲਈ ਸਾਨੂੰ ਸੋਚਣ ਦੀ ਲੋੜ ਆ ਕਿ ਇਹ ਲੜਾਈ ਚੌਕ ਮੈਟਰ ਕਿਤੇ ਨਹੀਂ ਜਾ ਸਕਦੀ। ਬਿਲਕੁਲ, ਟਕਸਾਲ ਦੇ ਟਕਸਾਲ ਚਲੋ ਠੀਕ ਹੈ, ਉਹ ਇੱਕ ਟਕਸਾਲ ਇੱਕ ਵੱਖਰੀ ਉਹ ਗੁਰੂ ਘਰ ਚ ਹੈਗਾ, ਟਕਸਾਲ ਇੱਕ ਵੱਖਰੀ ਸੰਸਥਾ ਹੈ, ਟਕਸਾਲ ਚ ਲੜੀ ਜਾ ਸਕਦੀ ਸੀ। ਬਿਲਕੁਲ ਸਾਰੇ ਵੀਰ ਜੀ, 78 ਤੋਂ ਪਹਿਲਾਂ ਕੋਈ ਟਕਸਾਲ ਨਹੀਂ ਸੀ, ਜੱਥਾ ਪਿੰਡਾਂ ਜੱਥਾ ਮਹਿਤਾ ਸੀ, ਤੁਸੀਂ ਪੜ੍ਹੋ ਬਹੁਤ ਹਰਜਿੰਦਰ ਸਿੰਘ ਦਲਗੀਰ ਦੀ ਦਮ ਦਮੀ ਟਕਸਾਲ, ਉਹਨੇ ਸਾਰੀ ਬੰਸਾਲ ਨਾਮਾ ਕੁਛ ਲਿਖਿਆ ਸੀ, ਡੇਟਾ ਸਾਰਾ ਕੁਛ ਉਹਨੇ ਕੋਟ ਕੀਤਾ ਹੋਇਆ ਜੀ। ਚਲੋ ਖੈਰ, ਆਪਣੇ ਇਸ ਪਾਸੇ ਨੀ ਜਾਂਦੇ ਤੇ ਆਪਾਂ, ਮੈਂ ਹੋਰ ਗੱਲ ਵੀ ਚਾਹੁੰਦਾ, ਆਪਾਂ ਜਾਂਦੇ ਨੀ ਨਾ, ਦੁੱਖ ਤਾਂ ਇਸ ਗੱਲ ਦਾ, ਅਸੀਂ ਸਿੱਖ ਇਸ ਪਾਸੇ ਨੀ ਜਾਂਦੇ, ਮੈਂ ਤੁਹਾਨੂੰ ਨੀ ਕਹਿ ਰਿਹਾ, ਸਿੱਖ ਇਸ ਪਾਸੇ ਵੀ ਜਾਣੇ ਚਾਹੀਦੇ ਨੇ ਕਿ ਉਸ ਵਕਤ ਸੰਤਾਂ ਵਾਲੀ ਧਿਰ ਦਾ ਉਹਨੂੰ ਸਾਨੂੰ ਯੁੱਧ ਮੈਦਾਨ ਬਣਾਉਣਾ ਜਾਇਜ਼ ਸੀ, ਕਿਉਂਕਿ ਆਪਣੇ ਕੋਲ ਪਹਿਲਾਂ ਕਈ ਵਾਰੀ ਆ ਗਏ ਨੇ, ਆਪਣਾ ਉੱਚ ਪੁਲਿਸ ਅਧਿਕਾਰੀ ਨੇ ਆਈ ਜੀ ਇੰਟੈਲੀਜੈਂਸ ਰਹੇ ਨੇ ਇਕਬਾਲ ਸਿੰਘ ਲਾਲਪੁਰਾ, ਤਾਂ ਜਦੋਂ ਉਹਨਾਂ ਨੇ ਆਖਿਆ ਕਿ ਭਿੰਡਰਾਂ ਵਾਲਿਆਂ ਸੰਤਾਂ ਨੇ ਆਖਿਆ ਸੁਬੇਕ ਸਿੰਘ ਨੂੰ ਕਿ ਪਤਾ ਨੀ ਕਿ ਇਹਨਾਂ ਨੂੰ ਕੋਈ ਵਾਇਰਲੈਸ ਕਰੋ ਪਾਕਿਸਤਾਨ ਨੂੰ, ਉਹ ਕਹਿੰਦਾ ਜੀ ਕੋਡ ਕੀ ਹੈ, ਉਹ ਕਹਿੰਦਾ ਜੀ ਮੈਨੂੰ ਕੋਡ ਦਾ ਤਾਂ ਪਤਾ ਨਹੀਂ, ਫਿਰ ਵਾਇਰਲੈਸ ਸਿਸਟਮ ਤੁਹਾਡਾ ਕਾਹਦਾ ਹੋਇਆ, ਮਤਲਬ ਇੰਨੀ ਅਣਜਾਣਤਾ, ਇੰਨੀ ਕੱਚ ਘਰੜਤਾ, ਇੰਨਾ ਜਾਲ ਕਿ ਪਾਕਿਸਤਾਨ ਸਾਡੀ ਮਦਦ ਤੇ ਆ ਜਾਏਗਾ ਜੀ। ਬਿਲਕੁਲ ਵੀਰ ਜੀ, ਜੋ ਕੁਛ ਹੋਇਆ ਇਹ ਰਲ ਮਿਲ ਕੇ ਸਾਰਾ ਕੁਛ ਹੋਇਆ, ਨੁਕਸਾਨ ਸਿੱਖਾਂ ਦਾ ਬਹੁਤ ਜ਼ਿਆਦਾ ਹੋ ਗਿਆ, ਜੇ ਐਲਸੀ ਦੀ ਭਰਪਾਈ ਕਦੇ ਵੀ ਨਾ ਕੀਤੀ ਜਾ ਸਕੇ। ਹੁਣ ਆਪਾਂ ਵੀਰ ਜੀ ਮੈਂ ਗੱਲ ਕਹਿਣੀ ਚਾਹੁੰਦਾ, ਅੱਜ ਆਮ ਆਦਮੀ ਪਾਰਟੀ ਜਿਹੜੇ ਬੰਦੇ ਆਏ ਨੇ ਉਹ ਵੀ ਇਸ ਸਮਾਜ ਚ ਵੀ ਆਏ ਨੇ, ਕੋਈ ਚੰਦ ਦੁਨੀਆ ਆਏ, ਉਹਨੇ ਚੰਗੇ ਵੀ ਨੇ ਮਾੜੇ ਵੀ ਨੇ। ਹੁਣ ਜਿਹੜੀ ਗੱਲ ਧੱਕੀ ਹੋਈ ਆ ਲੋਕਾਂ ਨੂੰ, ਇੱਕ ਆਸ ਦੀ ਕਿਰਨ ਨਜ਼ਰ ਆਉਂਦੀ ਆ, ਇਹਨਾਂ ਦੋਨਾਂ ਪਾਰਟੀਆਂ ਤੋਂ ਲੋਕ ਬਹੁਤ ਨਾਰਾਜ਼ ਨੇ, ਜਿਹਦੀ ਬਦੌਲਤ ਆਮ ਆਦਮੀ ਪਾਰਟੀ ਵੱਲ ਲੋਕਾਂ ਦਾ ਝੁਕਾ, ਪਰ ਲੋਕ ਇਹ ਸੋਚਦੇ ਚਲੋ ਕਮ ਸੇ ਕਮ ਨਸ਼ੇ ਦੀ ਥੋੜੀ ਰੋਕ ਲੱਗ ਜਾਵੇ, ਕਰਪਸ਼ਨ ਤੇ ਰੋਕ ਲੱਗ ਜਾਵੇ, ਕੁਛ ਅਮਨ ਕਾਨੂੰਨ ਦੀ ਹਾਲਾਤ ਠੀਕ ਹੋ ਜਾਣ। ਇਹ ਲੋਕਾਂ ਦੀ ਮੇਨ ਦਸ਼ਾ ਹੈਗੀ ਆ ਜੀ, ਕਿਉਂਕਿ ਲੋਕ ਬਹੁਤ ਤੰਗ ਨੇ ਇਸ ਅਮਨ ਕਾਨੂੰਨ ਤੋਂ, ਇਸ ਨਸ਼ੇ ਤੋਂ, ਇਸ ਪੂਰਾ ਸਿਸਟਮ ਤੋਂ ਜੀ। ਸੋ ਲੋਕਾਂ ਨੂੰ ਵੀ ਪਤਾ ਵੀ ਬੰਦੇ ਨਾ ਕਿ ਮਾਰੇ ਆ ਗਏ ਨੇ, ਆ ਰਹੇ ਨੇ, ਪਰ ਲੇਕਿਨ ਫਿਰ ਜੀ ਲੋਕਾਂ ਕੋਲ ਬਦਲ ਕੋਈ ਨਹੀਂ ਹੈ। ਹੁਣ ਜੀ ਜਦੋਂ ਲੋਕ ਥੋੜਾ ਸੋਚਦੇ ਤਰਾਜੂ ਪਾ ਕੇ ਤੋਲਦੇ ਤਿੰਨਾਂ ਪਾਰਟੀਆਂ ਨੂੰ, ਭਾਰਤੀ ਜਨਤਾ ਪਾਰਟੀ, ਅਕਾਲੀ ਤੇ ਕਾਂਗਰਸ ਤੇ ਆਮ ਆਦਮੀ ਨੂੰ, ਤੇ ਆਮ ਆਦਮੀ ਪਾਰਟੀ ਦਾ ਪੰਗੜਾ ਥੋੜਾ ਜਿਹਾ ਭਾਰਾ ਹੋ ਜਾਂਦਾ, ਇਸ ਕਰਕੇ ਲੋਕ ਸੋਚ ਰਹੇ ਨੇ ਕਿ ਕੁਝ ਨਾ ਕੁਝ ਫਰਕ ਤਾਂ ਪਏਗਾ ਨਾ। ਬਾਕੀ ਵੀਰ ਜੀ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਕਰ ਰਹੇ ਹੋ, ਧੰਨਵਾਦ ਵੀਰ ਜੀ ਸਮਾਂ ਦੇਣ ਵਾਸਤੇ, ਸਤਿ ਸ੍ਰੀ ਅਕਾਲ ਵੀਰ ਜੀ। ਆਪਾਂ ਕਿਹੜਾ ਗੱਲ ਹੋਰ ਕਹਿਣਾ ਚਾਹੁੰਦਾ ਸੀਗਾ, ਜਿਹੜੇ ਮੇਰੇ ਵੀਰੇ ਕਹਿੰਦੇ ਨਾ ਵੀ ਇਹ ਕੋਲ ਉਹੀ ਕਰ ਲੈਂਦੇ ਆ, ਉਹਨਾਂ ਅੱਗੇ ਹੱਥ ਪਾਣੇ ਤੇ ਬੇਨਤੀ ਆ, ਕਈ ਵਾਰੀ 40 ਮਿੰਟ ਸਾਨੂੰ ਉਂਗਲੀ ਘਸਾਉਣੀ ਪੈਂਦੀ ਆ ਤਾਂ ਜਾ ਕੇ ਫੋਨ ਮਿਲਦਾ। ਓਕੇ ਜੀ, ਥੈਂਕ ਯੂ। ਹਾਂ ਚਲੋ, ਤੁਸੀਂ ਕਰਦੇ ਆ ਤਮੰਨਾ ਹੁੰਦੀ ਸਾਡੇ ਮਨ ਚ ਵੀ ਗੱਲ ਕੋਈ ਕਹਿਣੀ ਆ ਜਾਂ ਕਰਨੀ ਸੱਚੀ ਗੱਲ। ਬਿਲਕੁਲ, ਥੈਂਕ ਯੂ। 40 ਮਿੰਟ ਵੀਰ ਜੀ ਲੰਘ ਜਾਂਦੇ ਨੇ, ਕਿਹੜੀ ਉਂਗਲੀ ਘਸਾਉਣੇ? ਧੰਨਵਾਦ ਵੀਰ ਜੀ। ਮਿਹਰਬਾਨੀ ਮਿਹਰਬਾਨੀ ਜੀ। ਉਹ ਤਾਂ ਦਦਾਰ ਸਿੰਘ ਹੋਰੀ ਨੇ ਬਹੁਤ ਸੋਹਣੀ ਗੱਲ ਆਖੀ ਸੀ, ਕਹਿੰਦਾ ਭਾਜੀ ਸਾਡੀ ਤਾਂ ਫਸਟ ਫਿੰਗਰ ਹੀ ਚੀਚੀ ਬਣ ਗਈ ਹੈ। ਮੈਨੂੰ ਬੜਾ ਹਾਸਾ ਆਉਂਦਾ ਕਈ ਵਾਰੀ ਇਕੱਲੇ ਬੈਠੇ ਉਹਨਾਂ ਦੀ ਗੱਲ ਯਾਦ ਕਰਕੇ। ਬਿਲਕੁਲ, ਮੈਂ ਖੁਦ ਵੀ ਕਈ ਵਾਰੀ ਮਤਲਬ ਕਈ ਡਿਬੇਟ ਚੱਲਦੀਆਂ ਹੁੰਦੀਆਂ ਨੇ, ਕਈ ਵਾਰ ਫ੍ਰੀ ਹੁੰਦੇ ਹਾਂ ਤੇ ਆਪਣਾ
ਉੱਥੇ ਫਿਰ ਅਸੀਂ ਵੀ ਕੋਸ਼ਿਸ਼ ਕਰੀ ਦੀ ਹੈ ਕਿ ਐਜ਼ ਏ ਕਾਲਰ ਕਾਲ ਕੀਤੀ ਜਾਵੇ, ਖਾਸ ਕਰਕੇ ਦੂਰਦਰਸ਼ਨ ਜਲੰਧਰ ਜਾਂ ਕਈ ਵਾਰੀ ਕਿਸੇ ਚੈਨਲ ਤੇ। ਬਹੁਤ ਮੁਸ਼ਕਿਲ ਆ, ਬੜੀ ਪੇਸ਼ੈਂਸ ਨਾਲ ਕਾਲ ਮਿਲਾਉਣੀ ਪੈਂਦੀ ਹੈ। ਸਵਾਗਤ ਜੀ, ਸਤਿ ਸ਼੍ਰੀ ਅਕਾਲ। ਹੈਲੋ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਬੋਲਦਾ ਜੱਜੋ ਭਾਈ। ਮੁੱਦਾ ਤੁਹਾਡਾ ਬਹੁਤ ਵਧੀਆ ਆ ਰਿਹਾ, ਥੈਂਕ ਯੂ। ਤੁਹਾਡੇ ਦੀਆਂ ਸੰਤਾਂ ਵਾਲੇ ਵੀ ਥੋੜੇ ਚੰਗਾ ਪਾਇਆ, ਪਰ ਲੋਕੀ ਸਾਰੇ ਕਹੀ ਤੇ ਜਾਂਦੇ, ਪਰ ਉਹ ਤੁਹਾਡੇ ਵਾਲੀ ਗੱਲ ਇੱਕ ਆਦਮੀ ਸ਼ਰਧਾ ਦੇ ਕੁੱਲੂ ਪੰਜਾਬੀ ਬਹੁਤ ਸ਼ਕਤੀ ਬਣ ਰਿਹਾ ਹੈ ਜੀ। ਮੈਂ ਵੀ ਵਿੱਚੇ ਆਉਂਦਾ, ਇਹ ਨੀ ਮੈਂ ਬਾਹਰ ਆ, ਅਸੀਂ ਵਿੱਚੇ ਆਉਂਦਾ ਸ਼ਰਧਾ ਦੇ ਉਹਨਾਂ ਦੇਖਦੇ ਕੱਖ ਨੀ ਜੋ ਕਿ ਇਹਨੂੰ ਜੇ ਕਿਹੜਾ ਜੱਤ ਗਾਉਣ ਲੱਗਾ ਤਾਂ ਨੀ ਕੋਈ ਦੇਖਣਾ, ਜੇ ਇਹਨੂੰ ਬਦਨਾਮੀ ਦੇਣ ਲੱਗੇ ਤਾਂ ਨੀ ਦੇਖਣੀ ਤੇ ਕੀ ਕਰਨ ਦੇ ਕੀ ਨੀ ਕਰਨਾ ਜੀ। ਥੈਂਕ ਯੂ। ਜਿਹੜੀਆਂ ਕਦੇ ਵੀ ਰਾਜਨੀਤਿਕ ਲੜਾਈਆਂ ਏਦਾਂ ਨਹੀਂ ਲੜੀਆਂ ਜਾਂਦੀਆਂ ਹੁੰਦੀਆਂ ਜਿਵੇਂ ਦੇ ਉਦੋਂ ਹਾਲਾਤ ਬਣੇ, ਉਦੋਂ ਬਹੁਤ ਵਕਤ ਵਿਚਾਰਨ ਦੀ ਜ਼ਰੂਰਤ ਸੀਗੀ, ਪਰ ਹਾਲਾਤ ਇਸ ਤਰ੍ਹਾਂ ਦੇ ਕ੍ਰੀਏਟ ਹੋਏ ਜਾਂ ਕੀਤੇ ਗਏ, ਦੋਹਾਂ ਹੀ ਧਿਰਾਂ ਨੇ ਜੋ ਕੁਛ ਕੀਤਾ ਉਸ ਦੇ ਵਿੱਚ ਸਭ ਤੋਂ ਵੱਧ ਨੁਕਸਾਨ ਪੰਜਾਬੀਅਤ ਤੇ ਖਾਸ ਕਰਕੇ ਸਿੱਖ ਧਰਮ ਦਾ ਹੋਇਆ, ਨਾ ਪੂਰਾ ਹੋਣ ਵਾਲਾ ਘਾਟਾ। ਸਵਾਗਤ ਜੀ। ਜੀ ਫਲੋਰਾ ਸਾਹਿਬ, ਸਵਾਗਤ ਭਾਈ ਜੀ। ਵਧੀਆ, ਗੁੱਡ। ਜਿਹੜੇ ਸਵਾਲ ਦਾ ਮੈਂ ਗੱਲ ਜੀ ਜੀ, ਆਪਾਂ ਵਿਚਾਰ ਕਿਉਂ ਨੀ ਕਰ ਸਕਦੇ ਆਮ ਆਦਮੀ ਪਾਰਟੀ ਦੇ? ਮੈਨੂੰ ਨੀ ਸਮਝ ਲੱਗੀ ਅਜੇ ਤੱਕ। ਸਾਰੇ ਜਣੇ ਕਹਿੰਦੇ ਕਿ 70 ਸਾਲ ਆਪਾਂ ਬਾਕੀ ਪਾਰਟੀਆਂ ਨੂੰ ਮੌਕਾ, ਤੇ ਇਹਨਾਂ ਨੂੰ ਵੀ ਦੇਵਾਂਗੇ ਮੌਕਾ 5 ਸਾਲ, ਇਹਨੀ ਕੀ ਮੌਕਾ ਨੀ ਪਾਉਂਦੇ? ਪਰ ਜਿੱਥੇ ਕੋਈ ਚੀਜ਼ ਗਲਤ ਹੁੰਦੀ ਹੈ ਉੱਥੇ ਕਿਉਂ ਨੀ ਬੋਲਣਾ? ਮੈਨੂੰ ਮੈਂ ਉਹੀ ਅਸੀਂ ਵਿਚਾਰ ਕਿਉਂ ਨੀ ਕਰ ਸਕਦੇ? ਠੀਕ ਹੈ, ਉਹ ਸਹੀ ਕਰੂਗੀ, ਸਹੀ ਹੋ ਜੂਗਾ ਸਭ ਕੁਛ, ਗੱਲ ਵੱਖਰੀ ਹੈ, ਲੇਕਿਨ ਜਿੱਥੇ ਇੱਕ ਵਾਰੀ ਗਲਤੀ ਹੋ ਸਕਦੀ ਹੈ, ਦੋ ਵਾਰੀ ਗਲਤੀ ਹੋ ਸਕਦੀ ਹੈ, ਜਦੋਂ 50 ਦੀ ਗਲਤੀ ਹੋ ਜਾਂਦਾ ਜੀ। ਜੇ ਹੁਣ ਆਪਾਂ ਲੈ ਲਈਏ ਛੋਟੇ ਪੁਰਜੀ ਦਾ ਮਸਲਾ, ਉੱਥੇ ਜੇ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਇਹ ਗਲਤ ਹੈ, ਉਹਨਾਂ ਨੂੰ ਕਹਿ ਸਕਦੇ ਕਿ 3 ਸਾਲ ਕਮਿਸ਼ਨਰਸ਼ਿਪ ਰੱਖ ਲਈ ਹੈ, ਤੁਸੀਂ ਹੁਣ ਆ ਜਾਓ, ਤਾਂ ਉਹਨਾਂ ਨੂੰ ਹੋਰ ਅੱਗੇ ਦਿੰਦੇ ਉਹਨਾਂ ਨੂੰ ਰੱਖ ਸਕਦੇ। ਠੀਕ ਹੈ ਜੀ, ਜਸਵੀਰ ਜਸਰਾਜ ਜੱਸੀ ਹੈ, ਉਹਦਾ ਭੱਟੀ ਦੇ ਨਾਲ ਕੋਈ ਲੈਣ ਦੇਣ ਨਹੀਂ, ਉਹ ਮੁਹਾਲੀ ਰਹਿੰਦੇ ਨੇ, ਉਹ ਖੰਨੇ ਰਹਿੰਦੇ ਨੇ, ਉਹਦੇ ਵਿੱਚ ਇਹ ਕਰ ਸਕਦੇ ਸੀਗੇ ਕਿ ਉਹਦੀ ਗੱਲ ਸੁਣੀ ਜਾ ਸਕਦੀ ਸੀ ਕਿ ਉਹ ਸੱਚੀ ਕਹਿ ਰਿਹਾ ਕਿ ਗਲਤ ਹੈ, ਉੱਥੇ ਇਲਜ਼ਾਮ ਲੱਗੇ ਨੇ। ਠੀਕ ਹੈ, ਚਲੋ ਉਹਨੂੰ ਵੀ ਆਪਾਂ ਸਾਈਡ ਤੇ ਰੱਖ ਦਿੰਦੇ ਹਾਂ। ਕਿੰਨੇ ਹੀ ਆ, ਗਾਂਧੀ ਜੀ ਆ, ਖਾਲਸਾ ਜੀ ਆ, ਬਲਦੀਪ ਸਿੰਘ ਖਾਲਸਾ ਜੀ, ਆਪਣੇ ਜਿਹੜੇ ਤਰਨ ਤਾਰਨ ਵਾਲੇ ਨੇ ਖਾਲਸਾ ਜੀ, ਉਹ ਨੇ, ਮਤਲਬ ਇੰਨੇ ਜ਼ਿਆਦਾ ਬੰਦੇ ਗਲਤ ਤਾਂ ਨਹੀਂ ਹੋ ਸਕਦੇ? ਨਾਲੇ ਜਿਹੜੇ ਹੁਣ ਆਏ ਨੇ ਜਿਹਨਾਂ ਨੂੰ ਟਿਕਟਾਂ ਕਾਂਗਰਸੀਆਂ ਨੂੰ ਜਾਂ ਅਕਾਲੀਆਂ ਨੂੰ ਜਾਂ ਹੋਰਾਂ ਨੂੰ ਮਿਲ ਗਈਆਂ ਨੇ, ਕੀ ਗਰੰਟੀ ਹੈ ਕਿ ਉਹ ਜਿੱਤ ਕੇ ਤੁਹਾਡਾ ਸਾਥ ਦੇਣਗੇ? ਥੈਂਕ ਯੂ। ਪਲਾਂਟਡ ਵੀ ਹੋ ਸਕਦੇ ਆ, ਤਕੜੇ ਫੰਡੀਸ਼ਨ ਲਈ ਬੈਠੇ, ਜਿਵੇਂ ਹੁਣ 500 ਕਰੋੜ ਰੁਪਇਆ ਕਾਂਗਰਸ ਨੇ ਪ੍ਰਸ਼ਾਂਤ ਕਿਸ਼ੋਰ ਜੀ ਤੇ ਖਰਚਤਾ, ਉਹ ਕੁਛ ਤੱਕ ਪਲੈਨਿੰਗ ਕਰੇਗਾ ਅਕਸਰ, ਪਲਾਂਟਡ ਵੀ ਹੋ ਸਕਦੇ ਨੇ। ਮੈਨੂੰ ਇਹ ਨੀ ਸਮਝ ਆ ਰਹੀ, ਠੀਕ ਹੈ ਮੈਂ ਸਪੋਰਟ ਕਰਦਾ, ਮੈਂ ਵੀ ਸਪੋਰਟ ਕਰਦਾ ਆਮ ਆਦਮੀ ਪਾਰਟੀ ਦੀ, ਬਿਲਕੁਲ ਕਰਦਾ ਰਹਾਂਗਾ, ਜਦ ਤੱਕ ਇਹ ਬਹੁਤ ਜ਼ਿਆਦਾ ਸਿਆਸਤ ਚ ਆਉਣ ਤੋਂ ਬਾਅਦ ਵੀ ਗਲਤ ਨੀ ਕਰੇ, ਤਦ ਤੱਕ ਕਰਦਾ ਰਹਾਂਗਾ ਜਾਂ ਇਹ ਇਲੈਕਸ਼ਨਾਂ ਤੱਕ ਕਰਦਾ ਰਹਾਂਗਾ। ਪਰ ਅਸੀਂ ਵਿਚਾਰ ਕਿਉਂ ਨੀ ਕਰ ਸਕਦੇ? ਮੈਨੂੰ ਇਹ ਨੀ ਸਮਝ ਲੱਗਦੀ, ਇਹ ਗਲਤ ਹੈ। ਤਾਂ ਹੀ ਅਸੀਂ ਪਹਿਲਾਂ ਲੀਡਰ ਵਿਗਾੜੇ ਨੇ, ਪਹਿਲਾਂ ਵੀ ਏਦਾਂ ਸੀ ਜਦੋਂ ਬਾਦਲ ਜਿੱਤੇ ਆ ਨਾ, ਮੈਂ ਗੱਲ ਕੀਤੀ ਸੀ ਆਲ ਇੰਡੀਆ ਰੇਡੀਓ ਤੇ ਰਿਪੋਰਟ ਪੇਸ਼ ਕਰਨੀ ਪਈ ਮੈਨੂੰ ਉਦੇ, ਮਤਲਬ ਲੋਕ ਇੰਨੇ ਖੁਸ਼ ਸੀ ਵੀ ਪਤਾ ਨੀ ਕੀ ਲਾਟਰੀ ਖੁੱਲ ਗਈ, ਮਤਲਬ ਪ੍ਰੋਫੈਸਰਨੀਆਂ ਤੱਕ ਵੀ ਐਂ ਕਹਿੰਦੀਆਂ ਸੀ, ਮਾਫ਼ ਕਰਨਾ ਯੂਨੀਵਰਸਿਟੀ ਦੀਆਂ, ਕਿ ਸਾਨੂੰ ਤਾਂ ਐਂ ਲੱਗਦਾ ਜਿਵੇਂ ਸਾਡੀ ਆਪਣੀ ਸਰਕਾਰ ਬਣ ਗਈ। ਮਤਲਬ ਇੰਨੇ ਅਸੀਂ ਭਾਵੁਕ ਹੋ ਗਏ ਸੀ, ਮਤਲਬ ਇੰਨੇ ਹੁਲਾਰੇ ਚ ਕਿ ਬੱਲੇ ਬੱਲੇ ਪਤਾ ਨੀ ਕੀ ਹੋ ਗਿਆ, ਅਸੀਂ ਇੰਨੇ ਭਾਵੁਕ ਪੰਜਾਬੀ ਆ, ਇਹ ਹੁਣ ਵੀ ਭਾਵੁਕ ਤਾਂ ਹੀ ਹੈ। ਗਲਤੀ ਇੱਥੋਂ ਸ਼ੁਰੂ ਹੁੰਦੀ ਆ, ਗਲਤੀ ਤੁਹਾਡਾ ਜੀ ਇੱਥੋਂ ਸ਼ੁਰੂ ਹੁੰਦੀ ਆ, ਅਸੀਂ ਕੁਐਸਚਨ ਨਹੀਂ ਕਰਦੇ ਜੀ। ਜੇ ਇਹ ਕੁਐਸਚਨ ਅਸੀਂ ਇਲੈਕਸ਼ਨ ਤੋਂ ਪਹਿਲਾਂ ਕਰੀਏ, ਸ਼ਾਇਦ ਇਹਦੇ ਰਿਜ਼ਲਟ ਹੋਰ ਹੋਣ, ਕਿਉਂਕਿ ਉਹਨੂੰ ਪਤਾ ਹੋਊ ਕਿ ਦੁਬਾਰਾ ਲੋਕਾਂ ਨੇ ਕੁਐਸਚਨ ਕਰਨਾ। ਹਾਂ, ਥੈਂਕ ਯੂ। ਅਜੇ ਦਿੱਕਤ ਇੱਥੇ ਹੈ, ਥੈਂਕ ਯੂ। ਦੇਖੋ, ਗੁਰਬਖਸ਼ ਸਿੰਘ ਖਾਲਸਾ ਹੋਰਾਂ ਨੇ ਜਿਹੜੀ ਭੁੱਖ ਹੜਤਾਲ ਸ਼ੁਰੂ ਕੀਤੀ, ਪਹਿਲੀ ਕੀਤੀ ਜਦੋਂ ਗੁਰਦਾਸ ਮਾਨ, ਵੱਡੇ ਵੱਡੇ ਅਦਾਕਾਰ ਕਲਾਕਾਰ ਉੱਥੇ ਕਿੰਨੇ ਮਤਲਬ ਹੁੰਮ ਹੁਮਾ ਕੇ ਪਹੁੰਚੇ, ਤੇ ਫਿਰ ਨਿਕਲਿਆ ਕਿ ਦੂਜੀ ਚੋਸ ਤੋਂ ਵੀ ਡਾਊਨ, ਤੀਜੀ ਚੋਸ ਤੋਂ ਵੀ ਡਾਊਨ, ਅੱਜ ਕਿੱਥੇ ਹੈ? ਜ਼ੀਰੋ। ਇਸੇ ਤਰ੍ਹਾਂ ਮਤਲਬ ਸਿਮਰਜੀਤ ਮਾਨ ਹੋਰਾਂ ਨੂੰ ਰਿਕਾਰਡ ਤੋੜ ਵੋਟਾਂ ਪਈਆਂ, ਧਿਆਨ ਸਿੰਘ ਮਾਂਡਾ ਹੋਰਾਂ ਨੂੰ, ਬੀਬੀ ਬਿਮਲ ਕੌਰ ਖਾਲਸਾ। ਸੋ ਕੋਈ ਵੀ ਜਦੋਂ ਆਉਂਦਾ ਨਾ ਆਪਣਾ ਤਿੰਦਰਪਾਲ ਸਿੰਘ ਪਟਿਆਲੇ ਵਾਲਾ ਜਾਂ ਹੋਰ, ਅਸੀਂ ਮਤਲਬ ਸਾਡੀ ਪੰਜਾਬੀਆਂ ਦੀ ਜਿਹੜੀ ਆਦਤ ਹੈ ਨਾ ਕਿ ਅਸੀਂ TC ਤੇ ਚੜਾ ਦਿੰਦੇ ਹਾਂ ਤੇ ਫਿਰ TC ਤੋਂ ਟੋਏ ਚ ਸਿੱਟਦੇ ਹਾਂ, ਨਾ ਉਦੋਂ ਸੋਚਦੇ ਹਾਂ ਨਾ ਸਿੱਟਣ ਵੇਲੇ ਸੋਚਦੇ ਹਾਂ। ਕਦੇ ਸੁੱਚਾ ਸਿੰਘ ਛੋਟੇ ਪਰ ਹੀਰੋ ਸੀ, ਅੱਜ ਸੁੱਚਾ ਸਿੰਘ ਛੋਟੇ ਪਰ
ਜਿੰਨਾ ਮਤਲਬ ਗਦਾਰ ਲੱਗਦਾ ਆਮ ਆਦਮੀ ਪਾਰਟੀ ਵਾਲਾ ਉਹ ਕਮਾਲ ਹੀ ਹੈ। ਸਵਾਗਤ ਜੀ। ਕਿਉਂਕਿ ਜੇ ਅਸੀਂ ਨਿਗਰ ਆਲੋਚਨਾ ਕਰਦੇ ਰਹੀਏ ਜਿੱਥੇ ਕਿਤੇ ਕੇਜਰੀਵਾਲ ਗਲਤ ਹੈ ਲੋਕਾਂ ਦਾ ਸੁਨੇਹਾ ਜਾਵੇ, ਕਿਉਂਕਿ ਕੇਜਰੀਵਾਲ ਆਪਣੀਆਂ ਗਲਤੀਆਂ ਮੰਨਦਾ ਜਦੋਂ ਉਹਦਾ ਮੰਤਰੀ ਜਾਲੀ ਮਾਮਲੇ ਚ ਫੜਿਆ ਗਿਆ ਕਿ ਮੋਦੀ ਜੀ ਹਮਸੇ ਤੋਂ ਗਲਤੀ ਹੋ ਗਈ ਹੈ, ਆਪ ਆਪਣਾ ਧਿਆਨ ਰੱਖੀਏ ਜਤਿੰਦਰ ਤੋਮਰ ਦੀ ਫਰਜ਼ੀ ਡਿਗਰੀ ਮਾਮਲੇ ਚ। ਜੇ ਤਿੰਨ ਕੈਬਨਿਟ ਮੰਤਰੀਆਂ ਨੂੰ ਖੁਦ ਬਾਹਰ ਕਰਨਾ ਪਿਆ ਤੇ ਫਿਰ ਤੁਸੀਂ ਕਿੱਥੇ ਕਾਬਲੀਅਤ ਤੇ ਸਵਾਲ ਖੜੇ ਕਰੋਗੇ? ਮੈਂ ਨਹੀਂ ਕਹਿੰਦਾ ਕਿ ਉਹ ਕਾਬਲ ਨਹੀਂ, ਪਰ ਲੋਕ ਤਾਂ ਇੱਥੋਂ ਹੀ ਨੇ। ਤੁਸੀਂ ਇੰਨਾ ਬਲਾਇੰਡ ਫੇਥ ਕਰਦੇ ਹੋ ਕਿ ਕੇਜਰੀਵਾਲ ਦਾ ਹਰ ਫੈਸਲਾ ਸਹੀ ਹੈ, ਫਿਰ ਜਤਿੰਦਰ ਤੋਮਰ ਤੇ ਦੂਸਰਾ ਜਿਹੜਾ ਮਿਨਿਸਟਰ ਸੀ ਅਹਿਮਦ ਹੋਰੀ ਕਿਵੇਂ ਕੈਬਨਿਟ ਚ ਆ ਗਏ ਕੇਜਰੀਵਾਲ ਦੇ ਅੱਖੀਂ ਘੱਟਾ ਪਾ ਕੇ? ਜਾਲੀ ਡਿਗਰੀ ਕਿੰਨਾ ਕੁ ਇਨਵੈਸਟੀਗੇਸ਼ਨ ਦੀ ਲੋੜ ਹੈ ਕਿ ਡਿਗਰੀ ਸਹੀ ਹੈ ਕਿ ਜਾਲੀ ਹੈ? ਉਹ ਬੰਦਾ ਇੱਥੋਂ ਤੱਕ ਧੋਖਾ ਕਰ ਗਿਆ, ਕਾਨੂੰਨ ਮੰਤਰੀ ਜਾਲੀ ਡਿਗਰੀਆਂ ਲੈ ਕੇ ਕੈਬਨਿਟ ਮਿਨਿਸਟਰ ਬਣ ਗਿਆ। ਇਸ ਕਰਕੇ ਬਹੁਤ ਲੋਕ ਗਲਤ ਵੀ ਹੋ ਸਕਦੇ ਨੇ, ਆਮ ਲੋਕਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ ਕੇਜਰੀਵਾਲ ਨੂੰ ਵੀ। ਸਵਾਗਤ ਜੀ। ਦਰਬਾਰ ਸਾਹਿਬ ਤੇ ਉਹਦੇ ਵਿਚ ਮੈਂ ਤਾਂ ਕਹਿੰਦਾ ਭਾਜੀ ਮੋਸਟਲੀ ਆਪਣੇ ਬੰਦੇ ਪੰਜਾਬੀਆਂ ਦਾ ਹੀ ਹੱਕ ਜ਼ਿਆਦਾ ਹੱਥ ਹੋ ਸਕਦਾ ਸੀਗਾ। ਇੰਦਰਾ ਗਾਂਧੀ ਨੂੰ ਆਪਾਂ ਮਾੜਾ ਕਹਿੰਦੇ ਹਾਂ, ਮੈਂ ਨਾ ਚੰਗਾ ਨਾ ਮਾੜਾ ਕੁਛ ਨੀ ਕਹਿੰਦਾ, ਮੇਰੇ ਉੱਤੇ ਆਪਣੇ ਨਾਲ ਗੱਲ ਸ਼ੇਅਰ ਕਰਨਾ ਚਾਹੀਏ। ਇੰਦਰਾ ਗਾਂਧੀ ਸਿੱਖਾਂ ਨਾਲ ਦੁਸ਼ਮਣੀ ਜਾਂ ਖੁੰਦ ਤੱਕ ਰੱਖਦੀ, ਉਹਨੂੰ ਸਿੱਖ ਮੁੰਡੇ ਦੁਆਰਾ ਬਾਡੀਗਾਰਡ ਕਿਉਂ ਰੱਖਣਾ ਜੀ ਭਾਜੀ? ਹਾਂ ਇਹ ਤਾਂ ਸਵਾਲ ਹੈ ਤੁਹਾਡਾ। ਜੇ ਗਿੱਲੋਂ ਹੇਟ ਕਰਦੀ ਹੁੰਦੀ ਸਿੱਖਾਂ ਨੂੰ ਭਾਜੀ, ਉਹ ਇੰਨੀ ਕੱਟੜ ਸਿੱਖਾਂ ਦਾ ਹੁੰਦੀ, ਉਹਨੂੰ ਦੁਆਰਾ ਸਰਦਾਰ ਮੁੰਡੇ ਕਿਉਂ ਰੱਖਣੇ ਸੀਗੇ? ਇਹ ਸਾਡੇ ਹੀ ਬੰਦੇ ਵਿੱਚ ਪੰਜਾਬੀ ਸੀਗੇ, ਚਾਹੇ ਕਿਹੜੇ ਵੀ ਸੀਗੇ, ਜਿਨ੍ਹਾਂ ਨੇ ਕਰ ਕਰਾ ਕੇ ਸਾਰਾ ਰਾਤ ਜਿੱਦਾਂ ਤੁਸੀਂ ਗੱਲ ਕਹੀ ਆ ਉਹ ਬਣਦੀ ਆ ਵੀ 100% ਕਾਂਗਰਸ ਨੂੰ ਨਾ ਗਈ ਹੈ, ਜਦੋਂ ਕਾਂਗਰਸ ਸੀਗੀ ਇੰਨੀ ਮਹਿੰਗਾਈ ਵੀ ਨੀ, ਇੰਨੀ ਲੁੱਟ ਨੀ ਜਿੰਨੀ ਬਾਅਦ ਚ ਹੋਈ ਹੈ ਭਾਜੀ। ਥੈਂਕ ਯੂ ਜੀ। ਬਿਲਕੁਲ ਉਹਦੇ ਚ ਦੇਖੋ ਕਈ ਸਾਰੇ ਸਵਾਲ ਹੋਣੇ ਨੇ, ਜਿਵੇਂ ਮਤਲਬ ਇਹ ਵੀ ਆਉਂਦਾ ਕਿ ਇੰਦਰਾ ਨੇ ਇੱਕ ਵਾਰੀ ਚਾਹ ਵੀ ਹੈ ਜਿਹੜੀ ਬਿਆੰਤ ਸਿੰਘ ਹੋਰਾਂ ਤੋਂ ਬਣਵਾ ਕੇ ਪੀਤੀ, ਤੇ ਉਹਦੇ ਵਿਚ ਮਤਲਬ ਉਸ ਕਤਲ ਕਾਂਡ ਦੇ ਵਿਚ ਉਸ ਤੋਂ ਬਾਅਦ ਨੁਕਸਾਨ ਕਿੰਨਾ ਝੱਲਣਾ ਪਿਆ, 5,000 ਤੋਂ ਵੱਧ ਲੋਕ ਦਿੱਲੀ ਚ ਕਤਲ ਹੋਏ। ਸਵਾਗਤ ਜੀ। ਹਾਂਜੀ ਭਾਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਬੇਨਤੀ ਕਰਦਾ ਜੀ, ਬੜੇ ਵਧੀਆ ਥੋੜੇ ਵਿਚਾਰ, ਪੈਸੇ ਵੀ ਆਪਾਂ ਕਿਸੇ ਪਾਰਟੀ ਕਿਸੇ ਨੂੰ ਵੀ ਸਪੋਰਟ ਕਰੋ ਤਾਂ ਉਹਦੀ ਪੜਚੋਲ ਕਰਨੀ ਪਛਾਣ ਕਰ ਲੈਣੀ ਚਾਹੀਦੀ ਹੈ। ਆਪਾਂ ਇਸ ਗੱਲ ਨੂੰ ਮੰਨਦੇ ਹਾਂ, ਕਿਸੇ ਬੰਦੇ ਨੂੰ ਆਪਾਂ ਫਾਲੋਅਰ ਬਣਦੇ ਹਾਂ ਤਾਂ ਉਹਦੀ ਪਛਾਣ ਕਰਨੀ ਬਣਦੀ ਹੈ ਜੀ। ਤੇ ਉਸ ਤੋਂ ਪਹਿਲਾਂ ਤੁਸੀਂ ਜ਼ਿਕਰ ਕੀਤਾ ਵੀ ਦਰਬਾਰ ਸਾਹਿਬ ਦਾ ਅਟੈਕ ਹੋਇਆ ਜਿਹੜਾ, ਤੇ ਇਹ ਦੇਖੋ ਉਹਦੇ ਵਿਚ ਜਿਹੜੇ ਨਾਲ ਦੇ ਬੰਦੇ ਹਜੇ ਸ੍ਰੀਮਤੀ ਇੰਦਰਾ ਗਾਂਧੀ ਉਹਦਾ ਅਜੇ ਇੰਨਾ ਖੋ ਨਹੀਂ ਜੀ ਪੈਂਦਾ ਕਿ ਨਾਲ ਦੇ ਬੰਦੇ ਉਹਨਾਂ ਨੂੰ ਜਾ ਕੇ ਕਹਿੰਦੇ ਕੋਈ ਨੀ ਚੱਕਦੇ ਆਪਾਂ ਕਰਦਾ ਆਪਾਂ ਕਿਸੇ ਖਾਸ ਗੱਲ ਕੋਈ ਨੀ, ਨਾਲ ਦੇ ਬੰਦੇ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਨਾਲ ਜੋ ਤੁਸੀਂ ਵੀ ਜਾਣਦੇ ਕੌਣ ਕੌਣ ਸੀ ਨਾਲ ਸੰਤ ਪਿੰਡ ਵਾਲਿਆਂ ਦੇ, ਉਹ ਬੰਦੇ ਖੜੇ ਕਰਕੇ ਬਾਹਰ ਨਿਕਲ ਗਏ। ਤੇ ਫਿਰ ਦਰਬਾਰ ਸਾਹਿਬ ਤੇ ਉਹਨਾਂ ਕਰਕੇ ਨੀ ਹੋਇਆ, ਉਹ ਤਾਂ ਗਵਰਨਮੈਂਟ ਦੀ ਪਾਲਿਸੀ ਸੀ ਵੀ ਇਹਨਾਂ ਨੂੰ ਖਤਮ ਕਰਨਾ, ਕਿਉਂਕਿ ਚਲੋ ਦਰਬਾਰ ਸਾਹਿਬ ਵੀ ਤਾਂ ਸੰਤ ਪਿੰਡ ਵਾਲੇ ਬੈਠੇ ਸੀ, ਹੋਰ ਗੁਰੂ ਘਰਾਂ ਵਿੱਚ ਕੌਣ ਸੀਗਾ ਜੀ? ਮੇਰੀ ਗੱਲ ਸੁਣੋ ਭਾਜੀ, ਜਿੱਥੇ ਹੋਰ ਵੀ ਮੁਕਾਬਲਾ ਹੋਇਆ ਪਟਿਆਲੇ ਦਾ ਮੈਨੂੰ ਪਤਾ, ਪਟਿਆਲੇ ਚ ਗੋਲੀ ਦੋਨੇ ਪਾਸਿਓਂ ਚੱਲੀ ਹੈ, ਜਿੱਥੇ ਹੋਰ ਵੀ ਗੋਲੀਆਂ ਚੱਲੀਆਂ ਨੇ ਮੁਕਾਬਲਾ ਦੋਵੇਂ ਪਾਸਿਓਂ ਹੋਇਆ, ਹੋ ਸਕਦਾ ਕਿਤੇ ਨਾ ਕਿਤੇ ਭੜਕੀ ਹੋਈ ਫੌਜ ਨੇ ਕਿਤੇ ਨਾ ਕਿਤੇ ਬੇਹੁਰਮਤੀ ਵੀ ਕੀਤੀ ਹੈ, ਮੈਂ ਇਹ ਗੱਲ ਮੰਨਦਾ ਜੀ। ਇਸ ਕਰਕੇ ਆਪਾਂ ਗੱਲਾਂ ਨੂੰ ਆਪਾਂ ਠੀਕ ਹੈ, ਗਲਤੀਆਂ ਹਰੇਕ ਕੋਲ ਹੁੰਦੀਆਂ, ਜਿਹੜੇ ਇਨਸਾਨ ਹੈ ਉਹ ਇਨਸਾਨ ਕੋਲ ਗਲਤੀਆਂ ਹੁੰਦੀਆਂ, ਗਲਤੀਆਂ ਦਾ ਪੁਤਲਾ, ਪਰ ਜਿਹੜੀਆਂ ਬਹੁਤੀਆਂ ਜਿਹੜੀਆਂ ਗਲਤੀਆਂ ਸੀਗੀਆਂ ਜਥੇਦਾਰ ਤਲਵੰਡੀ ਦਾ ਇੱਕ ਬਿਆਨ ਸੀਗਾ, ਤੁਸੀਂ ਸ਼ਾਇਦ ਪੜਿਆ ਹੋਵੇ ਕਿ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਲਵੰਡੀ ਸਾਹਿਬ ਨੇ ਬਿਆਨ ਦਿੱਤਾ ਸੀਗਾ ਕਿ ਗੁਰਚਰਨ ਸਿੰਘ ਟੋੜਾ ਕਹਿੰਦਾ ਸੀਗਾ ਕਿ ਜਦੋਂ ਕਿਤੇ ਫੌਜ ਵੜ ਗਈ ਇੱਥੇ, ਫੌਜ ਪਹਿਲਾਂ ਸਾਡੀਆਂ ਛਾਤੀਆਂ ਤੇ ਟੈਂਕ ਚੜਨਗੇ ਫਿਰ ਅੰਦਰ ਵੜਨਗੇ, ਕਹਿੰਦਾ ਫਿਰ ਟੈਂਕ ਦੇ ਸ਼ੀਸ਼ੇ ਚ ਦੀ ਬੈਠ ਕੇ ਜਾਂਦਾ ਸੀ, ਤਲਵੰਡੀ ਦਾ ਬਿਆਨ ਹੈ। ਹੁਣ ਇਹਦੇ ਚ ਦੇਖੋ ਜਿਹੜੀਆਂ ਧਿਰਾਂ ਸੀ, ਅਕਾਲੀ ਦਲ ਤਲਵੰਡੀ, ਟੌੜਾ, ਪ੍ਰਕਾਸ਼ ਸਿੰਘ ਬਾਦਲ, ਸੁਰਜੀਤ ਸਿੰਘ ਬਰਨਾਲਾ, ਜਿਹੜੀਆਂ ਸਿੱਖ ਧਿਰਾਂ ਸੀ, ਇਹ ਇਹਨਾਂ ਦੀ ਕੀ ਸਾਂਝ ਸੀ ਸੈਂਟਰ ਨਾਲ? ਇਹ ਮਤਲਬ ਚਾਹੁੰਦੇ ਸੀ ਕਿ ਕਿਵੇਂ ਨਾ ਕਿਵੇਂ ਭਿੰਡਰਾਂ ਵਾਲਾ ਸਾਡੇ ਤੋਂ ਲਾਂਭੇ ਹੋਵੇ, ਕਿਉਂਕਿ ਸਾਰੇ ਡਰਦੇ ਸੀ ਉਦੋਂ ਛਿੱਤਰ ਫੇਰਦਾ ਸੀ ਉਹ ਇਹਨਾਂ ਤੇ ਇਹਨਾਂ ਨੇ ਫਿਰ ਸਪੋਰਟ ਕੀਤੀ ਹੈ, ਸ਼ਰਿਆਮ ਕੀਤੀ ਹੈ ਭਾਰਤ ਸਰਕਾਰ ਦੀ? ਬਿਲਕੁਲ ਛੜਿਆਂ ਨੇ ਸਪੋਰਟ ਕੀਤੀ ਆ, ਬਾਕੀ ਉੱਥੇ ਕਿਸੇ ਦਾ ਹੋਰ ਜਿਵੇਂ ਤੁਹਾਡੇ ਘਰ ਦਾ ਮੈਨੂੰ ਨੀ ਪਤਾ, ਮੇਰੇ ਘਰ ਦਾ ਤੁਹਾਨੂੰ ਨੀ ਪਤਾ, ਜੇ ਮੈਂ ਘਰ ਦੇ ਕੋਈ ਜਵਾਕ ਆ ਕੇ ਤੁਹਾਨੂੰ ਕਹਿੰਦੇ ਹਾਂ ਬਾਈ ਜੀ ਚੱਕ ਤੇ ਜਵਾਨਾ ਜੀ ਜਿਵੇਂ ਮਰਜ਼ੀ ਆਪਣੇ ਘਰ ਦਾ ਸਾਡੇ ਘਰ ਤੋਂ ਸਾਨੂੰ ਜਾਣਦੇ ਆ, ਇਹਨਾਂ ਨੇ ਕੁਛ ਨੀ ਲੈਣਾ, ਇਹ ਤਾਂ ਮੁਰਦੇ ਬੰਦੇ ਆ, ਕੰਟਰੋਲ ਕਰ ਲਾਂਗੇ ਅੰਦਰ ਦਾ ਸਾਰੀ ਗੱਲ ਦੱਸਦੇ ਨੀ, ਸਾਰੀ ਸੀਆਈਡੀ ਜਾਂਦੀ ਰਹੀ ਆ।
ਵਿਚੋਂ ਜਾਂਦੀ ਰਹੀ ਹੈ, ਸੰਤਾਂ ਦੇ ਨਾਲ ਬੰਦੇ ਸੀ ਜਿਹੜੇ ਉਹ ਗਦਾਰੀ ਕਰਦੇ ਰਹੇ ਨੇ, ਫਿਰ ਉਹ ਨਿਕਲੇ ਵੀ ਨੇ, ਨਿਕਲੇ ਵੀ ਨੇ, ਹੱਥ ਖੜੇ ਕਰ ਕਰਕੇ ਨਿਕਲੇ ਆ। ਮਤਲਬ ਗੱਲਾਂ ਪਾਉਣਾ ਉਹਨਾਂ ਦਾ ਆਪਾਂ ਨੇ ਸਾਰੀ ਤਰ੍ਹਾਂ ਦਾ ਹੀ ਆ, ਪਰ ਜ਼ਿਆਦਾ ਬੇਸਿਕਲੀ ਬਾਹਰਲੇ ਬੰਦਿਆਂ ਦਾ ਜ਼ਿਆਦਾ ਰੋਲ ਹੈ, ਜਿਹੜੇ ਅੱਜ ਰਾਜ ਕਰੀ ਜਾਂਦੇ ਆ, ਨਾਲ ਸੱਤਾ ਦਾ ਸੁੱਖ ਭੋਗਦੇ ਆ, ਅੱਜ ਬੰਦਿਆਂ ਉਹਨਾਂ ਦਾ ਜ਼ਿਆਦਾ ਇਹ ਦੋਸ਼ ਹੈ। ਤੇ ਉਹਦੇ ਵਿੱਚ ਜਿਹੜੀ ਕਾਂਗਰਸ ਨੇ, ਕਾਂਗਰਸ ਦੇ ਰਾਜ ਵਿੱਚ ਹੋਇਆ, ਕਾਂਗਰਸ ਨੇ ਕਰਵਾਇਆ, ਕਾਂਗਰਸ ਦੀ ਸਭ ਤੋਂ ਵੱਧ ਨੁਕਸਾਨ ਸਿੱਖ ਪੰਥ ਦਾ ਹੋਇਆ, ਪੰਜਾਬੀਅਤ ਦਾ, ਮਾਨਵਤਾ ਦਾ ਹੋਇਆ। ਬਹੁਤ ਬਹੁਤ ਧੰਨਵਾਦ, ਸਤਿ ਸ੍ਰੀ ਅਕਾਲ। ਬਿਲਕੁਲ, ਸਾਨੂੰ ਇਹ ਪੜਚੋਲਣਾ ਪਵੇਗਾ ਕਿ ਇਸ ਦੌਰਾਨ ਜਿਹੜਾ ਕਤਲੋਗਾਰਤ ਹੋਈ ਹੈ, ਅੱਜ ਤੱਕ ਪੰਜਾਬ ਤਾਬ ਨਹੀਂ ਆਇਆ, ਨਾ ਆਉਣਾ, ਕਿਉਂਕਿ ਦਿੱਲੀ ਦੀ ਜਿਹੜੀ ਵਿਡੋ ਕਲੋਨੀ ਹੈ, ਉਸ ਦਾ ਹਾਲ ਕਿਹਨੇ ਨਹੀਂ ਵੇਖਿਆ, ਕਿੰਨੇ ਲੋਕ ਨੇ ਜਿਹੜੇ ਪੀੜਤ ਨੇ, ਜਿਨ੍ਹਾਂ ਦੇ ਜ਼ਖਮ ਅਜੇ ਵੀ ਅੱਲੇ ਨੇ, ਕਈ ਲੋਕ ਦੋਨੇ ਪਾਸਿਓਂ ਬਣ ਗਏ ਨੇ। ਤੇ ਇਹਦੇ ਚ ਸਾਰੀਆਂ ਧਿਰਾਂ ਨੇ ਕਿਤੇ ਨਾ ਕਿਤੇ ਗਲਤੀਆਂ, ਗੁਸਤਾਖੀਆਂ ਕੀਤੀਆਂ ਨੇ, ਪਰ ਇਹ ਗੁਸਤਾਖ ਗਰਦਨਾ ਤਮਗੇ ਲੈ ਗਈਆਂ ਨੇ। ਸਵਾਗਤ ਜੀ, ਕੋਕਰੀ ਸਾਹਿਬ। ਹਾਂਜੀ, ਜਿਹੜਾ ਸੁਖਵੀਰ ਨੇ ਬਿਆਨ ਦਿੱਤਾ ਜੀ ਰਾਜੇ ਵਾਸਤੇ, ਕੈਪਟਨ ਸਾਹਿਬ ਵਾਸਤੇ, ਇਹ ਤਾਂ ਰਾਜਾ ਬੜੈਂਗਾ ਵਾਸਤੇ ਜੀ, ਸਾਡੀ ਜਥੇਬੰਦੀ ਦੇ ਵਟਸਐਪ ਤੇ ਬਹੁਤ ਦਿਨਾਂ ਦਾ ਬਿਆਨ ਘੁੰਮ ਰਿਹਾ ਜੀ। ਅੱਛਾ ਜੀ। ਹਾਂਜੀ, ਰਾਜਾ ਬੜੈਂਗਾ ਕਿਸੇ ਸਧਾਰਨ ਕਿਸਾਨ ਦੇ ਘਰੇ ਗਿਆ ਸੀਗਾ ਜੀ, ਰਸੀਦ ਕੱਟਣ ਤੇ ਕਿਸਾਨ ਨੇ ਮੂਹਰੇ ਕੱਟਕ ਨੂੰ ਪੇਪਰ ਫਾ ਕੇ ਕਹਿੰਦੇ ਬਿਆਨ ਕਰ ਰਾਜਾ ਸਾਹਿਬ ਇੱਥੇ ਸਾਈਨ ਕਰੋ, ਜੇ ਸਰਕਾਰ ਤੁਹਾਡੀ ਬਣ ਗਈ ਤੇ ਸਰਕਾਰ ਨੇ ਕਰਜ਼ਾ ਨਾ ਮਾਫ ਕੀਤਾ ਤਾਂ ਵੀ ਤੁਸੀਂ ਲਿਖ ਕੇ ਦੋ, ਮੈਂ ਸਾਇਨ ਮੈਂ ਕਰਜ਼ਾ ਪੱਲਿਓ ਮੋੜੂੰਗਾ। ਹਾਂਜੀ, ਇਹ ਸਾਰਾ ਵੀਕ ਜੀ, ਇੱਕ ਤਾਂ ਗ੍ਰਾਹਾਂ ਦਾ ਜਿਹੜਾ ਗਰੁੱਪ ਬਣਿਆ ਨਾ, ਕਿਸਾਨ ਗਰੁੱਪ ਬਣਿਆ ਤਾਂ ਬਹੁਤ ਚਿਰ ਤੁਹਾਡੇ ਚਾਰ ਪੰਜ ਵਜੇ ਘੁੰਮ ਰਿਹਾ ਜੀ, ਮੈਂ ਤਾਂ ਜਾਣ ਕੇ ਨੀ ਖਬਰ ਸ਼ੇਅਰ ਕੀਤੀ ਤੁਹਾਡੇ ਨਾਲ। ਓਕੇ, ਥੈਂਕ ਯੂ। ਹਾਂਜੀ, ਤੇ ਦੂਜਾ ਜਿਹੜਾ ਜੀ ਆਪਣਾ ਧਰਮੋ ਕਲਾ ਚ ਕੰਮ ਹੋਇਆ ਜੀ, ਤੇ ਜਦੋਂ ਆਪਾਂ ਅੱਖਾਂ ਮੀਚ ਕੇ ਬੋਰਡ ਦੇ ਥੱਲੇ ਜਾ ਕੇ ਬੋਰਡ ਲਾ ਦਿੰਦੇ ਤਾਂ ਫਿਰ ਇਹੀ ਕੰਮ ਹੋਊਗਾ ਜੀ, ਜੀ, ਕਿਉਂਕਿ ਬੋਰਡ ਦੇ ਥੱਲੇ ਕਦੇ ਬੋਰਡ ਨੀ ਹੋਇਆ, ਅੱਖ ਹੁੰਦੇ ਹੁੰਦੇ ਆ। ਹਾਂ ਜੀ, ਥੈਂਕ ਯੂ, ਓਕੇ ਓਕੇ, ਬਹੁਤ ਬਹੁਤ ਵਨ ਟਾਈਮ ਆਸੀ। ਬਿਲਕੁਲ, 70 ਲੱਖ ਰੁਪਈਆ ਖਰਚ ਕੀਤਾ ਉੱਤਰਾਖੰਡ ਦੀ ਸਰਕਾਰ ਨੇ, ਪ੍ਰਸ਼ਾਸਨ ਨੇ, ਵਾਈਲਡ ਲਾਈਫ ਨੇ, ਇੱਕ ਬਘਿਆੜਨੀ ਨੂੰ ਕਾਬੂ ਕਰਨ ਦੇ ਵਾਸਤੇ ਹੈਲੀਕਾਪਟਰ ਲਾਏ ਗਏ, ਹਾਥੀਆਂ ਦੀ ਵਰਤੋਂ ਕੀਤੀ ਗਈ, ਡਰੋਨ ਦੀ ਵਰਤੋਂ ਕੀਤੀ ਗਈ। ਇਸ ਬਾਘਨ ਨੇ 45 ਦਿਨਾਂ ਬਾਅਦ ਹੱਥ ਖੜੇ ਕੀਤੇ ਨੇ, ਮਤਲਬ ਇਸ ਦੀ ਮੌਤ ਹੋਈ ਹੈ। 70 ਲੱਖ ਰੁਪਈਆ ਖਰਚਾ ਕਰਨਾ ਪਿਆ ਇਸ ਬਘਿਆੜੀ ਨੂੰ ਮਾਰਨ ਦੇ ਵਾਸਤੇ, ਜਿਹੜੀ ਕਿ ਆਦਮਖੋਰ ਸੀ, ਕਈ ਲੋਕਾਂ ਤੇ ਹਮਲਾ ਕਰ ਚੁੱਕੀ ਸੀ। 45 ਦਿਨਾਂ ਦੀ ਲੰਮੀ ਜਦੋਜਹਿਦ ਤੋਂ ਬਾਅਦ ਹੈਲੀਕਾਪਟਰ ਦੇ ਰਾਹੀਂ ਤੇ ਹਾਥੀਆਂ ਡਰੋਨ ਦੇ ਰਾਹੀਂ ਇਸ ਬਘਿਆੜੀ ਦਾ ਸ਼ਿਕਾਰ ਕਰਕੇ ਇਸ ਨੂੰ ਮਾਰਿਆ ਗਿਆ, ਜਿਸ ਨੇ ਕਈ ਸਾਰੇ ਲੋਕਾਂ ਤੇ ਹਮਲਾ ਕੀਤਾ ਸੀ ਉੱਤਰਾਖੰਡ ਦੇ ਰਾਮਨਗਰ ਇਲਾਕੇ ਦੇ ਵਿਚ। ਸਵਾਗਤ ਬਾਈ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ, ਬਾਜਵਾ ਸਾਹਿਬ, ਸਵਾਗਤ ਬਾਈ ਜੀ, ਮਿਹਰਬਾਨੀ। ਸੰਤ ਗੁਰਨੈਲ ਸਿੰਘ ਪੰਡਰਾ ਵਾਲਿਆਂ ਵਾਸਤੇ ਗੱਲ ਚੱਲਦੀ ਪਈ, ਤੁਸੀਂ ਵੀ ਕਰਦੇ ਹੋ, ਹੋਰਨਾਂ ਨੇ ਕੀਤੀ ਹੈ, ਸਲਾਮ ਹੀ ਚੱਲਦੀ ਹੋਣੀ ਕਿ ਪਹਿਲਾਂ ਤੋਂ ਚੱਲਦੀ ਆਈ, ਚੱਲਦੀ ਰਹਿਣੀ ਹੈ, ਉਹ ਜਿਹੜੀ ਗੱਲ ਹੋਈ ਹੈ ਜੀ। ਅਸਲ ਵਿੱਚ ਗੱਲ ਇਹ ਹੈਗੀ ਹੈ ਕਿ ਸੰਤ ਗੁਰਨੈਲ ਸਿੰਘ ਪੰਡਰਾ ਵਾਲਿਆਂ ਨੂੰ ਹੋਰ ਤੇ ਸਾਰਾ ਕੁਛ ਵੀ ਪਤਾ ਸੀ ਜੇ ਕਹਿ ਲਈਏ ਤਾਂ, ਲੇਕਿਨ ਸੰਤ ਗੁਰਨੈਲ ਸਿੰਘ ਇਹ ਗੱਲ ਤੇ ਥੋੜਾ ਜਿਹਾ ਉਹਨਾਂ ਨੂੰ ਭਰੋਸਾ ਸੀ ਕਿ ਕਦੇ ਵੀ ਆਪਣੀ ਸਰਕਾਰ ਇਹ ਸਭ ਤੋਂ ਸਰਵੋਤਮ ਜਗ੍ਹਾ, ਜਿੱਦਾਂ ਕੋਈ ਕਿਸੇ ਦੇ ਭਰੋਸੇ ਜਾਂ ਵਿਸ਼ਵਾਸ ਤੇ ਬੰਦਾ ਮਾਰ ਖਾ ਜਾਂਦਾ ਨਾ ਜੀ, ਉਹਨਾਂ ਦੇ ਮਨ ਵਿੱਚ ਇਹ ਗੱਲ ਸੀ ਕਿ ਕਦੇ ਵੀ ਆਪਣੀ ਸਰਕਾਰ ਹੈ ਤੇ ਸਭ ਦੁਨੀਆਂ ਦੇ ਵਿੱਚ ਸਰਵੋਤਮ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ ਜਾਂ ਅਕਾਲ ਤਖ਼ਤ ਹੈ, ਹੋਰ ਕੁਛ ਵੀ ਕਰ ਲਵੇ, ਕਦੀ ਵੀ ਇਹਦੇ ਉੱਤੇ ਹਮਲਾ ਨਹੀਂ ਕਰੇਗੀ। ਉਹ ਇਸ ਭਰੋਸੇ ਵਿੱਚ ਰਹਿ ਗਏ ਤੇ ਇੱਥੇ ਉਹਨਾਂ ਨੇ, ਪਰ ਜਿਹੜੀ ਗੱਲ ਤੁਸੀਂ ਕਰਕੇ ਗਏ ਹੋ ਉਹ ਗੱਲ ਇਹ ਹੈ ਕਿ ਇਹ ਵਾਕਈ ਗੱਲ ਹੈ, ਮੈਂ ਖੁਦ ਇਹ ਗੱਲ ਕਹਿੰਦਾ ਵਾਂ ਕਿ ਜੇ ਅਸਾਂ ਜੰਗ ਯੁੱਧ ਕਰਨਾ ਹੋਵੇ ਸਾਡੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੇ ਉਹ ਚੜ੍ਹਨਾ ਲੜਨਾ ਚਾਹੁੰਦੇ ਤੇ ਇੰਨੀ ਵਾਰ ਸੈਰਖਾਂ ਉੱਥੇ ਦਿੱਲੀ ਤੋਂ ਫੌਜ ਲੈ ਕੇ ਚੜ੍ਹ ਚੜ੍ਹ ਕੇ ਗਿਆ ਅਨੰਦਪੁਰ ਸਾਹਿਬ ਬਾਈ ਭਾਰ ਦੇ ਰਾਜੇ ਵੀ ਚੜ੍ਹ ਕੇ ਆਉਂਦੇ ਨੇ, ਲੇਕਿਨ ਉਹ ਕਿਲ੍ਹੇ ਤੋਂ ਬਾਹਰ ਆਣ ਕੇ ਉਹਨਾਂ ਬਹਾਣੀ ਯੁੱਧ ਕੀਤਾ, ਨਡਾਉਣ ਯੁੱਧ ਕੀਤਾ, ਹੋਰ ਜਿਹੜੇ ਪਿੰਡ ਪਾਉਣ ਲੱਗ ਲੱਗੇ, ਹਾਂ ਜਿੰਨੀਆਂ ਰੰਗਾਂ ਕੀਤੀਆਂ ਨੇ, ਮੇਰਾ ਖਿਆਲ ਜਿਹੜੀਆਂ ਨੇੜੇ ਦੇ 7 ਲੜਾਈਆਂ ਜਿਹੜੀਆਂ ਨੇ ਉੱਥੇ ਛੋਟੀਆਂ ਮੋਟੀਆਂ ਜਿਹੜੀਆਂ ਹੁੰਦੀਆਂ ਨੇ, ਉਹਨਾਂ ਦੇ ਜਿਹੜਾ ਕੇਸਗੜ ਹੈ ਉਹ ਦੂਸਰੀ ਜਗ੍ਹਾ, ਇਕੱਲੇ ਤੇ ਵੀ ਅੰਦਰ ਪ੍ਰਕਾਸ਼ ਹੁੰਦਾ ਸੀ ਮਹਾਰਾਜ ਦੇ, ਉਹ ਇੱਥੇ ਵੀ ਉਹਨਾਂ ਇਹ ਜੰਗ ਯੁੱਧ ਜਿਹੜੇ ਨੇ
ਨਹੀਂ ਸੀ ਲੜੇ ਇਹ ਜੰਗ ਯੁੱਧ ਸਿਰਫ ਸੰਤ ਜਰਨੈਲ ਸਿੰਘ ਜੀ ਪੰਡਰਾਲ ਇਸ ਭਰੋਸਾ ਕਰਦੇ ਕਿ ਇਸ ਸਰਵੋਤਮ ਜਗ੍ਹਾ ਦੇ ਉੱਤੇ ਸਰਕਾਰ ਕਦੇ ਵੀ ਜੋ ਹੋਇਆ ਏਡਾ ਵੱਡਾ ਹਮਲਾ ਜਿਹੜਾ ਨਹੀਂ ਕਰੇਗੀ ਇਸ ਭਰੋਸੇ ਦੇ ਕਰਕੇ ਉਹ ਇਸ ਜਗ੍ਹਾ ਤੇ ਉਹਨਾਂ ਨੇ ਇਹ ਮਤਲਬ ਜੰਗ ਉਹਨਾਂ ਨੂੰ ਕਰਨੀ ਪਈ ਤੇ ਜੋ ਸਾਇਆ ਭਾਣਾ ਵਰਤਿਆ ਤੇ ਜਿਹੜੀ ਤੁਸੀਂ ਗੱਲ ਕਰਦੇ ਹੋ ਜਿਹੜੇ ਮਗਰਲੇ ਤਿੰਨ ਚਾਰ ਦਿਨ ਸਨ ਦਦਗੀ ਜਿੰਨੀ ਵੀ ਸਾਡਾ ਦੇ ਮੂੰਹ ਤੋਂ ਗੱਲ ਕਹੀ ਨੀ ਜਿੰਨੀ ਦਦਗੀ ਹੋਈ ਮਲ ਮੂਤਰ ਪਿਸ਼ਾਬ ਕਿਉਂਕਿ ਕਿੱਥੇ ਜਾਣਾ ਸੀ ਜਦੋਂ ਬਿਲਕੁਲ ਬਿਲਕੁਲ ਨਾਸਾਂ ਤਲਾਵਾਂ ਚ ਡਿੱਗੀਆਂ ਮਤਲਬ ਖੂਨ ਡੁੱਲਿਆ ਸਾਰਾ ਕੁਛ ਹੋਇਆ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ ਜਦੋਂ ਵੀ ਕਿਸੇ ਨੂੰ ਮਰਵਾਇਆ ਉਹਦੇ ਘਰ ਦੇ ਮਰਾਇਆ ਜੇ ਰਾਮ ਨੂੰ ਮਰਵਾਇਆ ਤੇ ਉਹਦੇ ਭਰਾ ਭੀਸ਼ਣ ਨੇ ਮਰਵਾਇਆ ਦੱਸ ਕੇ ਇਹਨੂੰ ਇੱਥੇ ਤੀਰ ਮਾਰੋ ਫੇਰ ਇਹ ਮਰੇਗਾ ਮੇਰੇ ਕਹਿਣ ਤੋਂ ਮਰਦਾ ਕਿ ਸਾਡੇ ਜੋ ਸਗਰਾਇਆ ਨਾ ਸਾਡੇ ਆਪਾਂ ਕਾਂਗਰਸ ਨੂੰ ਆਖੀਏ ਅਕਾਲੀਆਂ ਨੂੰ ਆਖੀਏ ਕਿਹੜੇ ਕਿਹੜੇ ਲੀਡਰ ਦਾ ਨਾਂ ਲਈਏ ਇਹ ਸਾਰੇ ਵਿੱਚ ਜੇ ਸੰਤ ਜਰਨੈਲ ਸਿੰਘ ਇੱਥੇ ਆ ਕੇ ਦੇਖਿਆ ਕਿ ਇਹ ਬਾਕੀ ਦੇ ਲੋਕ ਵੀ ਸਾਰੇ ਨਾਲ ਕਰਾਉਣ ਵਿੱਚ ਓਨੇ ਹੀ ਜਿੰਮੇਵਾਰ ਨੇ ਜੇ ਇਹ ਜਿੰਮੇਵਾਰ ਨਾਨਾ ਹੁੰਦੇ ਤੇ ਇਹ ਇਸ ਤਰ੍ਹਾਂ ਭਾਣਾ ਨਹੀਂ ਸੀ ਵਰਤਣਾ ਤੇ ਜੇ ਅਸੀਂ ਅੱਗੇ ਕੁਦਰਤ ਦਾ ਭਾਣਾ ਅਸੀਂ ਵਰਤ ਕੇ ਰਹਿਣਾ ਸੀ ਪਹਿਲਾਂ ਵੀ ਹੁੰਦਾ ਹੈ ਤੇ ਫਿਰ ਇਸ ਗੱਲ ਤੇ ਸਾਨੂੰ ਵਿਸ਼ਵਾਸ ਕਰ ਲੈਣਾ ਚਾਹੀਦਾ ਕਿ ਹਥਿਆਰ ਜਮਾ ਹੋਣੇ ਸਾਰਾ ਕੁਛ ਹੋਣਾ ਸਾਰਾ ਮਤਲਬ ਉਸ ਦੌਰਾਨ ਮਤਲਬ ਬੱਬਰਾਂ ਤੇ ਸੰਤਾਂ ਦੇ ਪੱਖ ਦੇ ਵਿਚ ਜਾਂ ਜਿਹੜਾ ਉਥੇ ਸਰਾਂ ਦੇ ਵਿਚ ਜਿਹੜੀਆਂ ਗਰੁੱਪ ਖੜੇ ਹੋਏ ਕਾਫੀ ਕੁਛ ਹੋਇਆ ਮੰਦ ਭਾਗਾ ਹੋਇਆ ਸਵਾਗਤ ਜੀ ਹਾਂ ਜੀ ਸਤਿ ਸ੍ਰੀ ਅਕਾਲ ਮੈਂ ਇਹ ਦੋ ਤਿੰਨ ਪੁਆਇੰਟ ਬਹੁਤ ਛੋਟੇ ਛੋਟੇ ਤੁਹਾਨੂੰ ਰੇਜ਼ ਕਰਨਾ ਚਾਹੁੰਦਾ ਇੱਕ ਤਾਂ ਜਿਹੜੀ ਗੱਲ ਚੱਲਦੀ ਸੀ ਗੁਲਾਮ ਮਾਨਸਿਕਤਾ ਜਾਂ ਆਪਾਂ ਕਿਸੇ ਨੂੰ ਜਿਹੜਾ ਅੰਧ ਵਿਸ਼ਵਾਸ ਕਰਦੇ ਹਾਂ ਤੇ ਮੈਂ ਇੱਕ ਤੁਹਾਨੂੰ ਛੋਟੀ ਜਿਹੀ ਗੱਲ ਦੱਸਦਾ ਸੀ ਛੋਟੇ ਛੋਟੇ ਹੁੰਦੇ ਸੀ ਜਦੋਂ ਸਕੂਲ ਚ ਪੜ੍ਹਦੇ ਹੁੰਦੇ ਸੀਗੇ ਗਿਆਨੀ ਜੈਲ ਸਿੰਘ ਪ੍ਰੈਜੀਡੈਂਟ ਬਣ ਗਿਆ ਰਾਈਟ ਜਿੰਨੇ ਕੁ ਆਪਣੀ ਕਮਿਊਨਿਟੀ ਸੀ ਜਦੋਂ ਸਾਨੂੰ ਪੋਲੀਟਿਕਸ ਦਾ ਵੀ ਨੀ ਪਤਾ ਹੁੰਦਾ ਸੀ ਕਹਿੰਦੇ ਜੀ ਰਾਜ ਕਰੇਗਾ ਖਾਲਸਾ ਰਾਜ ਕਰੇਗਾ ਖਾਲਸਾ ਹੋਰ ਖਾਲਸੇ ਨੇ ਕਿੱਦਾਂ ਰਾਜ ਕਰਨਾ ਪ੍ਰੈਜੀਡੈਂਟ ਦਾ ਬਣ ਗਿਆ ਇੰਡੀਆ ਦਾ ਜਨਤਾ ਨੇ ਉਹ ਮਤਲਬ ਖੁਸ਼ੀਆਂ ਮਨਾਈਆਂ ਵੀ ਰਾਜ ਕਰੇਗਾ ਖਾਲਸਾ ਦੇਖੋ ਜੀ ਬਚਨ ਪੂਰੇ ਹੋ ਗਏ ਬਾਅਦ ਚ ਉਹਨੇ ਮਤਲਬ ਦੇਹ ਤ੍ਰੇਦੀ ਨੂੰ ਇਹੋ ਜਿਹਾ ਕੀਤਾ ਵੀ ਇਸ ਤੋਂ ਕਣੀਆ ਬੰਦਾ ਕੋਈ ਨੀ ਇਹ ਤਾਂ ਸਿੱਖ ਹੀ ਨੀ ਸੀਗਾ ਤੇ ਦੂਜਾ ਪੁਆਇੰਟ ਮੈਂ ਇਹ ਤੁਹਾਨੂੰ ਸ਼ੇਅਰ ਕਰਨਾ ਚਾਹੁੰਦਾ ਆਪਾਂ ਚਲੋ ਟਰਾਂ ਵਾਲੇ ਦੇ ਉੱਪਰ ਗੱਲ ਕਰ ਰਹੇ ਸੀਗੇ ਉੱਥੋਂ ਟਰੱਕਾਂ ਦੇ ਟਰੱਕ ਹਥਿਆਰਾਂ ਦੇ ਨਿਕਲੇ ਜੀ ਤੁਸੀਂ ਕਿਸੇ ਵੀ ਬੋਤਲ ਲੈਣੀ ਹੋਵੇ ਸਟੋਰ ਚ ਜਾਂਦੇ ਹੋ ਕਿਤੇ ਲੈਣ ਜਾਂਦੇ ਹੋ ਸਬਜ਼ੀ ਲੈਣ ਜਾਂਦੇ ਹੋ ਟਰੱਕਾਂ ਦੇ ਟਰੱਕ ਹਥਿਆਰਾਂ ਦੇ ਉੱਥੇ ਅੰਦਰ ਕਿੱਦਾਂ ਪਹੁੰਚਿਆ ਜੀ ਮਤਲਬ ਕਈ ਸੋ ਤਿੰਨ ਗੱਲ ਆਪਾਂ ਮਤਲਬ ਕਿ ਲਾਲਾ ਲਾ ਕਰਾ ਦਿੰਦੇ ਹਾਂ ਜੀ ਹਾਂ ਜੀ ਆਹ ਜੀ ਆਹ ਜੀ ਆਹ ਜੀ ਆਹ ਹੋ ਗਿਆ ਪਿੱਛੇ ਜੀ ਰਿਪੋਰਟ ਆਈ ਸੀ ਆਪਣੇ ਕਵਰ ਸੰਧੂ ਸਾਹਿਬ ਦੇ ਵਿੱਚ ਬੜਾ ਕਲੀਅਰ ਕੀਤਾ ਗਿਆ ਸੀ ਇਟ ਵਾਜ਼ ਰਾਈਟ ਮਤਲਬ ਕਿੱਦਾਂ ਬੰਦਾ ਪਲਾਂਟ ਕਿੱਦਾਂ ਗਿਆ ਕੀ ਕੀਤਾ ਕੀ ਨਹੀਂ ਕੀਤਾ ਪਰ ਸਾਡੇ ਫਿਰ ਉਹੀ ਹੈ ਜੀ ਸਾਡੀ ਕੌਮ ਦੀ ਮਾਨਸਿਕਤਾ ਕਹਿ ਲਓ ਜਾਂ ਸਾਡੇ ਪੰਜਾਬੀਆਂ ਦੀ ਜੋ ਮਰਜ਼ੀ ਕਹਿ ਲਓ ਵੀ ਅਸੀਂ ਸੋਚ ਵਿਚਾਰ ਦੇ ਘੱਟ ਲਾਲਾ ਲਾ ਜਲਦੀ ਕਰਾ ਦਿੰਦੇ ਹਾਂ ਜੀ ਬਾਅਦ ਚ ਫਿਰ ਅਸੀਂ ਦੋਨੋ ਪਾਸੇ ਹੋ ਜਾਣਾ ਚਿਰਾਂ ਚ ਵੀ ਤੇ ਉਹਦੇ ਚ ਵੀ ਬਿਲਕੁਲ ਬਿਲਕੁਲ ਮੈਂ ਬਹੁਤ ਸਾਰੇ ਫੈਕਟਸ ਮੈਂ ਸ਼ੇਅਰ ਕਰ ਸਕਦਾ ਪਰ ਮੈਨੂੰ ਪਤਾ ਵੀ ਲੋਕਾਂ ਨੇ ਲਾਲਾ ਲਾ ਕਰਾ ਦੇਣੀ ਇਸ ਕਰਕੇ ਸਬਕ ਸਿੱਖ ਕੇ ਅੱਗੇ ਵਧਣਾ ਚਾਹੀਦਾ ਅੱਜ ਵੀ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਕੋਈ ਐਜੀਟੇਸ਼ਨ ਚੱਲਦੀ ਹੈ ਜਿਵੇਂ ਆ ਪਿਛਲੇ ਦਿਨ ਹੀ ਚੱਲੀਆਂ ਸ਼ਿਵ ਸੈਨਿਕਾਂ ਦੇ ਵਿਚ ਤੇ ਸਿੱਖਾਂ ਦੇ ਵਿਚ ਕੇ ਵੇਖ ਲਾਂਗੇ ਕੋਈ ਲਲਕਾਰ ਰੈਲੀ ਕੋਈ ਫਲਕਾਰ ਰੈਲੀ ਸੋ ਇੱਕ ਦੂਸਰੇ ਨੂੰ ਉਹੀ ਭਾਵਕਤਾ ਕਿਉਂਕਿ ਪਹਿਲਾਂ ਅਸੀਂ ਇੰਨਾ ਨੁਕਸਾਨ ਝੱਲ ਗਿਆ ਸੀ ਫਿਰ ਉਸ ਪਾਸੇ ਨੂੰ ਜਾ ਰਹੇ ਹਾਂ ਮਤਲਬ ਬੀਤਿਆਂ ਤੋਂ ਸਾਨੂੰ ਸਬਕ ਸਿੱਖਣਾ ਚਾਹੀਦਾ ਠੀਕ ਹੈ ਐਜੀਟੇਸ਼ਨ ਸੀ ਵੱਧ ਅਧਿਕਾਰਾਂ ਦੀ ਲੜਾਈ ਲੜਦੇ ਜਿੱਥੇ ਵੱਧ ਅਧਿਕਾਰ ਨੇ ਹੁਣ ਤੁਸੀਂ ਕੈਨੇਡਾ ਦੇ ਵਿਚੋ ਅਮਰੀਕਾ ਦੇ ਵਿਚੋ ਉਸ ਕੈਨੇਡਾ ਅਮਰੀਕਾ ਦੇ ਵਿਚ ਜਿੱਥੇ ਸਿਰਫ ਸਿੱਖਾਂ ਨੂੰ ਹੀ ਨਹੀਂ ਮੁਸਲਮਾਨਾਂ ਹਿੰਦੂਆਂ ਬੋਧੀਆਂ ਸਭ ਨੂੰ ਆਪਣੀ ਆਜ਼ਾਦੀ ਨਾਲ ਰਹਿਣ ਦਾ ਅਧਿਕਾਰ ਹੈ ਕੀ ਉਹ ਖਾਲਿਸਤਾਨ ਤੋਂ ਘੱਟ ਹੈ ਉੱਥੇ ਖਾਲਿਸਤਾਨ ਹੀ ਖਾਲਸਾ ਦਾ ਜੀ ਜਵਾਬ ਆਉਣਾ ਨੀ ਕੋਈ ਜੀ ਲੁੱਟ ਕੇ ਰਹਿਣਾ ਥੈਂਕ ਯੂ ਸੋ ਇਸ ਸਿਲਸਿਲੇ ਦੇ ਵਿਚ ਬੜਾ ਸੋਚ ਵਿਚਾਰ ਕਰਨ ਦੀ ਜ਼ਰੂਰਤ ਹੈ ਕਿਉਂਕਿ ਪਿਛਲੇ ਜਿਹੜੇ ਸਾਕੇ ਨੇ ਵਾਕੇ ਨੇ ਉਹਨਾਂ ਤੋਂ ਸਾਨੂੰ ਵਾਕਫ ਹੋਣਾ ਚਾਹੀਦਾ ਉਹਨਾਂ ਦੀ ਹਰ ਜਾਣਕਾਰੀ ਸਾਨੂੰ ਹੋਣੀ ਚਾਹੀਦੀ ਹੈ ਸਾਨੂੰ ਬੇਲੋੜਾ ਇਮੋਸ਼ਨਲ ਨਹੀਂ ਹੋਣਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਬੇਲੋੜੇ ਜਜ਼ਬਾਤਾਂ ਦੇ ਨਾਲ ਜਿਹੜੇ ਜ਼ਖਮ ਅਸੀਂ ਖਾਧੇ ਨੇ ਨਾ
ਉਹ ਰਿਸ ਰਿਸ ਕੇ ਰਾਤ ਬਣ ਚੁੱਕੇ ਨੇ। ਕਦੇ ਪੁੱਛੋ ਖਾ ਉਹਨਾਂ ਲੋਕਾਂ ਨੂੰ ਜਿਹੜੇ ਅੱਜ ਕਾਲੀਆਂ ਸੂਚੀਆਂ ਦੇ ਵਿੱਚ ਫਸੇ ਹੋਏ ਨੇ, ਜਿਨ੍ਹਾਂ ਦਾ ਕੋਈ ਦੋਸ਼ ਨਹੀਂ ਹੈ, ਉਹ ਆਪਣੇ ਬਜ਼ੁਰਗਾਂ ਨੂੰ, ਆਪਣੀ ਮਾਤ ਭੂਮੀ ਨੂੰ ਵੇਖਣ ਲਈ ਤਰਸ ਰਹੇ ਨੇ। ਕਦੇ ਪੁੱਛੋ ਉਹਨਾਂ ਬੱਚਿਆਂ ਨੂੰ ਜਿਹੜੇ ਹੁਣ ਜਵਾਨ ਹੋ ਗਏ ਨੇ, ਕਿਸ ਤਰ੍ਹਾਂ ਦਾ ਉਹਨਾਂ ਦਾ ਬਚਪਨ ਬੀਤਿਆ। ਕਦੇ ਪੁੱਛੋ ਉਹਨਾਂ ਭੈਣਾਂ ਨੂੰ, ਕਦੇ ਪੁੱਛੋ ਉਹਨਾਂ ਮਾਵਾਂ ਨੂੰ ਜਿਨ੍ਹਾਂ ਦੇ ਪੁੱਤ ਉਹਨਾਂ ਨੇ ਖੁਦ ਮੋਢਿਆਂ ਤੇ ਰੱਖ ਕੇ ਸਿਵਿਆਂ ਨੂੰ ਤੋਰੇ ਨੇ। ਖੱਟਿਆ ਕੀ ਇਹਦੇ ਵਿੱਚ? ਸਿਆਸਤਦਾਨਾਂ ਨੇ ਖੱਟਿਆ, ਆਪਣੇ ਪੁੱਤ ਵਿਦੇਸ਼ਾਂ 'ਚ ਭੇਜ ਦਿੱਤੇ ਅਤੇ ਜਦੋਂ ਰਾਜ ਕਰਨ ਦਾ ਵਕਤ ਆਇਆ ਤੇ ਰਾਜਭਾਗ ਸਾਂਭ ਕੇ ਬੈਠ ਕੇ ਸਾਰੀਆਂ ਧਿਰਾਂ ਇਹੀ ਕੁਛ ਕਰ ਰਹੀਆਂ ਨੇ। ਭਿੰਡਰਾਂ ਵਾਲੇ ਜਿਹੜੇ ਥੋੜ੍ਹੇ ਜਜ਼ਬਾਤੀ ਕਿਸਮ ਦੇ ਸੀਗੇ ਅਤੇ ਉਹ ਜਿਹੜਾ ਉਹਨਾਂ ਨੂੰ ਸਿੱਖੀ ਦਾ ਜਜ਼ਬਾ ਸੀ ਉਹਦੇ ਨਾਲ ਉਹਨਾਂ ਨੂੰ ਇਹ ਸਾਰਾ ਕੁਛ ਤਾਰਨਾ ਪਿਆ। ਹੈਲੋ, ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਸਰ, ਸਤਿ ਸ਼੍ਰੀ ਅਕਾਲ ਗੁਰਦੀਪ ਸਿੰਘ ਭੈਣ ਗੱਲ ਹੈ ਜੀ। ਜੀ ਭਾਈ ਸਾਹਿਬ, ਕੀ ਹਾਲ ਹੈ ਜੀ? ਸਰ ਮੇਰਾ ਪੁਆਇੰਟ ਇੱਕ ਪਹਿਲਾਂ ਇਹ ਹੈ ਵੀ ਜਿਹੜਾ ਭਿੰਡਰਾ ਵਾਲਾ ਸਾਹਿਬ ਸੀਗੇ, ਉਹਨਾਂ ਦੇ ਨਾਲ ਜਨਰਲ ਸੁਭੇਕ ਸਿੰਘ ਸੀਗੇ ਜੀ। ਮੈਂ ਖੁਸ਼ਵੰਤ ਸਿੰਘ ਦੀ ਬੁੱਕ ਪੜ੍ਹੀ, ਉਹਦੇ ਵਿੱਚ ਲਿਖਿਆ ਉਹਨਾਂ ਨੇ ਵੀ ਇਹਨਾਂ ਤੇ ਨਾ ਚੋਰੀ ਦਾ ਕੇਸ ਸੀਗਾ ਸੁਭੇਕ ਸਿੰਘ, ਤੇ ਉਹਦਾ ਕਰਕੇ ਸਰਕਾਰ ਨਾ ਮੌਕੇ ਸਰਕਾਰ ਤੇ ਦੁਖੀ ਸੀ। ਔਰ ਇਹਨਾਂ ਨੇ ਜਿਹੜਾ 84 ਦਾ, ਵੈਸੇ ਉਹ ਤਾਂ ਮੇਰਾ ਜਨਮ ਹੀ ਨਹੀਂ ਹੋਇਆ, ਮੇਰਾ ਤਾਂ ਉਹਨਾਂ ਦੀ ਸਰਵਿਸ ਜੋਬ ਪ੍ਰੋਬਲਮ ਸੀ, ਉਹੀ ਕਾਰਨ ਸੀ ਜਿਹੜਾ ਮਤਲਬ ਰੰਜ ਸੀਗਾ ਕੋਈ ਸਰਕਾਰ ਨਾਲ, ਉਸ ਰੰਜ ਦਾ ਗੁੱਸੇ ਦਾ ਬਦਲਾ ਸੀ। ਇਹਨਾਂ ਨੇ ਇਸ ਤਰ੍ਹਾਂ ਹਮਾਇਤ ਕਰੀ ਸੀ। ਦੂਸਰੀ ਗੱਲ ਵੀ ਦੇਖੋ ਜੀ, ਇੱਕ ਗੱਲ ਇਹ ਹੈ ਵੀ ਆਪਾਂ ਇੱਕ ਖਿੱਤੇ ਦੇ ਲੋਕਾਂ ਨੂੰ ਮਤਲਬ ਕਿ ਮਾਰ ਕੇ ਜਾਂ ਉਹਨਾਂ ਨੂੰ ਏਦਾਂ ਕਰਕੇ ਆਪਾਂ ਇੱਕ ਗੁਰਦੁਆਰੇ ਦੇ ਵਿੱਚ ਲੁਕਣਾ ਵੀ ਵਧੀਆ ਗੱਲ ਨੀ। ਮਿਸ਼ਨ ਨੂੰ ਵੀ ਭਟਕਾਇਆ ਉਹਨਾਂ ਲੋਕਾਂ ਨੇ, ਇਹ ਵੀ ਇੱਕ ਪੱਖ ਸੀਗਾ। ਕੁਛ ਬੰਦੇ ਏਜੰਸੀਆਂ ਨੇ ਵੀ ਵਾੜੇ ਸੀ ਜਿਹੜੇ ਉਹਨਾਂ ਦੇ ਨਾਲ ਲਾਏ ਹੋਏ ਸੀ, ਉਹ ਪਤਾ ਹੀ ਨਹੀਂ ਸੀ ਲੱਗਦਾ ਕਿ ਸੰਤਾਂ ਦੇ ਬੰਦੇ ਨੇ ਕਾਰਵਾਈ ਕਿੱਧਰ ਪਾ ਆਉਂਦੇ ਨੇ ਜੀ। ਵੈਸੇ ਤਾਂ ਮੇਰੀ ਤਾਂ ਬਹੁਤ ਛੋਟੀ ਉਮਰ ਹੈ, ਮੈਂ ਤਾਂ ਕਿਤਾਬਾਂ ਪੜ੍ਹ ਕੇ ਜਾਂ ਉਹ ਕਰਕੇ ਉੱਥੋਂ ਸੋਚਦੇ ਆ ਜੀ। ਦਵਾਨ ਸਾਹਿਬ ਠੀਕ ਹੈ ਜੀ, ਥੈਂਕ ਯੂ ਜੀ। ਦੇਖੋ ਇਹ ਤਾਂ ਸੀ ਖਾਲਿਸਤਾਨ ਦੇ ਮਸਲੇ ਸੀ, ਵੱਡੇ ਮਸਲੇ ਸੀ, ਪਰ ਧਰਮ ਦੇ ਵਿੱਚ ਅੱਜ ਕੀ ਹੋਇਆ? ਧਰਮ ਦੇ ਵਿੱਚ ਕਿੰਨੇ ਹੋਰ ਮਸਲੇ ਸੀ ਜਿਹੜੇ ਉਸ ਵਕਤ ਭਿੰਡਰਾਂ ਵਾਲੇ ਸੰਤ ਹੱਲ ਕਰਾ ਸਕਦੇ ਸੀਗੇ, ਪਰ ਉਹਨਾਂ ਨੇ ਇੱਕ ਵੱਡਾ ਡੇਅਰਿੰਗ ਸਟੈਪ ਚੁੱਕ ਲਿਆ, ਜਿਹੜਾ ਸਟੈਪ ਨਾ ਸ਼ੁਰੂ ਉਹ ਕਰ ਸਕੇ ਤੇ ਨਾ ਉਹ ਖਤਮ ਹੋ ਸਕਣਾ, ਉਹ ਵਿੱਚੋਂ ਵਿੱਚ ਸੁਲਝਦਾ ਰਹਿਣਾ। ਪਰ ਜਿਹੜੇ ਧਰਮ ਦੇ ਅੰਦਰੂਨੀ ਮਸਲੇ ਸੀ, ਜਿਸ ਤਰ੍ਹਾਂ ਟਕਸਾਲ ਹੈ, ਧਰਮ ਦੇ ਨਾਲ ਜੁੜੀ ਹੋਈ ਸੰਸਥਾ ਹੈ, ਟਕਸਾਲ ਅੱਜ ਦੀ ਡੇਟ ਦੇ ਵਿੱਚ ਸਿੱਖ ਪੰਥ ਕਿਉਂ ਵੰਡਿਆ ਜਾ ਰਿਹਾ? ਅੱਜ ਬਚਿੱਤਰ ਨਾਟਕ ਬਨਾਮ ਦਸਮ ਗ੍ਰੰਥ ਬਨਾਮ ਸ਼੍ਰੀ ਦਸਮ ਗ੍ਰੰਥ ਸਾਹਿਬ ਕਿੱਡਾ ਵੱਡਾ ਮਸਲਾ ਖੜਾ ਹੋ ਗਿਆ। ਕੈਲੰਡਰ ਦਾ ਵਿਵਾਦ, ਰਾਗ ਮਾਲਾ, ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ, ਅਸੀਂ ਪੂਰੀ ਦੁਨੀਆਂ ਚ ਪੜ੍ਹਦੇ ਹਾਂ ਕਿ ਖਾਲਸਾ ਰਾਜ ਕਰੇਗਾ, ਇਹਦਾ ਜਿਹੜਾ ਆਕੀ ਆ ਕੋਈ ਨਹੀਂ ਰਹੇਗਾ ਮੂਹਰੇ ਬਾਗੀ ਇਹਨਾਂ ਦੇ। ਪਰ ਕੀ ਇਹ ਜਿਹੜਾ ਸਲੋਗਨ ਬੰਦ ਕਰਵਾਇਆ ਸੀਗਾ ਅੰਗਰੇਜ਼ਾਂ ਨੇ, ਜਦੋਂ ਸਰਬਰਾਹ ਰੂੜ ਸਿੰਘ ਵਰਗੇ ਲੋਕ ਸੀਗੇ ਜਿਹੜੇ ਸਿਮਰਜੀਤ ਸਿੰਘ ਮਾਨ ਸਿੰਘ ਉਹਨਾਂ ਦੇ ਨਾਨਾ ਜੀ ਸੀਗੇ, ਉਹਨਾਂ ਵਕਤਾਂ ਚ ਕਿ ਸਿੱਖ ਆਜ਼ਾਦ ਨਾ ਹੋਣ, ਇਹ ਜਿਹੜਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ, ਪੂਰੀ ਦੁਨੀਆਂ ਦੇ ਵਿੱਚ ਸਿੱਖ ਅਰਦਾਸ ਕਰਦੇ ਨੇ, ਇਹ ਦਰਬਾਰ ਸਾਹਿਬ ਚ ਕਿਉਂ ਨਹੀਂ ਲਾਗੂ ਹੋ ਸਕਿਆ ਜੀ? ਜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਚਾਹੁੰਦੇ ਸੀ ਕਿ ਖਾਲਸਾ ਰਾਜ ਕਰੇ, ਸਭ ਤੋਂ ਪਹਿਲਾਂ ਤਾਂ ਉਸ ਮੁਕੱਦਸ ਸਥਾਨ ਜਿੱਥੋਂ ਸਿੱਖੀ ਸ਼ੁਰੂ ਹੁੰਦੀ ਹੈ, ਜਿੱਥੋਂ ਸਿੱਖੀ ਦੀ ਰੋਸ਼ਨੀ ਪੂਰੀ ਦੁਨੀਆਂ 'ਚ ਜਾਂਦੀ ਹੈ, ਤੇ ਉੱਥੇ ਇਹ ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਕੋਈ ਕਿਉਂ ਨਹੀਂ ਸ਼ੁਰੂ ਹੋਇਆ? ਹੈ ਕਿਸੇ ਕੋਲ ਜਵਾਬ ਇਸ ਦਾ? ਅਸੀਂ ਆਜ਼ਾਦ ਮੁਲਕ ਖਾਲਿਸਤਾਨ ਲੈਣ ਦੀ ਤਾਂ ਗੱਲ ਕਰਦੇ ਹਾਂ, ਭਿੰਡਰਾਂ ਵਾਲੇ ਸੰਤ ਵੀ ਕਰਦੇ ਸੀ, ਪਰ ਇਹ ਜਿਹੜੀ ਸਿੱਖ ਦੀ ਅਰਦਾਸ ਹੈ ਰਾਜ ਕਰੇਗਾ ਖਾਲਸਾ ਆ ਕੀ ਰਹਿਣਾ ਕੋਈ, ਰਾਜ ਲੈਣਾ ਤੇ ਬਾਅਦ ਦੀ ਗੱਲ ਹੈ, ਪਰ ਰਾਜ ਲੈਣ ਦੇ ਲਈ ਜਿਹੜੀ ਅਰਦਾਸ ਹੈ ਆਪਣੇ ਰਹਿਬਰ ਦੇ ਅੱਗੇ, ਅਕਾਲ ਪੁਰਖ ਦੇ ਅੱਗੇ, ਉਹ ਅਰਦਾਸ ਹੀ ਹੁਣ ਤੱਕ ਕਿਉਂ ਬਣ ਰਹੀ ਹੈ? ਸੰਤਾਂ ਵੇਲੇ ਵੀ ਬਣ ਰਹੀ, ਸਰਦਾਰ ਕਪੂਰ ਸਿੰਘ ਜੀ ਸੀਗੇ ਜਿਹੜੇ, ਉਹ ਆਪ ਭਾਰਤ ਦੇ ਹਿੰਦੁਸਤਾਨ ਦੇ ਬਾਹਮਣੀ ਸਿਸਟਮ ਤੋਂ ਪੀੜਤ ਸੀ ਬਤੌਰ ਡੀਸੀ ਜੋ ਵੀ ਕੁਛ ਹੋਇਆ, ਕਿਉਂਕਿ ਉਹਨਾਂ ਦੇ ਖਿਆਲਾਤ ਵੀ ਬਹੁਤ ਅੰਗਰੇਜ਼ਾਂ ਦੇ ਨਾਲ, ਬ੍ਰਿਟਿਸ਼ ਦੇ ਨਾਲ ਮਿਲਦੇ ਸੀਗੇ, ਤੇ ਉਹ ਵੀ ਇਸੇ ਨਾਰਾਜ਼ਗੀ ਦੇ ਕਾਰਨ ਸੰਤਾਂ ਦੇ ਜਿਹੜੇ ਗਾਈਡ ਰਹੇ ਨੇ, ਸਹਿਯੋਗੀ ਰਹੇ ਨੇ। ਸਿੱਖ ਪੰਥ ਦੇ ਵਿੱਚ ਅੱਜ ਜਿਹੜੇ ਵੱਡੇ ਮਸਲੇ ਨੇ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਿੱਖੀ ਨੂੰ ਤਾਰ ਤਾਰ ਹੀ ਕਰ ਦੇਣਾ ਕਈ ਤਰੀਕਿਆਂ ਦੇ ਨਾਲ, ਉਹ ਖੈਰ ਤਾਰ ਤਾਰ ਤਾਂ ਨਹੀਂ ਹੋਵੇਗੀ, ਮੇਰਾ ਮਤਲਬ ਇੱਕ ਵਿਵਾਦ ਰੋਜ਼ ਖੜਾ ਹੋ ਰਿਹਾ ਕਿ ਦਸਮ ਗ੍ਰੰਥ ਦਾ ਪਾਠ ਉੱਥੇ ਹੋ ਗਿਆ, ਉਹ ਵਿਰੋਧ ਕਰਨ ਲੱਗ ਗਏ ਹੈ, ਦੋ ਤਖਤਾਂ ਦੇ ਪਾਠ ਹੋ ਰਹੇ ਆ, ਦੂਸਰਿਆਂ ਤੇ ਵੀ ਇਹ ਲੋਕ ਕੋਸ਼ਿਸ਼ ਕਰਦੇ ਆ ਬਚਿੱਤਰ ਨਾਟਕ ਜਿਸ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਕਈ ਕਾਰਨਾਂ ਕਰਕੇ,
ਸਿੱਖ ਪੰਥ ਪ੍ਰਵਾਨ ਨਹੀਂ ਕਰਦਾ। ਉਹ ਵੱਡੇ ਮਸਲੇ ਸੀ, ਉਦੋਂ ਐਸ ਜੀ ਪੀ ਸੀ ਵੀ ਉਹਨਾਂ ਦੇ ਅੰਡਰ ਸੀ, ਅਕਾਲ ਤਖ਼ਤ ਵੀ ਉਹਨਾਂ ਦੇ ਅੰਡਰ ਸੀ। ਉਦੋਂ ਇੱਕ ਵਾਰੀ ਇਹ ਮਰਿਆਦਾ ਲਾਗੂ ਕਰ ਦਿੰਦੇ ਤੇ ਮੁੜ ਕੇ ਕਿਹਦਾ ਹੌਸਲਾ ਪੈਣਾ ਸੀ ਉਸ ਮਰਿਆਦਾ ਨੂੰ ਤੋੜਨ ਦਾ? ਸ਼ਾਇਦ ਰਾਜ ਕਰੇਗਾ ਖਾਲਸਾ ਜਾਂ ਇਹ ਚੀਜ਼ਾਂ ਸਿੱਖ ਖਾਲਸਾ ਰਾਜ ਲੈਣ ਤੋਂ ਪਹਿਲਾਂ ਸਾਡੇ ਫਲਸਫੇ ਦੇ ਵਿੱਚ ਜੋ ਖੋਟ ਆਈ ਸੀ ਉਸ ਨੂੰ ਦੂਰ ਕਰਨ ਦੀ ਜ਼ਰੂਰਤ ਸੀ ਸੰਤਾਂ ਨੂੰ, ਜਿਨ੍ਹਾਂ ਨੇ ਇਸ ਪਾਸੇ ਕੰਮ ਨਹੀਂ ਕੀਤਾ। ਸੋ ਇਸ ਦੇ ਨਾਲ ਹੀ ਵਕਤ ਵਧਾਈ ਦਾ ਦਿਓ ਆ ਗਿਆ। ਸਤਿ ਸ਼੍ਰੀ ਅਕਾਲ।